ਕਰੀਏ ਸ਼ਿਕਾਇਤ ਮਾਣੋ ਹਾਨੀ ਦੀ। ਉਹੀ ਜਗੀ ਭਈ ਬਾਣੀ ਕੀ ਕਹਿੰਦੀ, ਇਤਿਹਾਸ ਦੇ ਪੱਤਰੇ ਕੀ ਕਹਿੰਦੇ ਆ, ਮਰਿਆਦਾ ਕੀ ਕਹਿੰਦੀ ਆ, ਨਹੀਂ ਤੜਫਣ ਬਾਬਾ ਜੋ ਮਰਜ਼ੀ ਹੋ ਸਭ ਕੁਛ ਕਰਾਂਗੇ। ਰੁਕ ਸਕਦੇ ਹਾਂ ਤਾਂ ਰੁਕ ਟਕਸਾਲੀਓ, ਪੁਜਾਰੀਓ, ਖਾਲਿਸਤਾਨੀਓ, ਜਿਹੜੇ ਵੀ ਤੁਸੀਂ ਹੈਗੇ ਆ ਜਾਗਰੂਕ, ਤੁਸੀਂ ਧਮਕੀਆਂ ਦੇ ਲਓ, ਜੋ ਮਰਜ਼ੀ ਕਰ ਲਓ, ਇੱਕ ਦੱਸ ਦਿੰਦੇ ਹਾਂ, ਡਰਾ ਨਹੀਂ ਸਕੂਗੇ ਤੁਸੀਂ, ਝੁਕਾ ਨਹੀਂ ਸਕੂਗੇ ਤੁਸੀਂ। ਸਾਨੂੰ ਕਹਿੰਦੇ ਏਜੰਸੀਆਂ ਦਾ ਪੈਸਾ ਖਾਣ ਵਾਲੇ ਆ, ਉਹ ਕੋੜੀਓ ਬਾਦਲ ਤੁਹਾਡੇ, ਟਕਸਾਲ ਤੁਹਾਡੀ, ਭਾਜਪਾ ਤੁਹਾਡੀ, ਅਸੀਂ ਹੁੰਦੇ ਏਜੰਸੀਆਂ ਦੇ, ਤੁਸੀਂ ਤਾਂ ਇੱਦਾਂ ਚੁਟਕੀ ਨਾ ਲਾਉਂਦੇ ਸਾਨੂੰ ਮੰਗੀ ਕਰਨ। ਸਾਨੂੰ ਤਾਂ ਪਤਾ ਅਸੀਂ ਕਿੰਨੇ 'ਚ ਵਿਕਣਾ ਜਾਣਾ, ਤਖ਼ਤ ਹਿੱਲ ਜਾਣੇ ਆ ਜਦੋਂ ਅਸੀਂ ਵਿਕ, ਕੁਰਕੀ ਹੋ ਜਾਣੀ ਖਰੀਦਣੇ ਵਾਲੇ ਦੀ, ਇੰਨੇ ਸਸਤੇ ਨਹੀਂ ਵਿਕਣ ਲੱਗੇ ਅਸੀਂ, ਠੀਕ ਆ। ਸਾਨੂੰ ਖਰੀਦ ਕੇ ਰੱਖਣਾ ਕਿੱਥੇ ਆ, ਸਾਰਿਆਂ ਦੀ ਬਸ ਦੀ ਗੱਲ ਨਹੀਂ ਹੋਈ। ਜਿਹੜੇ ਲੋਕ ਗੱਲਾਂ ਕਰਦੇ ਆ ਨਾ, ਜਿਹੜੇ ਧਮਕੀਆਂ ਦਿੰਦੇ ਆ, ਉਹਨਾਂ ਨੂੰ ਸੁਨੇਹਾ ਆ ਇੱਕ, ਇੱਥੇ ਦਿਲਾਂ ਦੀ ਗੱਲ ਨਹੀਂ ਹੈਗੀ। ਜਿਹਨਾਂ ਨੂੰ ਤੁਸੀਂ ਇਹ ਕਹੋ ਕਿ ਅਸੀਂ ਬਦਲਣ ਨਹੀਂ ਦੇਣਾ, ਅਸੀਂ ਰੋਕ ਲੈਣਾ, ਇੱਥੇ ਦੌਰ ਦੀ ਗੱਲ ਆ, ਇੱਥੇ ਜ਼ਮਾਨੇ ਦੀ ਗੱਲ ਆ, ਇੱਥੇ ਯੁੱਗ ਦੀ ਗੱਲ ਆ। 25 ਮੈਂਬਰਾਂ ਦੀ ਕਮੇਟੀ ਬਣੀ ਸੀ ਤੇ ਗੁਰਦੁਆਰੇ 22 ਆ, ਉਹਨਾਂ ਚੋਂ ਕੋਈ ਵੀ ਬੰਦਾ ਆਉਣ ਇਹ ਮੇਰੇ ਨਾਲ ਗੱਲ ਕਰ ਲਵੇ, ਮੈਂ ਨਾਂ ਲਈ ਜਾਊਂਗਾ ਤਾਂ ਉਹ ਦੱਸੀ ਜਾਣ ਪਏ ਕੀ ਉਹਨਾਂ ਦੀ ਦੁਕਾਨ ਤੇ ਸਿਗਰਟਾਂ ਨਹੀਂ ਵਿਕਦੀਆਂ, ਦਸਤਾਰਾਂ ਬੰਨ੍ਹ ਕੇ ਸ਼ਰਾਬ ਦੀਆਂ ਬੋਤਲਾਂ ਫੜਾਉਂਦੀਆਂ ਜਨਾਨੀਆਂ। ਲਾਣਤ ਹੋਊਗੀ ਸਾਡੇ ਜਿੱਦਣ ਸਾਨੂੰ ਕੋਈ ਗੱਲ ਕਹਿ ਦੇਊਗਾ ਜਿਹੜੀ ਗੱਲ ਸਾਡੇ ਅਸੂਲਾਂ ਦੇ ਉਲਟ ਹੋਈ, ਜਿੱਦਣ ਅਸੀਂ ਉਹ ਕੰਮ ਕਰਾਂਗੇ, ਉਹ ਗੱਲ ਕਰਾਂਗੇ ਅਸੀਂ। ਸਾਨੂੰ ਏਜੰਸੀਆਂ ਦੇ ਦੱਸਦੇ ਆ, ਜਿੱਦਣ ਤੁਹਾਡੇ ਪੈਟਰੋਲ ਪੰਪਾਂ ਦੀਆਂ ਤੁਹਾਡੇ 8-8 10-10 ਘਰ ਇਕੱਠੇ ਬਣ ਰਹੇ ਆ, ਜਿੱਦਣ ਉਹਦੀਆਂ ਲਿਸਟਾਂ ਕੌਮ ਨੇ ਕਢਵਾ ਲਈਆਂ ਤੇ ਦੱਸੋ ਡਿਪੋਜ਼ਿਟ ਕਿੱਥੋਂ ਆਇਆ, ਕਿੱਥੋਂ ਆਇਆ ਪੈਸਾ ਤੇਰੇ ਕੋਲ, ਕਿਹੜੀ ਕਮਾਈ ਕੀਤੀ ਤੇ, ਸ਼ਹੀਦਾਂ ਦੇ ਨਾਂ ਤੇ ਗ੍ਰਾਹੀ ਹੱਡੀਆਂ ਵੇਚ ਕੇ ਲਾਸ਼ਾਂ ਵੇਚੀਆਂ, ਬਸ ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਦੇ ਲਾਈਵ ਪ੍ਰੋਗਰਾਮ ਵਿੱਚ। ਆਪਾਂ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਹਾਜ਼ਰ ਹਾਂ, ਕਰੀਬ 3 ਘੰਟੇ ਵਾਸਤੇ ਹੋਵਾਂਗੇ। ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਮੌਸਮ ਬਹੁਤ ਭੈੜਾ ਜਿਹਾ ਆ, ਜਿੱਦਾਂ ਦਾ ਇੰਡੀਆ ਵਿੱਚ ਮਾਰਚ ਦੇ ਦਿਨਾਂ ਵਿੱਚ ਹੁੰਦਾ ਉੱਦਾਂ ਦਾ ਮੌਸਮ ਆ, ਜਿਹਨੇ ਇੱਦਾਂ ਨੇਸਤ ਜਿਹੀ ਸੁਸਤੀ ਜਿਹੀ, ਸਮਾਂ ਠੀਕ ਨਹੀਂ ਜਾਣੀ ਇੱਦਾਂ ਕੀਤਾ ਹੈ, ਪਰ ਫਿਰ ਵੀ ਆਪਾਂ ਗਰਮੀ ਇੱਦਾਂ ਸ਼ੁਰੂ ਹੋ ਰਹੀ ਆ ਅਤੇ ਅੱਜ ਜ਼ਿਆਦਾ ਹੀ ਕੁਛ ਇੱਦਾਂ ਹੋਇਆ, ਬਾਹਰ ਮੀਂਹ ਪੈਣ ਵਾਲਾ ਆ ਅਤੇ ਹੁੰਮ ਜਿਹਾ ਹੋਇਆ ਆ, ਪਰ ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਚਿਰ ਵੀ ਤੁਹਾਡੇ ਨਾਲ ਹੈਗੇ ਹਾਂ ਆਪਣੀ ਗੱਲਬਾਤ ਜਿਹੜੀ ਆ ਉਹ ਕਰੀਏ। ਕਪੂਰ ਨੇ ਇੱਕ ਜਗ੍ਹਾ ਲਿਖਿਆ, ਉਹ ਕਹਿੰਦਾ ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਜੀਣੀ ਚਾਹੀਦੀ ਆ। ਜਿਹੜੇ ਦਿਮਾਗ ਦੇ ਡਾਕਟਰ ਆ ਨਾ, ਉਹ ਤੁਹਾਨੂੰ ਆਪਣੇ ਆਪ ਤੋਂ ਮੋਟੀਵੇਟ ਹੋਣ ਦੀ ਸਲਾਹ ਦਿੰਦੇ ਆ। ਜਦੋਂ ਆਪਾਂ ਕਰਦੇ ਹਾਂ ਕੁਛ ਨਾ, ਜਿਹੜੇ ਨਿਸ਼ਾਨੇ ਮਿੱਥਦੇ ਹਾਂ, ਜਿਹੜੇ ਟੀਚੇ ਮਿੱਥਦੇ ਹਾਂ, ਉਦੇਸ਼ ਪਾਲਦੇ ਹਾਂ, ਜਦੋਂ ਸਾਨੂੰ ਤਾਂ ਪਹਿਲੀ ਗੱਲ ਸਮੱਸਿਆ ਸਾਡੀ ਇਹ ਬਣਦੀ ਆ ਕਿ ਜਿਹੜੀ ਭਾਸ਼ਾ ਆ ਉਹਦੇ ਵਿੱਚ ਬਹੁਤ ਫਰਕ ਆ, ਜਿਹੜੀਆਂ ਗੱਲਾਂ ਸਾਨੂੰ ਸਿਖਾਈਆਂ ਗਈਆਂ, ਜਿੱਦਾਂ ਦੀਆਂ ਪੜ੍ਹਾਈਆਂ ਗਈਆਂ ਆ ਉਹ ਹੋਰ ਤਰ੍ਹਾਂ ਦੀਆਂ ਆ। ਤਾਂ ਜਦੋਂ ਕੋਈ ਸਾਡੇ ਵਿਦਵਾਨ ਪੱਛਮ ਦਾ, ਇਹਨਾਂ ਮੁਲਕਾਂ ਦਾ ਜਿਹੜੀ ਇਹਨਾਂ ਦੀ ਵਿਦਵਤਾ ਆ ਉਹਦਾ ਕੋਈ ਉਲੱਥਾ ਕਰਕੇ ਲਿਖਦਾ ਆ, ਅਤੇ ਉਹ ਸ਼ਬਦਾਵਲੀ, ਉਹ ਵੋਕੈਬਲਰੀ ਜਿਹੜੀ ਆ ਸਾਡੀ ਭਾਸ਼ਾ 'ਚ ਨਹੀਂ ਹੁੰਦੀ, ਜਿਸ ਕਰਕੇ ਮੁਸ਼ਕਲ ਬਣਦੀ ਆ। ਜਦੋਂ ਆਪਾਂ ਨਿਰੀਆਂ ਇੱਛਾਵਾਂ ਪਾਲ ਕੇ ਜੀਨੇ ਆ ਨਾ, ਇਹੋ ਜਿਹੇ ਕਲਪਨਾ ਕਰਦੇ ਹਾਂ ਜਿਹਦੀ ਕੋਈ ਪ੍ਰੈਕਟੀਕਲਿਟੀ ਨਹੀਂ ਹੁੰਦੀ, ਉਹ ਤੋਂ ਇੰਸਪਾਇਰ ਹੋਣਾ, ਆਪਣੇ ਆਪ ਨੂੰ ਮੋਟੀਵੇਟ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਕਰਨੇ ਨੂੰ ਕੁਛ ਨਹੀਂ ਹੁੰਦਾ ਸਾਡੇ ਕੋਲ। ਜੋ ਅਸੀਂ ਸੋਚ ਰਹੇ ਹੁੰਦੇ ਹਾਂ, ਜਿਹਦੀ ਕਲਪਨਾ ਕਰ ਰਹੇ ਹੁੰਦੇ ਹਾਂ, ਉਹਦੇ ਬਾਰੇ ਇਹ ਨਹੀਂ ਪਤਾ ਹੁੰਦਾ ਇਹਨੂੰ ਸਿਰੇ ਕਿੱਦਾਂ ਚਾੜ੍ਹਨਾ ਆ, ਉਹਦੇ ਲਈ ਸਾਧਨ ਕੀ ਕੀ ਚਾਹੀਦੇ ਆ, ਸਾਡੀ ਸਮਰੱਥਾ ਕਿੰਨੀ ਆ,
अपने आप नूं आइडेंटिफाई करने लिए हर एक बंदा अपनी जो उहदी नीयत आ जिद्दां दा उह हैगा आ उहदे पैमाने नाल दूजे नूं मिलदा आ। जदके सियाने कहिंदे आ कि कदे भी अपनी नीयत तों वध के किसे दूजे दे उत्ते शक नहीं करना चाहीदा। जिन्ने असीं उद्देशां तों टुट्टे होए होवांगे, जिन्ने टीचियां दे बारे ना वख होवांगे, उन्नी भटकना वधूगी। जदों साडे लोक गुरद्वारियां विच विद्वानां नूं सुण के, कथाकारां नूं सुण के, किसे दीआं किताबां पढ़ के, अखबारां चों खबरां देख के, अफवाहां नूं सुण के इह स्टेटमेंट दिंदे आ ना भई असीं करना तां बहुत कुछ चाहुंदे आ, इच्छा तो बहुत कुछ करने की आ, पर आला दुआला सहाय नहीं हो रहा। उहदा कारण यही हुंदा कि असीं मिजर नहीं कर सकते, उहनूं मिल नहीं सकते। जिन्ने साढ़े भटकण का कारण ही ये आ, जे साढ़े कोल अपने आप नूं आइडेंटिफाई करन दी समर्था होवे ना, अपने आप नूं पहचानण दी, जिहदे बारे असीं एक्यूरेट हो सकते हैं, अपने आप बारे बहुत चंगी तरह जानते हैं असीं, फिर कोई इदां नहीं हो सकता कि एक विद्वान ने, किसी एक लेखक ने, किसी कथाकार ने एक स्टेटमेंट दिती, किसी दूजे ने दूजी दिती तो सानू भटका दिता। जिंदगी दे विच साडा घर आ, असीं कम करते हैं, साडे बच्चे आ, बच्चियां दा स्कूल आ, साडी कार आ, बाजार जाने आ, दस दस पंद्रह पंद्रह मंजिलां कार पार्क हुंदी आ, गड्डी खड़ी करके जाने आ, एक एक रंग दियां किन्नियां किन्नियां गड्डियां उत्थे हुंदियां, फिर भी सानू अपनी गड्डी दियां किन्नियां निशानियां असीं रखियां हुंदियां पता हुंदा सानू। इदां कदे बहुत घट किसी ने हुई होगी भी किसी होर दी गड्डी च जाके चाबी लाई जांदा होवे, इदां घुमाई जांदा होवे उहनूं तां कहिंदा होवे भी खुलदी नहीं यार अज्ज गड्डी नूं की हो गया, मैनूं लगदा मेरी चाबी बदल गई, मैनूं लगता किसी ने लॉक बदल दिता, गड्डी नहीं खुल रही मेरी। कदे नहीं किसी ने इदा हुई होनी। बाकी सब कुछ बारे सानू पक्का आ, गरंटी आ, अपने आप तो बिना। जबकि मूल असी हाँ, समाज की जिहड़ी मुढ़ली इकाई आ वह मैं हाँ, दुनिया नू मैं अपने आप के संदर्भ, अपने आप के परिपेख, अपने आप के संदर्भ ही देख सकता। जे मैं अपने आप नाल इमानदार हाँ, जे मैं दूजियां दे प्रति दया की भावना रखता हाँ, जे मेरे अंदर दूजियां दी मदद करन लई कोई ना कोई मादा है, जे मेरे अंदर यह इच्छा है, मैं इहो जिहा असूल बना के जीना भी मेरे तो कोई भी उदां दा काम ना हो जाए जिहदे राही मेरा नाम बदनाम होवे, ते दूजियां दी नीयत ते शक काते करना। सानू काते इदां लगन लग पैंदा भी दुनिया दुश्मन आ साडी, क्यों साड़ी डील जिहड़ी आ, क्यों साड़ा विहार जिहड़ा आ उह सिद्धा पद्धरा स्पष्ट नहीं हो पाउंदा। विचारां दी उच्चता जिहड़ी आ, विचारां दा म्यार आ जिहड़ा, साड़ी अकल दा पद्धर आ, उह उन्ने मायने नहीं रखदा जिन्ने मायने साड़े विचारां दी स्पष्टता रखदी आ। किसे भी विचारधारा दा म्यार उह उदों ही गिणिया जाऊगा, उदों ही मिणिया जा सकूगा जदों उहदे विच स्पष्टता होगी। अज जिहड़ा दरबार साहिब विच बीबियां वलों कीर्तन करन दी मर्यादा दे संबंध विच रौला पाया जा रहा है वह इस करके आ कि विचारां दी स्पष्टता नहीं है। हरेक बंदा अपनी मर्जी दे नाल कोई ना कोई अपना बड़ा वडेरा, अपना कोई ब्रह्म ज्ञानी, किसी ने किसी गुरु नाल, किसी ने किसी गुरु नाल अपने नूं जोड़िया होया है, जो वह आप करना चाहुंदा है उन्हां दे नां दे थले सारे दे उत्ते थोपी जा रहा है। जिन्नी छेती असी स्पष्ट हो जावांगे कि मैं चाहुंदा कि जिन्ने जोगे हैगे आ, जिन्नी औकात आ साडी, जिन्नी हैसियत आ साडी, सब तो वध दुनिया दे विच कोई इस धरती दे उत्ते सृष्टि दे विच कोई नहीं हैगा। जिहड़े लोग ये कहिंदे आ ना भी नहीं रब जाणदा, ये तां उहदे हथ डोरी नहीं पाई, साडे हथ डोरी आ। एक वारी छे महीने करके देख लो,
ਪੀੜ੍ਹੀਆਂ ਲੰਘ ਗਈਆਂ ਸਾਡੀਆਂ ਇਹ ਇਹ ਇਸ ਗੱਲ ਦੇ ਉੱਤੇ ਛੱਡਦੀਆਂ ਨੂੰ 6 ਮਹੀਨੇ ਆਪਾਂ ਅਜਮਾ ਕੇ ਦੇਖ ਲਈਏ, ਹਰੇਕ ਕੰਮ ਦੇ ਵਿੱਚ ਆਪਣੇ ਆਪ ਨਾਲ ਵਾਅਦਾ ਕਰੀਏ ਵੀ ਮੇਰੇ ਹੱਥ ਡੋਰੀ ਆ, ਮੈਨੂੰ ਪਤਾ ਆ, ਆਪਣੀ ਵਾਈਫ ਦੇ ਨਾਲ, ਪਰਿਵਾਰ ਦੇ ਨਾਲ, ਮਿੱਤਰਾਂ ਦੋਸਤਾਂ ਦੇ ਨਾਲ, ਜਿੱਦਾਂ ਦੇ ਹੈਗੇ ਆ ਸਪਸ਼ਟ ਹੋ ਜਾਏਗੀ, ਜਿੰਨੇ ਯੋਗੇ ਹੈਗੇ ਆ 6 ਮਹੀਨਿਆਂ 'ਚ ਸ਼ਾਇਦ ਫਰਕ ਨਾ ਪਵੇ ਪਰ ਸਾਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਊਗਾ। ਅੱਜ ਇਹ ਨਹੀਂ ਹੈਗਾ ਵੀ ਸਾਡੇ ਕਹਿਣੇ ਨਾ, ਸਾਡੇ ਕਰਨੇ ਨਾ ਕੁਛ ਇੱਦਾਂ ਚੁਟਕੀਆਂ ਦੇ ਨਾਲ ਬਦਲਾਅ ਹੋ ਜਾਣਾ, ਨਹੀਂ, ਸਾਨੂੰ ਦਿਸਣ ਲੱਗ ਪੈਣਾ ਵੀ ਨਹੀਂ ਇਹ ਬਦਲਾਅ ਜ਼ਰੂਰੀ ਆ, ਇਹ ਪਰਿਵਰਤਨ ਜ਼ਰੂਰੀ ਆ। ਜਿਹੜਾ ਦੁੱਖ ਅਸੀਂ ਝੱਲਿਆ ਆ ਉਹ ਘੱਟੋ ਘੱਟ ਸਾਡੇ ਆਪਣੇ ਬੱਚੇ ਤਾਂ ਨਾ ਝੱਲਣ, ਇੰਨਾ ਇੰਨਾ ਕੁ ਤਾਂ ਤਿਆਰ ਕਰ ਲਈਏ ਨਾ ਆਪਣੇ ਆਪ ਨੂੰ। ਹੁਣ ਜਿਹੜੇ ਉਹ ਪਰਿਵਾਰ ਦਮਦਮੀ ਟਕਸਾਲ ਨਾਲ ਜਾਂ ਅਖੰਡ ਕੀਰਤਨੀ ਜਥੇ ਨਾਲ, ਇਹ ਪਰੰਪਰਾਵਾਦੀ ਜਿੰਨੇ ਸਾਧ ਆ ਇਹਨਾਂ ਦੇ ਨਾਲ ਜੁੜ ਕੇ ਬੈਠੇ ਆ, ਉਹਨਾਂ ਦੀਆਂ ਔਰਤਾਂ ਜਿਹੜੀਆਂ ਬੱਚੀਆਂ ਆ ਜਿਹਨਾਂ ਦੀਆਂ, ਜਿਹਨਾਂ ਦੇ 8, 10, 12 ਜਾਣੀ ਟੀਨੇਜਰ ਤੱਕ ਜਿਹਨਾਂ ਦੇ ਨਿਆਣੇ, 12, 14 ਸਾਲ ਤੱਕ ਜਿਹਨਾਂ ਦੇ ਬੱਚੇ ਆ, ਕਦੇ ਇਕੱਲੇ ਬੈਠ ਕੇ ਇਮਾਨਦਾਰੀ ਨਾਲ ਜੇ ਹੋ ਸਕੇ ਤਾਂ ਸੋਚਿਓ, ਜਿਹੜੀ ਜ਼ਿੰਦਗੀ ਜਿੱਦਾਂ ਦੀ ਜ਼ਿੰਦਗੀ ਸਾਡੇ ਧਰਮ ਵਿੱਚ ਔਰਤ ਨੂੰ ਦਿੱਤੀ ਜਾ ਰਹੀ ਆ, ਉਹ ਉਸ ਵਿਧਾਨ ਦੇ ਨਾਲ ਸਾਡੇ ਬੱਚੇ ਇਹਨਾਂ ਮੁਲਕਾਂ 'ਚ, ਬਾਹਰਲੇ ਮੁਲਕਾਂ 'ਚ ਆ ਕੇ ਆਪਣਾ ਵਿਕਾਸ ਕਰ ਸਕਣਗੇ, ਕੰਪੀਟ ਕਰ ਲੈਣਗੇ ਦੁਨੀਆ ਨੂੰ। ਹਾਂ, ਲੇਬਰ ਦੀ ਘਾਟ ਆ ਇੱਥੇ, ਜ਼ਰੂਰਤ ਆ ਇੱਥੇ, ਗੁਜ਼ਾਰਾ ਤਾਂ ਹੋ ਜਾਊਗਾ, ਪਰ ਆਪਣੇ ਆਪ ਦੇ ਬਾਰੇ ਸੋਚ ਕੇ ਦੇਖੋ, ਜਿੱਥੇ ਕੰਮ ਕਰਦੇ ਹਾਂ ਅਸੀਂ, ਜਿਹਨਾਂ ਪਰਿਵਾਰਾਂ 'ਚ ਬਹਿੰਦੇ ਹਾਂ ਅਸੀਂ, ਜੋ ਕੁਛ ਕਰਨਾ ਚਾਹੁੰਦੇ ਹਾਂ ਉੱਥੇ, ਜਿੱਦਾਂ ਦਾ ਅਸੀਂ ਬਾਕੀਆਂ ਨੂੰ ਦੇਖਦੇ ਹਾਂ, ਜਦੋਂ ਸਾਡੇ ਕੌਨਫੀਡੈਂਸ ਦੀ ਘਾਟ ਕਰਕੇ ਜਾਂ ਸਾਡੀ ਕਿਸੇ ਹੋਰ ਕਮਜ਼ੋਰੀ ਕਰਕੇ ਸਾਨੂੰ ਪਛਾੜ ਦਿੱਤਾ ਜਾਂਦਾ ਜਾਂ ਸਭ ਤੋਂ ਆਪਣੇ ਆਪ ਨੂੰ ਅੱਗੇ ਰੱਖਿਆ ਹੀ ਨਹੀਂ ਜਾ ਸਕਦਾ, ਇੱਦਾਂ ਵੀ ਵਾਪਰਦੀ ਕਈ ਵਾਰੀ, ਮੌਕੇ ਹੁੰਦੇ ਆ, ਲੋੜ ਹੁੰਦੀ ਆ ਉੱਥੇ ਖੜ੍ਹੇ ਹੋਣ ਦੀ, ਹੱਥ ਖੜ੍ਹਾ ਕਰਨ ਦੀ, ਪਰ ਅਸੀਂ ਕਨਫਿਊਜ਼ ਹੁੰਦੇ ਹਾਂ ਉਸ ਵੇਲੇ, ਕਿੰਨਾ ਕਿੰਨਾ ਦੁੱਖ ਝੱਲਦੇ ਹਾਂ ਅਸੀਂ, ਜਿਨ੍ਹਾਂ ਦੇ ਨਾਲ ਗੱਲ ਕਰਨ ਦੀ ਸਾਡੀ ਚਾਹਨਾ ਹੁੰਦੀ ਆ, ਸਾਡੇ ਸਾਨੂੰ ਪਤਾ ਹੁੰਦਾ ਯੋਗਤਾ ਵੀ ਹੈਗੀ ਆ ਸਾਡੀ, ਔਰ ਜਿਹੜੇ ਬੰਦੇ ਅੱਗੇ ਨਿਕਲ ਜਾਂਦੇ ਆ ਉਹ ਅਸੀਂ ਦੇਖਦੇ ਹਾਂ ਨਹੀਂ ਮੇਰੇ ਨਾਲੋਂ ਘੱਟ ਆ, ਪਰ ਕੌਨਫੀਡੈਂਸ ਦੀ ਘਾਟ ਜਿਹੜੀ ਲੈ ਡੁੱਬਦੀ ਆ, ਕਿਤੇ ਨਾ ਕਿਤੇ ਪਰਫੈਕਟ ਹੋਣ ਦੀ ਇੱਛਾ ਜਿਹੜੀ ਆ, ਕਿਤੇ ਨਾ ਕਿਤੇ ਅੰਦਰ ਸਾਡੇ ਕੀੜਾ ਬੜਿਆ ਦਿਮਾਗ ਦੇ ਵਿੱਚ ਇੱਦਾਂ ਬੈਠਾ ਹੁੰਦਾ ਵੀ ਜੋ ਕਰਨਾ ਆ ਬਸ ਐਨ, ਸਾਰੀ ਦੁਨੀਆਂ ਦੇ ਵਿੱਚ ਜਾਣੀ ਦੇਖ ਕੇ ਦੁਨੀਆ ਉੱਚੇ ਅੱਡੀਆਂ ਚੱਕ ਚੱਕ ਕੇ ਮੋਢਿਆਂ ਦੇ ਉੱਤੇ ਦੀ ਹੋ ਕੇ ਕਹੇ ਪਏ ਕੀਤਾ ਕਿੰਨੇ ਆ, ਉਹ ਸਾਰਾ ਕੁਛ ਸਾਡੇ ਕਮਜ਼ੋਰੀ ਵਿੱਚ, ਕੌਨਫੀਡੈਂਸ ਦੀ ਘਾਟ ਵਿੱਚੋਂ ਨਿਕਲਦਾ। ਅਸਲ ਵਿੱਚ ਬਿਮਾਰੀ ਇਹ ਹੁੰਦੀ ਆ, ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੁੰਦਾ ਵੀ ਠੀਕ ਹੋ ਜਾਊਗਾ, ਬਹਾਨਾ ਅਸੀਂ ਇਹ ਪਾਉਂਦੇ ਹਾਂ ਵੀ ਨਹੀਂ ਯਾਰ ਇਹ ਕੰਮ ਕਿਹੜਾ ਮੁੜ ਮੁੜ ਕੇ ਹੋਣਾ, ਕਾਹਲੀ ਨਾ ਕਰੀਏ। ਫੈਸਲੇ ਲੈਣ ਦੇ ਸੰਬੰਧੀ ਸਾਡੀ ਕੌਮ ਦੇ ਵਿੱਚ ਇੰਨੀਆਂ ਕੁ ਕਮਜ਼ੋਰੀਆਂ ਆ, ਇੰਨੀਆਂ ਕੁ ਕਮਜ਼ੋਰੀਆਂ ਆ ਜਿਹੜੀਆਂ ਥਾਂ ਥਾਂ 'ਤੇ ਅੱਜ ਜਿੰਨਾ ਚੀਕ ਚਿਹਾੜਾ ਪਾਇਆ ਜਾ ਰਿਹਾ ਗੁਰੂ ਦੇ ਨਾਂ ਦੇ ਉੱਤੇ, ਰੱਬ ਦੇ ਨਾਂ ਦੇ ਉੱਤੇ, ਔਰ ਦਲੀਲਾਂ ਸਾਡੀਆਂ ਇੰਨੀਆਂ ਹੋਸ਼ੀਆਂ, ਉਹ ਜਿੰਦ ਬਡਾਲੀ ਇਸ ਵਿਸ਼ੇ 'ਤੇ ਲੱਗਾ ਬੋਲਣ ਵੀ ਬੀਬੀਆਂ ਨੂੰ ਕੀਰਤਨ ਕਿਉਂ ਉੱਥੇ ਕਰਨ ਦੀ ਗੱਲ ਕੀਤੀ ਜਾ ਰਹੀ ਆ, ਕਾਂਗਰਸ ਕੌਣ ਹੁੰਦੀ ਆ ਇਹ ਗੱਲ ਕਹਿਣ ਵਾਲੀ, ਦਲੀਲ ਪਤਾ ਨੂੰ ਕੀ ਦਿੱਤੀ, ਕਹਿੰਦਾ ਅੱਜ ਬੀਬੀਆਂ ਦੇ ਦਰਬਾਰ ਸਾਹਿਬ 'ਚ ਕੀਰਤਨ ਕਰਨ ਦੀ ਗੱਲ ਹੁੰਦੀ ਹੈ ਵੀ ਸਾਨੂੰ ਇਹ ਹੱਕ ਮਰਿਆਦਾ 'ਚ ਤਾਂ ਹੈ ਨਹੀਂ, ਹੁਣ ਤੱਕ ਦੀ ਮਰਿਆਦਾ 'ਚ ਤਾਂ ਕਹਿੰਦਾ ਹੈ ਨਹੀਂ, ਅੱਜ ਕਹਿੰਦਾ ਉਹ ਕਹਿ ਰਹੀਆਂ ਵੀ ਸਾਨੂੰ ਕੀਰਤਨ ਕਰਨ ਦਾ ਹੱਕ ਦਿਓ, ਭੜਕੇ ਨੂੰ ਕਹਿਣਗੀਆਂ ਸਾਨੂੰ ਦਾੜੀ ਚਾਹੀਦੀ ਹੈ, ਜਾਣੀ ਕੋਈ ਲੌਜਿਕ ਬਣਦਾ ਇਸ ਗੱਲ ਦਾ ਆਪਦਾ, ਸੋਚਿਆ ਕਦੇ, ਸਾਡੀ ਲੜਕੀ 15-18 ਸਾਲ ਦੀ ਲੜਕੀ ਹੈ, ਮਤਲਬ ਸਕੂਲ ਜਾਂਦੀ ਆ, ਹੈ ਨਾ, ਉਹਦਾ ਪਿਓ ਆ, ਉਹਦਾ ਭਰਾ ਆ, ਇੱਦਾਂ ਦਾੜੀ ਕੇਸ ਰੱਖਿਓ ਆ, ਉਹਨੂੰ ਛੱਡ ਕੇ ਆਉਂਦਾ, ਹੁਣ 18 ਸਾਲ ਦੀ ਹੁੰਦੀ, ਉਹ ਕਹਿੰਦੀ ਮੈਨੂੰ ਕਾਰ ਲੈ ਦਿਓ, ਹੁਣ ਉਹ ਕਹੇ ਵੀ ਅੱਜ ਤੂੰ ਕਾਰ ਚਾਹੁੰਦੀ ਆ, ਭੜਕੇ ਨੂੰ ਤੂੰ ਕਹੇਂਗੀ ਮੇਰੇ ਦਾੜੀ ਵੀ ਚਾਹੀਦੀ ਆ, ਇਹ ਲੌਜਿਕ ਬਣਿਆ, ਬੱਚੇ ਨੂੰ ਕਹਿ ਕੇ ਦੇਖੇ ਬਤਾਈਦਾ ਵੀ ਅਸੀਂ ਕਾਰ ਚਲਾਉਂਦੇ ਹਾਂ, ਅਸੀਂ ਟਰੱਕ ਸਾਰਾ ਕੁਛ ਕਰਦੇ ਹਾਂ ਅਸੀਂ ਕੰਮ ਕਰ, ਹੈ ਨਾ, ਤੈਨੂੰ ਛੱਡ ਦਿੰਦੇ ਅਸੀਂ ਕੋਈ ਗੱਲ ਨਹੀਂ, ਅੱਜ ਤੂੰ ਕਾਰ ਮੰਗੀ, ਭੜਕੇ ਨੂੰ ਦਾੜੀ ਮੰਗੇਗੀ, ਇੱਦਾਂ ਦੇ ਲੌਜਿਕ ਕਿੱਥੋਂ ਨਿਕਲਦੇ ਆ ਇਹ, ਜਿਹੜੇ ਮਾਹੌਲ 'ਚ ਅਸੀਂ ਪਲ ਰਹੇ ਹਾਂ, ਕਦੇ ਸੋਚਿਆ ਸਾਡੇ ਬੱਚਿਆਂ ਦਾ ਕੀ ਬਣੂਗਾ, ਕਿੰਨੀਆਂ ਗੁਲਾਮੀਆਂ ਸਹਿਣਗੇ ਉਹ, ਆਪ ਅਸੀਂ ਕਿੰਨੀਆਂ ਤਕਲੀਫਾਂ ਵਿੱਚੋਂ ਗੁਜ਼ਰ ਕੇ, ਦਿਨ ਤਾਂ ਲੰਘ ਜਾਂਦੇ ਹੁੰਦੇ ਭਾਈ,
जून तो पशुओं की भी लंघ जाती है, पर जिहड़ा उमाह है अंदर, इसे करके तो शायद असी अवतारवाद नाल जोड़ दिता। जिहड़े लोग थोड़ा बहुता हौसला लैके आत्म विश्वास लैके जीए आ, जिहड़े जिहड़े लोगों ने साढ़े सामने जिहड़े काम असी कर नहीं सकते ना, जिहड़े काम करन वेले असी डर जाने आ, जिहड़े काम करन दे लई असी फैसला नहीं लै सकते, जदों कोई साढ़े सामने वो काम करता आ तो सानू इदां लगता पे ये कोई रब्बी अवतार, एक होर शक्ति, किसी होर शक्ति दे बनाया हुआ, किसी होर दुनिया तो आया, जद के हुंदा कख नहीं, सारा कुछ इत्थे ही आ। इक्को तरीका आया धरती दे उत्ते इंसान दे आउण दा, इत्थे साधने आ, बस ठोकरां खा के जिहड़ा अपने आप जीन्स दा फर्क हुंदा चलो ठीक है, पर वो भी एकदम असी हरनाक्ष दे घर प्रहलाद की गल, कबीर साहब वो सारे पिछों जीन्स उदां दे आए आ, गुरु नानक देव जी दे नाल, भाई जेठा जी दे नाल, पृथ्वी चंद ते गुरु अर्जन देव जी, साडा कल्ले कल सानू तां ठीक है कोई समा सी जदों ये डिस्कशन नहीं सी हुंदी, जदों दस्या नहीं सी जा रहा, साढ़े तो हुण सामने सारा कुछ आ, पश्चिम विच आ के इन्हां मुल्कां च अमेरिका आस्ट्रेलिया कनेडा न्यूजीलैंड इंग्लैंड इन्हां मुल्कां च आ के तो सानू समझ लगन लग पई आ हुण कि दुनिया किन्नी तेजी नाल अगे जा रही है, फिर कते कते नहीं असी उस स्टैप लै रहे। बच्चियां दे नाल किन्ना अनर्थ कर रहे असी, किन्ना धक्का कर रहे असी, जदों बड़े होणगे खास करके लड़कियां साडियां, जदों बड़ियां होणगियां जिदां दे घरां च असी पल के आए हैं, जिदां दे रिश्ते असी निभाए आ, असी चाहुंदे आ बच्चे भी उस घुटन विच जीण। इन्ने सोहणे मुल्कां दे अंदर इन्नियां वधिया अपॉर्चुनिटियां, इन्ना घट कंपीटीशन आ इत्थे, किन्ने मौके अगे जाने दे, उहदे बावजूद असी अपना सारा कूड़ कबाड़ लिया के पता नहीं कित्थों कित्थों, दसम ग्रंथ की गल आउंदी आ, सूरज प्रकाश की गल आउंदी आ, किसी ग्रंथ नूं किसी पोथी नूं पढ़ के उही सारा कुछ बच्चों के उत्ते मढ़दे जा रहे हैं, गुरु के नाँ के उत्ते रब के नाँ के उत्ते साडियां मर्यादावां लंगर ये जी उत्थों चलिया आ, उत्थों चलिया आ। जदों एक बारी ठंडे दिमाग दे नाल जदों गुरु नानक देव जी नूं देखांगे भी जिद्दां दा इतिहास जो कुछ इन्हां ने लिख के भेजिया उन्हां नूं परख के देख लियो, कदे जिन्हां हालातां विचों भगत कबीर जी वर्गे लंघ के आए आ, जिन्हां विचों भगत रविदास जी वर्गे लंघ के आए आ, उन्हां हालातां नूं कदे परख के देख लियो। बस झटका ही है, एक झटका इदां एक बारी इदां हलूणा जिहा खा के कदे कंपैरिजन करके देखियो भी मैं क्यों नहीं, जो कुछ मेरे सामने आ, जो जिहड़ियां अपॉर्चुनिटीज़ मेरे कोल आ, जो जिहड़े मौके मैनू दिस रहे आ, उत्थे मैं स्टैंड क्यों नहीं लै रहा। कमजोरी साडी अपनी आ, आत्म विश्वास की घाट सानू आ, फैसले असी नहीं कर पाउंदे, उहदा दोष किसी होर नूं देना ठीक है, पुजारी अगले मर्यादा बना के बैठे आ, कुछ नहीं कर सकते, तुसी बदल नहीं सकते, उन्हां नूं ढा नहीं सकते, उन्हां दे मूहरे कोई उदां दी संस्था खड़ी नहीं कर सकते, पर उत्थे जाणो तां हट सकते हैं, रोक तां सकते हैं अपने आप नूं। इन्हां मुल्कां दे अंदर एक मां नूं बच्चे पालण दे लई कि मुश्किल आ, असी कम्यूनिटी के अंदर भी आ, सानू क्यों वो लग रहा है, असी बार बार बच्चों के उत्ते उही दबाव पा के उस दलदल दे विच क्यों सिटते जा रहे हैं, जदों के उन्होंने स्कूल दे विच हर तरह की सिक्ख्या मिल रही है। जिहड़ा विधान अकाल तख्त नां दी उस संस्था के राही सानू दिता गया है, जिहड़ा विधान सानू मर्यादा के राही नितनेम के राही दिता गया है, किन्ना क गुरु ग्रंथ साहब नूं पढ़ के देख लो किहड़ी कसपट्टी ते पूरा उतरदा हो, सामने साडे सानू पता है श्रोमणी कमेटी चुनी किदां जांदी है, सानू सारिआं नूं पता पिआ अकाल तख्त दा जथेदार चुनिआ किदां जांदा है, फिर भी यह कहना भी छेवें पातशाह तों चलिआ है जी,
ਕਿ ਗੁਰੂ ਸਾਹਿਬ ਦੇ ਵੇਲੇ ਇੱਦਾਂ ਹੀ ਫੈਸਲੇ ਹੁੰਦੇ ਆਏ ਆ, ਹੁਣ ਕਿਉਂ ਟੋਕਿਆ ਜਾ ਰਿਹਾ ਆ? ਕਾਰਨ ਜਿਹੜਾ ਆ ਉਹ ਸਾਡੀ ਆਪਣੀ ਕਮਜ਼ੋਰੀ ਆ, ਸਾਡੇ ਆਪਣੇ ਆਤਮ ਵਿਸ਼ਵਾਸ ਦੀ ਘਾਟ ਆ। ਅਸੀਂ ਕਿਸੇ ਹੋਰ ਸ਼ਕਤੀ ਨੂੰ ਜਿੰਨਾ ਮਰਜ਼ੀ ਰੌਲਾ ਪਾ ਲਈਏ, ਕਿਤੇ ਨਾ ਕਿਤੇ ਅਸੀਂ ਮੰਨ ਕੇ ਬੈਠੇ ਹਾਂ ਵੀ ਇੱਕ ਹੋਰ ਤਾਕਤ ਹੈ, ਹੋਰ ਕੋਈ ਸ਼ਕਤੀ ਹੈ ਜਿਹਦਾ ਡਰ ਪਿਆ ਸਾਨੂੰ। ਨਹੀਂ ਤਾਂ ਜਿਹੜੀ ਅਰਾਜਕਤਾ ਆ ਨਾ, ਜਦੋਂ ਜਿਹੜੀ ਸਥਾਪਤੀ ਹੈ, ਜਦੋਂ ਉਹਨੂੰ ਤੋੜਨ ਦੀ ਗੱਲ ਆਉਣੀ ਆ, ਜਦੋਂ ਉਹ 'ਚ ਪਰਿਵਰਤਨ ਲਿਆਉਣ ਦੀ ਗੱਲ ਆਉਣੀ ਆ, ਤਬਦੀਲੀ ਲਿਆਉਣ ਦੀ ਗੱਲ ਆਉਣੀ ਆ, ਜਦੋਂ ਉਹਨੂੰ ਵਧੀਆ ਬਣਾਉਣ ਦੀ ਗੱਲ ਆਉਣੀ, ਜਦੋਂ ਉਹਨੂੰ ਢਾਹ ਕੇ ਕੁਛ ਹੋਰ ਖੜਾ ਕਰਨ ਦੀ ਗੱਲ ਆਉਣੀ ਆ, ਤਾਂ ਅਸੀਂ ਹੀ ਮੁੱਢਲੀ ਇਕਾਈ ਹੋਣਾ ਆ। ਸਾਡੇ ਕੋਲ ਹੀ ਉਹ ਸ਼ਕਤੀ ਆ, ਸਾਡੇ ਕੋਲ ਹੀ ਉਹ ਤਾਕਤ ਆ। ਨਹੀਂ ਤਾਂ ਧੁੰਮੇ ਵਰਗੇ ਬੰਦਿਆਂ ਦੀ ਕੀ ਔਕਾਤ ਆ ਯਾਰ? ਹੁਣ ਜਥੇਦਾਰ ਹਰਪੀ ਤਿਆ ਦੁਖੀ ਦਾ ਬੰਦਾ ਨਹੀਂ, ਉਹੋ ਜਿਹਾ ਬੰਦੇ ਗਲਾ ਇੱਦਾਂ ਬਾਂਹ 'ਚ ਗਠੜੀਆਂ ਪਾ ਕੇ ਘਰਾਂ 'ਚ ਹੱਥ ਹੁੱਥ ਦੇਖਦੇ ਫਿਰਦੇ ਹੁੰਦੇ ਆ। ਲੋਹੜੀ ਵਾਲੇ ਦਿਨਾਂ 'ਚ ਫੜ ਕੇ ਸੂਏ ਜਾਂ ਇੱਦਾਂ ਕੌਲਾਂ ਦੇ ਨਾਲ ਇੱਦਾਂ ਕਰ ਕਰਕੇ ਤੇਲ ਮੰਗਦੇ ਫਿਰਦੇ ਹੁੰਦੇ ਹੱਥੀ ਡੋਲੂ ਫੜ ਕੇ। 5-7 ਗਾਈਆਂ ਲਈਆਂ ਹੁੰਦੀਆਂ ਨੇ, 2-4 ਮੱਝਾਂ ਦੇ ਉੱਤੇ 2 ਗਠੜੀਆਂ ਰੱਖੀਆਂ ਹੁੰਦੀਆਂ। ਕਿਹੜੀ PhD ਦੀ ਗੱਲ ਕਰਦੇ, ਕਿਹੜੀਆਂ ਡਿਗਰੀਆਂ ਦੀ ਗੱਲ ਕਰਦੇ ਆ, ਕਿਹੜੇ ਆਸ਼ੀਰਵਾਦ ਦੀ ਗੱਲ ਕਰਦੇ ਆ? ਜਿਹੜਾ ਬੰਦਾ ਸਿਸਟਮ ਦੇ ਵਿੱਚ ਜਾ ਰਿਹਾ, ਪਤਾ ਨਹੀਂ ਵੀ ਕਿੱਦਾਂ ਦਾ ਸਿਸਟਮ ਆ ਉੱਥੇ, ਉਹ 'ਚ ਮਰਜ਼ ਹੋ ਹੀ ਨਹੀਂ ਸਕਦਾ ਕੋਈ। 2-4-6 ਜਿੰਨੇ ਮਰਜ਼ੀ ਮਸਲਿਆਂ ਨੂੰ ਕਦੇ ਵਿਚਾਰ ਕੇ ਦੇਖ ਲਿਓ, ਜਿਹੜਾ ਅੱਜ ਤੱਕ ਸਾਡਾ ਨੁਕਸਾਨ ਹੋਇਆ ਆ, ਉਹਦਾ ਕਾਰਨ ਇਹ ਆ ਜਿਹੜੇ ਸਾਡੇ ਵਰਗੇ ਜਿਹੜੇ ਜਾਣਦੇ ਸੀ ਉਹ ਦ੍ਰਿੜਤਾ ਦੇ ਨਾਲ ਫੈਸਲਾ ਨਹੀਂ ਲੈ ਸਕੇ। ਆਪਣੀਆਂ ਗੱਲਾਂ ਨੂੰ ਜੋ ਉਹਨਾਂ ਦੇ ਦਿਮਾਗ ਵਿੱਚ ਆ ਰਹੀਆਂ ਸੀ ਉਹਨਾਂ ਨੂੰ ਸਪਸ਼ਟ ਸ਼ਬਦਾਂ 'ਚ ਕਹਿ ਨਹੀਂ ਸਕੇ। ਕਿਤੇ ਨਾ ਕਿਤੇ ਜਾ ਕੇ ਸਵਾਰਥ ਜੁੜਦਾ ਗਿਆ। ਅਸੀਂ ਪੁਜਾਰੀ ਦੀ ਗੱਲ ਕਰਦੇ ਹਾਂ, ਉਹਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਮਹੰਤ ਬੈਠੇ ਸੀ, ਖੁੱਲੀਆਂ ਜ਼ਗੀਰਾਂ ਜ਼ਮੀਨਾਂ ਸੀਆਂ, ਜਿਹੜੀ ਗੁਰਦੁਆਰੇ ਬਿਲਡਿੰਗਾਂ ਵੱਡੀਆਂ ਬਣ ਗਈਆਂ, ਉਹਨਾਂ ਦੀ ਖੁੱਲ੍ਹੀ ਆਮਦਨ ਸੀ, ਉਹਨਾਂ ਦਾ ਆਪਣਾ ਸਵਾਰਥ ਪੂਰਾ ਹੋ ਰਿਹਾ ਸੀ। ਮੁੜ ਕੇ ਜਿਹੜੇ ਲੋਕ ਉਹਨਾਂ ਨੂੰ ਕੱਢਣ ਲੱਗੇ ਉਹਨਾਂ ਨੂੰ ਲੀਡਰੀ ਦੀ ਸੀ, ਗੁਰਦੁਆਰਿਆਂ ਦਾ ਪ੍ਰਬੰਧ ਆ ਗਿਆ ਹੱਥ ਦੇ ਵਿੱਚ, ਪੋਲੀਟਿਕਸ ਵਿੱਚ ਜਾਣ ਦੀ ਅਪਰਚੁਨਿਟੀ ਦਿਸ ਪਈ ਉਹਨਾਂ ਨੂੰ, ਬੱਲੇ ਬੱਲੇ ਹੋਣ ਲੱਗ ਪਈ, ਆਲੇ ਦੁਆਲੇ ਦੁਨੀਆ ਜਾਣਨ ਲੱਗ ਪਈ, ਉਹ ਪ੍ਰਤਿਸ਼ਠਾ ਦਾ ਪੰਗਾ ਪੈ ਗਿਆ। ਮੁੜ ਕੇ ਜਿਹੜੇ ਵਿਦਵਾਨ ਆਏ ਕਿਤਾਬਾਂ ਲਿਖਣ ਲੱਗ ਪਏ, ਗ੍ਰੰਥ ਲਿਖ ਦਿੱਤੇ ਵੀ, ਉਹਨਾਂ ਦੀ ਮਹਿਮਾ ਚਾਰੇ ਪਾਸੇ ਹੋਣ ਲੱਗ ਪਈ। ਉਹ ਤੋਂ ਬਾਅਦ ਮਿਸ਼ਨਰੀ ਆ ਗਿਆ, ਉੱਥੇ ਫਿਰ ਰੋਜੀ ਦਾ ਪੰਗਾ ਪੈ ਗਿਆ। ਹਰੇਕ ਥਾਂ ਦੇ ਉੱਤੇ ਸਵਾਰਥ ਜੁੜਿਆ ਜਾ ਰਿਹਾ ਸਾਡਾ। ਆਪਣੀਆਂ ਸ਼ਰਤਾਂ ਦੇ ਉੱਤੇ ਜ਼ਿੰਦਗੀ ਜੀਣ ਦੇ ਲਈ ਇੰਨਾ ਸੌਖਾ ਨਹੀਂ ਹੈ, ਪਰ ਉਹਦੇ ਵਿੱਚ ਮੁਸ਼ਕਿਲ ਵੀ ਕੁਛ ਨਹੀਂ ਹੈ। ਸਿਰਫ ਅਸੀਂ ਆਪਣੇ ਆਪ ਦੇ ਨਾਲ ਫੈਸਲਾ ਕਰਨਾ ਹੈ, ਕੁਛ ਨਹੀਂ ਹੋ ਸਕੂਗਾ ਇਹਨਾਂ ਮੁਲਕਾਂ 'ਚ ਜਿਹੜੇ ਲੋਕ ਬੈਠੇ। ਅੱਜ ਤਾਂ ਇੰਡੀਆ ਦੇ ਵਿੱਚ ਵੀ ਕੋਈ ਐਸੀ ਮੁਸ਼ਕਿਲ ਨਹੀਂ ਹੈ। ਉੱਠੋ, ਆਪਣਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰੋ, ਆਪਣੀ ਜੌਬ ਆ, ਜੋ ਘਰ ਦੀ ਖੇਤੀਬਾੜੀ ਆ, ਆਪਣਾ ਕੰਮ ਕਰੋ। ਇਹ ਇਹ ਪੁਜਾਰੀਵਾਦ ਜਿਹਦਾ ਅਸੀਂ ਰੌਲਾ ਪਾਉਂਦੇ, ਉਹਨੂੰ ਫਿਊਲ ਕਿੱਥੋਂ ਮਿਲ ਰਿਹਾ ਆ, ਤਾਕਤ ਕਿੱਥੋਂ ਮਿਲ ਰਹੀ ਆ ਉਹਨੂੰ? ਅਸੀਂ ਆ ਕਿਤੇ ਨਾ ਕਿਤੇ ਡਰੇ ਹੋਏ ਆ। ਆ ਦੀਵਾਲੀ ਲੰਘ ਕੇ ਗਈ ਆ, ਬੰਦੀ ਛੋੜ ਦੇ ਨਾਂ ਦੇ ਉੱਤੇ ਸਾਰੀ ਦੀਵਾਲੀ ਮਨਾਓ, ਤਾਂ ਦੀਵਾਲੀ ਮਨਾਓ ਤਾਂ ਹਿੰਦੂਆਂ ਦਾ ਤਿਉਹਾਰ ਆ ਨਾ, ਇਹ ਕਹਿ ਕੇ ਇੱਕ ਭਾਈਚਾਰਾ ਆਇਆ, ਉਹਨਾਂ ਦਾ ਤਿਉਹਾਰ ਆ, ਵਧਾਈਆਂ ਦਿਓ ਉਹਨਾਂ ਨੂੰ, ਮੇਲੇ ਲੱਗਣ ਉੱਥੇ ਜਾਓ ਖੁੱਲ੍ਹ ਕੇ, ਭੰਗੜੇ ਹੁੰਦੇ ਆ, ਕਿਤੇ ਗਿੱਧੇ ਹੁੰਦੇ ਆ, ਕੋਈ ਮੇਲਾ ਲੱਗਦਾ, ਕੋਈ ਗਾਉਣੇ ਵਾਲਾ ਆਉਂਦਾ, ਦੇਖ ਲਓ ਦੁਕਾਨਾਂ, ਮਠਿਆਈਆਂ ਖਰੀਦੋ, ਕੱਪੜੇ ਖਰੀਦੋ, ਸਫਾਈਆਂ ਕਰਨੀਆਂ ਘਰਾਂ ਦੇ ਵਿੱਚ, ਠੀਕ ਹੈ ਕੋਈ ਗੱਲ ਨਹੀਂ, ਪਰ ਇਹ ਮੰਨ ਲਓ ਵੀ ਇਹ ਹਿੰਦੂਆਂ ਦਾ ਤਿਉਹਾਰ ਆ। ਹੁਣ ਕ੍ਰਿਸਮਿਸ ਆ, ਸਾਨੂੰ ਪਤਾ ਈਸਾਈਆਂ ਦਾ ਤਿਉਹਾਰ ਆ, ਛੁੱਟੀਆਂ ਕਰਦੇ ਨਹੀਂ ਆਪਾਂ ਕ੍ਰਿਸਮਿਸ ਵਾਲੇ ਦਿਨ? ਕਿਹੜਾ ਬੰਦਾ ਹੈ ਜਿਹੜਾ ਕਹਿੰਦਾ ਵੀ ਜਾ ਕੇ ਫੈਕਟਰੀ 'ਚ ਕੰਮ ਕਰਨਾ ਮੈਂ? ਠੀਕ ਹੈ, ਸਰਕਾਰੀ ਤੌਰ 'ਤੇ ਛੁੱਟੀ ਹੁੰਦੀ ਆ, ਅਸੀਂ ਵੀ ਤਾਂ ਆਪ ਮੰਨੇ ਹੀ ਲੈਂਦੇ ਹਾਂ ਵੀ ਛੁੱਟੀ ਆ ਜੀ, ਇਹ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਘੁੰਮ ਲਵਾਂਗੇ, ਕਰ ਲਵਾਂਗੇ ਕੁਛ। ਕਿੰਨੇ ਜਣੇ ਆ ਸਾਡੇ 'ਚ ਜਿਹੜੇ ਆਪ ਜਿੱਦਾਂ ਉਹ ਕ੍ਰਿਸਮਿਸ ਦੇ ਨਾਂ ਦੇ ਉੱਤੇ, ਕ੍ਰਿਸਮਿਸ ਈਵ ਦੇ ਨਾਂ ਦੇ ਉੱਤੇ ਗੈਟ ਟੂਗੈਦਰ ਕਰਦੇ ਆ, ਅਸੀਂ ਛੁੱਟੀ ਦੇ ਨਾਂ ਦੇ ਉੱਤੇ ਕਰ ਲਈਦੀ ਆ। ਹੁਣ ਉੱਥੇ ਨਾ ਤਾਂ ਸਾਨੂੰ ਇਹ ਕਹਿਣਾ ਪੈਂਦਾ ਵੀ ਸਾਡਾ ਨਹੀਂ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਸੀ, ਨਾ ਸਾਨੂੰ ਇਹ ਆ ਵੀ ਕ੍ਰਿਸਮਿਸ ਵਾਲੇ ਦਿਨ ਅਸੀਂ ਕੋਈ ਆਪਣਾ ਹੋਰ ਤਿਉਹਾਰ ਰੱਖ ਲਿਆ। ਇੱਦਾਂ ਜਦੋਂ ਵੀ ਜੋ ਵੀ ਹੋ ਰਿਹਾ ਆ ਉਹਦੇ ਵਿੱਚ ਜਦੋਂ ਥੋੜ੍ਹੇ ਜਿਹੇ ਧਿਆਨ ਦੇ ਨਾਲ ਵਿਚਾਰ ਲਵਾਂਗੇ, ਸਪਸ਼ਟਤਾ ਜਿਹੜੀ ਆ ਆਉਣ ਲੱਗ ਪੈਣੀ ਆ।
ਉਹ ਵਿਚਾਰਾਂ ਦੇ ਵਿੱਚ ਵੀ ਆਉਣ ਲੱਗ ਪੈਣੀਆਂ, ਸਾਡੀਆਂ ਗੱਲਾਂ ਦੇ ਵਿੱਚ ਵੀ ਆਉਣ ਲੱਗ ਪੈਣੀਆਂ, ਵੀ ਬਾਕੀ ਜਿਹੜੀ ਆ ਆਪਣੀ ਐਕਸਪ੍ਰੈਸਿਵਨੈਸ ਜਿਹੜੀ ਆ ਤੁਹਾਡੀ, ਜੋ ਤੁਸੀਂ ਜੋ ਦਿਮਾਗ ਦੇ ਵਿੱਚ ਚੱਲ ਰਿਹਾ ਆ ਉਹ ਤੁਹਾਡੇ ਸ਼ਬਦਾਂ ਦੇ ਰਾਹੀਂ ਹੂ ਬਹੂ ਉੱਦਾਂ ਦਾ ਨਿਕਲੇ। ਹੁਣ ਜਦੋਂ ਤੁਹਾਡੇ ਜੋ ਅੰਦਰ ਚੱਲ ਰਿਹਾ ਆ ਉਹ ਤੁਹਾਡੇ ਸ਼ਬਦਾਂ ਰਾਹੀਂ ਡਿਲੀਵਰ ਹੋਣ ਲੱਗਿਆ, ਉਦੋਂ ਤੁਹਾਡੇ ਕੰਮਾਂ ਰਾਹੀਂ ਸਾਰਾ ਕੁਛ ਆਪ ਪ੍ਰਗਟ ਹੋ ਜਾਣਾ। ਔਰ ਜਿੱਦਾਂ ਜਿੱਦਾਂ ਤੁਸੀਂ ਉਹ ਕਰਮ ਕਰਦੇ ਜਾਣਾ ਆ ਉੱਦਾਂ ਉੱਦਾਂ ਉਹ ਵਿਚਾਰ ਜਿਹੜੇ ਤੁਹਾਡੇ ਆ, ਜੋ ਸੋਚ ਆ ਤੁਹਾਡੀ, ਹੋਰ ਪੱਕੀ ਹੁੰਦੀ ਜਾਣੀ ਆ। ਉਹ ਸੋਚ ਪੱਕੀ ਹੋ ਰਹੀ ਆ, ਉਹ ਤੋਂ ਬਾਅਦ ਜਿਹੜੇ ਸ਼ਬਦ ਆ ਸਾਡੇ ਉਹਨਾਂ ਦੇ ਵਿੱਚ ਹੋਰ ਸਪਸ਼ਟਤਾ ਆਉਂਦੀ ਜਾਣੀ ਆ। ਕੋਸ਼ਿਸ਼ ਕਰੀਏ ਉਹ ਮਨ ਬਚ ਕਰਮ ਜਿਹਨੂੰ ਕਹਿੰਦੇ ਆ, ਵੀ ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਕਹਿ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਉਹ ਤਿੰਨੇ ਇੱਕ ਲਾਈਨ ਦੇ ਵਿੱਚ ਹੋਣੇ ਸ਼ੁਰੂ ਹੋ ਗਿਆ। ਕੌਨਫੀਡੈਂਸ, ਆਤਮ ਵਿਸ਼ਵਾਸ ਆਪਣੇ ਆਪ ਵੱਧ ਜਾਣਾ। ਕੋਈ ਤਾਕਤ ਨਹੀਂ ਹੈਗੀ, ਕੋਈ ਆਲਾ ਦੁਆਲਾ ਨਹੀਂ ਹੈਗਾ ਜਿਹੜਾ ਸਾਨੂੰ ਹਿਲਾ ਸਕੂਗਾ। ਛੋਟੀਆਂ ਛੋਟੀਆਂ ਐਗਜ਼ੈਂਪਲਾਂ ਆਪਣੇ ਘਰ ਦੇ ਪ੍ਰਤੀ, ਕੋਈ ਜੇ 100, 200, 500, 1000 ਬੰਦਾ ਇਕੱਠਾ ਹੋ ਕੇ ਸਾਨੂੰ ਕਹਿਣਾ ਚਾਹੇ ਵੀ ਇਹ ਘਰ ਤੁਹਾਡਾ ਨਹੀਂ ਹੈਗਾ, ਹੋਵੇ ਸਾਡਾ, ਸਾਡੇ ਮਾਪੇ ਆ, ਭੈਣ ਭਰਾ ਆ, ਸਾਡੇ ਬੱਚੇ ਆ, ਉਹਨਾਂ ਦੇ ਪ੍ਰਤੀ ਕੋਈ ਬੰਦਾ ਦੁਬਿਧਾ ਪਾ ਸਕਦਾ ਸਾਡੇ ਅੰਦਰ? ਕਦੇ ਨਹੀਂ ਹੋ ਸਕਦਾ। ਫਿਰ ਇਹਨਾਂ ਗੱਲਾਂ ਦੇ ਪ੍ਰਤੀ ਦੁਬਿਧਾ ਕਿੱਦਾਂ ਪੈ ਜਾਂਦੀ ਹੈ? ਬਸ ਕਾਰਨ ਇਹੀ ਆ ਵੀ ਅਸੀਂ ਆਪ ਸਪਸ਼ਟ ਨਹੀਂ ਹੈਗੇ, ਅਸੀਂ ਆਪ ਕਲੀਅਰ ਨਹੀਂ ਹੈਗੇ। ਜਿੰਨਾ ਚਿਰ ਸਾਡਾ ਆਪਣੇ ਆਪ ਦੇ ਉੱਤੇ ਭਰੋਸਾ ਨਹੀਂ ਹੁੰਦਾ, ਸਾਨੂੰ ਸਭ ਤੋਂ ਵੱਧ ਕੋਈ ਨਹੀਂ ਜਾਣ ਸਕਦਾ, ਕੋਈ ਐਸਟੀਮੇਟ ਦੀ ਲੋੜ ਨਹੀਂ ਹੈਗੀ, ਪੂਰੇ ਐਕੂਰੇਟ ਹੋਵਾਂਗੇ ਅਸੀਂ 100%। ਬਸ ਕਾਰਨ ਇਹ ਆ ਵੀ ਅਸੀਂ ਕਰੇ ਦੁਕਰਮ ਦੁਖਾਵੇ ਹੋਰ, ਆਪਣੇ ਆਪ ਨਾਲ ਧੋਖਾ ਕਰ ਰਹੇ ਹੁੰਦੇ ਹਾਂ। ਜਿਹੜੀਆਂ ਤਬਦੀਲੀਆਂ ਹੁੰਦੀਆਂ, ਜਿਹੜੇ ਬਦਲਾਅ ਆਉਂਦੇ ਆ, ਉਹ ਕਿਤੇ ਇੱਦਾਂ ਨਹੀਂ ਵੀ ਰਾਤੋ ਰਾਤ ਨਹੀਂ ਆ ਜਾਂਦੇ, ਪੀੜ੍ਹੀਆਂ ਲੱਗ ਜਾਂਦੀਆਂ ਉਹਨੂੰ। ਆਪਣੀਆਂ ਲੱਤਾਂ ਮਜ਼ਬੂਤ ਕਰਕੇ ਜਿਹੜੇ ਥਾਵਾਂ 'ਤੇ ਖੜ੍ਹੇ ਆ, ਜਰਾ ਪੈਰ ਐਨ ਅੜਾ ਕੇ ਰੱਖਣੇ ਪੈਂਦੇ ਆ, ਸਟ੍ਰੈਟਜੀ ਬਣਾ ਕੇ ਲੜਨਾ ਪੈਂਦਾ, ਕਈ ਕੁਛ ਆ ਜਿਹੜਾ ਇੱਦਾਂ ਦਾ ਹੁੰਦਾ ਜਿਹਦੇ ਵਿੱਚ ਸਾਨੂੰ ਮਿਹਨਤ ਨਹੀਂ ਇੰਨੀ ਕਰਨੀ ਪੈਂਦੀ, ਕਿਸੇ ਨੂੰ ਢਾਉਣ ਲਈ ਕੁਛ ਨਹੀਂ ਕਰਨਾ ਪੈਂਦਾ, ਬਸ ਆਪਣੇ ਟੀਚੇ ਦੇ ਪ੍ਰਤੀ ਦ੍ਰਿੜ ਰਹਿਣਾ ਪੈਂਦਾ, ਸਿੱਧੇ ਖੜ੍ਹੇ ਰਹੀਏ ਉੱਥੇ, ਸਾਨੂੰ ਪਤਾ ਹੋਵੇ ਵੀ ਉਦੇਸ਼ ਕੀ ਹੈ, ਮੰਜ਼ਿਲ ਕੀ ਹੈ, ਸਾਡੀ ਜਾਣਾ ਕਿੱਥੇ ਨੂੰ ਆ। ਜਦੋਂ ਟੀਚੇ ਦੇ ਬਾਰੇ ਅਸੀਂ ਸਪਸ਼ਟ ਹੁੰਦੇ ਹਾਂ, ਉਦੋਂ ਕੋਈ ਵੀ ਰਾਹ ਦੇ ਵਿੱਚ ਆਉਂਦਾ ਆ, ਉਹ ਜਿਹੜਾ ਉਸ ਪਾਸੇ ਜਾ ਰਿਹਾ ਆ, ਉਹ ਜਿੰਨਾ ਵੀ ਸਾਨੂੰ ਟੀਚੇ ਦੇ ਨੇੜੇ ਲੈ ਕੇ ਚੱਲ ਜਾਂਦਾ ਆ, ਅਸੀਂ ਉਹਦੀ ਸਹਾਇਤਾ ਲੈ ਲੈਂਦੇ ਹਾਂ। ਪਰ ਉਹ ਉਦੋਂ ਹੋ ਸਕਦਾ ਆ ਜਦੋਂ ਅਸੀਂ ਸਪਸ਼ਟ ਹਾਂ, ਉਦੇਸ਼ ਦੇ ਪ੍ਰਤੀ ਸਪਸ਼ਟ ਆ ਅਸੀਂ। ਛੋਟੇ ਛੋਟੇ ਨੁਕਤੇ ਜਿਹੜੇ ਸਾਡੇ ਸਹਾਈ ਹੁੰਦੇ ਆ ਸਾਡੇ ਨਾਲ। ਇੱਕ ਸਰੋਤੇ ਆ ਜੀ 107 ਉੱਤੇ, ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ ਆ ਜੀ? ਠੀਕ ਠਾਕ। ਹਾਂਜੀ ਠੀਕ ਆ ਜੀ, ਕੰਮ ਕਾਰ ਵਧੀਆ ਜੀ। ਹਾਂਜੀ ਤੁਸੀਂ ਆਉਂਦੇ ਰਹੋ ਜੀ ਰੇਡੀਓ ਵਿਰਸਾ ਤੇ। ਓਕੇ ਜੀ, ਥੈਂਕ ਯੂ। ਮੈਂ ਕਿਹਾ ਤੁਸੀਂ ਮਾਰੀ ਜਾਣਾ, ਮੈਂ ਕਿਹਾ ਹੋਰ ਪੁੱਛ ਲਈ। ਠੀਕ ਠਾਕ। ਹਾਂਜੀ, ਅੱਛਾ ਸੋਰੀ ਮੈਂ ਧਿਆਨ ਨਹੀਂ ਦਿੱਤਾ। ਠੀਕ ਹੈ ਭਾਈ, ਤੁਸੀਂ ਆਪਣਾ ਰੰਗ ਦਿਖਾਉਣ ਆਉਂਦੇ ਆ, ਜਿੱਦਾਂ ਦਾ ਕੁਛ ਸਿੱਖਿਆ, ਜਿੱਦਾਂ ਦੀ ਲੈ ਕੇ ਬੈਠਾ, ਜਿੱਦਾਂ ਦੇ ਗ੍ਰੰਥਾਂ 'ਤੇ, ਜਿੱਦਾਂ ਦੇ ਵਿਸ਼ਵਾਸ ਆ ਜਿਹੜੇ ਤੁਹਾਡੇ, ਜਿੱਦਾਂ ਦੀਆਂ ਪਰੰਪਰਾਵਾਂ, ਜਿੱਦਾਂ ਦੀਆਂ ਮਰਿਆਦਾਵਾਂ 'ਤੇ ਤੁਸੀਂ ਭਰੋਸਾ ਕਰਕੇ ਬੈਠੇ ਹੁੰਦੇ ਆ, ਅੱਜ ਕਿਉਂ ਇਹ ਸਵਾਲ ਖੜ੍ਹੇ ਹੋਣ ਲੱਗ ਪਏ ਵੀ ਬਾਬਾ ਦੀਪ ਸਿੰਘ ਹੋਰਾਂ ਦੇ ਬਾਰੇ, ਮੱਸਾ ਰੰਗੜ ਦੇ ਬਾਰੇ, ਉਹ ਗੱਲਾਂ ਦੇ ਉੱਤੇ ਸਵਾਲ ਕਿਉਂ ਉੱਠਿਆ? ਉਹ ਜਿਹੜੇ ਕੰਮ, ਜਿਹੜੀਆਂ ਕਹਾਣੀਆਂ, ਜਿਹੜੀਆਂ ਘਟਨਾਵਾਂ ਸਾਨੂੰ ਇੰਦਰਾ ਨੂੰ ਸੋਧਣ ਦੀਆਂ, ਮੱਸੇ ਰੰਗੜ ਦਾ ਸਿਰ ਲਾਉਣ ਦੀਆਂ ਸਾਨੂੰ ਸੁਣਾਈਆਂ ਜਾ ਰਹੀਆਂ, ਦੱਸੀਆਂ ਜਾ ਰਹੀਆਂ ਆ, ਉਹਨਾਂ ਦੀ ਜਿਹੜੀ ਜੜ੍ਹ ਆ ਉਹ ਕਿੱਥੇ ਆ? ਕੋਈ ਕਿਉਂ ਨਹੀਂ ਜਵਾਬ ਦੇ ਰਿਹਾ ਇਸ ਗੱਲ ਦਾ?
ਅਸੀਂ ਕਿੰਨੀ ਵਾਰੀ ਗੱਲ ਕੀਤੀ ਆ ਵੀ ਜਦੋਂ ਆ 84 ਵੇਲੇ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਈਵਨ ਬੇਅੰਤ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਕਿਸੇ ਨੇ ਇੰਦਰਾ ਗਾਂਧੀ ਆ ਦੇਸ਼ ਦੀ ਪ੍ਰਧਾਨ ਮੰਤਰੀ ਆ ਠੀਕ ਹੈ ਜੀ ਉਹਨੇ ਨੌਕਰੀ ਦਿੱਤੀ ਆ ਉਹਨਾਂ 'ਤੇ ਭਰੋਸਾ ਕੀਤਾ ਹਥਿਆਰ ਉਹਨਾਂ ਨੂੰ ਸਪਲਾਈ ਕੀਤੇ ਵੀ ਤੁਸੀਂ ਰਖਵਾਲੀ ਕਰਨੀ ਟ੍ਰੇਨਿੰਗ ਦਵਾਈ ਉਹਨਾਂ ਨੂੰ ਠੀਕ ਹੈ ਜੀ ਉਹਨੇ ਆਪਣੀ ਜੌਬ ਦੇ ਨਾਲ ਕੁਤਾਹੀ ਕੀਤੀ ਆ ਭਰੋਸਾ ਤੋੜਿਆ ਆ ਉਹਨਾਂ ਦੇ ਦਿੱਤੇ ਹੋਏ ਇੰਦਰਾ ਗਾਂਧੀ ਦੇ ਸਰਕਾਰ ਦੇ ਦਿੱਤੇ ਹੋਏ ਹਥਿਆਰਾਂ ਨੂੰ ਵਰਤ ਕੇ ਉਹਦਾ ਜਿੱਦਾਂ ਸਾਨੂੰ ਦੱਸਿਆ ਗਿਆ ਵੀ ਇੱਦਾਂ ਕਤਲ ਹੋਇਆ ਕਤਲ ਹੋ ਗਿਆ ਮੋਹਰਿਓਂ ਉਹਦੀ ਰਖਵਾਲੀ ਕਰਨ ਵਾਲਿਆਂ ਨੇ ਉਹਨਾਂ ਦੇ ਗੋਲੀ ਮਾਰ ਦਿੱਤੀ ਬੇਅੰਤ ਸਿੰਘ ਉੱਥੇ ਥਾਂ ਦੇ ਉੱਤੇ ਅਸੀਂ ਉਹਨੂੰ ਕਹਿੰਦੇ ਸ਼ਹੀਦ ਹੋਇਆ ਹੋਰ ਕਿੰਨੇ ਜਣੇ ਆ ਸਾਡੇ ਆਲੇ ਦੁਆਲੇ ਜਿਨ੍ਹਾਂ ਦੇ ਬਾਰੇ 'ਚ ਅਸੀਂ ਇਹ ਗੱਲਾਂ ਸ਼ਹੀਦ ਦਾ ਰੁਤਬਾ ਜਿਹੜਾ ਆ ਉਹਨਾਂ ਨੂੰ ਦਿੰਦੇ ਹਾਂ ਖਾੜਕੂ ਲਹਿਰ ਦੇ ਵੇਲੇ ਕਿੰਨੇ ਜਣੇ ਜਿਹੜੇ ਆਪਸੀ ਲੜਾਈਆਂ ਦੇ ਵਿੱਚ ਵੀ ਪੁਲਿਸ ਦੇ ਹੱਥੋਂ ਵੀ ਲੁੱਟਾਂ ਖੋਹਾਂ ਕਰਦੇ ਵੀ ਉੱਥੇ ਬੈਂਕ ਲੁੱਟਣ ਗਏ ਆ ਪੁਲਿਸ ਦੀ ਗੋਲੀ ਚੱਲ ਕੇ ਮਰ ਗਿਆ ਤਾਂ ਸ਼ਹੀਦ ਹੋ ਗਿਆ ਅਤੇ ਦਸਵੇਂ ਪਾਤਸ਼ਾਹ ਨੂੰ ਸ਼ਹੀਦ ਕਿਉਂ ਨਹੀਂ ਕਿਹਾ ਸਾਡੀ ਕੌਮ ਨੇ ਕਿੱਥੇ ਕਿਹੜੀ ਕਮਜ਼ੋਰੀ ਸੀ ਜਦਕਿ ਇਤਿਹਾਸ ਲਿਖਣ ਵਾਲੇ ਨੇ ਤਾਂ ਇਹ ਲਿਖਿਆ ਨਾ ਵੀ ਸੂਬਾ ਸਰਹੰਦ ਵੱਲੋਂ ਭੇਜੇ ਹੋਏ ਦੋ ਪਠਾਣਾਂ ਨੇ ਛੁਰਾ ਮਾਰਿਆ ਸੀ ਫਿਰ ਸ਼ਹੀਦ ਕਿਉਂ ਨਹੀਂ ਉਹ ਫੈਸਲਾ ਕਿਹਨੇ ਕੀਤਾ ਹੁਣ ਜੋ ਕੁਛ ਸੂਰਜ ਪ੍ਰਕਾਸ਼ ਨੇ ਲਿਖਿਆ ਆ ਵੀ ਉਹਨਾਂ ਨੇ ਆਪਣੇ ਹੱਥੀਂ ਚਿਤਾ ਤਿਆਰ ਕੀਤੀ ਆ ਸਣੇ ਘੋੜੇ ਚੱਲ ਗਏ ਆ ਅਤੇ ਜਾ ਕੇ ਮੁੜ ਕੇ ਪਤਾ ਹੀ ਨਹੀਂ ਲੱਗਾ ਵੀ ਉੱਥੇ ਕੋ ਅਰਥ ਅਸਥੀਆਂ ਲੱਭੀਆਂ ਨਹੀਂ ਉੱਥੋਂ ਕੁਛ ਵੀ ਬਸ ਹੱਥ ਹਿਲਦਾ ਦਿਸਿਆ ਇੱਦਾਂ ਉਹ ਧੱਕਾ ਗੁਰੂ ਸਾਹਿਬ ਦੇ ਨਾਲ ਕਿਹਨੇ ਕੀਤਾ ਉਹ ਪੁਜਾਰੀ ਅੱਜ ਉਹੀ ਲਾਣਾ ਅੱਜ ਸਾਡੇ ਸਿਰਾਂ ਦੇ ਉੱਤੇ ਆ ਕੇ ਬਹਿਣਾ ਚਾਹੁੰਦਾ ਸਾਡੇ ਨਾਲ ਦੋ ਸਰੋਤੇ ਆ ਜੀ ਪਹਿਲਾਂ 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਗੱਪੀ ਉਹ ਕਿੱਦਾਂ ਗੱਪੀਆ ਉਹ ਭਰਾਵਾ ਤੂੰ ਘਰੇ ਵੀਰਾ ਇੱਕ ਸੈਕਿੰਡ ਤੁਸੀਂ ਗੱਲ ਕਰ ਸਕਦੇ ਮੜ ਜਾਈ ਨਹੀਂ ਫੋਨ ਕੱਟ ਗਿਆ ਭਾਈ ਜਿਹੜਾ ਵੀ ਹੈਗਾ ਤੂੰ ਤੇਰੇ ਘਰੇ ਜੇ ਤੂੰ ਕਹਿ ਰਿਹਾ ਨਾ ਭੈਣ ਦੇ ਨਾਂ ਨਾਲ ਜਿਹੜਾ ਸ਼ਬਦ ਵਰਤਿਆ ਆ ਭੈਣ ਆਪਣੀ ਭੈਣ ਨੂੰ ਕਹਿ ਹੁੰਦਾ ਤਰਸਾਉਂਦਾ ਸਾਨੂੰ ਉਹਨਾਂ ਔਰਤਾਂ ਦੇ ਉੱਤੇ ਉਹਨਾਂ ਬੀਬੀਆਂ ਦੇ ਉੱਤੇ ਤੁਹਾਡੀਆਂ ਭੈਣਾਂ ਤੁਹਾਡੀਆਂ ਬੱਚੀਆਂ ਦੇ ਉੱਤੇ ਫਿਰ ਵੀ ਇੱਕ ਗੱਲ ਤੁਹਾਨੂੰ ਕਹਾਂਗੇ ਵੀ ਆਪਣੇ ਘਰ ਜਾਓ ਤੁਹਾਡੇ ਘਰੇ ਮਾਂ ਵੀ ਹੋਊਗੀ ਭੈਣ ਵੀ ਹੋਊਗੀ ਤੁਹਾਡੀ ਧੀ ਵੀ ਹੋਊਗੀ ਹੋ ਆਪਣੀ ਨਾ ਹੋਊਗੀ ਚਾਚੇ ਤਾਏ ਮਾਸੀ ਦੀ ਕੁੜੀ ਹੋਊਗੀ ਤੁਹਾਨੂੰ ਕੋਈ ਨਹੀਂ ਰੋਕਦਾ ਜੋ ਮਰਜ਼ੀ ਕਰੋ ਕਮ ਸੇ ਕਮ ਇਹ ਖਲਾਰਾ ਆਲੇ ਦੁਆਲੇ ਤਾਂ ਨਾ ਪਾਓ ਜਿੰਨੇ ਸ਼ਬਦ ਤੁਸੀਂ ਵਰਤ ਰਹੇ ਹਾਂ ਤੁਹਾਡੀਆਂ ਬੱਚੀਆਂ ਦੇ ਅੰਦਰ ਸਭ ਤੋਂ ਪਹਿਲਾਂ ਲਾਗ ਲੱਗਣੀ ਲਗਨ ਲੱਗਣੀ ਆ ਵੀ ਇਹ ਹੈ ਕੀ ਇਹ ਪ੍ਰਕਿਰਿਆ ਜਿਹੜੀ ਮੇਰੇ ਘਰ ਦੇ ਮੇਰੇ ਭਰਾ ਬਾਕੀਆਂ ਨੂੰ ਕਹਿ ਰਿਹਾ ਹੈ ਕੀ ਇਹਦੇ ਵਿੱਚ ਕਿੰਨਾ ਕੁ ਸਵਾਦ ਹੋਊਗਾ ਫਿਰ ਪਿੱਟਣ ਪਿੱਟ ਸਿਆਪਾ ਸ਼ੁਰੂ ਕਰ ਦਿਓ ਤੁਸੀਂ ਹੁਣ ਕਿੱਥੇ ਗੱਲ ਚੱਲਦੀ ਆ ਤੂੰ ਫੋਨ ਕੀਤਾ ਤੂੰ ਕੋਈ ਗੱਲ ਕਰ ਲਾ ਤਾਂ ਆ ਕੇ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਗੁਰੂ ਫਤਿਹ ਵੀਰ ਜੀ ਗੁਰੂ ਫਤਿਹ ਜੀ ਵੀਰ ਜੀ ਆ ਜਿਹੜਾ ਭਾਈ ਆਇਆ ਸੀਗਾ ਟਕਸਾਲੀ ਸੀਗਾ ਇਹ ਤੇ ਆਪਾਂ ਇੱਕ ਗੱਲ ਦੱਸਦਿਆਂ ਤੁਹਾਨੂੰ ਮੈਂ ਬੁੱਕ ਪੜ੍ਹੀ ਸੀਗੀ ਮਾਰਕ ਟੋਲੀ ਦੀ ਪਿੱਛੇ ਜੇ ਦੋ ਕੁ ਵੀਕਾਂ ਹੋਈਆਂ ਹਨਾ ਹਾਂਜੀ ਉਹਦੇ ਚ ਇੱਕ ਜ਼ਿਕਰ ਆਉਂਦਾ ਬੀਬੀ ਅਮਰਜੀਤ ਕੌਰ ਦਾ ਠੀਕ ਆ ਉਹ ਬੀਬੀ ਅਮਰਜੀਤ ਕੌਰ ਸੀਗੀ ਫੌਜਾ ਸਿੰਘ ਦੀ ਘਰ ਵਾਲੀ ਜਿਹੜਾ ਫੌਜਾ ਸਿੰਘ ਗਿਆ ਸੀਗਾ ਭਿੰਡਰਾਂ ਵਾਲੇ ਦੇ ਕਹਿਣ ਤੇ ਉਹਦੇ ਨਾਲ ਨਿਰੰਕਾਰੀ ਵਾਲੇ ਨਾਲ ਲੜਨ ਹਨਾ ਹਾਂਜੀ ਤੇ ਇਹ ਗਿਆ ਪਹਿਲਾਂ ਨਿਹੰਗਾਂ ਦੇ ਬੁੰਗੇ ਵੱਲ ਜਾਣੀ ਦੀ ਫੌਜਾ ਸਿੰਘ ਉਹਨਾਂ ਵੱਲ ਉਥੋਂ ਉਹਨਾਂ ਦੇ ਨਾਲ ਹੋਇਆ ਤੇ ਵਿੱਚੋਂ ਖਿਸਕ ਗਿਆ ਤੇ ਮਾਰਕ ਟੁੱਲੀ ਦੇ ਅਨੁਸਾਰ ਉਹ ਬੀਬੀ ਇਹਨੂੰ ਉੱਥੇ ਇੰਨਾ ਬੋਲਿਆ ਕਰੇ ਹਰਿਮੰਦਰ ਸਾਹਿਬ ਕੰਪਲੈਕਸ ਚ ਇਹਦੇ ਮੂੰਹ ਚੋਂ ਆਵਾਜ਼ ਨੀ ਸੀ ਨਿਕਲਦੀ ਉਹਦੀਆਂ ਗੱਲਾਂ ਦੀ ਜਣੇ ਦੀ ਦੱਬ ਕੇ ਉਹ ਰਗੜਾ ਲਾਉਂਦੀ ਸੀ ਇਹਨੂੰ ਉੱਥੇ ਵੀ ਮੇਰਾ ਬੰਦਾ ਮਰਾਤਾ ਤੈਨ ਤੂੰ ਹੈ ਨੀ ਕਿਸੇ ਕੰਮ ਦਾ ਤੂੰ ਬਣਿਆ ਬੈਠਾ ਇੱਥੇ ਤੇ ਜਣੇ ਦੀ ਇਹਦੇ ਕੋਲ ਕੋਈ ਉਹਦੀਆਂ ਗੱਲਾਂ ਦਾ ਜਵਾਬ ਨੀ ਸੀ ਹੁੰਦਾ ਭਿੰਡਰਾਂ ਵਾਲੇ ਕੋਲ ਹਾਂਜੀ
ਹਾਂ ਉਹਦੇ ਚ ਰੈਫਰੈਂਸ ਉਹਦੇ ਚ ਦੇ ਸਕਦਾ ਜੀ ਬੁੱਕ ਚੋਂ ਨਹੀਂ ਮੈਂ ਮੈਂ ਪੜ੍ਹੀ ਹੈ ਮਾਰਕ ਟੱਲੀ ਦੀ ਕਿਤਾਬ ਪੜ੍ਹੀ ਹੈ ਮੈਂ ਉਹਦੇ ਚ ਇੱਕ ਖਿਆਲ ਰੱਖਿਓ ਕਿਉਂਕਿ ਉਹ ਪੱਤਰ ਪ੍ਰੇਰ ਕੇ ਸੀਗਾ ਉਹ ਮਾਰਕ ਟੱਲੀ ਵੀ ਏਦਾਂ ਨਹੀਂ ਕੋਈ ਤੁਸੀਂ ਏਦਾਂ ਨਹੀਂ ਕਰ ਸਕਦੇ ਵੀ ਉੱਥੇ ਕੋਲ ਬੈਠਾ ਸੀ ਉਹ ਉਹ ਸਾਰਿਆਂ ਨੂੰ ਪਤਾ ਆ ਜੋ ਕੁਛ ਅਮਰਜੀਤ ਕੌਰ ਕਹਿੰਦੀ ਸੀ ਕਿਉਂਕਿ ਇਸ਼ਤਿਹਾਰ ਵੱਡੇ ਵੱਡੇ ਪੋਸਟਰ ਬਣਾ ਕੇ ਉੱਥੇ ਵੰਡਦੀ ਰਹੀ ਆ ਕਰਦੀ ਰਹੀ ਆ ਉਹ ਸਾਰਿਆਂ ਨੂੰ ਪਤਾ ਆ ਉਹ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਜਦੋਂ ਨਾ ਅਸੀਂ ਇੱਦਾਂ ਜਿਹੜਾ ਸ਼ਬਦ ਤੁਸੀਂ ਵਰਤਿਆ ਪਈ ਭਿੰਡਰਾਂ ਵਾਲੇ ਦੇ ਕਹਿਣ ਤੇ ਫੌਜਾਂ ਸਿੱਘ ਗਿਆ ਆ ਆਪਣੀ ਜਗ੍ਹਾ ਤੇ ਉਹਨਾਂ ਦਾ ਸਮਾਗਮ ਚੱਲਦਾ ਸੀਗਾ ਇਹ ਆਪਣੀ ਜਗ੍ਹਾ ਤੇ ਬੈਠੇ ਸੀ ਉਹ ਇੱਕ ਇੱਕ ਅਖੰਡ ਕੀਰਤਨੀ ਜਥੇ ਵਾਲੇ ਤੁਰ ਪਏ ਇਹ ਨਹੀਂ ਤੁਰੇ ਉਸ ਵੇਲੇ ਉਹ ਐਵੇਂ ਇਹ ਰੌਲਾ ਪਾਇਆ ਜਾ ਰਿਹਾ ਜਾਣੀ ਵੀ ਭਿੰਡਰਾਂ ਵਾਲਾ ਇੱਦਾਂ ਕਹਿੰਦਾ ਸੀ ਨੰਕਾਰੀ ਨੂੰ ਇੱਦਾਂ ਦੀ ਨਹੀਂ ਗੱਲ ਸੀ ਕੋਈ ਵੀ ਠੀਕ ਆ ਉਹ 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 ਹੋਇਆ ਜਾਣੀ ਠੀਕ ਆ ਪੇ ਉਹ ਲਾਲਾ ਲਾਲਾ ਹੋ ਗਿਆ ਇੱਦਾਂ ਪੇ ਇੱਦਾਂ ਲੱਗਣ ਨਹੀਂ ਦੇਣਾ ਠੀਕ ਆ ਟਕਸਾਲ ਵੀ ਕਹਿੰਦੀ ਸੀ ਅਖੰਡ ਕੀਰਤਨੀ ਜੱਥਾ ਵੀ ਕਹਿੰਦਾ ਸੀ ਉਹ ਖੜ ਗਏ ਇਹ ਗਏ ਨਹੀਂ ਨਾਲ ਉਹ ਬੰਦੇ ਸਾਰੇ ਟਕਸਾਲ ਦੇ ਗਏ ਆਪਣੇ ਅਖੰਡ ਕੀਰਤਨੀ ਜੱਥੇ ਦੇ ਗਏ ਚਲੋ ਠੀਕ ਆ ਵੀਰੇ ਨਹੀਂ ਉੱਥੇ ਜੀ ਮੈਂ ਜੀ ਦੂਜਾ ਆਪਣੇ ਸ਼ਬਦ ਥੋੜੇ ਵਾਪਸ ਲੈਣਾ ਕਿਉਂਕਿ ਕੋਈ ਸਟੇਟਮੈਂਟ ਗਲਤ ਦੇਣੀ ਨਹੀਂ ਚਾਹੀਦੀ ਨਹੀਂ ਨਹੀਂ ਕੋਈ ਨਹੀਂ ਕੋਈ ਪੜਿਆ ਸੀ ਹਨਾ ਮਾੜਾ ਮੋਟਾ ਕਹਿਤਾ ਨਹੀਂ ਨਹੀਂ ਕਿਉਂਕਿ ਕੋਈ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ ਹਨਾ ਨੋ ਵਰੀ ਕੋਈ ਨਹੀਂ ਵੀਰ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਜੀ ਇੱਕ ਗੱਲ ਹੋਰ ਕਹਿਣੀ ਸੀ ਕੱਲ ਨਾ ਆਪਣੇ ਮੈਂ ਰਿਪੀਟ ਸੁਣਦਾ ਸੀ ਪ੍ਰੈਕਟੀਕਲੀ ਪਤਾ ਲੱਗ ਜਾਂਦਾ ਵੀ ਵਾਕਿਆ ਇਦਾਂ ਦੇ ਆ ਹਾਂਜੀ ਥੈਂਕ ਯੂ ਵੀਰੇ ਓਕੇ ਜੀ ਜੀ ਸੁਣਦੇ ਆ ਪ੍ਰੋਗਰਾਮ ਨਾ ਕੈਰੀ ਆਨ ਥੈਂਕ ਯੂ ਵਟਸਐਪ ਦੇ ਉੱਤੇ ਤੁਸੀਂ ਆਉਨੇ ਰਹੋ ਜੀ ਹੈਲੋ ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਗੁਰਤੇਜ ਸਿੰਘ ਬੋਲਦਾ ਜੀ ਲੁਧਿਆਣੇ ਤੋਂ ਲਹਿਰੇ ਤੋਂ ਹਾਂਜੀ ਭਾਜੀ ਮੈਂ ਆ ਜਿਹੜੇ ਦੋ ਪਹਿਲਾਂ ਨਾ ਡੰਗਰ ਟੱਕਰਾਂ ਮਾਰ ਕੇ ਗਏ ਇੱਕ ਗਾਲ ਜੀ ਕੱਢ ਕੇ ਗਿਆ ਇੱਕ ਮਰ ਜਾਣ ਬਾਰੇ ਸਟੇਟਮੈਂਟ ਦੇ ਕੇ ਗਿਆ ਉਹ ਪਹਿਲਾਂ ਤਾਂ ਮੈਂ ਉਹ ਮਰ ਜਾਣ ਜਿਹੜਾ ਮਰ ਜਾਣ ਵਾਲਾ ਕਹਿੰਦਾ ਸੀਗਾ ਪਹਿਲਾਂ ਤਾਂ ਮੈਂ ਉਹ ਡੰਗਰ ਨੂੰ ਕਹਿਣਾ ਵੀ ਡੰਗਰਾ ਜੇ ਤਾਂ ਮਰ ਜਾਣਾ ਤਾਂ ਇੱਥੇ ਰਿਹਾ ਕਿਹੜਾ ਐ ਮਰਿਆ ਤਾਂ ਤੇਰਾ ਪਿਓ ਵੀ ਹੋਊ ਤੇਰਾ ਦਾਦਾ ਵੀ ਹੋਊ ਤੂੰ ਉਹਦੇ ਪਿਓ ਨੂੰ ਜਾਂ ਆਪਣੇ ਦਾਦੇ ਨੂੰ ਏਦਾਂ ਕਿਹਾ ਸੀ ਵੀ ਉਹ ਤੂੰ ਬਾਪੂ ਠੀਕ ਹੈ ਤੈਂ ਮਰ ਜਾਣਾ ਕੱਲ ਨੂੰ ਹੈ ਤੇ ਫਿਰ ਫਿਰ ਰਿੰਗ ਕੇ ਆਪ ਹੀ ਭੱਜ ਵੀ ਗਿਆ ਟਾਂਗਾ ਖਾਧੀਆਂ ਵੀ ਇਹਨੂੰ ਪਤਾ ਵੀ ਹੁਣ ਮੈਂ ਰਿੰਗ ਤਾਂ ਪਿਆ ਇੱਥੇ ਛਿੱਤਰ ਪੈਣਗੇ ਤੇ ਟਾਂਗਾ ਪੈਣਗੀਆਂ ਫਿਰ ਭੱਜ ਵੀ ਗਿਆ ਨਹੀਂ ਨਹੀਂ ਕਿਤੇ ਵੀ ਨਹੀਂ ਦੇਖੋ ਜੀ ਜਦੋਂ ਇਹ ਇਹੋ ਜਿਹੀਆਂ ਗੱਲਾਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਕਹਿ ਦੇਣ ਵੀ ਦੇਖੋ ਜੀ ਇਹ ਗੱਲਾਂ ਰੇਡੀਓ ਵਾਲੇ ਕਹਿੰਦੇ ਅਸੀਂ ਆਹ ਜਵਾਬ ਦੇਣਾ ਉਹਨੇ ਥੁੱਕਣਾ ਇਹਨਾਂ ਦੇ ਉੱਤੇ ਹਾਂਜੀ ਹਾਂਜੀ ਤੇ ਇੱਕ ਆ ਦੂਜਾ ਫਿਰ ਜਿਹੜਾ ਗਾਲ ਕੱਢ ਕੇ ਗਿਆ ਤੇ ਮੈਂ ਇਹ ਚਾਹੁੰਦਾ ਵੀ ਨਾ ਨਾ ਮੈਂ ਤੇ ਇਹਨੂੰ ਇਹ ਨੀ ਕਹਿੰਦਾ ਵੀ ਇਹ ਆਪਣੀ ਟਕਸਾਲੀ ਹੋਊ ਪਰ ਮੈਂ ਆਪਣੀ ਦੱਸਦਾ ਜਾਂ ਇਹ ਟਕਸਾਲੀ ਹੋਣਾ ਕਿਸੇ ਸੰਪਰਦਾ ਨਾ ਕਿਸੇ ਡੇਰੇਦਾਰ ਨਾਲ ਜੁੜਿਆ ਹੀ ਹੋਊ
ਤੜਕੇ ਤੜਕੇ ਇਹਨੂੰ ਇੰਨੀਆਂ ਮਿਰਚਾਂ ਲੱਗੀਆਂ ਸਾਜਰੇ ਹਜੇ 7 ਵਜੇ ਨਹੀਂ ਹੈਗੇ ਤੇ ਇਹ ਤੜਕੇ ਹੀ ਉੱਠ ਕੇ ਆਪਦੇ ਆਗੂਆਂ ਵੱਲ ਦੇਖੇ ਵੀ ਸਾਨੂੰ ਆਹ ਕੁਛ ਸਿਖਾਇਆ ਆਹੀ ਕੁਛ ਇਹਨਾਂ ਦੇ ਆਗੂਆਂ ਉਦੋਂ ਕੀਤਾ ਹੋਣਾ ਆਹੀ ਕੁਛ ਆਹੀ ਟੱਕਰਾਂ ਇਹਨਾਂ ਨੇ ਇਹਨਾਂ ਦੇ ਆਗੂਆਂ ਨੇ ਉਦੋਂ ਟੱਕਰਾਂ ਮਾਰੀਆਂ ਹੋਣੀਆਂ ਨੇ ਜਿਹੜਾ ਇੰਨਾ ਪਿੱਛੇ ਮੁਲਕ ਮਰਵਾ ਕੇ ਸੁੱਟ ਦਿੱਤਾ ਨਹੀਂ ਜੀ ਸਵੇਰੇ ਉੱਠ ਕੇ ਗਾਲ ਕੱਢ ਸਕਦੇ ਆ ਭਾਜੀ ਪਹਿਲਾਂ ਤੋਂ ਜੀ ਇਹੀ ਕੁਛ ਕਰਦੇ ਆਏ ਆ ਇਕੱਲੀ ਅੱਜ ਦੇ ਆਗੂਆਂ ਦੀ ਨਹੀਂ ਗੱਲ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹ ਨਾਲ ਦੀ ਨਾਲ ਬੈਠੇ ਉਹ ਸ਼੍ਰੀ ਚੰਦ ਦੀ ਉਹਦਾ ਕੋਲਮਾ ਆ ਸਾਰਾ ਬਿਲਕੁਲ ਭਾਜੀ ਉਹੀ ਤਾਂ ਸ਼ਰਮ ਆਉਂਦੀ ਆ ਇੱਦਾਂ ਦੇ ਬੰਦਿਆਂ ਨੂੰ ਕਹਿੰਦੇ ਵੀ ਇਹ ਸਾਡੇ ਆਗੂ ਨੇ ਆਹ ਜਥੇਦਾਰਾਂ ਨੂੰ ਇਹ ਹਰਪ੍ਰੀਤ ਆਉਣੀ ਹੁਣ ਸੁਰਿੰਦੇ ਹੀ ਹੋਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਆਹ ਸਾਡੇ ਲਾਣੇ ਚੋਂ ਦੇਖੋ ਕਿੱਦਾਂ ਦੀਆਂ ਟੱਕਰਾਂ ਮਾਰ ਮਾਰ ਜਾਂਦੇ ਨੇ ਕਿੱਦਾਂ ਦੀਆਂ ਬੋਲੀਆਂ ਬੋਲਦੇ ਜਾਣਗੇ ਇਹ ਹੌਸਲਾ ਵਧਾਉਂਦੇ ਆ ਜੀ ਸਾਡਾ ਵਧੀਆ ਆ ਸਾਡਾ ਹੌਸਲਾ ਵਧਾਉਂਦੇ ਆ ਉਹੀ ਆ ਮੈਂ ਪਿੱਛੇ ਜੇ ਨਾ ਇੱਕ ਮੈਨੂੰ ਮੈਂ ਸ਼ੇਅਰ ਕਰਦਾ ਹੁੰਦਾ ਪੋਸਟ ਆਪਣੀ ਜਾਂ ਆਪਣਾ ਪ੍ਰੋਗਰਾਮ ਜਾਂ ਲਾਈਵ ਜਿਹੜੀ ਵਾਚਿੰਗ ਪਾਰਟੀ ਆ ਉਹ ਕਰ ਦਿੰਦਾ ਹੁੰਦਾ ਮੈਨੂੰ ਇੱਕ ਕਹਿੰਦਾ ਵੀ ਨੇਕੀ ਤੇਰੀ ਭੂਆ ਦਾ ਮੁੰਡਾ ਲੱਗਦਾ ਵੀ ਜਿਹੜਾ ਤੂੰ ਉਹਦਾ ਪ੍ਰੋਗਰਾਮ ਸ਼ੇਅਰ ਕਰੀ ਜਾਂਦਾ ਮੈਂ ਅੱਗੋਂ ਉਹਨੂੰ ਜਵਾਬ ਦੇਣਾ ਸੀ ਮੇਰਾ ਜਵਾਬ ਸੁਣਨ ਤੋਂ ਭੱਜ ਗਿਆ ਪਹਿਲਾਂ ਹੀ ਮੈਂ ਆ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਜੇ ਉਹ ਸੁਣਦਾ ਹੋਊ ਭਲਾ ਜੇ ਉਹ ਸੁਣਦਾ ਮੈਂ ਸ਼ੇਅਰ ਕਰਨਾ ਸੁਣਦਾ ਤਾਂ ਹੋਊਗਾ ਹੀ ਉਹ ਮੈਂ ਉਹਨੂੰ ਪ੍ਰੋਗਰਾਮ ਦੇ ਮਾਧਿਅਮ ਇਹ ਜਵਾਬ ਦੇਣਾ ਵੀ ਭਾਈ ਜੇ ਨੇਕੀ ਮੇਰੀ ਭੂਆ ਦਾ ਮੁੰਡਾ ਨੀ ਨਾ ਹੈਗਾ ਤਾਂ ਤੇਰਾ ਵੀ ਬਾਪੂ ਨੀ ਹੈਗਾ ਵੀ ਜਿਹੜਾ ਤੂੰ ਉਹਦੇ ਤੇ ਜੈਲਸ ਕਰੀ ਜਾਂਦਾ ਮੈਂ ਆਪਣੀ ਫੇਸਬੁੱਕ ਤੇ ਪ੍ਰੋਗਰਾਮ ਸ਼ੇਅਰ ਕਰਦਾ ਤੇਰਾ ਉਹੀ ਢਿੱਡ ਮੱਚੀ ਜਾਂਦਾ ਮਤਲਬ ਕਹਿਣ ਦਾ ਵਿਰੋਧੀ ਭਾਜੀ ਸੁਣਦੇ ਵੀ ਨੇ ਇੱਦਾਂ ਥੋੜੀ ਰੋਕ ਲੈਣਗੇ ਉਹ ਗੱਲਾਂ ਉਹਨਾਂ ਨੂੰ ਪਤਾ ਵੀ ਨੇ ਭਾਜੀ ਗੱਲਾਂ ਉਹਨਾਂ ਨੂੰ ਸਾਰੀਆਂ ਪਤਾ ਵੀ ਨੇ ਪਰ ਜਿਹੜੀਆਂ ਕਮੀਣਗੀਆਂ ਢਿੱਡ ਚ ਰੱਖੀ ਬੈਠੇ ਨੇ ਨਾ ਉਹ ਉਹਨਾਂ ਤੋਂ ਹਜ਼ਮ ਨਹੀਂ ਹੋ ਰਹੀ ਨਾਲੇ ਜਿੱਦਾਂ ਦੀ ਔਕਾਤ ਹੁੰਦੀ ਆ ਉਹ ਛੁਪਦੀ ਨਹੀਂ ਜੀ ਉਹ ਤਾਂ ਪ੍ਰਗਟ ਹੋ ਕੇ ਰਹਿੰਦੀ ਹੁੰਦੀ ਆ ਬਿਲਕੁਲ ਕਹਿੰਦਾ ਤੁਸੀਂ ਗਲਤ ਨਾ ਕਹੋ ਬਾਕੀ ਕਹਿੰਦਾ ਸਾਰੇ ਡੇਰੇਦਾਰ ਝੂਠੇ ਸਾਰੇ ਸੰਤ ਝੂਠੇ ਤੁਸੀਂ ਪਿੰਡਰਾਂ ਵਾਲੇ ਨੂੰ ਮੈਂ ਕਿਹਾ ਪਿੰਡਰਾਂ ਵਾਲਾ ਵੀ ਸੰਤ ਹੀ ਸੀ ਉਹ ਵੀ ਸੰਤ ਹੀ ਬਣੀ ਬੈਠਾ ਉਹ ਵੀ ਤਾਂ ਸੂਰਜ ਪ੍ਰਕਾਸ਼ ਦੀ ਕਥਾ ਕਰਦਾ ਸਾਹਮਣੇ ਆ ਗਿਆ ਤੈਨੂੰ ਵੀਡੀਓ ਭੇਜ ਦਿੰਦਾ ਕਹਿੰਦਾ ਉਹ ਤਾਂ ਨੇਕੀ ਨੇ ਕੱਢ ਕੇ ਵਿਖਾਈ ਆ ਮੈਂ ਕਿਹਾ ਕਹਿੰਦਾ ਉਹ ਤਾਂ ਨੇਕੀ ਨੇ ਵੀਡੀਓ ਕੱਢ ਕੇ ਦਿਖਾਈ ਆ ਉਹ ਮੈਂ ਕਿਹਾ ਫੁੱਫੜਾ ਦੇਖਤਾ ਲੈ ਕਥਾ ਤਾਂ ਪਿੰਡਰਾਂ ਵਾਲਾ ਹੀ ਕਰਦਾ ਉਹ ਵੀ ਨੇਕੀ ਕਰੀ ਜਾਂਦਾ ਕੱਢ ਕੇ ਦਿਖਾਉਣਾ ਥੋੜਾ ਹੁੰਦਾ ਮਤਲਬ ਏਡਾ ਡੈਡ ਕਹਿੰਦਾ ਯੂਟਿਊਬ ਤੇ ਤਾਂ ਪਈ ਨੀ ਮੈਂ ਕਿਹਾ ਯਾਰ ਤੇਰੇ ਸਾਹਮਣੇ ਵੀਡੀਓ ਆ ਕਹਿੰਦਾ ਯੂਟਿਊਬ ਤੇ ਤਾਂ ਹੈ ਨੀ ਵੀਡੀਓ ਮੈਂ ਕਿਹਾ ਦਾਦਾ ਤੁਹਾਡਾ ਕੁਛ ਨੀ ਬਣ ਸਕਦਾ ਇਹਨਾਂ ਡੰਗਰਾਂ ਦਾ ਨਾ ਭਾਜੀ ਮੱਝਾਂ ਨਾ ਕਹਿੰਦੇ ਨੇ ਵੀ ਜਿਹੜੀਆਂ ਮੱਝਾਂ ਰੱਖੀਆਂ ਹੁੰਦੇ ਨੇ ਡੰਗਰ ਉਹ ਖੁਰਨੀ ਨਾਲ ਹੀ ਬੰਨੇ ਸੋਹਣੇ ਲੱਗਦੇ ਨੇ ਇਹਨਾਂ ਦੇ ਸੰਗਲ ਨਾ ਤਾਂ ਟੁੱਟਣੇ ਨੇ ਕਦੇ ਨਾ ਮੈਨੂੰ ਇਹ ਲੱਗਦਾ ਵੀ ਨਾ ਆਪਾਂ ਨੂੰ ਤੋੜਨੇ ਚਾਹੀਦੇ ਨੇ ਇਹਨਾਂ ਨੂੰ ਬੰਨੇ ਹੀ ਰਹਿਣਾ ਠੀਕ ਆ ਇਹਨਾਂ ਨੂੰ ਉੱਥੇ ਕੱਖ ਪੱਠੇ ਮਿਲੀ ਜਾਣੇ ਨੇ ਨਹੀਂ ਨਹੀਂ ਵਧੀਆ ਆ ਜੀ ਵਧੀਆ ਜਿੱਥੇ ਜੁੜੇ ਹੋ ਆ ਜੁੜੇ ਰਹਿਣ ਠੀਕ ਆ ਸਾਨੂੰ ਵੀ ਬਾਕੀ ਜੇ ਪਸ਼ੂ ਵੱਜੇ ਹੁਣ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਗਾਈਆਂ ਤਾਂ ਹੈਗੀਆਂ ਆ ਕਿੱਲਿਆਂ ਨਾਲ ਵੱਜੀਆਂ ਆ ਖੁਰਲੀਆਂ ਨਾਲ ਵੱਜੀਆਂ ਆ ਹਾਂਜੀ ਹਾਂਜੀ ਉਹ ਠੀਕ ਆ ਜਿਹੜੀਆਂ ਅਵਾਰਾ ਆ ਉਹ ਸੜਕ ਤੇ ਕਿੱਦਾਂ ਤਕਲੀਫ ਦਿੰਦੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਦਾਂ ਹੀ ਆ ਫਿਰ ਜੇ ਇਹ ਜਾਣ ਕੇ ਛੁੱਟਣਗੇ ਤਾਂ ਸਾਨੂੰ ਤਕਲੀਫਾਂ ਸਾਰਿਆਂ ਨੂੰ ਦੇਣਗੇ ਨਹੀਂ ਬਿਲਕੁਲ ਆ ਹੁਣ ਖੁੱਲ ਕੇ ਆਈ ਸੀਗੀ ਇੱਕ ਦੋ ਮੱਝਾਂ ਖੁੱਲ ਕੇ ਆਈਆਂ ਸੀ ਦੋ ਡੰਗਰ ਖੁੱਲ ਕੇ ਆਏ ਸੀਗੇ ਇਹਨਾਂ ਨੂੰ ਪਤਾ ਵੀ ਸਾਡੇ ਵਿੱਚ ਜਦੋਂ ਇਹ ਵੱਜੇ ਆ ਤਾਂ ਸਾਡੀ ਡੈਥ ਹੋ ਜਾਣੀ ਆ ਅਸੀਂ ਮਰ ਜਾਣਾ ਸਾਡੇ ਛਿੱਤਰ ਬਹੁਤ ਪੈਣੇ ਨੇ ਇੱਥੇ ਉਹ ਖੁੱਲ ਕੇ ਆਏ ਸੀਗੇ ਉਹ ਫਿਰ ਭੱਜ ਗਿਆ ਇਹਨਾਂ ਨੂੰ ਵੀ ਜੇ ਤੁਸੀਂ ਅਸਲੇ ਦੇ ਹੋ ਕੰਜਰੋ ਜੇ ਤੁਸੀਂ ਅਸਲੇ ਦੇ ਹੋ ਤਾਂ ਫਿਰ ਆਓ ਲਾਈਵ ਗੱਲ ਕਰੋ ਨਹੀਂ ਆਪਣਾ ਪੱਖ ਰੱਖ ਲਓ ਜਿੰਨਾ ਵੀ ਆ ਤੁਹਾਡੇ ਕੋਲ ਵੀਡੀਓ ਦਾ ਸਾਧ ਚਲੋ ਇੱਥੇ ਰੇਡੀਓ ਤੇ ਵੀ ਆ ਕੇ ਜਿੰਨਾ ਚਿਰ 10-15 ਮਿੰਟ ਲੈਣੇ ਤੁਸੀਂ ਆ ਕੇ ਗੱਲ ਕਰ ਲਓ ਵਿਚਾਰ ਕਰ ਲਓ ਜਦੋਂ ਜੇ ਕੋਈ ਪਿੰਡਰਾਂ ਵਾਲੇ ਦੀ ਪੋਸਟ ਪਾਉਣੇ ਆ ਤਾਂ ਮੈਨੂੰ ਕੋਈ ਆਪਣਾ ਨੰਬਰ ਸੈਂਡ ਕਰਨਗੇ ਨੰਬਰ ਸੈਂਡ ਕਰਕੇ ਆਪਣਾ ਕਮੈਂਟ 'ਚ ਨੰਬਰ ਭੇਜ ਕੇ ਸੂਰਮਤਾਈ ਦਿਖਾਉਂਦੇ ਨੇ ਵੀ ਮੈਂ ਆਪਣਾ ਨੰਬਰ ਭੇਜਤਾ ਤੈਨੂੰ ਮੈਨੂੰ ਫੋਨ ਕਰ ਲਾ ਉਹ ਮੈਂ ਉਹਨੂੰ ਕਹਿਣਾ ਉਹਨਾਂ ਵੀ ਮਰ ਲਾ ਉਹ ਹਰਨੇਕ ਸਿੰਘ ਉੱਥੋਂ ਲਾਈਵ ਬੈਠੇ ਨੇ ਨਿਊਜ਼ੀਲੈਂਡ ਤੋਂ ਉਹ ਐ ਡੱਟ ਕੇ ਨੰਬਰ ਵੰਡਦੇ ਨੇ ਵੀ ਆਹ ਸਾਡੇ ਨੰਬਰ ਨੇ ਤਿੰਨ ਚਾਰ ਚਾਰ ਨੰਬਰ ਵੰਡਦੇ ਨੇ ਤੇ ਉਹ ਪੁੱਛਦੇ ਨੇ ਵੀ ਪਿੰਡਰਾਂ ਵਾਲਿਆਂ ਦੀਆਂ ਪ੍ਰਾਪਤੀਆਂ ਕੀ ਨੇ ਸਾਨੂੰ ਫੋਨ ਕਰ ਲਓ ਮੈਂ ਕਿਹਾ ਕੰਜਰੋ ਉੱਥੇ ਤੁਹਾਡੀ ਹਿੰਮਤ ਨਹੀਂ ਨਿਕਲਦੀ ਬਸ ਲੋਕਾਂ ਨੂੰ ਡਰਾ ਕੇ ਆਪਣੀ ਦੁਕਾਨ ਚਲਾਉਣੀ ਚਾਹੁੰਦੇ ਆ ਜੀ ਦਬਕਾ ਮਾਰ ਕੇ ਉਹ ਚਾਹੁੰਦੇ ਆ ਜਿੱਦਾਂ ਦਬਦਬਾ ਬਣਿਆ ਆ ਇੱਦਾਂ ਚੱਲੀ ਜਾਵੇ ਬਸ ਇਹਨਾਂ ਵਿੱਚ ਇਹਨਾਂ ਦੀ ਆਪਦੇ ਵਿੱਚ ਕੋਈ ਦਮ ਨਹੀਂ ਹੈਗਾ ਜਿੱਦਾਂ ਜੇ ਕੋਈ ਗੱਲ ਕਰੇ ਨਾ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਹੋ ਤੁਹਾਡੇ ਕੋਲ ਸਿਰਫ ਇਹ ਗਾਲ ਕੱਢਣ ਆਉਣਗੇ ਤੁਹਾਡੇ ਕੋਲ ਸਿਰਫ ਇਹ ਗਾਲ ਇਹਨਾਂ ਦੀ ਇੱਕੋ ਹੀ ਔਕਾਤ ਆ ਵੀ ਇਹ ਗਾਲ ਕੱਢਣ ਆਉਣਗੇ ਜਾਂ ਇਹਨਾਂ ਨੇ ਆਪਣੀ ਆਪਣੀ ਭਾਸ਼ਾ ਬੋਲ ਕੇ ਫੋਨ ਕੱਟ ਜਾ ਕਰਨ
ਇਹਨਾਂ ਨੂੰ ਕੋਈ ਦਲੀਲ ਨੀ, ਕੋਈ ਇਹਨਾਂ ਕੋਲ ਲੌਜਿਕ ਨੀ, ਬਸ ਇਹਨਾਂ ਨੇ ਗੱਪ ਕਹਾਣੀਆਂ ਗਪੌੜ ਆਪਣੇ ਗੰਦ ਵੱਢ ਕੇ ਤੁਰਦੇ ਲੱਗਣਾ। ਕੋਈ ਨੀ ਜੀ, ਮਜ਼ਾ ਕਰਨ ਦਿਓ, ਕੋਈ ਫਰਕ ਨੀ ਪੈਂਦਾ, ਕੋਈ ਫਰਕ ਨੀ। ਥੈਂਕ ਯੂ ਵੀਰ ਜੀ, ਦੋਹਾਂ ਲਾਈਨਾਂ ਤੇ ਸਰੋਤੇ ਆ ਜੀ ਸਾਡੇ ਨਾਲ। ਓਕੇ ਜੀ, ਗੁੱਡ ਲੱਕ, ਧੰਨਵਾਦ ਜੀ। 107 ਦੇ ਉੱਤੇ ਤੁਸੀਂ ਆਉਣੇ ਹੋ ਜੀ। ਹੈਲੋ, ਹਾਂਜੀ ਹਾਂਜੀ, ਮੈਂ ਲਾਈਵ ਹਾਂ ਜੀ। ਹਾਂਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ, ਮੈਂ ਹੈਗੇ 4 ਮਿੰਟ, ਮੇਰੇ ਕੋਲ ਤੁਹਾਨੂੰ ਗੱਲ ਕਰਨੀ ਸੀ। ਹਾਂਜੀ ਹਾਂਜੀ, ਮਿਹਰਬਾਨੀ ਜੀ। ਤੇ ਮੈਂ ਕਰੀਬ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਤੇ ਪਹਿਲਾਂ ਬੜੇ ਸਵਾਲ ਉਪਜਦੇ ਸੀਗੇ। ਤੁਸੀਂ ਕਿਹਾ ਕਰਨਾ ਵੀ 6 ਮਹੀਨੇ ਤੁਹਾਨੂੰ ਜਵਾਬ ਮਿਲ ਜਾਣਗੇ, ਤੇ ਵਾਕਈ ਓਦਾਂ ਹੋਇਆ। ਮਤਲਬ ਸਵਾਲ ਬੜੇ ਘੱਟਦੇ ਜਾਂਦੇ ਨੇ, ਤੇ ਸੁਣਨ ਦੇ ਨਾਲ ਹੀ ਜਵਾਬ ਮਿਲ ਜਾਂਦੇ ਨੇ। ਮਤਲਬ ਮੈਂ ਫੋਨ ਕਰਨਾ ਮੁਨਾਸਿਬ ਨਹੀਂ ਸਮਝਿਆ, ਮਤਲਬ ਬੜਾ ਇੰਜੋਏ ਕਰੀਦਾ, ਧੰਨਵਾਦ ਕਰੂੰਗਾ। ਤੇ ਦੂਜੀ ਗੱਲ ਕਰੂੰਗਾ, ਮੈਂ ਸੱਚ ਪੱਡੇ ਨੇ ਕੀਤੀ ਸੀ 2 ਹਫ਼ਤੇ ਪਹਿਲਾਂ ਆਪਣੇ ਇੱਕ ਪ੍ਰੋਗਰਾਮ 'ਚ ਭਾਈ ਸਾਹਿਬ ਬਾਰੇ, ਬਈ ਏਦਾਂ ਦਾ ਕਰਕੇ ਅਕਾਲ ਤਖ਼ਤ ਲਿਜਾ ਕੇ ਬੜੇ ਭੱਦੀ ਸ਼ਬਦਾਵਲੀ ਨਾਲ ਉਹਨੇ ਬੋਲਿਆ ਸੀ ਨਾ ਮੇਰੇ ਖਿਆਲ 'ਚ। ਹਾਂਜੀ ਹਾਂਜੀ ਹਾਂ, ਉਹਦੇ ਬਾਰੇ 'ਚ ਮੈਂ ਮਤਲਬ ਮੈਂ ਕਹਿਣਾ ਚਾਹੁੰਦਾ ਇੱਕ ਡਿਫਰੈਂਟ ਐਂਗਲ ਤੋਂ, ਮਤਲਬ ਮੈਂ ਓਪੀਨੀਅਨ ਹੈ, ਸ਼ਾਇਦ ਸ਼ੁਰੂ ਸ਼ੁਰੂ 'ਚ ਤੁਹਾਨੂੰ ਚੰਗਾ ਨਾ ਲੱਗੇ, ਬਈ ਉਹ ਮੈਂ ਪੱਡੇ ਨਾਲ ਸਹਿਮਤ ਹਾਂ ਇੱਕ ਤਰ੍ਹਾਂ ਦਾ। ਮਤਲਬ ਜੇ ਉਹਨੇ ਏਦਾਂ ਕਿਹਾ ਵੀ ਉਹਨਾਂ ਨੂੰ ਉੱਥੇ ਲਿਆ ਕੇ ਏਦਾਂ ਕਰੋ, ਉਹ ਫੁੱਲੀ ਉਹ ਸੱਚ ਬੋਲਦਾ, ਹੋਰ ਐਂਗਲ ਤੋਂ ਦੇਖੋ ਇੱਕ ਕਿਹੋ ਜਿਹੀ ਕੌੜੀ ਸੱਚਾਈ ਸਾਹਮਣੇ ਆਉਂਦੀ ਹੈ ਵੀ ਦੈਟ ਇਜ਼ ਪੋਸੀਬਲ ਐਟ ਅ ਕਾਲ ਤਾਂ। ਇਹ ਕੁਛ ਹੈ, ਚਾਹੇ 84 ਤੋਂ ਪਹਿਲਾਂ ਵਾਲੇ ਬਲਜੀਤ ਕੌਰ ਵਾਲੇ ਐਪੀਸੋਡ ਦੇ ਵਿੱਚ ਨਹੀਂ ਹੋਇਆ, ਜੇ ਉਹ ਕਹਿੰਦੇ ਨੇ, ਜੇ ਹੁਣ ਕਹਿੰਦੇ ਨੇ, ਜੇ ਹੁਣ ਕਹਿੰਦਾ ਏਦਾਂ ਕਰਕੇ ਏਦਾਂ ਕਰੋ, ਇਹਦਾ ਮਤਲਬ ਰਿਐਲਿਟੀ ਹੈ ਵੀ ਉੱਥੇ ਆਹੀ ਕੁਛ ਹੁੰਦਾ, ਆਹੀ ਧਰਮ ਹੈ। ਇਹੀ ਆ ਜੀ, ਉਹ ਤਾਂ ਲੋਕਾਂ ਨੂੰ ਜਿੱਦਾਂ ਨਾ ਜਿਹੜਾ ਆਜੜੀ ਆ, ਮਤਲਬ ਕਿੰਨੀ, ਮਤਲਬ ਇੱਕ ਹਰ ਇੱਕ ਲਈ ਇੱਕ, ਮਤਲਬ ਇੱਕ ਕਿੰਨਾ ਵੱਡਾ ਚੈਲੰਜ ਹੈ ਵੀ ਚਲੋ ਜੇ ਹਾਂ ਭਾਈ ਇਹ ਏਦਾਂ ਕਹਿੰਦੇ ਨੇ ਏਦਾਂ ਕਰਨਾ ਦੈਟ ਇਜ਼ ਪੋਸੀਬਲ, ਤਾਂ ਕੀ ਸਮਝ ਸਕਦੇ ਹਾਂ ਵੀ ਇਹ ਕਿਸੇ ਘਟੀਆ ਤੋਂ ਘਟੀਆ ਥਾਣੇ ਨਾਲੋਂ ਵੀ ਬਦਤਰ ਹਾਲਤ ਆ ਉੱਥੇ। ਨਹੀਂ ਨਹੀਂ, ਥਾਣੇ ਦਾ, ਥਾਣੇ ਦੇ ਵਿੱਚ ਤਾਂ ਕੋਈ ਕਾਨੂੰਨ ਚੱਲਦਾ, ਉੱਥੇ ਤਾਂ ਕਾਨੂੰਨ ਵੀ ਨਹੀਂ ਚੱਲਦਾ ਵੀਰਾ, ਉੱਥੇ ਤਾਂ ਕੋਈ ਵਜ੍ਹਾ ਹੁੰਦੀ ਹੈ, ਕੋਈ ਰੀਜ਼ਨ ਹੁੰਦਾ, ਬਟ ਜਿਹੜਾ ਹੁਣ ਜਿਹੜਾ ਹੱਥ ਧੋ ਕੇ ਪਏ ਨੇ ਵੀ ਇਹਨਾਂ ਨੂੰ ਕੁਛ ਗੱਪਾ ਕੁਛ ਨਹੀਂ ਦਿਸਦਾ ਹੈਗਾ ਵੀ ਮਤਲਬ ਕਿਸ ਤਰੀਕੇ ਨਾਲ ਕਿਸ ਕਿਸ ਹਰਾਸ਼ਮੈਂਟ ਦੇ ਨਾਲ ਬੋਲਦਾ ਕਰਦਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਰੇਡੀਓ ਬੋਲਦਾ ਕਿੱਦਾਂ ਦੀ ਭਾਸ਼ਾ, ਵੀ ਕਿੰਨਾ ਚੰਗਾ ਲੱਗਦਾ ਕੋਈ ਲੇਡੀਜ਼ ਵੀ ਸੁਣਦੀਆਂ ਨੇ ਕੁਛ ਇਸ ਤਰੀਕੇ ਨਾਲ, ਵੀ ਇਹੀ ਮੇਰਾ ਕਹਿਣ ਦਾ ਹੈ ਵੀ ਵੀ ਬਾਕੀ ਜੇ ਉਹਦੇ ਵਿੱਚੋਂ ਸੱਚਾਈ ਨਿਕਲ ਰਹੀ ਹੈ ਕਿੰਨੀ ਕਿਹੋ ਜਿਹੀ ਸੱਚਾਈ ਹੈ, ਉਹਨੇ ਮਤਲਬ ਖੁਦ ਹੀ ਜਸਟੀਫਾਈ ਕਰਤੀ ਹੈ ਵੀ ਆਹੀ ਕੁਛ ਹੁੰਦਾ ਉੱਥੇ। ਨਹੀਂ ਜੀ, ਉਹ ਫਿਊਲ ਦੇ ਕੇ ਰਾਹ ਪੈਂਦੇ ਆ, ਮੂਰਖ ਲੋਕ ਆ ਉਹਨਾਂ ਨੂੰ, ਗੱਲ ਤਾਂ ਹੈਗੀ ਆ ਸਥਾਪਤੀ ਦੀ, ਗੱਲ ਹੈਗੀ ਉਹਨਾਂ ਦੀ ਆਪਣੀ, ਰਸਤੇ ਪੈਂਦੇ ਨੇ ਤੇ ਘੱਟੋ ਘੱਟ ਜਿਹੜੇ ਜ਼ਿੰਮੇਵਾਰ ਨੇ ਮਤਲਬ ਬੰਦਾ ਉਹ ਉਹਨਾਂ ਨੂੰ ਕੋਈ ਡਿਨਾਈ ਕਿਉਂ ਨੀ ਕਰਦਾ ਹੈਗਾ ਵੀ ਭਾਈ ਤੁਸੀਂ ਇਹੋ ਜਿਹਾ ਕੁਛ ਕਿਉਂ ਬੋਲਦੇ, ਉੱਥੇ ਤਾਂ ਇਹੋ ਜਿਹਾ ਕੁਛ ਹੁੰਦਾ ਨੀ, ਅਕਾਲ ਤਖ਼ਤ ਇਸ ਪਰਪਜ਼ ਲਈ ਨਹੀਂ ਹੈਗਾ, ਨਾਲੇ ਚੋਰੀ ਚੋਰੀ ਸੁਣਦੇ ਨੇ, ਨਾਲੇ ਮਤਲਬ ਜਵਾਬ ਦੇਣਾ ਵੀ ਮੁਨਾਸਬ ਨੀ ਸਮਝਦੇ ਹੈਗੇ। ਕੋਈ ਨੀ ਜੀ, ਸੌਖਾ ਹੀ ਕਰਦੇ ਆ, ਸਾਡੇ ਲਈ ਕੋਈ ਫਿਕਰ ਵਾਲੀ ਗੱਲ ਨੀ ਹੈਗੀ, ਦੁੱਖ ਹੁੰਦਾ ਕਿ ਯਾਰ ਏਦਾਂ ਦਾ ਕਰਦੇ ਨੇ ਜਿੱਦਾਂ ਜੁਣੇ ਬਣਾਏ ਅਸੀਂ, ਉਹਦੇ ਨਾਲ ਜਿਹੜੀ ਤੁਸੀਂ ਪੇਸ਼ੈਂਸ ਦਿਖਾਉਂਦੇ ਹੋ ਤੁਹਾਡੇ ਲਈ ਸਲੂਟ ਆ ਭਾਜੀ, ਅਸੀਂ ਸਾਨੂੰ ਵੀ ਸਿੱਖਿਆ ਮਿਲਦੀ ਆ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਕਾਇਮ ਰੱਖਣਾ, ਤੁਹਾਡੇ ਓਬਜੈਕਟਿਵ ਨੇ ਆਪਣਾ ਮੋਟਿਵ ਆ ਉਹਨੂੰ ਦੇਖ ਕੇ ਕਿੱਦਾਂ ਉਹਦੇ ਵੱਲ ਵਧਣਾ। ਕੋਈ ਨੀ ਜੀ, ਕੋਈ ਨੀ, ਉਹ ਚੀਜ਼ ਦੇ ਨਾਲ ਤੁਹਾਨੂੰ ਪਤਾ ਲੱਗਦਾ, ਥੈਂਕ ਯੂ ਜੀ, ਸਾਨੂੰ ਥੈਂਕ ਯੂ, ਸਾਨੂੰ ਪਤਾ ਲੱਗਦਾ ਜੀ ਵੀ ਅਸੀਂ ਆਪਣੀ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ। ਸਾਡੇ ਨਾਲ ਵਟਸਐਪ 'ਤੇ ਇੱਕ ਸਰੋਤੇ ਆ ਜੀ ਆਸਟ੍ਰੇਲੀਆ ਤੋਂ, ਨਹੀਂ ਸੋਰੀ, ਹਾਂ ਆਸਟ੍ਰੇਲੀਆ ਤੋਂ ਤੁਸੀਂ ਆਨਲਾਈਨ ਹੋ ਜੀ। ਮੈਂ ਭਾਜੀ, ਹਾਂਜੀ ਹਾਂਜੀ ਹਾਂਜੀ, ਮੈਂ ਆ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਗੁਰਪ੍ਰੀਤ ਬੋਲਦਾ ਕ੍ਰਿਕੀਪਨ ਤੋਂ ਜੀ। ਹਾਂਜੀ, ਮੈਂ ਤਾਂ ਇਹ ਦੇਖਦਾ ਸੀ ਭਾਜੀ, ਮੈਂ ਸੁਣੀ ਜਾਂਦਾ ਸੀ ਲਾਈਵ ਪ੍ਰੋਗਰਾਮ ਜਿਹੜੇ ਵਿੱਚ ਆ ਕੇ ਬੰਦੇ ਊਟ ਛੂਟ ਜਿਹਾ ਬੋਲਦੇ ਨੇ, ਹੈਂ ਇਹਨਾਂ ਨੂੰ ਮਿਰਚਾਂ ਤਾਂ ਇਹ ਲੱਗ ਜਾਂਦੀਆਂ ਨੇਗੀਆਂ ਕਿ ਵੀ ਇਹ ਸੱਚੀ ਗੱਲ ਕੱਢ ਕੇ ਕਿੱਥੇ ਲਿਆਉਂਦੇ, ਇਹਨਾਂ ਨੂੰ ਕਿਵੇਂ ਪਤਾ ਲੱਗਦਾ। ਜਿਵੇਂ ਕਾਲ ਤਖ਼ਤ ਕਹੀ ਜਾਂਦਾ, ਕਹਿੰਦੇ ਨੇ ਵੀ ਕਾਲ ਤਖ਼ਤ ਦੇ ਉਹਨਾਂ ਨੂੰ ਜਨਾਨੀਆਂ ਨੂੰ ਕੀਰਤਨ ਨੀ ਕਰਨਾ ਦੇਣਾ, ਇਹਦਾ ਕਿਉਂ ਨੀ ਕਹਿਣਾ ਚਾਹੀਦਾ ਵੀ ਕਰਨਾ ਚਾਹੀਦਾ ਗਾ, ਹਰ ਹਰ ਕੋਈ ਕੁਝ ਅਧਿਕਾਰ ਕਿਉਂ ਨੀ ਹੈਗੇ, ਇਹ ਤਾਂ ਹੀ ਤਾਂ ਟਕਸਾਲ, ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਨੀ ਜੀ, ਉਹਨੇ ਜੋ ਦੇਖਿਆ ਵੀ ਮੇਰੇ ਤੋਂ ਪਹਿਲਾਂ 5 ਚੌਥੇ ਪਾਠ ਬਾਅਦ ਇਹਨਾਂ ਨੇ ਆਹ ਕੁਝ ਬਣਾ ਤਾ,
ਇਹ ਤਾਂ ਚੀਜ਼ ਸਾਡੇ ਲਿਖੀ ਨਹੀਂ ਗ੍ਰੰਥ ਜਿਹੜਾ ਅਸੀਂ ਕਰੀ ਜਾਂਦੇ ਨੇ ਸਥਾਪਨ ਕਰੀ ਜਾਂਦੇ ਨੇ ਇਹ ਉੱਥੇ ਬਹਿ ਕੇ। ਫਿਰ ਆਪਾਂ ਫਿਰ ਜਦੋਂ ਗੱਲ ਕਰਦੇ ਹਾਂ ਕਿ ਵੀ ਜਦੋਂ ਇੰਨੀਆਂ ਲੜਾਈਆਂ ਲੜੀਆਂ ਨੇ ਕੋਈ ਜਥੇਦਾਰ ਜਿਹੜਾ ਸੀਗਾ ਜਾ ਕੇ ਉਹਨਾਂ ਨਾਲ ਲੜਿਆ ਨਹੀਂ ਨਹੀਂ ਉਹ ਜਥੇਦਾਰ ਇਸ ਕਰਕੇ ਥੋੜ੍ਹੇ ਬੈਠਾ ਉਹ ਤਾਂ ਉਹਨਾਂ ਦੀ ਦੁਕਾਨ ਦੇ ਉੱਤੇ ਜੋ ਜੋ ਉਹ ਕਰਨਾ ਚਾਹੁੰਦੇ ਆ ਜਿਹਨਾਂ ਲੋਕਾਂ ਨੂੰ ਜਿੱਦਾਂ ਆਜੜੀ ਨਹੀਂ ਪਸ਼ੂਆਂ ਨੂੰ ਬੰਨ੍ਹ ਕੇ ਰੱਖਦਾ ਇੱਕ ਥਾਂ 'ਤੇ ਜਥੇਦਾਰ ਦਾ ਇਹ ਕੰਮ ਆ। ਹਾਂਜੀ ਹਾਂਜੀ ਅਤੇ ਦੂਜਾ ਜਿਹੜਾ ਕਹਿੰਦੇ ਦੀਪਾ ਹੈ ਨਾ ਵੀ ਉਹ ਉੱਥੋਂ ਪਹਿਲਾਂ ਤਾਂ ਜਵਾਨੀ ਵੇਲੇ ਤਾਂ ਕੁਛ ਬੜਾ ਹਫ਼ਤੇ ਚਾਰ ਕੇ ਦੇਖਿਆ ਵੀ ਹੁਣ ਮੈਨੂੰ ਕੋਈ ਬਣਦਾ ਨਹੀਂ ਤਾਂ ਹੁਣ ਆ ਕੇ ਉੱਥੇ ਟੱਕਰਾਂ ਮਾਰੀਆਂ ਕਾਲ ਤਖ਼ਤ 'ਚ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਇਹਨਾਂ ਨੇ ਰੋਲ ਕੇ ਰੱਖ ਦਿੱਤੀ ਸਿੱਖ ਕੌਮ ਦਾ ਤੀਰਾ ਸੀ ਜਿਹਨੇ ਮਤਲਬ ਇੰਨਾ ਲੜਿਆ ਗੁਰੂ ਗੋਬਿੰਦ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਲੱਗਿਆ ਵੀ ਹਾਂ ਵੀ ਇਹ ਬੰਦਾ ਬਹੁਤ ਵਧੀਆ ਬਹੁਤ ਵਧੀਆ ਹੈਗਾ ਉਦੋਂ ਉਦੋਂ ਨੀ ਕਿਤੇ ਲੱਭਦੇ ਇਹ ਜਿਹੜਾ ਹੈਗਾ ਦੀਪੇ ਦਾ। ਚਲੋ ਭਾਜੀ ਮੈਂ ਤਾਂ ਇੰਨੀ ਗੱਲ ਕਰਨੀ ਸੀ ਥੈਂਕ ਯੂ ਭਾਜੀ 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਕੈਨੇਡਾ ਤੋਂ ਕਾਲ ਆ ਜੀ ਹੁਣ ਪਤਾ ਨਹੀਂ ਕੈਨੇਡਾ ਦਾ ਜਾਂ ਅਮਰੀਕਾ ਦਾ ਨੰਬਰ ਆ ਬਹੁਤ ਧੱਕਾ ਆ ਜੀ ਤੁਸੀਂ ਕਰਦੇ ਸਾਡੇ ਨਾਲ ਜਿਹੜੇ ਇਹ ਨੰਬਰ ਆ ਇਹਨਾਂ ਨੂੰ ਤੁਹਾਨੂੰ ਸਾਨੂੰ ਜਿਹੜਾ ਤੁਹਾਡਾ ਹਾਂਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਰਨੇਕ ਭਾਅ ਜੀ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ ਮੈਂ ਤੁਹਾਡਾ ਪ੍ਰੋਗਰਾਮ ਮੈਨੂੰ ਕਿਸੇ ਨੇ ਭੇਜਿਆ ਸੀ ਮੈਂ 2-4 ਵਾਰੀ ਸੁਣਿਆ। ਹਾਂਜੀ ਤੇ ਉੱਥੇ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ ਮੈਂ ਇੱਥੋਂ ਟੋਰਾਂਟੋ ਤੋਂ ਹੀ ਹਾਂ ਨੇ। ਹਾਂਜੀ ਤੇ ਉਹ ਇੱਥੇ ਇੱਕ ਪ੍ਰੋਗਰਾਮ ਚੱਲਦਾ ਜਿਹਦਾ ਪਤਾ ਹੀ ਹੈ ਤੁਹਾਡੇ ਹੁਣ ਮੈਂ ਨਾਂ ਨਹੀਂ ਲੈਣਾ ਉਹ ਗੱਲਾਂ ਉਹ ਜਦੋਂ ਪੁੱਠੇ ਸਿੱਧੇ ਨਾਂ ਲੈਂਦੇ ਸੀ ਗਧੇ ਖੋਤੇ ਤਾਂ ਮੈਨੂੰ ਨਹੀਂ ਸੀ ਪਤਾ ਇਹ ਕਿਹਨਾਂ ਦਾ ਨਾਂ ਲੈ ਰਿਹਾ ਕੋਈ ਹੋਰ ਹੀ ਕੰਟਰੀ ਦਾ ਨਾਂ ਲੈਂਦੇ ਸੀ ਕਿਤੇ ਹੁਣ ਤਾਂ ਚਲੋ ਪਤਾ ਹੈ ਤੁਹਾਡਾ ਪ੍ਰੋਗਰਾਮ ਨਿਊਜ਼ੀਲੈਂਡ ਤੋਂ ਚੱਲਦਾ ਹਨਾ ਹੁਣ ਬਹੁਤ ਸਾਰੀਆਂ ਜਿੱਦਾਂ ਭਾਜੀ ਹੁਣ ਤੁਸੀਂ ਅਸੀਂ ਇੱਥੇ ਖੁਦ ਰਹਿੰਦੇ ਹਾਂ ਤੇ ਸਾਨੂੰ ਸਾਰਾ ਹੀ ਇੱਥੇ ਪਤਾ ਇੱਥੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਪਹਿਲੀ ਗੱਲ ਆ ਉਹ ਬੰਦੇ ਨੂੰ ਨੌਲੇਜ ਤਾਂ ਬਿਲਕੁਲ ਹੀ ਹੈ ਨੀਗੀ ਹਨਾ ਜੇ ਤੁਸੀਂ ਕਿਸੇ ਤੱਥਾਂ ਤੇ ਗੱਲ ਕਰੋ ਮੈਂ ਤੁਹਾਨੂੰ ਥੋੜਾ ਜਿਹਾ ਨਾ ਕਿਉਂਕਿ ਮੈਂ ਤੁਹਾਨੂੰ ਵਾਲਾ ਕੁਛ ਏਅਰ ਤੇ ਨਹੀਂ ਦੱਸ ਸਕਦਾ ਕਿਤੇ ਮੈਨੂੰ ਆਫ ਦੀ ਏਅਰ ਕਰਿਓ ਨਾ ਫਿਰ ਮੈਂ ਤੁਹਾਨੂੰ ਜਾਣਕਾਰੀ ਦਊਂਗਾ ਕਿਉਂਕਿ ਉਹਦੇ ਵਿੱਚ ਇਹ ਆ ਕਿ ਜੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਹੁਣ ਦੇਵਾਂ ਮੈਨੂੰ ਫਿਰ ਜਿਹੜੇ ਉੱਥੇ 1-2 ਚੈਨਲ ਹੋਰ ਚੱਲਦੇ ਉਹਨਾਂ ਦਾ ਨਾਂ ਲੈਣਾ ਪੈਣਾ ਨਹੀਂ ਜੀ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਤੁਹਾਡੀ ਨੌਲੇਜ 'ਚ ਇਹ ਵਾਧਾ ਕਰਨਾ ਚਾਹੁੰਦਾ ਹਾਂ ਤੁਸੀਂ ਕਹਿੰਦੇ ਨਾ ਕਿ ਮਾਲਟਨ ਗੁਰੂ ਘਰ ਜਿਹੜੇ ਕੈਮਰੇ ਲੱਗੇ ਆ ਉਹ ਪੱਡੇ ਤੇ ਲੱਗੇ ਆ ਭਾਜੀ ਪੱਡਾ ਤਾਂ ਕੁਛ ਵੀ ਨਹੀਂ ਗਾ ਉਹ ਤਾਂ ਮੂੰਹ ਨਹੀਂ ਲਾਉਂਦੇ ਮਾਲਟਨ ਗੁਰਦੁਆਰੇ ਵਾਲੇ ਉਹ ਜਿਹੜੇ ਕੈਮਰੇ ਲੱਗੇ ਆ ਨਾ ਉੱਥੇ ਜਿਹੜੇ ਚੱਲਦੇ ਆ ਉਹ ATN ਹੈ ਇੱਕ ਚੈਨਲ ਤੁਸੀਂ ਸਰਚ ਕਰਿਓ ATN ਕਿਸੇ ਵੀ ਤੁਹਾਡਾ ਕੋਈ ਮਿੱਤਰ ਪਿਆਰਾ ਹੋਵੇ ਉਹਨਾਂ ਨੂੰ ਕਹੋ ਮਾਲਟਨ ਗੁਰੂ ਘਰ ਜਾ ਕੇ ਦੇਖ ਲਿਓ ਉੱਤੇ ਉਹਨਾਂ ਦਾ ਲੱਗਾ ਉਹ ਕਹਾਣੀ ਵਿੱਚ ਹੋਰ ਬਹੁਤ ਲੰਮੀ ਹੈ ਮੈਂ ਉਹਦੇ 'ਤੇ ਤੁਹਾਨੂੰ ਐਂਡ ਇਹ ਦੱਸਦਾ ਕਿ ਉਹ ਬੰਦਾ ਜਿਹੜਾ ਸਟੀਮ ਜਿਹੜਾ ਚੋਰੀ ਕਰਦਾ ਆ ਇਸ ਕਰਕੇ ਉਹ ATN ਵਾਲੇ ਵੀ ਕਹਿੰਦੇ ਆ ਵੀ ਅਸੀਂ ਬੰਦ ਕਰ ਸਕਦੇ ਹਾਂ ਉਹਦਾ ਸਾਰਾ ਇਹ ਅਸੀਂ ਕਿਹਾ ਕਿ ਗੁਰੂ ਦੀ ਬਾਣੀ ਆ ਲੋਕਾਂ ਦੇ ਘਰਾਂ 'ਚ ਜਾਂਦੀ ਅਸੀਂ ਕਿਉਂ ਬੰਦ ਕਰੇ ਉਹ ਚੋਰੀ ਚਲਾਉਂਦਾ ਜੀ ਕੋਈ ਉਹਦਾ ਕੈਮਰਾ ਨਹੀਂ ਲੱਗਾ ਕੋਈ ਉਹਦਾ ਕੁਛ ਨਹੀਂ ਲੱਗਾ ਜੀ ਕਮੀਨਾ ਹੀ ਆ ਉੱਥੇ ਵੀ ਹਾਂਜੀ ਉੱਥੇ ਵੀ ਚੋਰੀ ਵਾਲੇ ਕੰਮ ਆ ਜੀ ਉਹ ਬਾਕੀ ਮੈਂ ਹੋਰ ਬੜਾ ਕੁਛ ਆ ਮੇਰੇ ਕੋਲ ਇਕੱਠਾ ਬਾਕੀ ਮੈਂ ਤੁਹਾਨੂੰ ਇੱਕ ਇੱਥੇ ਸਿੱਖ ਲਹਿਰ ਗੁਰਦੁਆਰੇ ਦੀ ਤੁਹਾਡੇ ਉੱਤੇ ਟੋਪਿਕ ਚੱਲ ਰਿਹਾ ਸੀ ਹੈਨਾ ਹਾਂਜੀ ਉੱਥੇ ਦਾ ਜਿਹੜਾ ਕਰਤਾ ਧਰਤਾ ਸੀਗਾ ਉਹਦੀ ਐਡ ਇਹਦੇ ਚੱਲਦੀ ਸੀ ਗੱਲ ਇਹ ਆ ਕਿ ਭਾਜੀ ਹੁਣ ਮੈਂ ਤੁਹਾਨੂੰ ਆਪੀ ਗੱਲ ਦੱਸਾਂ ਕਿ ਮੈਨੂੰ ਠੀਕ ਆ ਮੈਂ ਗੁਰਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਜੇ ਮੈਂ ਕਹਾਂ ਕਿ ਮੈਨੂੰ ਸਾਰਾ ਕੁਛ ਹੀ ਪਤਾ ਸਾਰੀ ਨੌਲੇਜ ਮੈਨੂੰ ਪਤਾ ਜਿੱਥੇ ਕਿਤੇ ਗੁਰੂ ਦੇ ਗਿਆਨ ਦੀ ਗੱਲ ਚੱਲਦੀ ਹੋਵੇ ਆਪਾਂ ਉੱਥੇ ਚੁੱਪ ਕਰਕੇ ਸੁਣੀ ਜਾਈਦਾ ਬੋਲੀ ਦਾ ਨਹੀਂ ਇਹੀ ਹੁੰਦਾ ਕਿ ਸਾਡੇ ਕੋਲ ਕਿਤੇ ਕੋਈ ਮਾੜੀ ਗੱਲ ਨਾ ਕੀਤੀ ਜਾਵੇ ਕਿ ਲੋਕ ਉਹਦਾ ਗੁੱਸਾ ਕਰਨ ਜਾਂ ਉਹ ਅਸੀਂ ਇਹ ਬੰਦੇ ਨੂੰ ਨੌਲੇਜ ਦਾ
0% ਹੈ ਇਹਨੂੰ, ਇਹਦੇ ਲੱਤ ਅੜਾ ਕੇ ਬਹਿ ਜਾਣੀ। ਮੈਂ ਗੱਲ ਕਰਦਾ ਜੀ ਉਹ ਜਿਹੜਾ ਸਿੱਖ ਲਹਿਰ ਵਾਲਾ, ਉਹਦਾ ਕਰਤਾ ਧਰਤਾ ਗੁਰਦੁਆਰੇ ਦਾ, ਉਹਦਾ ਇੱਥੇ ਬਿਜ਼ਨਸ ਵੀ ਆ, ਉਹਦੇ ਐਡ ਚੱਲਦੀ ਆ। ਹਾਂਜੀ, ਹਰੇਕ ਵਾਰੀ ਜਦੋਂ ਉਹਨੇ ਰੇਡੀਓ ਤੇ ਆ ਕੇ ਬੋਲਣਾ ਕਰਨਾ, ਗੱਲਾਂ ਬਾਤਾਂ ਹੋਣੀਆਂ, ਤਾਂ ਉਹਨੇ ਬਿਨਾਂ ਹੀ ਗੱਲ ਤੋਂ ਉਹ ਗੁਰਸਿੱਖਿਆ ਮੁੰਡਾ ਜੀ ਜਿਹਦੀ ਐਡ ਚੱਲਦੀ ਆ, ਉਹਨੇ ਬਥੇਰਾ ਰੋਕਣਾ। ਇਹ ਕਿੱਥੋਂ ਰੋਕਦਾ ਜੀ, ਤੁਹਾਨੂੰ ਪਤਾ ਹੀ ਆ ਜਦੋਂ ਦਿਮਾਗ ਓਨਾ ਕੁ ਹੀ ਹੋਵੇ, ਹੈ ਨਾ ਜੀ। ਤੇ ਕਰ ਕਰਾ ਕੇ ਜੀ ਫਿਰ ਮੈਨੂੰ ਸਾਰਾ ਪਤਾ ਲੱਗਾ ਕਿ ਕਿਤੇ ਆਫ ਦੀ ਏਅਰ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ, ਤਾਂ ਤੂੰ ਤੂੰ ਮੈਂ ਹੋ ਗਈ। ਤਾਂ ਇਹ ਇਹਦੇ ਪੱਡੇ ਨੇ ਕਹਿ ਤਾ ਵੀ ਆਪਣਾ ਬੋਰੀ ਬਸਤਰਾ ਚੱਕ ਤੇ ਤੂੰ ਤਿੱਤਰ ਹੋ ਜਾ, ਹੈ ਨਾ। ਤੇ ਚਲੋ ਜੀ ਉਹਨੇ ਉੱਥੋਂ ਐਡ ਬੰਦ ਕਰਾ ਦਿੱਤੀ, ਤਾਂ ਉਹਨਾਂ ਦੇ ਸਿੱਖ ਲਹਿਰ ਚ ਇਹਦੇ ਕੈਮਰੇ ਲੱਗੇ ਹੁੰਦੇ ਸੀ, ਉਹਨਾਂ ਨੇ ਚੱਕ ਕੇ ਕੈਮਰੇ ਦੇ ਬਾਹਰ ਮਾਰੇ ਜੀ। ਇਹਦੇ ਕੋਲ ਕੋਈ ਰਾਹ ਨੀ ਸੀਗਾ ਕਿ ਚੋਰੀ ਕਰਨ ਤੋਂ ਬਿਨਾਂ। ਉਹ ਜਿਹੜਾ ਏ ਟੀ ਐਨ ਤਾਂ ਮੈਂ ਤੁਹਾਨੂੰ ਦੱਸਿਆ ਆ, ਉਹਦਾ ਉਹਦੇ ਮਾਲਕ ਨੇ ਕਿਸੇ ਤੋਂ ਕਿਹਾ ਆ, ਇਹ ਬੜੀ ਲੰਮੀ ਸਟੋਰੀ ਆ, ਇਹ ਚੋਰੀ ਕਰ ਰਿਹਾ, ਕੋਈ ਉਹਦੇ ਉੱਤੇ ਕੈਮਰੇ ਨੀ ਲੱਗੇ। ਇਸ ਕਰਕੇ ਮੈਂ ਤੁਹਾਡੀ ਨੌਲੇਜ ਵਾਧਾ ਕਰਨਾ ਚਾਹੁੰਦਾ ਸੀ ਕਿ ਹਰ ਬੰਦਾ ਹੀ ਆ ਕੇ ਕਹੀ ਜਾਂਦਾ, ਉਹਨੂੰ ਵੀ ਪਤਾ ਕਿ ਮੇਰੇ ਕੈਮਰੇ ਉੱਥੇ ਨਹੀਂ ਲੱਗੇ। ਚਲੋ ਜੇ ਹਾਂਜੀ, ਇਹ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀਗੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। 107 ਤੇ ਤੁਸੀਂ ਆਉਂਦੇ ਰਹੋ ਜੀ, ਧੰਨਵਾਦ ਤੁਹਾਡਾ ਜਾਣ ਲਈ। ਤੇ ਇੱਕ ਕਾਲ ਹੋ ਰਿਹਾ ਜੀ, ਉਹ ਵੀ 001 ਤੋਂ ਆ। ਹਾਂ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ, ਆਪਣੇ ਮੈਂ ਅਮਰੀਕਾ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਭਾਜੀ, ਉੱਤੇ ਮੈਂ 2 ਮਿੰਟ ਤੁਹਾਡੇ ਲੈਣੇ ਆ ਜੀ। ਪਹਿਲਾਂ ਇੱਕ ਗੱਲ ਦੱਸੋ। ਹਾਂਜੀ, ਇੱਕ ਗੱਲ ਦੱਸੋ ਪਹਿਲਾਂ। ਹਾਂਜੀ ਭਾਜੀ, ਤੁਸੀਂ ਅਮਰੀਕਾ ਕੈਨੇਡਾ ਵਾਲੇ ਆਪਣਾ ਜਿਹੜਾ ਕੰਟਰੀ ਕੋਡ ਆ ਉਹਨੂੰ ਵੱਖਰਾ ਵੱਖਰਾ ਕਿਉਂ ਨਹੀਂ ਕਰਾਉਂਦੇ ਇਦਾਂ? ਨਹੀਂ, ਆਪਣੇ ਸਾਡੇ ਤੇ ਟੋਰਾਂਟੋ ਤੋਂ ਸੀਗਾ, ਉਹ ਵੀ 001 ਤੋਂ। ਹੁਣ ਤੁਹਾਡਾ ਇੱਥੋਂ ਵੀ ਕੈਨੇਡਾ ਨੂੰ ਕਰਨਾ ਹੋਵੇ ਜੀ, ਆਪਣੇ ਨੰਬਰ 1 ਲਾ ਕੇ ਅੱਗੇ ਨੰਬਰ ਘੁਮਾ ਦਿਓ ਜੀ, ਜਿਹੜੇ 9-10 ਅੱਖਰ ਆ ਜੀ, ਤੋਂ ਲੱਗ ਜਾਂਦਾ। ਜਹੇਦਾਰ ਦੀ ਤੁਸੀਂ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਸੰਤੋਖ ਸਿੰਘ ਬਾਰੇ ਜੀ। ਦੇਖੋ ਜੀ, ਆਪਣੇ ਨਾ ਜਹੇਦਾਰੀ ਸਿਸਟਮ ਜਿਹੜਾ ਵਾ, ਇਹ ਇਹਨਾਂ ਨੇ ਹੰਤ ਤੋੜਿਆ। ਆਪਣੇ ਬਹੁਤਾ ਉਦਾਹਰਣ ਆਪਾਂ ਦਿੰਦੇ ਹੁੰਦੇ ਆ ਜੀ, ਆਪਣੇ ਜਦੋਂ ਤੱਤ ਖਾਲਸਾ ਸੀ, ਬੰਦਗੀ ਖਾਲਸਾ ਸੀ, ਉਦੋਂ ਇਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਲਾਗੇ ਨਹੀਂ ਲੱਗਣ ਦਿੱਤਾ, ਉਹਨੂੰ ਫਸਾਉਣ ਵਾਲੇ ਇਹੀ ਆ ਜੀ। ਉਦੋਂ ਬਾਅਦ ਚ ਆ ਜਾਓ ਜੀ ਆਪਣੇ ਕਾਲੀ ਫੂਲਾ ਸਿੰਘ ਨੂੰ, ਅਸੀਂ ਜਹੇਦਾਰ ਕਹਿੰਦੇ ਆ ਜੀ। ਕਾਲੀ ਫੂਲਾ ਸਿੰਘ ਜੀ ਆਪਣੇ ਸ਼ਹੀਦ ਹੋ ਗਏ 1823 ਚ ਜੀ, ਤੇ ਉਹ ਕਹਿੰਦੇ ਵੀ ਰਣਜੀਤ ਸਿੰਘ ਨੂੰ ਬੰਨਿਆ ਸੀ, ਆਪਣੇ ਕੋੜੇ ਲਾਏ ਸੀ ਜੀ, ਰਣਜੀਤ ਸਿੰਘ ਦੇ ਆਪਣੇ ਜਨਾਨੀ ਦਾ ਕਰਕੇ ਕੋੜੇ ਲਾਏ ਸੀ। ਉਹ ਜਨਾਨੀ ਦੀ ਕਬਰ ਹਾਲੇ ਵੀ ਬਣੀ ਹੋਈ ਕੱਠਿਆ ਦੀ, ਰਣਜੀਤ ਸਿੰਘ ਦੀ ਤੇ ਉਹਦੀ ਮੋਹਰਾਂ ਦੀ ਕਬਰਾਂ ਕੱਠੀਆਂ ਜੀ। ਤੇ ਉਹ ਬਾਅਦ 43 ਚ ਰਣਜੀਤ ਸਿੰਘ ਮਰਿਆ, ਤੇ ਆਪਣੇ ਅਕਾਲੀ ਫੂਲਾ ਸਿੰਘ ਜੀ 23 ਚ ਮਰੇ ਜੀ। 16 ਸਾਲ ਬਾਅਦ ਜਨਾਨੀ ਨਾਲ ਹੀ ਰਹੀ ਉਹਦੇ, ਤੇ ਇਸੇ ਕਰਕੇ ਸਜ਼ਾ ਉਹਨੂੰ ਦਿੱਤੀ। ਇਹ ਕਿੱਥੋਂ ਤੁਸੀਂ ਹਿਸਟਰੀ ਮੰਨ ਲਓਗੇ ਜੀ? ਉਸ ਟਾਈਮ ਤੇ ਨਾ ਸੰਤ ਸਿੰਘ ਸੀਗੇ ਜੀ, ਆਪਣੇ ਆਪਣੇ ਉੱਥੋਂ ਦੇ ਪ੍ਰੀਸਟ ਜਿਹੜੇ ਹਰਿਮੰਦਰ ਸਾਹਿਬ ਦੇ ਸਿੰਘ ਸੀ, ਭਰੇ ਕਾਲ ਤਖ਼ਤ ਦੇ ਪ੍ਰੀਸਟ ਉਹ ਸੀਗੇ ਜੀ। ਉਹ ਸੰਤ ਸਿੰਘ ਆਪਣੇ ਨਿਰਮਲਿਆਂ ਚੋਂ ਦੂਸਰਿਆਂ ਚ ਹੋਇਆ ਜੀ। ਉਹਨਾਂ ਦਾ ਚੇਲਾ ਬਾਲਕਾ ਛੋਟਾ ਹੁੰਦਾ ਸੰਤੋਖ ਸਿੰਘ ਉਹਦੇ ਕੋਲ ਚਲੇ ਗਿਆ। ਸੰਤੋਖ ਸਿੰਘ ਨੂੰ ਆਪਣੇ ਉਹਦੀ ਆਪਣੇ ਸਾਰੀ ਗੁੜਤੀ ਦਿੱਤੀ ਹੋਈ ਸੀ ਜੀ। ਉਸ ਟਾਈਮ ਤੇ ਆਪਣੇ ਸਿੱਖ ਉੱਥੇ ਰਹਿੰਦੇ ਹੀ ਨੀ ਸੀ, ਹਰਿਮੰਦਰ ਸਾਹਿਬ ਦਰਦ ਆਪਣੇ ਮੱਥਾ ਟੇਕਣਾ ਵੀ ਮੁਸ਼ਕਲ ਸੀਗਾ ਜੀ। ਤੇ ਹੁਣ ਜੋਤ ਜਗਦੀ ਆ ਭਾਜੀ ਆਪਣੇ ਹਰਿਮੰਦਰ ਸਾਹਿਬ ਚ ਹਾਲੇ ਵੀ ਜਗਦੀ ਆ। ਇਹ ਸਿਰਫ ਇੱਕ ਸ਼ੋ ਕਰਨ ਵਾਸਤੇ ਵੀ ਅਸੀਂ ਜਾਗਦੇ ਆ ਜੀ, ਉਦੋਂ ਦੀ ਰੀਤ ਤੁਰੀ ਹੋਈ ਆ। ਵੈਸੇ ਸਿੱਖਾਂ ਚ ਜੋਤ ਦਾ ਕੋਈ ਹੈ ਨੀਗਾ ਜੀ, ਮੇਨ ਇੱਦਾਂ ਹੀ ਹੈ, ਬਿਲਕੁਲ ਇੱਦਾਂ ਹੀ ਆ ਜੀ। ਹਾਂ ਜੀ, ਹਾਂ ਭਾਜੀ, ਆ ਜਾਓ। ਆਪਣੇ ਅਕਾਲ ਹੁੰਦਾ ਜਿਹਦੇ ਕੋਈ ਮੌਤ ਨਾ ਹੋਵੇ ਜੀ, ਅਕਾਲ ਤਖ਼ਤ ਹੈ ਵੀ ਇਹ ਤਖ਼ਤ ਉਸ ਅਕਾਲ ਦਾ ਵਾ ਜੀ, ਉਹਦਾ ਜਹੇਦਾਰੀ ਕਿੱਦਾਂ ਹੋ ਗਿਆ ਜੀ? ਨਹੀਂ, ਅਕਾਲ ਦਾ ਤਖ਼ਤ ਕਿੱਦਾਂ ਹੋ ਗਿਆ? ਬਣਾਇਆ ਠਾਕਰ ਸੂ ਨੇ ਇਹ। ਸਤਿ ਸ਼੍ਰੀ ਅਕਾਲ ਜੀ। 108 ਤੇ ਤੁਸੀਂ ਆਉਂਦੇ ਰਹੋ ਜੀ। ਹੈਲੋ। ਹਾਂਜੀ
ਸਤਿ ਸ਼੍ਰੀ ਅਕਾਲ ਭਾਈ, ਮੇਰਾ ਇੱਕ ਸਵਾਲ ਸੀਗਾ ਤੁਹਾਡੇ ਤੋਂ। ਹਾਂਜੀ। ਮੇਰਾ ਕੋਈ ਕੁਐਸਚਨ ਕੋਈ ਹੇਟਫੁਲ ਹੈ ਕਿ ਨਹੀਂ ਹੈਗਾ ਜਾਂ ਕੋਈ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਮੇਰਾ ਤਾਂ ਇੱਕ ਜਨਰਲ ਸਵਾਲ ਹੈ ਜੀ। ਆਪਾਂ ਹੁਣ ਜਿਵੇਂ ਆਪਾਂ ਤੁਹਾਡੀ ਗੱਲਬਾਤ ਸੁਣਦੇ ਹਾਂ, ਜਿਵੇਂ ਸਿੱਧੇ ਤੌਰ ਤੇ ਤੁਹਾਡੀ ਜਿਹੜੀ ਆਪਾਂ ਕਹਿ ਲਈਏ ਵੀ ਇੱਕ ਲੜਾਈ ਹੈ ਜਾਂ ਤੁਹਾਡੇ ਡਿਫਰੈਂਟ ਵਿਚਾਰ ਨੇ, ਉਹ ਤੁਹਾਡੇ ਸਿੱਧੇ ਸਿੱਧੇ ਟਕਸਾਲ ਨਾਲ ਨੇ ਤੇ ਜਿਹੜਾ ਸਵਾਲ ਕਰਨ ਲੱਗੇ ਫਿਰ ਤੁਸੀਂ ਸਟੇਟਮੈਂਟ ਦੇਣ ਲੱਗ ਪਏ, ਤੁਸੀਂ ਮੇਰੇ ਬਿਹਾਫ ਤੇ ਕਹਿਣ ਲੱਗ ਪਏ ਵੀ ਤੁਹਾਡੀ ਜਿਹੜੀ ਲੜਾਈ ਆ ਸਿੱਧੀ ਸਿੱਧੀ ਟਕਸਾਲ ਨਾਲ ਆ ਪੁਜਾਰੀਵਾਲ, ਇਹ ਸਟੇਟਮੈਂਟ ਤੁਸੀਂ ਮੇਰੇ ਬਿਹਾਫ ਤੇ ਕਿਉਂ ਦੇ ਰਹੇ ਆ ਵੀ ਮੇਰੀ ਲੜਾਈ ਉਹਨਾਂ ਨਾਲ ਆ? ਨਹੀਂ, ਤੁਸੀਂ ਇੱਦਾਂ ਆਪਣਾ ਫੈਸਲਾ ਜੋ ਮਰਜ਼ੀ ਕਰ ਲਿਆ, ਤੁਸੀਂ ਸਵਾਲ ਕਰੋ। ਮੈਂ ਸਵਾਲ ਹੀ ਕਰ ਰਿਹਾ ਜੀ। ਹਾਂ, ਸਵਾਲ ਕਰੋ। ਮੇਰਾ ਸਵਾਲ ਇਹਦੇ ਨਾਲ ਰਿਲੇਟਡ ਆ ਜੀ। ਉਹ ਕਿਵੇਂ ਆ ਮੈਂ ਤੁਹਾਨੂੰ ਦੱਸ ਦਿੰਦਾ। ਮੇਰਾ ਸਵਾਲ ਤੁਹਾਡੇ ਨਾਲ ਇਹ ਆ, ਜਿਹੜੇ ਹੁਣ ਜਿਵੇਂ ਮੈਂ ਸੂਰਜ ਪ੍ਰਕਾਸ਼ ਗ੍ਰੰਥ ਬਾਰੇ, ਦਸਮ ਗ੍ਰੰਥ ਬਾਰੇ ਜਦੋਂ ਤੱਕ ਮੈਂ ਤੁਹਾਨੂੰ ਨਹੀਂ ਸੁਣਿਆ, ਮੈਨੂੰ ਪਤਾ ਵੀ ਨਹੀਂ ਸੀਗਾ ਕੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਰੇਡੀਓ ਤੇ ਉਦੋਂ ਮਗਰ ਉਧਰੋਂ ਵੀ ਤੁਹਾਨੂੰ ਗੱਲਾਂ ਬਾਤਾਂ ਹੁੰਦੀਆਂ। ਵੀਰੇ ਇੱਕ ਮਿੰਟ, ਇੱਦਾਂ ਨਾ ਕਰ। ਹਾਂਜੀ ਹਾਂਜੀ, ਤੂੰ ਸਵਾਲ ਕਰ ਕੀ ਆ? ਮੈਂ ਸਵਾਲ ਹੀ ਕਰ ਰਿਹਾ ਜੀ। ਮੈਂ ਸਵਾਲ ਹੀ ਕਰ ਰਿਹਾ। ਸਵਾਲ ਆ ਨਹੀਂ ਨਾ ਸਵਾਲ ਜੋ ਤੂੰ ਕਰ ਰਿਹਾ ਆ। ਮੈਨੂੰ ਜੀ 5 ਮਿੰਟ ਚਾਹੀਦੇ, ਮੈਂ ਗੱਲ ਕਰਨੀ ਆਪਣੀ। ਹੁਣ ਤੁਸੀਂ ਜਦੋਂ ਆਉਂਦੇ ਆ ਉਦੋਂ ਤੱਕ ਕਹਿੰਦੇ ਮੈਂ ਸਵਾਲ ਕਰਨਾ। ਹੁਣ ਤੇਰੇ ਸਵਾਲ ਦੇ ਵਿੱਚ ਅਸੀਂ ਕੀ ਲੈਣਾ ਇਸ ਗੱਲ ਤੋਂ ਕਿ ਸੂਰਜ ਪ੍ਰਕਾਸ਼ ਬਾਰੇ ਤੈਨੂੰ ਕਦੋਂ ਜਾਣਕਾਰੀ ਮਿਲੀ? ਮੈਂ ਕੀ ਲੈਣਾ ਉਹ ਤੋਂ? ਦਿਮਾਗ ਨੀ ਹੈਗਾ। ਮੈਂ ਤੈਨੂੰ ਕਹਿ ਰਿਹਾ ਤੂੰ ਆਇਆ, ਤੂੰ ਆ ਕੇ ਸਵਾਲ ਕਰ। ਕੀ ਸਵਾਲ ਆ ਤੇਰਾ? ਮੈਂ ਤੁਹਾਨੂੰ ਸਵਾਲ ਕਰ ਰਿਹਾ। ਕਰ ਸਵਾਲ ਕਰ। ਇਹ ਆ, ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਇੱਕ ਟਕਸਾਲ ਤੋਂ ਤੇ ਹੋਰ ਜਿਹੜੇ ਤੁਹਾਡੇ ਵਿਚਾਰ ਨੇ, ਇਹਨਾਂ ਤੋਂ ਬਿਨਾਂ, ਦੋ ਧੜਿਆਂ ਤੋਂ ਬਿਨਾਂ ਹੋਰ ਵੀ ਲੋਕ ਵੱਸਦੇ। ਉਹ ਆਪਣਾ ਕੰਮ ਕਰਨ ਲੋਕਲ ਨੇ। ਇੱਕ ਮਿੰਟ, ਉਹ ਆਪਣਾ ਕੰਮ ਕਰਨ ਚੁੱਪ ਕਰ। ਤੂੰ ਸਵਾਲ ਕਰ ਲਿਆ, ਹੁਣ ਮੈਂ ਦੇਣਾ ਜਵਾਬ। ਜਦੋਂ ਮੈਂ ਤੈਨੂੰ ਕਹਿ ਦੂੰਗਾ ਨਾ ਮੇਰਾ ਜਵਾਬ ਪੂਰਾ ਹੋ ਗਿਆ, ਉਹ ਤੋਂ ਬਾਅਦ ਜੇ ਦੂਜਾ ਸਵਾਲ ਹੋਇਆ ਤਾਂ ਕਰ ਲਈ, ਇਹਦੇ ਉੱਤੇ ਹੋਰ ਕੋਈ ਸਵਾਲ ਨਾ ਕਰੀ। ਜਿਹੜਾ ਤੇਰਾ ਦੇਖ, ਇੱਕ ਕਮਿਊਨਿਟੀ ਉਹ ਆ ਜਿਹੜੀ ਕਮਿਊਨਿਟੀ ਸਾਡੀਆਂ ਗੱਲਾਂ ਨਾਲ ਸਹਿਮਤ ਆ। ਹਾਂਜੀ। ਇੱਕ ਹਿੱਸਾ ਉਹ ਆ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ। ਹਾਂਜੀ ਬਿਲਕੁਲ, ਇਹੀ ਸਵਾਲ ਹੈ। ਉਹ ਤੋਂ ਬਿਨਾਂ ਜਿਹੜੇ ਬਾਕੀ ਆ ਉਹ ਆਪੋ ਆਪਣਾ ਕੰਮ ਕਰਨ। ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਵੀ ਆ ਕੇ ਰੇਡੀਓ ਸੁਣੋ। ਉਹ ਜੇ ਇੱਕ ਵਾਰ ਨਾ, ਇੱਕ ਤੈਨੂੰ ਗੱਲ ਦੱਸਾਂ ਮੈਂ। ਹਾਂਜੀ। ਇੱਕ ਵਾਰ ਕਿਸੇ ਨੇ ਡੂਮਣੇ ਦੀ ਮੱਖੀ ਨੂੰ, ਜਿਹੜੀ ਮਧੂ ਮੱਖੀ ਹੁੰਦੀ ਆ, ਹਾਂਜੀ, ਉਹਨੂੰ ਪੁੱਛਿਆ, ਹਾਂਜੀ, ਵੀ ਤੂੰ ਸਾਰਾ ਦਿਨ ਇੰਨੀ ਮਿਹਨਤ ਕਰਦੀ ਆ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਉੱਤੇ ਜਾ ਕੇ ਬਹਿਨੀ ਆ, ਸ਼ਹਿਦ ਇਕੱਠਾ ਕਰਦੀ ਆ, ਹਾਂਜੀ, ਉਹ ਲਿਆ ਕੇ ਛੱਤੇ ਦੇ ਵਿੱਚ ਪਤਾ ਨੀ ਕਿੰਨੇ ਮਹੀਨੇ ਲੱਗ ਜਾਂਦੇ, ਕੋਈ ਹੋਰ ਆਉਂਦਾ ਉਹ ਆ ਕੇ ਧੂੰਆਂ ਕਰਕੇ ਤੈਨੂੰ ਉਡਾ ਦਿੰਦਾ ਤੇ ਸ਼ਹਿਦ ਚੋ ਕੇ ਰਾਹ ਪੈਂਦਾ। ਹਾਂਜੀ। ਵੀ ਤੂੰ ਕੀ, ਤੈਨੂੰ ਕੀ ਮਿਲਦਾ? ਉਹ ਕਹਿੰਦੀ ਵੀ ਤੈਂ ਟਿੰਡੇ ਲੈਣੇ ਆ, ਮੈਂ ਇਕੱਠਾ ਕਰਦੀ ਆ, ਉਹ ਲੈ ਜਾ, ਤੂੰ ਕਾਤੇ ਵਿੱਚ ਆ ਕੇ ਫਸ ਗਿਆ। ਹੁਣ ਜਿਹੜੀ ਹੋਰ ਕਮਿਊਨਿਟੀ ਆ, ਤੈਂ ਟਿੰਡੇ ਲੈਣੇ, ਉਹ ਤਾਂ ਤੂੰ ਆਪਣਾ ਕੰਮ ਕਰ ਜਾ ਕੇ। ਭਾਜੀ ਇਹ ਤਾਂ ਕੋਈ ਜਵਾਬ ਨਹੀਂ ਨਾ ਹੋਇਆ। ਦੂਜਾ ਹੋਰ ਕੋਈ ਸਵਾਲ ਹੈਗਾ ਕਿ ਨਹੀਂ ਹੈਗਾ? ਨਹੀਂ ਭਾਜੀ, ਇਹ ਤਾਂ ਚੰਗਾ, ਓਕੇ ਬਾਏ, ਜਾ। ਠੀਕ, ਐਵੇਂ ਆ ਕੇ ਸਿਰ ਫਸਾਉਣ ਆ ਜਾਂਦੇ ਤੁਸੀਂ ਆਸਟ੍ਰੇਲੀਆ ਵਾਲਿਆਂ ਨੇ, ਪਤਾ ਨਹੀਂ ਤੁਸੀਂ ਉੱਥੇ, ਤੁਹਾਡੇ ਗਰਮੀ ਜ਼ਿਆਦਾ ਪੈਂਦੀ ਆ ਜਾਂ ਤੁਸੀਂ ਉੱਦਾਂ ਰੇਤੇ ਰੂਤੇ 'ਚ ਮਧੋਲੇ ਜ਼ਿਆਦਾ ਗਏ ਆ, ਹੈ ਨਾ? ਹੁਣ ਉੱਧਰ ਬ੍ਰਿਸਬੇਨ ਵਾਲੇ ਪਾਸੇ ਗੰਨੇ ਗੁੰਜਾਂ ਕੇਲਿਆਂ ਕੁਲਿਆਂ ਨੇ ਬਿਲਕੁਲ ਵਾਲੇ ਪਾਸੇ ਤੁਹਾਨੂੰ ਕੋਈ ਮਧੋਲਿਆ ਆ, ਇੱਦਾਂ
ਕਾਤੇ ਸਿਰਫ ਸੌਣਾ ਚਾਹੁੰਦੇ ਤੁਸੀਂ, ਕੋਈ ਸੈਂਸ ਬਣਦੀ ਇਸ ਗੱਲ ਦੀ? ਬਹੁ ਗਿਣਤੀ ਜਿਹੜੀ ਗਿਆਨੀਆਂ ਦੀ ਆ ਮੈਂ ਦੇਖਿਆ ਆ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ, ਉਹ ਇੱਦਾਂ ਦੀ ਆ ਜਿੰਨਾ ਲਾਣਾ ਜਿਹੜਾ ਉਦੋਕੇ ਵਾਲਾ ਅਜਮੇਰ ਸਿੰਘ ਵਾਲਾ ਲਾਣਾ ਆ ਨਾ, ਉਹ ਸਾਰੇ ਦਾ ਸਾਰਾ ਇੱਦਾਂ ਦਾ ਹੀ ਆ। ਬਸ ਕਾਮਰੇਡਾਂ ਦੇ ਬਾਰੇ ਅਸੀਂ ਅੱਗੇ ਕਹਿੰਦੇ ਹੁੰਦੇ ਸੀ ਤਾਂ ਟਵਾਣੀ ਹੋਣੀ ਆ, ਵੀ ਨਹੀਂ ਸਹੁੰ ਖਾਧੀ ਹੋ ਆ ਵੀ ਕੋਈ ਗੱਲ ਕਿਸੇ ਸਿਰੇ ਨਾ ਉੱਧਰ, ਵੀ ਤੁਸੀਂ ਆਪਣਾ ਕੰਮ ਕਰ ਲਓ ਆਪਣਾ। ਜਿਹੜੇ ਬੰਦੇ ਅੱਜ ਜਿੰਨੀ ਗੁੰਡਾਗਰਦੀ ਟਕਸਾਲ ਦੇ ਨਾਂ ਦੇ ਬਾਬਾ ਦੀਪ ਸਿੰਘ, ਉਹਦੇ ਬਾਰੇ ਕੋਈ ਬੰਦਾ ਨਹੀਂ ਦੱਸ ਰਿਹਾ ਵੀ ਦਸਾਂ ਪਾਤਸ਼ਾਹੀਆਂ ਦੇ ਵੇਲੇ ਕਿਸੇ ਵੀ ਗੁਰ ਅਸਥਾਨ ਨੂੰ ਆਜ਼ਾਦ ਕਰਾਉਣ ਦੇ ਲਈ ਕੋਈ ਲੜਾਈ ਨਹੀਂ ਲੜੀ ਗਈ। ਇੱਕ ਬਾਬਾ ਦੀਪ ਸਿੰਘ ਦੇ ਨਾਂ ਦਾ ਸ਼ਖਸ ਹੋਇਆ ਆ, ਉਹ ਸਾਰੀ ਕੌਮ ਦੀ ਬੰਦਾ ਸਿੰਘ ਬਹਾਦਰ ਦੇ ਵੇਲੇ ਉਹ ਹੈਗਾ ਆ, ਦਸਵੇਂ ਪਾਤਸ਼ਾਹ ਦੇ ਵੇਲੇ ਹੈਗਾ ਆ, ਚਮਕੌਰ ਦੀ ਜੰਗ ਵੇਲੇ ਹੈਗਾ ਆ, ਕਿਤੇ ਦਿਸ ਨਹੀਂ ਰਿਹਾ। ਉਹ ਸਿਰਾਂ ਦੇ ਮੁੱਲ ਪੈ ਗਏ, ਸਾਰਾ ਕੁਛ ਹੋ ਗਿਆ, ਮੀਰ ਮੰਨੂ ਦਾ ਟਾਈਮ ਲੰਘ ਗਿਆ, ਛੋਟਾ ਘੱਲੂ ਘਰਾ ਲੰਘ ਗਿਆ, ਸਾਰੇ ਕੁਛ ਦੇ ਵਿੱਚ ਕਿਤੇ ਨਹੀਂ ਉਹ ਦਿਸਿਆ। ਅਤੇ ਜੇ ਉਹਦਾ ਨਾਂ ਆਉਂਦਾ ਤਾਂ ਇਸ ਗੱਲ ਦੇ ਉੱਤੇ ਆਉਂਦਾ ਵੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਸੀਸ ਦਿੱਤਾ ਉਹਨੇ। ਵੀ ਜਦੋਂ ਗੱਲ ਕਹੀ ਦੀ ਆ ਫਿਰ ਕਿਸੇ ਫਰਾਂਸ ਦੇ ਸੰਤ ਦਾ ਹਵਾਲਾ ਦੇ ਦਿੰਦੇ ਆ ਵੀ ਸਾਈਆਂ ਦਾ ਵੀ ਸੰਤ ਹੋਇਆ, ਉਹ ਵੀ 6 ਕਿਲੋਮੀਟਰ ਤੱਕ ਸੀਸ ਤਲੀ 'ਤੇ ਰੱਖ ਕੇ ਲੈ ਕੇ ਗਿਆ। ਹੁਣ ਜਦੋਂ ਉਹਦੇ 'ਤੇ ਸਵਾਲ ਹੋ ਰਹੇ ਆ ਵੀ ਭਾਈ ਤੁਸੀਂ ਜਿਹੜੇ ਨਾਮੀ ਸਿੱਖ ਸੀਗੇ ਪਹਿਲਾਂ ਉਹ ਸਿੱਖਾਂ ਦੇ ਮਸ਼ਹੂਰ ਨਾਂ ਚੁੱਕੇ ਗਏ ਆ, ਉਹਨਾਂ ਦੇ ਨਾਵਾਂ ਦੇ ਉੱਤੇ ਕੋਈ ਲਿਖਤਾਂ ਲਿਖੀਆਂ ਗਈਆਂ ਆ, ਉਹ ਕਹਾਣੀਆਂ ਘੜ ਕੇ ਸਾਡੇ ਸਿਰਾਂ ਦੇ ਉੱਤੇ ਟਕਸਾਲ ਵਰਗੇ ਡੇਰੇ ਬਿਠਾ ਦਿੱਤੇ ਗਏ ਆ, ਅਤੇ ਤੁਸੀਂ ਆ ਗਏ ਮੂੰਹ ਚੱਕ ਕੇ ਇਹ ਗੱਲ ਸਾਨੂੰ ਕਹਿਣ ਪਏ ਭਾਈ ਉਹ ਲੜਾਈ ਤੁਹਾਡੀ ਉਹਨਾਂ ਦੇ ਨਾਲ ਆ। ਅਤੇ ਆਮ ਲੋਕਾਂ ਨੂੰ ਨਹੀਂ ਲੋੜ ਹੈਗੀ ਕੁਛ ਕੰਮ ਕਰ ਲੈਣਾ ਆਪਣਾ, ਟਰੱਕ ਚਲਾ ਲੈਣਾ ਜਾ ਕੇ, ਨਹੀਂ ਤਾਂ ਫਿਰ ਆਮ ਨਹੀਂ ਰਹਿ ਜਾਂਦੇ। ਉਹ ਦੱਸਣ ਸਹੀ ਸਾਨੂੰ ਵੀ ਜਿਹੜੀ ਟਕਸਾਲ ਦੀ ਗੁੰਡਾ ਪਿੰਡਾਂ ਵਾਲੇ ਨੇ ਜਿਹੜੇ ਹਥਿਆਰ ਚੱਕੇ ਆ ਉਹਦੇ ਨਾਲ ਕੌਮ ਦਾ ਸਵਰਿਆ ਕੀ ਆ? ਜਿਹੜੇ ਲੋਕ ਉਹਦੇ ਉੱਤੇ ਚੁੱਪ ਆ ਉਹਨਾਂ ਨੂੰ ਆਮ ਕਿੱਦਾਂ ਮੰਨ ਲਈ? ਉਹ ਤਾਂ ਦੱਲੇ ਆ, ਆਮ ਨਹੀਂ ਹੈਗੇ ਉਹ। ਜਦੋਂ ਦੋ ਜਣਿਆਂ ਦੀ ਲੜਾਈ ਕਿਸੇ ਬਾਜ਼ਾਰ ਦੇ ਵਿੱਚ, ਜਿਹੜਾ ਵੀਰ ਫੋਨ ਵੀ ਕਰਕੇ ਗਿਆ ਉਹਨੂੰ ਪੁੱਛੋ ਵੀ ਬਾਜ਼ਾਰ ਦੇ ਵਿੱਚ ਤੇਰੇ ਘਰ ਦੀ ਔਰਤ ਕੋਈ ਬੱਚਾ ਉੱਥੇ ਗਿਆ ਹੋਵੇ, ਚਾਰ ਬੰਦੇ ਉਹਦੇ ਨਾਲ ਧੱਕਾ ਕਰਦੇ ਹੋਣ, ਅਤੇ ਦੋ ਬੰਦੇ ਕਹਿਣ ਵੀ ਦੇਖੋ ਭਾਈ ਇਹ ਔਰਤ ਆ ਫਲਾਨੇ ਦੀ ਗੁਰਪ੍ਰੀਤ ਸਿੰਘ ਦੀ, ਇਹ ਚਾਰ ਬੰਦੇ ਉਹਨਾਂ ਧੱਕਾ ਕਰ ਰਹੇ ਆ, ਅਤੇ ਤੁਸੀਂ ਇੱਦਾਂ ਆਪਸ ਵਿੱਚ ਹੀ ਲੜਦਿਆਂ ਨੇ ਜਿਹੜਾ ਸਾਡਾ ਰਾਹ ਰੋਕਿਆ, ਅਸੀਂ ਤਾਂ ਇੱਥੇ ਖੜ੍ਹੇ ਗਾਣਾ ਸੁਣਨਾ ਚਾਹੁੰਦੇ ਸੀ, ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹਦੀ ਭਰਪਾਈ ਕੌਣ ਕਰੂਗੀ? ਉਹਨਾਂ ਨੂੰ ਕੀ ਕਹੋਗੇ ਤੁਸੀਂ? ਉਸ ਵੇਲੇ ਜਿਹੜੇ ਖੜ੍ਹੇ ਉਹਨਾਂ ਦਾ ਫਰਜ਼ ਨਹੀਂ ਬਣਦਾ, ਜਾਂ ਤਾਂ ਰੋਕੋ ਉਹਨਾਂ ਨੂੰ, ਨਹੀਂ ਪੁਲਿਸ ਨੂੰ ਫੋਨ ਕਰਨ ਵੀ ਭਾਈ ਅੱਤਿਆਚਾਰ ਹੋ ਰਿਹਾ, ਜ਼ੁਲਮ ਹੋ ਰਿਹਾ। ਜੇ ਨਹੀਂ ਕਰ ਰਹੇ ਉਹਨਾਂ ਨੂੰ ਕੀ ਕਹੋਗੇ ਤੁਸੀਂ? ਉਹ ਕਿਹਨਾਂ ਦੇ ਹੱਕ ਵਿੱਚ ਭੁਗਤੇ? ਉਸ ਔਰਤ ਦੇ, ਮਜ਼ਲੂਮ ਦੇ ਬੱਚਿਆਂ ਦੇ ਹੱਕ ਵਿੱਚ ਭੁਗਤੇ, ਜਾਂ ਜਿਹੜੇ ਚਾਰ ਗੁੰਡੇ ਉਹਨਾਂ ਦੇ ਹੱਕ ਵਿੱਚ ਭੁਗਤ ਰਹੇ? ਅੱਜ ਜਿੱਦਾਂ ਦਿਨੇ ਦਿਹਾੜੇ ਹਰੇਕ ਗੱਲ ਦੇ ਉੱਤੇ ਟਕਸਾਲ ਆਪਣੀ ਮਨਮਾਨੀ ਕਰ ਰਹੀ ਆ, ਜਾਣੀ ਉਹਦੇ ਬਾਰੇ ਗੱਲ ਹੋ ਰਹੀ ਆ, ਅਤੇ ਤੁਸੀਂ ਆ ਕੇ ਕਹਿੰਦੇ ਵੀ ਭਾਈ ਤੁਹਾਡੀ ਉਹਨਾਂ ਨਾਲ ਨਿੱਜੀ ਲੜਾਈ ਆ। ਵਿਦਵਤਾ ਸਾਰੀ ਆਪਣੀ ਜਿਹੜੀ ਆ ਸੰਭਾਲ ਕੇ ਰੱਖਿਆ ਕਰੋ ਭਾਈ। 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ, ਧੰਨਵਾਦ ਜੀ ਤੁਹਾਡਾ। ਇੱਕ ਸਾਡੇ ਨਾਲ ਸਰੋਤੇ ਮੈਸੇਂਜਰ ਦੇ ਉੱਤੇ ਆ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹੁਣੇ ਸੁਣਿਆ ਆਵਾਜ਼ ਤੋਂ ਤੇ ਹੋ ਸਕਦਾ ਇਹ ਲੜਕਾ ਮੇਰੇ ਤੋਂ ਛੋਟਾ ਹੋਵੇ। ਇਹਨੂੰ ਸਿਰਫ ਮੈਂ ਇਹੀ ਦੱਸਣਾ ਹੈ ਕਿ ਕਾਕਾ ਇਹ ਕੁਐਸਚਨ ਤੇ ਬੜਾ ਤੂੰ ਮਤਲਬ ਮੋਢੀ ਬਣ ਕੇ ਆ ਗਿਆ ਪੁੱਛਣ ਵਾਸਤੇ। ਕੋਈ ਕੋਮਨ ਸੈਂਸ ਨਾਂ ਦੀ ਚੀਜ਼ ਹੁੰਦੀ ਆ, ਜਦੋਂ ਘਰੇ ਅੱਗ ਲੱਗਦੀ ਹੈ ਤੁਸੀਂ ਆਸੇ ਪਾਸੇ ਪੁੱਛ ਕੇ ਡਿਸੀਜ਼ਨ ਲੈਂਦੇ ਹੋ ਕਿ ਆਪਣੇ ਆਪ ਡਿਸੀਜ਼ਨ ਲੈਂਦੇ ਹੋ? ਤੂੰ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਨ ਆ ਗਿਆ, ਇਹ ਕਮਿਊਨਿਟੀ ਭੇਡਾਂ ਦੀ ਕਮਿਊਨਿਟੀ ਹੈ, ਕਮਿਊਨਿਟੀ ਨੂੰ ਨਜ਼ਰ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਆਸੇ ਪਾਸੇ? ਬਿਲਕੁਲ ਜੀ ਬਿਲਕੁਲ, ਜਦੋਂ ਇੰਨਾ ਧੱਕਾ ਹੋ ਰਿਹਾ, ਜਿਹੜੇ ਉਹਦੇ ਵਿੱਚ ਚੁੱਪ ਬੈਠੇ ਆ ਉਹ ਲੱਗਦੇ ਕੀ ਆ? ਅਸੀਂ ਕਾਹਤੇ ਉਹਨਾਂ ਦੀ ਪਰਵਾਹ ਕਰੀਏ ਪਏ, ਉਹਨਾਂ ਨੂੰ, ਉਹਨਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਨੂੰ ਮਨੋਰੰਜਨ ਕੀ? ਹੁਣ ਗੁਰਦਾਸ ਮਾਨ ਸੱਦ ਕੇ ਲਾ ਦੇਈਏ ਉਹਨਾਂ ਲਈ? ਹਾਂਜੀ ਰਾਈਟ, ਇਹ ਉਹ ਬੰਦੇ ਨੇ ਜਿਹੜੇ ਸਵਾਦ ਲੈਣ ਵਾਸਤੇ ਤੁਰੇ ਆਉਂਦੇ ਆ, ਮੂੰਹ ਚੁੱਕ ਕੇ ਤੁਸੀਂ ਫੋਨ ਕਰਨ ਆ ਜਾਂਦੇ ਹੋ, ਤੇ ਕੋਈ ਕਾਮਨ ਸੈਂਸ ਤੇਰੀ ਕਾਕਾ ਕੰਮ ਕਰਦੀ ਆ? ਨਹੀਂ ਜੀ, ਉਹਨਾਂ ਨੂੰ ਇੱਕ ਹੋਰ ਸੁਨੇਹਾ ਆਇਆ ਭੈਣ ਜੀ, ਭਈ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ, ਕੱਤਕ ਦੀ ਪੂਰਨਮਾਸ਼ੀ ਨੂੰ ਉਹ ਮਨਾ ਲਓ ਜਾ ਕੇ, ਪ੍ਰਭਾਤ ਫੇਰੀਆਂ ਕੱਢ ਲਓ ਤੁਸੀਂ। ਤੁਸੀਂ ਕਹਿੰਦੇ ਰੇਡੀਓ ਸੁਣਨਾ? ਬਿਲਕੁਲ, ਮੈਜੋਰਟੀ ਲੋਕੀ ਤਾਂ ਉਹ ਕਹਿੰਦੇ ਵੇਟ ਕਰਦੇ ਪਏ ਲੱਡੂ ਜਲੇਬੀਆਂ ਖਾਵਾਂਗੇ। ਇਹਨਾਂ ਨੂੰ ਕੀ ਪਤਾ ਗੁਰੂ ਨਾਨਕ ਨੇ ਕਿੱਦਾਂ ਅੱਡੀਆਂ ਰਗੜ ਰਗੜ ਕੇ ਉਹ ਦਿੰਦਾ ਰਿਹਾ ਉਪਦੇਸ਼, ਉਹ ਦਿੰਦਾ ਰਿਹਾ ਹੋਕਾ, ਹੈਂ? ਇਹ ਬਹਿ ਗਏ ਨੇ ਏਸੀ ਕਮਰੇ ਚਿੱਟੇ ਚੋਲੇ ਪਾ ਕੇ ਤੇ ਹਲੇ ਵੀ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਕਿੰਨੀ ਸ਼ਰਮ ਦੀ ਗੱਲ ਆ ਜੀ, ਇੱਦਾਂ ਢੀਠ ਜਿਹਾ ਹੋ ਕੇ ਫਿਰ ਆ ਕੇ ਜਦੋਂ ਗੱਲ ਕਰਦੇ ਆ। ਤੁਸੀਂ ਇੱਕ ਚੀਜ਼ ਦੇਖ ਲਓ, ਇਹ ਲੋਕ ਜਿਹੜੇ ਇਹਨਾਂ ਦੇ ਅੰਦਰਲੀ ਬਦਬੋ ਆ ਇੱਕਦਮ ਆਉਂਦਿਆਂ ਤੇ ਫੈਲ ਨਹੀਂ ਜਾਂਦੀ ਇੱਦਾਂ? ਬਿਲਕੁਲ ਬਿਲਕੁਲ, ਸ਼ੁਰੂ ਚ ਫਲਾ ਦਿੰਦੇ ਆ। ਸਾਰੇ ਮਿਲੇ ਆ ਆਪਸ ਚ ਖਾਣ ਡੇ ਵੀ ਕਿਸੇ ਤਰੀਕੇ ਨਾਲ ਸਾਡੀਆਂ ਦੁਕਾਨਾਂ ਨਾ ਕਿਤੇ ਬੰਦ ਹੋ ਜਾਣ। ਇੱਕ ਆਉਂਦਾ ਜੀ ਮੇਰਾ ਤੇਰਾ ਅਖੀਰਲਾ ਦਿਨ ਹੈ,
ਉਹਨੇ ਕਾਕਾ ਅਖੀਰਲਾ ਦਿਨ ਨਹੀਂ ਹੈਗਾ, ਅਖੀਰਲੇ ਦਿਨ ਹੁਣ ਤੁਹਾਡੇ ਆਏ ਤਾਂ ਤੁਹਾਡੀ ਜਾਨ ਨਿਕਲਦੀ ਆ। ਸਾਨੂੰ ਤਾਂ ਬਹੁਤ ਚਿਰ ਹੋ ਗਿਆ ਜੀ। ਦੇਖੋ ਜਿਹੜੇ ਨਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ, ਹਮ ਆਦਮੀ ਹਾਂ ਇਕਦਮੀ, ਹਾਂਜੀ, ਮੋਹਲਤ ਮੋਹਤ ਨਾ ਜਾਣਾ, ਉਹ ਸਾਹ ਦਾ ਤਾਂ ਭਰੋਸਾ ਕਿਸੇ ਨੂੰ ਵੀ ਹੈ ਨਹੀਂ ਯਾਰ। ਬਿਲਕੁਲ, ਜਦੋਂ ਜਦੋਂ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੋਣੀ ਆ, ਹੁਣ ਜਿਨ੍ਹਾਂ ਨੇ ਤੀਜੇ ਪਾਤਸ਼ਾਹ ਦੇ ਵੇਲੇ ਬਾਦਸ਼ਾਹ ਕੁਛ ਕੈਤਾਂ ਕੀਤੀਆਂ, ਹਾਂਜੀ, ਚੌਥੇ ਪਾਤਸ਼ਾਹ ਵੇਲੇ ਕੀਤੀਆਂ, ਜਦੋਂ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਆ, ਉਹ ਇੱਦਾਂ 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 ਦੇ ਮਿਹਣੇ ਨਹੀਂ ਦਿੰਦੇ ਹੋਣੇ, ਤੇ ਦੇਖੀ ਹੁਣ ਕੀ ਬਣਦਾ, ਹੁਣ ਦੇਖੀ। ਉਹ ਪਤਾ ਨਹੀਂ, ਮੈਂ ਕੱਲ ਸੋਚਦੀ ਸੀ ਵੀਰ ਜੀ, ਮੈਂ ਕਿਹਾ ਗੁਰੂ ਨਾਨਕ ਨੂੰ, ਮੈਂ ਕਿਹਾ ਪਤਾ ਨਹੀਂ ਕਿੰਨੇ ਕਿੰਨੇ ਕਿਹਾ ਹੋਣਾ, ਉਹ ਤੂੰ ਬੜਾ ਸਾਨੂੰ ਸਮਝਾਉਣ ਆ ਗਿਆ, ਆਪਣੇ ਘਰ ਨੂੰ ਸੰਭਾਲ, ਆਪਣਾ ਘਰ ਤੇ ਤੂੰ ਸੰਭਾਲਿਆ ਨਹੀਂ ਗਿਆ, ਬਾਬਾ ਤੂੰ ਸਾਨੂੰ ਸਮਝਾਈ ਜਾਂਦਾ। ਤੁਸੀਂ ਇਹ ਦੇਖੋ, ਸਾਡਾ ਤੇ ਇਹ ਹਾਲ ਹੈ ਕਿ ਜੇ ਘਰ ਦੇ ਵਿੱਚ ਇੱਕ ਚਾਚੇ ਜਾਂ ਤਾਏ ਦਾ ਘਰ ਵਿਗੜਿਆ ਹੋਵੇ ਨਾ, ਤੇ ਉਹਨੂੰ ਭਤੀਜਾ ਕਹੇਗਾ ਕਿ ਆਪਣਾ ਘਰ ਤੇ ਸੰਭਾਲ ਲੈ। ਅਸੀਂ ਅਸੀਂ ਤਾਂ ਇੰਨੇ ਪਖੰਡੀ ਹਾਂ ਕਿ ਜਿਸ ਬਾਬੇ ਦਾ ਆਪਣਾ ਘਰ ਨਹੀਂ ਸੰਭਲਿਆ, ਅਸੀਂ ਉਹਦੀ ਬਾਣੀ ਜਾ ਕੇ ਮੱਥੇ ਵੀ ਟੇਕਦੇ ਪਏ ਹਾਂ। ਸਾਡਾ ਤੇ ਇਹ ਹਾਲ ਹੈ, ਅਸੀਂ ਨਾ ਇੱਧਰ ਜੋਗੇ ਤੇ ਨਾ ਉੱਧਰ ਜੋਗੇ, ਸਾਡਾ ਉਹ ਹਾਲ ਹੈ। ਨਹੀਂ, ਨਾਲੇ ਦੇਖੋ ਜੀ, ਗੱਲ ਇਹ ਆ, ਅਸੀਂ ਅਸੀਂ ਜਿਹੜਾ ਨਾ ਆ ਪਲੇਟਫਾਰਮ ਤੇ ਜਿੱਥੇ ਅਸੀਂ ਬੈਠੇ ਆ, ਹਾਂਜੀ, ਦੁਨੀਆ ਦੇ ਇੱਕ ਵੀ ਗੁਰਦੁਆਰੇ 'ਚ, ਦੁਨੀਆ ਦੀ ਕਿਸੇ ਇੱਕ ਵੀ ਦੁਕਾਨ ਦੇ ਉੱਤੇ ਨਾ ਅਸੀਂ ਕੋਈ ਆਪਣਾ ਕਾਰਡ, ਨਾ ਕੋਈ ਸਟਿੱਕਰ, ਨਾ ਕੋਈ ਮਸ਼ਹੂਰੀ, ਕਿਤੇ ਨਹੀਂ ਅਸੀਂ ਕਿਹਾ। ਠੀਕ ਹੈ, ਜਿਹੜੇ ਬੰਦੇ ਦੇਖਦੇ ਆ ਉਹ ਯੂਟਿਊਬ 'ਤੇ ਦੇਖਦੇ, ਆਪਣਾ ਇੰਟਰਨੈਟ ਲਾ ਕੇ ਦੇਖਦੇ ਆ। ਬਿਲਕੁਲ, ਕਿਸੇ ਬੰਦੇ ਤੋਂ ਨਾ ਤਾਂ ਅਸੀਂ ਕਦੇ ਕੋਈ ਸੈਂਟ ਮੰਗਿਆ ਆ, ਤੇ ਨਾ ਅਸੀਂ ਕਿਸੇ ਨੂੰ ਇਹ ਕਿਹਾ ਆ ਵੀ ਤੁਸੀਂ ਆਹ ਸਾਡੀ ਗੱਲ ਸੁਣੋ ਤੇ ਤੁਹਾਨੂੰ ਆਹ ਫਾਇਦਾ ਹੋਊਗਾ। ਬਿਲਕੁਲ, ਆਪਣੀ ਚੋਇਸ ਆ ਤੁਹਾਡੀ ਸੁਣਨੇ ਦੀ। ਬਿਲਕੁਲ, ਤੇ ਜਦੋਂ ਇਹ ਆ ਫਿਰ ਤੁਸੀਂ ਸਾਡੇ ਤੇ ਸ਼ਰਤ ਕਤੇ ਲਾਉਣ ਆ ਗਏ। ਬਿਲਕੁਲ, ਇਹਦਾ ਮਤਲਬ ਇਹੋ ਜਿਹੇ ਫੋਨ ਕਰਨ ਦਾ ਮਤਲਬ ਹੀ ਨਹੀਂ ਬਣਦਾ ਹੈਗਾ ਕਿ ਜੀ ਕਮਿਊਨਿਟੀ ਕਿਹਨੂੰ ਫੋਲੋ ਕਰੂਗੀ, ਕਮਾਲ ਹੋ ਗਈ। ਅਸੀਂ ਦਿਹਾੜੀ ਦੀਆਂ ਚਾਰ ਪੋਸਟਾਂ ਅਸੀਂ ਇਸ ਗੱਲ ਦੇ ਉੱਤੇ ਪਾਈ ਦੀਆਂ ਵੀ ਅਸੀਂ ਤਾਂ ਆਪਣੇ ਅਸੂਲਾਂ ਨਾਲ, ਆਪਣੀ ਜਿੱਦ ਨਾਲ ਜੀਣਾ ਜਾਣਦੇ ਹਾਂ ਅਸੀਂ। ਬਿਲਕੁਲ, ਸਾਡੀ ਮਰਜ਼ੀ ਆ, ਜਿੱਦਾਂ ਜੀ ਕਰੂਗਾ ਉਦਾਂ ਕਰਾਂਗੇ ਅਸੀਂ। ਬਿਲਕੁਲ ਠੀਕ, ਤੂੰ ਆ ਕੇ ਭਰਾਵਾ ਲੱਗਦੇ ਆ ਦੱਸਣ ਵੀ ਉਹ ਕਮਿਊਨਿਟੀ, ਇੰਨੀਆਂ ਫਿਲਮਾਂ ਲੱਗੀਆਂ ਆ, ਫਿਲਮ ਦੇਖ ਲਓ ਕੋਈ, ਤੁਸੀਂ ਯੂਟਿਊਬ ਤੇ ਇੰਨੇ ਗਾਣੇ ਚੱਲਦੇ ਉਹ ਦੇਖ ਲਓ ਕੋਈ, ਸਾਰੇ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਚ ਗਾਣੇ ਕੱਢ ਦਿੱਤੇ ਆ, ਦੇਖੀ ਜਾ ਉਹਨਾਂ ਨੂੰ ਬੈਠੇ। ਇੱਕ ਕੁਐਸਚਨ ਹੋਰ ਆ ਵੀਰ ਜੀ, ਇਹਨੂੰ ਕਹੋ, ਪ੍ਰੋਗਰਾਮ ਸੁਣਦਾ ਹੋਏਗਾ, ਪਿਆਰੇ ਬੱਚੇ ਜਾਂ ਪਿਆਰੇ ਭਰਾ, ਤੂੰ ਏਦਾਂ ਕਰ, ਦੁਬਾਰਾ ਫੋਨ ਕਰਕੇ ਦੱਸ ਵੀ ਜਦੋਂ ਡਿਸੀਜਨ ਲੈਣ ਦਾ ਟਾਈਮ ਹੋਊਗਾ, ਤੂੰ ਕਿਹੜਾ ਡਿਸੀਜਨ ਲੈਣਾ, ਦੁਨੀਆਂ ਦਾ ਠੇਕਾ ਲੈਣ ਡਿਆ, ਤੂੰ ਏਦਾਂ ਕਰ, ਫੋਨ ਕਰਕੇ ਆਪਣਾ ਦੱਸ ਪਹਿਲਾਂ। ਇਹ ਜਿਹੜੇ ਆ ਜਾਂਦੇ ਮੂੰਹ ਚੁੱਕ ਕੇ, ਪਹਿਲਾਂ ਆਪਣੀ ਗੱਲ ਕਰੋ ਵੀ ਤੁਸੀਂ ਕਿੱਥੇ ਖੜੇ ਹੋ, ਆਉਂਦੇ ਤੁਸੀਂ ਕਮਿਊਨਿਟੀ ਨੂੰ ਰਿਪ੍ਰੈਜ਼ੈਂਟ ਕਰਨ ਵਾਸਤੇ। ਇਹ ਸਾਰੇ ਲੋਕ ਸਥਾਪਤੀ ਦੇ ਹੱਕ ਵਿੱਚ ਖੜੇ ਆ ਜੀ, ਟਾਈਮ ਪਾਸ ਕਰਨ ਆ ਜਾਂਦੇ ਨੇ, ਤੇ ਨਾਲੇ ਬੇੜਾ ਗਰਕ ਕੀਤਾ ਇਹਨਾਂ ਲੋਕਾਂ ਨੇ। ਜਦੋਂ ਦੀਦੀ ਇੱਕ ਗੱਲ ਮੈਂ ਹੋਰ ਕਹਿਣੀ ਸੀ, ਇਹ ਜਿਹੜਾ ਇਹ ਕਹਿੰਦੇ ਨੇ ਨਾ ਜਨਾਨੀਆਂ ਸੁੱਤਣ ਚੱਕ ਕੇ ਜੋ ਵੀ ਉਹ ਸੀਗਾ ਆਪਣਾ ਮਾਈ ਭਾਗੋ ਦਾ ਇਹਨੇ ਬਣਾਇਆ, ਮੈਨੂੰ ਲੱਗਦਾ ਉਹ ਟਾਈਮ ਦੂਰ ਨਹੀਂ ਜਦੋਂ ਜਨਾਨੀਆਂ ਖਿੱਚ ਖਿੱਚ ਕੇ ਇਹਨਾਂ ਨੂੰ ਸਟੇਜੋਂ ਲਾਉਣਗੀਆਂ, ਤੇ ਕਿਤੇ ਇਹ ਵੀ ਨਾ ਹੋਵੇ ਵੀ ਇੱਕ ਦਿਨ ਆਵੇ ਕਿਤੇ ਜਨਾਨੀ ਇਹਨੂੰ ਸਟੇਜ ਦੇ ਉੱਤੇ ਬ੍ਰਹਮ ਗਿਆਨ ਦੇ ਦੇਵੇ। ਨਹੀਂ ਜੀ, ਤੁਸੀਂ ਦੇਖ ਲਿਓ ਜਿਹੜੀਆਂ ਇਹਨਾਂ ਦੇ ਘਰਾਂ 'ਚ ਬੱਚੀਆਂ ਹੈ ਨਾ, ਜਿਹੜੀਆਂ ਅੱਜ 18-20-22-24 ਸਾਲ ਦੀਆਂ ਬੱਚੀਆਂ ਆ, ਹਾਂਜੀ, ਉਹਨਾਂ ਨੇ ਚਾਹੇ ਉਹ ਇਹਨਾਂ ਦੇ ਘਰਾਂ 'ਚ ਵਿਆਹੀਆਂ ਜਾਣ, ਚਾਹੇ ਇਹਨਾਂ ਦੀਆਂ ਧੀਆਂ ਹੋਣ ਦੂਜੇ ਘਰਾਂ 'ਚ, ਉਹਨਾਂ ਤੋਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਨਹੀਂ ਦਿੱਤੀ ਜਾਣੀ, ਗਰੰਟੀ ਆ। ਬਿਲਕੁਲ, ਪਾਲਣ ਜਿੰਨਾ ਮਰਜ਼ੀ ਰੌਲਾ ਪਾਉਂਦੇ ਆ। ਬਿਲਕੁਲ, ਜਿੰਨਾ ਮਰਜ਼ੀ, ਇਹ ਤਾਂ ਮੈਂ ਤੇ ਹੈਰਾਨ ਆ ਕਿ ਚੁੱਪ ਕਰਕੇ ਬੈਠੀਆਂ ਰੋਟੀਆਂ ਬਣਾਉਣਾ ਕਿ ਇਹਨੂੰ ਸੁਖਵਾਉਣ ਦੀਆਂ ਪ੍ਰਸ਼ਾਦੇ, ਤੇ ਨਾਲੇ ਆਪਦੀਆਂ ਕਰਾਉਂਦੀਆਂ ਬੇਇੱਜ਼ਤੀ, ਸਿੱਧੀ ਜੀ ਗੱਲ ਹੈ, ਮਜਬੂਰੀ ਕਿ ਕਹਿ ਲਓ ਕਿ ਇੱਜ਼ਤ ਸਿਖਾਈ ਕਰਦਿਆਂ ਨੇ, ਉਹ ਜਿੱਦਣ ਆਪਣੀ ਆਏ ਤੇ ਇੱਕ ਜਨਾਨੀ ਆ ਜੇ ਨਾ, ਉਹ ਫਿਰ ਪੈਰ ਨਹੀਂ ਲੱਗਣ ਦਿੰਦੀ ਹੁੰਦੀ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਇਹਨਾਂ ਨੇ ਤਾਂ, ਪਰ ਮੈਂ ਇੱਕ ਚੀਜ਼ ਤੇ ਹੈਰਾਨ ਆ ਵੀ ਜਦੋਂ ਗੁਰੂ ਸਾਹਿਬ ਬਾਰੇ ਸੋਚੀਦਾ, ਹੁਣ ਅੱਜ ਅਸੀਂ ਤਾਂ ਆਪਣੀ ਗੱਲ ਇੱਥੇ ਕਰ ਰਹੇ ਹਾਂ ਵੀ ਅਸੀਂ ਬੈਠੇ ਹਾਂ, ਆਪਣੀ ਜੋ ਇੱਦਾਂ ਕੈਮਰਾ ਲੱਗਾ ਸਾਹਮਣੇ ਬੋਲੀ ਜਾਂਦੇ ਹਾਂ। ਬਿਲਕੁਲ, ਉਹ ਗੁਰੂ ਸਾਹਿਬ ਨੂੰ ਆਪਣੀ ਗੱਲ ਕਹਿਣ ਲਈ ਇਹਨਾਂ ਲੋਕਾਂ ਦੇ ਵਿੱਚ ਜਾਣਾ ਪੈਂਦਾ ਸੀ, ਹਨਾ, ਵੀ ਕਿੱਦਾਂ ਕੱਪੜੇ ਪਾੜਨ ਤੱਕ ਗਏ ਹੁਣ ਇਹ ਤਾਂ ਇਕੱਠੇ ਹੋ ਕੇ। ਬਿਲਕੁਲ, ਹੁਣ ਦੌੜਿਆ ਜਾਂਦੇ ਨੀ, ਹੋ ਸਕਦਾ ਜੁੱਤੀਆਂ ਵੀ ਰਹਿ ਗਈਆਂ ਹੋਣ ਉਹਨਾਂ ਦੀਆਂ, ਹਨਾ, ਮਗਰ ਉਹ ਕੁੱਤੇ ਛੱਡੇ ਹੋਣ ਇਹਨਾਂ ਨੇ ਮਗਰ। ਬਿਲਕੁਲ ਵੀਰ ਜੀ, ਬਿਲਕੁਲ, ਉਹ
ਗੁਰੂ ਨਾਨਕ ਦੇ ਬੱਚੇ ਐਵੇਂ ਥੋੜਾ ਓਦਾਂ ਬਣ ਗਏ ਜੇ ਦੇਖਿਆ ਜਾਏ ਤਾਂ ਪ੍ਰਿਥੀ ਚੰਦ ਐਵੇਂ ਥੋੜਾ ਸੀਗਾ ਰਾਈਟ ਇਹ ਸਾਰੇ ਜਿਹੜੇ ਸਾਰੇ ਘਰਾਂ ਚ ਸਭ ਕੁਛ ਹੋਇਆ ਅੱਜ ਤੁਸੀਂ ਬੀਬੇ ਦਾੜੇ ਛੱਡ ਕੇ ਜਾਂ ਕਿਰਪਾਨਾ ਪਾ ਕੇ ਤੁਸੀਂ ਕਹਿੰਦੇ ਸਾਡੇ ਵਾਂਗੂ ਕੋਈ ਸਿੰਘ ਨਹੀਂ ਹੈਗਾ ਉਹ ਕਮਾਲ ਸਿੱਖੀ ਸਰੂਪ ਜੀ ਹੋ ਗਈ ਜਦੋਂ ਤੁਹਾਡਾ ਸਿੰਘ ਬਣ ਗਿਆ ਤੇ ਨਾਲ ਲੰਗਾਹ ਨੂੰ ਵੇਖ ਲਓ ਗੁਰਸਿੱਖੀ ਹੈਗੀ ਹੈ ਰਾਈਟ ਉਹ ਚੱਡੇ ਨੂੰ ਵੇਖ ਲਓ ਕਿੰਨੇ ਗੁਰਸਿੱਖ ਨੇ ਵੱਡੇ ਠੀਕ ਹੈ ਨਾ ਤੇ ਬਾਕੀ ਕੁਛ ਨੀ ਵੀਰ ਜੀ ਗੱਲ ਮੈਨੂੰ ਜਦੋਂ ਹੁਣ ਤੇ ਸਾਫ਼ ਹੀ ਕਲੀਅਰ ਹੈ ਕਿ ਇਹਨਾਂ ਨੇ ਉੱਥੇ ਹੀ ਬਸ ਕਰਨੀ ਜੋ ਜਨਾਨੀਆਂ ਨੇ ਆ ਕੇ ਇਹਨਾਂ ਨੂੰ ਦੇਣੇ ਨਾ ਬ੍ਰਹਮ ਗਿਆਨ ਸਟੇਜ ਤੋਂ ਲਾਹ ਲਾ ਕੇ ਖਿੱਚ ਕੇ ਫਿਰ ਇਹਨਾਂ ਨੇ ਸੁਧਰਨਾ ਇਹਨਾਂ ਦੀ ਬਸ ਹੀ ਉੱਥੇ ਹੋਣੀ ਹੈ ਉਹ ਤੋਂ ਬਿਨਾਂ ਇਹਨਾਂ ਨੂੰ ਅਕਲ ਆਉਣੀ ਵੀ ਨੀ ਹੋ ਜਾਣਾ ਆ ਜਾਣਾ ਉਹ ਵੀ ਦਿਨ ਲੈ ਆਉਣਾ ਨੀ ਆਪੇ ਲੈ ਆਉਣਾ ਉਹ ਵੀ ਟਾਈਮ ਆਇਆ ਖੜਾ ਬਸ ਹੁਣ ਆਪਣੇ ਬੰਦਾ ਜਿਹੜਾ ਕਾਲ ਕਰਨ ਦਿਆ ਸੀ ਨਾ ਮੈਨੂੰ ਲੱਗਦਾ ਵੀ ਇਹ ਵੱਡੇ ਨੂੰ ਸੁਣਦਾ ਬੰਦਾ ਵੱਡਾ ਵੀ ਪਿਛਲੇ ਨਾ ਤਿੰਨ ਕੁ ਦਿਨਾਂ ਤੋਂ ਆਹੀ ਗੱਲਾਂ ਕਰਨ ਦਿਆ ਵਾ ਉਹ ਗੱਲ ਕਿਸੇ ਤੇ ਕਮੈਂਟ ਨੀ ਕਰਦਾ ਨਾ ਕੋਈ ਢੱਡਰੀਆਂ ਵਾਲਿਆਂ ਦੀ ਨਾ ਕੋਈ ਤੁਹਾਡੀ ਗੱਲ ਦੱਸ ਕੇ ਇੱਕੋ ਹੀ ਗੱਲ ਕਰੀ ਜਾਂਦਾ ਜਿੱਦਾਂ ਇੰਜਣ ਮਹਿਕਮੇ ਵਾਲੇ ਨੇ ਲਿਖੀਆਂ ਪੋਸਟਾਂ ਪੜ੍ਹੀ ਜਾਂਦਾ ਕਹਿੰਦਾ ਜੀ ਅਖੇ ਜਿੱਦਾਂ ਉਹਨੇ ਪਾਈ ਨੀ ਸੀ ਪਿੱਛੇ ਲਿਖ ਕੇ ਵੀ ਢੱਡਰੀਆਂ ਵਾਲੇ ਕੋਲ ਇੰਨੇ ਮਿਲੀਅਨ ਦੀ ਪ੍ਰੋਪਰਟੀ ਹੈ ਇੰਨੇ ਮਿਲੀਅਨ ਦੇ ਕੱਪੜੇ ਹਨ ਇੱਕ ਵਾਰੀ ਢੱਡਰੀਆਂ ਵਾਲਾ ਅਮੈਰੀਕਾ ਗਿਆ ਤੇ ਉੱਥੇ ਘੜੀ ਪਸੰਦ ਆ ਗਈ ਤੇ ਇਹ ਪਤਾ ਕਹਿੰਦਾ ਕਹਿੰਦਾ ਅੱਜ ਨਾਮ ਹੀ ਲੈ ਦਿੱਤਾ ਨਿਊਜ਼ੀਲੈਂਡ ਦਾ ਇਹਨੇ ਪਹਿਲੀ ਵਾਰੀ ਲਿਆ ਹੋਣਾ ਕਹਿੰਦਾ ਨਿਊਜ਼ੀਲੈਂਡ ਗਏ ਢੱਡਰੀਆਂ ਵਾਲੇ ਉੱਥੇ ਘੜੀ ਪਸੰਦ ਆ ਗਈ ਅੱਧੇ ਘੰਟੇ 'ਚ ਲੈ ਲਈ ਹੈਨਾ ਮਾਮਾ ਸਵਾਲਾਂ ਦੇ ਜਵਾਬ ਆ ਜਿਹੜੇ ਪੁੱਛੇ ਜਾ ਰਹੇ ਆ ਉਹ ਨਾ ਆਪਣੇ ਜਾਂ ਤਾਂ ਮੈਨੂੰ ਲੱਗਦਾ ਇਹਨੂੰ ਬਿਮਾਰੀ ਆ ਭੁੱਲਣ ਦੀ ਤੇ ਜਾਂ ਤਾਂ ਮੈਥ 'ਚੋਂ ਹੱਥ ਤੰਗ ਵਾ ਕੁਝ ਦਿਨ ਪਹਿਲਾਂ ਕਹਿੰਦਾ ਸੀਗਾ ਵੀ ਢੱਡਰੀਆਂ ਵਾਲਾ ਇੱਕ ਦੀਵਾਨ ਦਾ ਲੈਂਦਾ ਵਾ ਇੱਕ ਮਿਲੀਅਨ ਤਾਂ ਹੁਣ ਕੱਲ ਕਹਿੰਦਾ ਵੀ 10 million ਲੈਂਦਾ ਕਹਿੰਦਾ ਦੀਵਾਨ ਦਾ $10 million ਡਾਲਰ ਕਹਿੰਦਾ ਤੁਸੀਂ ਦੇਈ ਜਾਂਦੇ ਇੱਕ ਦੀਵਾਨ ਦਾ ਸੱਦ ਕੇ ਤੇ ਇਹਦੇ ਕੋਲ ਕੀ ਪ੍ਰਚਾਰ ਕਰਾਉਣਾ ਵਾ ਮਤਲਬ ਪੂਰਾ ਲੋਕਾਂ ਨੂੰ ਭੜਕਾਉਣ ਲੱਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਢੱਡਰੀਆਂ ਵਾਲੇ ਇੱਥੇ ਆਉਣਾ ਵਾ ਪਿਛਲੇ ਸਾਲ ਲੋਕਾਂ ਨੂੰ ਜਿਹੜਾ ਲੱਗਾ ਸੀਗਾ ਅਸੀਂ ਕਿਸੇ ਤਰ੍ਹਾਂ ਦਾ ਝਗੜਾ ਨੀ ਕਰਨਾ ਇੱਥੇ ਸੋਭਾ ਨੀ ਦਿੰਦਾ ਸਾਨੂੰ ਹੈਗਾ ਹੁਣ ਐਤਕੀ ਪੂਰਾ ਲੱਗਾ ਭੜਕਾਉਣੇ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਹੈਗਾ ਆ ਤੇ ਉਹ ਨਾ ਮੁੜ ਕੇ ਕੱਲ੍ਹ ਸੀਗਾ ਇਹਦਾ ਟਵਾਣਾ ਤੇ ਟਵਾਣੇ ਨੂੰ ਨਾ ਇਹ ਕਰੇ ਪੂਰਾ ਮਤਲਬ ਜ਼ੋਰ ਲਾਏ ਵੀ ਉਹ ਵੀ ਕੋਈ ਨਾ ਕੋਈ ਬੋਲੇ ਉਹ ਬੰਦਾ ਗੱਲ ਥੋੜ੍ਹੀ ਜਿਹੀ ਮੈਨੂੰ ਲੱਗਦਾ ਸੋਚ ਸਮਝ ਕੇ ਕਰਦਾ ਵਾ ਭਾਵੇਂ ਅੰਦਰੋਂ ਕਿੱਦਾਂ ਦਾ ਨਹੀਂ ਆ ਪਰ ਉਹ ਗੱਲ ਕਰਨ ਲੱਗਿਆ ਫਿਰ ਵੀ ਵੇਖ ਲੈਂਦਾ ਵਾ ਉਹ ਬੰਦਾ ਕਰ ਰਿਹਾ ਸੀ ਅਵਾਇਡ ਫਿਰ ਵੀ ਕਹਿੰਦਾ ਹਾਂਜੀ ਟਵਾਣਾ ਸਾਹਿਬ ਜੀ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ ਤੇ ਇਹਦੇ ਬਾਰੇ ਵੀ ਜੋ ਵੀ ਇਹਨੂੰ ਬਕਵਾਸ ਜੀ ਕਰਕੇ ਉਹ ਕਹਿੰਦਾ ਵੀ ਮੈਂ ਸਮਝਦਾ ਵੀ ਇੰਨੀ ਕੁ ਹੇਠਲੀ ਦਰਜੇ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿਸੇ ਦੇ ਬਾਰੇ ਵੀ ਤੇ ਆਪਣੇ ਬਾਅਦ ਵਿੱਚ ਇਨ ਫਿਊਚਰ ਆਪਣਾ ਜਿਹੜਾ ਕਿਰਦਾਰ ਹੁੰਦਾ ਬੜਾ ਨੀਵਾਂ ਡਿੱਗ ਪੈਂਦਾ ਹੁੰਦਾ ਵਾ ਭਾਵੇਂ ਕਿਸੇ ਦੇ ਬਾਰੇ ਵੀ ਹੋਏ ਤੇ ਇਹ ਬੰਦਾ ਫਿਰ ਵੀ ਨਹੀਂ ਉੱਥੇ ਉਹਦੀ ਗੱਲ ਸੁਣ ਕੇ ਵੀ ਨਹੀਂ ਮੁੜ ਕੇ ਟਲਿਆ ਫਿਰ ਕਰੀ ਜਾਏ ਨਹੀਂ ਮੈਂ ਤਾਂ ਕਹਿੰਦਾ ਇਸ ਕਰਕੇ ਮੈਂ ਤਾਂ ਸੁੱਟਿਆ ਸੀਗਾ ਮਾੜਾ ਚੋਗਾ ਇਹਦੇ ਬੰਦੇ ਖਿੱਚਣ ਨੂੰ ਤੇ ਖਿਚਾਈ ਜਾਂਦੇ ਕਹਿੰਦਾ ਆਪਣੇ ਬੰਦੇ ਇਹਨਾਂ ਦੇ ਮੇਰੇ ਵੱਲ ਆਈ ਜਾਂਦੇ ਆ ਏਡਾ ਕਮੀਨਾ ਬੰਦਾ ਹੋਣਾ ਨਾ ਕੋਈ ਤੇਰਾ ਕੋਈ ਇਸ਼ੂ ਆ ਨਾ ਕੋਈ ਤੇਰੀ ਗੱਲ 'ਚ ਕੋਈ ਦਲੀਲ ਵਾ ਕੋਈ ਮੁੱਦਿਆਂ 'ਤੇ ਲਿਆ ਕੇ ਗੱਲ ਸਾਹਮਣੇ ਲੋਕ ਕਰਨ ਦੇ ਰੱਖ ਤਾਂ ਇੰਨੇ ਪੈਸੇ ਲੈਂਦਾ ਵਾ ਢੱਡਰੀਆਂ ਜਿਹੜਾ ਵੀ ਕਰਦਾ ਵਾ ਹੁਣ ਸਾਧ ਬਣ ਜਾ ਚਿੱਟੇ ਕਰਾਂਗਾ ਆਹ ਕਰਾਂਗਾ ਉਹ ਕੋਈ ਮੁੱਦੇ ਮਾਦਿਆਂ ਦੀ ਗੱਲ ਕਰਦਾ ਜਿਹੜੀ ਨਹੀਂ ਨਹੀਂ ਇਹਨੂੰ ਇਹਨੂੰ ਪੰਡੇ ਨੂੰ ਬੇਨਤੀ ਆ ਵੀ ਭਾਈ ਤੂੰ ਇੱਕ ਵੀ ਇਹੋ ਜਿਹੀ ਸੰਸਥਾ ਲਿਆ ਦੇ ਕੋਈ ਐਸਾ ਪਰਿਵਾਰ ਲਿਆ ਦੇ ਕੋਈ ਐਸਾ ਗਰੁੱਪ ਲਿਆ ਦੇ ਜਿਹੜਾ ਕਹਿੰਦਾ ਵੀ ਅਸੀਂ ਦੀਵਾਨ ਕਰਾਇਆ ਤੇ 1 million 10 lakh ਢੱਡਰੀਆਂ ਵਾਲਿਆਂ ਨੂੰ ਦਿੱਤਾ ਆਪਣੇ ਖਰਚੇ ਨਾ ਗਣਾਉਣ ਲੱਗ ਪੈਣ ਜੇ ਕਹਿਣ ਵੀ ਅਸੀਂ ਜੀ ਟੀਵੀ ਤੇ ਮਸ਼ਹੂਰੀ ਦਿੱਤੀ ਉਹਦੇ ਇੰਨੇ ਪੈਸੇ ਲੱਗੇ ਪੋਸਟਰਾਂ ਦੇ ਇੰਨੇ ਲੱਗੇ ਉਹ ਨਾ ਦੱਸਣ ਢੱਡਰੀਆਂ ਵਾਲੇ ਨੂੰ 1 million ਇੱਕ ਜਣਾ ਵੀ ਦੱਸਦੇ ਤੇ $1 million 1 million ਕੈਨੇਡੀਅਨ ਡਾਲਰ ਪੱਡੇ ਨੂੰ ਦੇ ਦਿਆਂਗੇ ਅਸੀਂ ਇੱਕ ਵੀ ਪਰਿਵਾਰ ਲਿਆ ਦੇਵੇ ਇੱਦਾਂ ਦਾ ਭਈ ਪਤਾ ਹੀ ਉਹ ਤਾਂ ਜੀ ਸਾਨੂੰ 160 ਤੇ ਤੁਸੀਂ ਆਉਂਦੇ ਰਹੋ ਜੀ ਹੈਲੋ ਹਾਂਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਪੰਕਜ ਬੋਲ ਰਹੇ ਹਾਂ ਮੈਲਬਨ ਤੋਂ ਆਸਟ੍ਰੇਲੀਆ ਤੋਂ ਹਾਂਜੀ ਹਾਂਜੀ ਮੈਂ ਤੁਹਾਡਾ ਜੀ ਰੇਡੀਓ ਸੁਣਦਾ ਕਾਫੀ ਮਹੀਨਿਆਂ ਤੋਂ ਤੇ ਮੈਂ ਹਿੰਦੂ ਹਾਂ ਹਾਂਜੀ ਰਿਲੀਜਨ ਤੋਂ ਮੈਂ 2-3 ਦਿਨ ਪਹਿਲਾਂ ਤੁਹਾਡਾ ਇੱਕ ਕਲਿੱਪ ਦੇਖਿਆ ਜਿਹਦੇ ਵਿੱਚ ਕੋਈ ਹਿੰਦੂ ਫੋਨ ਕਰਦਾ ਤੁਹਾਨੂੰ ਤੇ ਨਵੀਨ ਸੀ ਸ਼ਾਇਦ ਉਸ ਭਾਈ ਦਾ ਨਾਮ ਤੇ ਉਹ ਤੁਹਾਨੂੰ ਕਹਿੰਦਾ ਹੈ ਕਿ ਮਤਲਬ ਤੁਸੀਂ ਇੱਧਰ ਤਾਂ ਹਰੇਕ ਗੱਲ ਦੇ ਵਿੱਚ ਹਿੰਦੂਆਂ ਦੀ ਗਲਤੀ ਕਰ ਦਿੰਦੇ ਆ ਕੁਛ ਵੀ ਹੁੰਦਾ ਜਿੱਦਾਂ ਮੰਨ ਲਓ ਟਕਸਾਲ ਦੀ ਗੱਲ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਹ ਤਾਂ ਜੀ ਬ੍ਰਾਹਮਣਾਂ ਦੇ ਉੱਤੇ ਚੱਲਦੇ ਆ ਹਿੰਦੂਵਾਦੀ ਆ ਹਰਨੇਕ ਸਿੰਘ ਤੇ ਆ ਗੱਲ ਹਿੰਦੂਆਂ ਦੇ ਬਾਰੇ ਗਲਤ ਕਹੀ ਆ
ਉਹ ਇੱਕ ਗੱਲ ਦੱਸੋ, ਮੈਂ ਉਹਦਾ ਜਵਾਬ ਦਿਆਂ। ਤੁਸੀਂ ਇਹ ਦੱਸੋ ਵੀ ਟਕਸਾਲ ਨੂੰ ਤੁਸੀਂ ਇਸ ਵਿਸ਼ੇ ਦੇ ਉੱਤੇ ਕਿਹਾ ਵੀ ਹੁਣ ਮੰਨ ਲਓ ਕੁੰਭ ਦੇ ਮੇਲੇ 'ਤੇ ਜਾਂਦੇ ਆ ਉਹ, ਹਾਂਜੀ ਠੀਕ ਹੈ, ਹੁਣ ਉਹ ਆਰ ਐਸ ਐਸ ਦੇ ਬੰਦਿਆਂ ਨਾਲ ਬਹਿੰਦੇ ਆ, ਓਕੇ ਜੀ, ਟਕਸਾਲ ਦੀ ਬਾਦਲਾਂ ਨਾਲ ਯਾਰੀ ਆ, ਬਾਦਲ ਭਾਜਪਾ ਦੇ ਚਮਚੇ ਆ, ਠੀਕ ਹੈ, ਭਾਜਪਾ ਕੱਟੜ ਹਿੰਦੂ ਆ, ਤੁਸੀਂ ਇੱਕ ਇੱਕ ਐਗਜ਼ਾਮਪਲ ਦਿਓ, ਮੈਂ ਉਹਦਾ ਜਵਾਬ ਦਿਆਂ। ਮੈਂ ਤੁਹਾਨੂੰ ਕਾਰਨ ਦੱਸਾਂ ਵੀ ਜਿਹੜੀ ਸਾਡੇ ਘਰ ਦੀ ਲੜਾਈ ਆ ਨਾ, ਠੀਕ ਹੈ, ਹੁਣ ਤੁਹਾਡਾ ਘਰ ਮੈਲਬਰਨ ਦੇ ਵਿੱਚ ਆ, ਹਾਂਜੀ, ਜੇ ਗੁਆਂਢੀ ਆ ਕੇ ਤੁਹਾਡੀ ਫੈਂਸ ਦੇ ਵਿੱਚ ਟਰੱਕ ਮਾਰੇ, ਠੀਕ ਹੈ, ਫੈਂਸ ਪੈ ਜਾਵੇ, ਹਾਂਜੀ, ਹੁਣ ਗੁਆਂਢੀ ਆ ਕੇ ਤੁਹਾਡੇ ਗਾਰਡਨ ਦੇ ਉੱਤੇ ਟੈਂਟ ਲਾ ਕੇ 10-20 ਬੰਦੇ ਲਿਆ ਕੇ ਕੁਰਸੀਆਂ ਡਾਹ ਕੇ ਤੇ ਸ਼ਰਾਬ ਪੀਣ ਉੱਥੇ ਬੈਠ ਕੇ, ਤੇ ਬਾਅਦ ਚ ਤੁਸੀਂ ਆਪਣੀ ਘਰ ਵਾਲੀ ਨੂੰ ਕਹੋ ਵੀ ਮੈਂ ਚੱਲਾਂ ਕੰਮ ਤੇ, ਤੂੰ ਪੁਲਿਸ ਨੂੰ ਫੋਨ ਕਰ ਦੇ ਵੀ ਆਹ ਸਾਡੀ ਫੈਂਸ ਦੇ ਵਿੱਚ ਇਸ ਨੰਬਰ ਦੇ ਟਰੱਕ ਨੇ ਆ ਕੇ ਟੱਕਰ ਮਾਰੀ ਆ, ਉਹ ਆ ਕੇ ਕਹੇ ਵੀ ਹੱਦ ਹੋ ਗਈ, ਤੁਸੀਂ ਜਦੋਂ ਘਰ ਚ ਗੱਲ ਕਰਦੇ ਮੇਰੇ ਟਰੱਕ ਦੀ ਕਰੀ ਜਾਂਦੇ ਆ, ਤੁਸੀਂ ਕਹੋਗੇ ਨਾ ਵੀ ਤੇਰੀ ਐਸੀ ਤੈਸੀ, ਤੇਰੀ ਖੜਾ ਹੋ ਕੰਜਰ ਦਿਆ, ਪਹਿਲਾਂ ਫੈਂਸ ਭੰਨ ਕੇ ਗਿਆ, ਹਾਂਜੀ, ਹੁਣ ਤੂੰ ਆ ਕੇ ਕਹਿੰਦਾ ਵੀ ਗੱਲ ਵੀ ਨਾ ਕਰੋ ਮੇਰੀ, ਸਾਡਾ ਤਾਂ ਸਾਰਾ ਕੁਛ ਲੁੱਟ ਕੇ ਲੈ ਗਏ, ਨਹੀਂ ਕੌਣ ਭਾਜੀ ਲੁੱਟ ਕੇ ਲੈ ਗਿਆ, ਪਰ ਤੈਨੂੰ ਦੱਸਦੇ ਆ ਨਾ ਤੂੰ ਵੀਰਾ ਆਪਣੀ ਇੱਕ 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 ਗੱਲ ਕਰਕੇ ਗੱਲ ਕਰ, ਜਿਹੜੇ ਤੈਨੂੰ ਓਬਜੈਕਸ਼ਨ ਆ ਮੈਂ ਤੈਨੂੰ ਜਵਾਬ ਦਿੰਦਾ। ਓਬਜੈਕਸ਼ਨ ਭਾਜੀ ਮੈਨੂੰ ਇਸ ਗੱਲ ਦੀ ਆ ਕਿ ਹੁਣ ਹਿੰਦੂ ਧਰਮ ਦੇ ਵਿੱਚ ਦੇ ਕਹਾਣੀ ਨਾ ਪਾਈ ਮੇਰੇ ਕੋਲ, ਵੇ ਮੇਰੀ ਗੱਲ ਸੁਣ ਵੀਰਾ, ਤੇਰੀ ਫਿਲਾਸਫੀ ਨਹੀਂ ਮੈਨੂੰ ਚਾਹੀਦੀ, ਮੈਨੂੰ ਤੈਂ ਆ ਕੇ ਜਿੱਥੋਂ ਗੱਲ ਸ਼ੁਰੂ ਕੀਤੀ ਆ ਨਾ, ਜਿਹੜਾ ਅਸੀਂ ਇੱਥੋਂ ਹਿੰਦੂ ਧਰਮ ਦੇ ਖਿਲਾਫ ਗੱਲ ਕੀਤੀ ਆ ਉਹਦੇ ਬਾਰੇ ਇੱਕ ਐਗਜ਼ਾਮਪਲ ਦੇ ਤੇ ਮੇਰੇ ਤੋਂ ਜਵਾਬ ਲੈ। ਹਰਨੇਕ ਸਿੰਘ ਜੀ, ਮੇਰਾ ਇੱਕ ਸਿੱਧਾ ਸਪਸ਼ਟ ਸਵਾਲ ਆ, ਤੁਸੀਂ ਹਿੰਦੂ ਧਰਮ ਦੇ ਖਿਲਾਫ ਖਿਲਾਫ ਆ ਜਾਂ ਉਹਦੇ ਹੱਕ ਦੇ ਵਿੱਚ? ਤੈਂ ਬੜੇਵੇਂ ਲੈਣੇ ਆ ਮੇਰੇ ਤੋਂ, ਮੈਂ ਕਿਹਦੇ ਖਿਲਾਫ ਆ ਤਾਂ ਕਿਹਦੇ ਹੱਕ ਵਿੱਚ ਆ? ਤੈਂ ਤੂੰ ਗੱਲ ਇਹ ਕਰ ਵੀਰਾ, ਤੂੰ ਹੈਗਾ ਹਿੰਦੂ, ਜਿਹੜੀ ਗੱਲ ਮੈਂ ਇੱਥੋਂ ਹਿੰਦੂ ਧਰਮ ਦੇ ਖਿਲਾਫ ਕੀਤੀ ਆ, ਜਿਹੜਾ ਤੇਰਾ ਓਬਜੈਕਸ਼ਨ ਆ ਉਹ ਗੱਲ ਕਰ ਮੇਰੇ ਤੋਂ ਜਵਾਬ ਲੈ। ਨਹੀਂ ਤਾਂ ਹੋਰ ਕਿਤੇ ਟੱਕਰ ਮਾਰ ਜਾ ਕੇ। ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਗੱਲ ਕੀਤੀ, ਠੀਕ ਹੈ, ਹਾਂ, ਹਫ਼ਤੇ ਦੋ ਹਫ਼ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਈ ਸੀਗੀ, ਹਾਂ, ਉਹਦੇ ਵਿੱਚ ਇੱਕ ਭਾਈ ਨੇ ਪੁੱਛਿਆ ਸੀਗਾ ਕਿ ਉਹਦੇ ਵਿੱਚ ਹਿੰਦੂਆਂ ਦੀ ਬਾਣੀ ਲਈ ਹੋਈ ਆ, ਹਨਾ, ਕਿਹੜੇ ਹਿੰਦੂਆਂ ਦੀ? ਉਹਦੇ ਵਿੱਚ ਕਬੀਰ ਜੀ, ਰਵਿਦਾਸ ਜੀ, ਉਹ ਕੌਣ ਕਹਿੰਦਾ ਹਿੰਦੂ ਆ? ਮਹਾਂਪੁਰਖ ਆ। ਗੱਲ ਸੁਣ, ਕਬੀਰ ਜੀ ਕਹਿੰਦੇ ਆ, ਭਗਤ ਨਾਮਦੇਵ ਜੀ ਕਹਿੰਦੇ ਆ, ਹਿੰਦੂ ਅੰਨਾ ਤੁਰਕੂ ਕਾਣਾ। ਮੈਂ ਗੱਲ ਗੁਰੂ ਨਾਨਕ ਦੇਵ ਜੀ ਕੀਤੀ ਨੀ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਗੱਲ ਲੈ, ਹੈਨਾ, ਤੁਸੀਂ ਕਹਿੰਦੇ ਕਿ ਤੁਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ ਹਿੰਦੂ ਸੀਗੇ, ਹੈਨਾ, ਇਹ ਕਿਹਾ ਨਾ ਤੁਸੀਂ, ਇਹਦੇ ਵਿੱਚ ਮਾੜਾ ਕੀ ਹੈ ਬਾਜੀ ਜੀ? ਕਹਿੰਦੇ ਉਹ ਵੀਰਾ ਦੇਖ ਗੱਲ ਸੁਣ, ਉਹ ਜੰਮਿਆ ਹਿੰਦੂ ਪਰਿਵਾਰ ਦੇ ਵਿੱਚ, ਹੈਲੋ, ਅੱਛਾ, ਉਹ ਜੰਮੇ ਹਿੰਦੂ ਪਰਿਵਾਰ ਦੇ ਵਿੱਚ, ਜਦੋਂ ਉਹਨਾਂ ਨੂੰ ਸੁਰਤ ਆਈ ਆ ਹਿੰਦੂ ਧਰਮ ਦੀਆਂ ਸਾਰੀਆਂ ਮਨੌਤਾਂ ਕੱਟ ਕੇ ਰੱਖ ਦਿੱਤੀਆਂ ਉਹਨੀ, ਸਾਰੀਆਂ ਅੱਛਾ, ਉਹ ਕਹਿੰਦੇ ਮੈਂ ਜਨੇਊ ਨਹੀਂ ਪਾਉਂਦਾ, ਮੈਂ ਧੋਤੀ ਨਹੀਂ ਲਾਉਂਦਾ, ਮੈਂ ਟਿੱਕਾ ਨਹੀਂ ਲਾਉਂਦਾ, ਔਰ ਆਸਾ ਕੀ ਵਾਰ ਦੇ ਵਿੱਚ ਜਿਹੜਾ ਧੋਤੀ ਲਾ ਕੇ ਟਿੱਕਾ ਲਾ ਕੇ ਬੁੱਧੀ ਰੱਖ ਕੇ ਕਖਾਈ ਧੋਤੀ ਪਾ ਕੇ ਕਰਮ ਕਾਂਡ ਕਰਦਾ ਸੀ ਉਹਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ, ਠੀਕ ਹੈ, ਉਹਨੂੰ ਕਹਿੰਦੇ ਵੀ ਤੂੰ ਦੇਖ ਸਾਰੇ ਧਰਮ ਦੇ ਕਰਮ ਕਾਂਡ ਕਰਕੇ ਜਦੋਂ ਟੁੱਕੜ ਖਾਣ ਦੀ ਵਾਰੀ ਆਉਂਦੀ ਹੈ ਨਾ, ਉਹ ਮਲੇਸ਼ਾਂ ਦੀ ਜੁੱਤੀਆਂ ਚੱਟਦਾ ਜਾ ਕੇ, ਠੀਕ ਹੈ, ਉਸ ਵੇਲੇ ਜਿੰਨੇ ਖੱਤਰੀ ਜਿੰਨੇ ਮੁਸਲਮਾਨਾਂ ਮੁਗਲ ਹਾਕਮਾਂ ਦੇ ਅਹਿਲਕਾਰ ਸੀ ਨਾ, ਸਾਰੇ ਹਿੰਦੂ ਸੀ, ਠੀਕ ਹੈ। ਗੁਰੂ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਗੱਲ ਸੁਣ,
ਜਦੋਂ ਦਰਿਆ ਤੋਂ ਬੇੜੀ ਪਾਰ ਹੁੰਦੀ ਆ ਨਾ ਕੋਈ ਉੱਥੋਂ ਪਸ਼ੂ ਲੰਘਦੇ ਆ ਉੱਥੇ ਜਦੋਂ ਜਿਹੜੀ ਗਾਂ ਹਿੰਦੂ ਦੀ ਗਾਂ ਜਿਹਨੂੰ ਮਾਤਾ ਕਹਿੰਦਾ ਉੱਥੋਂ ਲੰਘਦੀ ਆ ਤਾਂ ਤੇਰਾ ਮਾਲਕ ਜਿਹੜਾ ਹਾਕਮ ਆ ਉਹ ਕਹਿੰਦਾ ਇਹ ਤੇ ਲਗਾਨ ਜਜ਼ੀਆ ਲਾ ਟੈਕਸ ਲਾ ਇੱਤੇ ਉਦੋਂ ਤਾਂ ਕਹਿੰਦਾ ਉੱਤੇ ਟੈਕਸ ਲਾ ਕੇ ਆਇਆ ਤੂੰ ਜਦੋਂ ਘਰ ਨੂੰ ਆਇਆ ਉਸੇ ਗਾਂ ਦਾ ਗੋਹਾ ਚੱਕ ਕੇ ਲੈ ਆਇਆ ਉਹ ਗੋਹੇ ਦੇ ਨਾਲ ਲਿਪ ਲਿਆ ਆਪਣਾ ਚੌਂਕਾ ਤੇ ਹੁਣ ਬਾਕੀਆਂ ਨੂੰ ਕਹਿੰਦਾ ਮਲੇਸ਼ ਦਾ ਪਰਛਾਵਾਂ ਨਾ ਪੈ ਜਾ ਪਰੇ ਹੋ ਜਾ ਸੁੱਚਾ ਹੋ ਗਿਆ ਉਹ ਕਹਿੰਦੇ ਮਲੇਸ਼ ਧਾਨ ਲੈ ਪੂਜੇ ਪੁਰਾਣ ਇੱਥੋਂ ਤੱਕ ਵੀ ਕਿਹਾ ਵੀ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਤੇ ਆਏ ਬੈਠੇ ਕੁੜਿਆਰ ਠੀਕ ਹੈ ਹੁਣ ਦੇਖ ਜਿਹੜੀ ਪੜ੍ਹਾਈ ਵੀਰਾ ਤੁਸੀਂ ਪੜ੍ਹ ਕੇ ਆਏ ਹੋ ਨਾ ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹ ਕੇ ਸਾਨੂੰ ਸਿੱਖਿਆ ਦੇਣ ਲੱਗੇ ਆ ਉਹ ਕਿਤਾਬਾਂ ਉਹ ਆ ਜਿਹੜਾ ਹਿੰਦੂ ਸਕਾਲਰਾਂ ਨੇ ਪਿਛਲੇ 200 ਸਾਲ ਤੋਂ ਇੱਕ ਨੈਰੇਟਿਵ ਸਿਰਜਿਆ ਹਿੰਦੁਸਤਾਨ ਨੂੰ ਅਖੰਡ ਭਾਰਤ ਬਣਾਉਣ ਦੇ ਲਈ 200 ਸਾਲ ਤੋਂ ਭਾਜੀ ਇੰਡੀਆ ਦੇ ਵਿੱਚ ਜਿਹੜੀ ਵੀ ਘੱਟ ਗਿਣਤੀ ਕੌਮ ਸੀ ਉਹਨੂੰ ਹਿੰਦੂ ਸਾਬਤ ਕਰਨ ਦੇ ਲਈ ਜਿੱਦਾਂ ਦਾ ਇਤਿਹਾਸ ਲਿਖਿਆ ਵੀ ਨਹੀਂ ਕਿਉਂਕਿ ਲਿਖਣੇ ਵਾਲੇ ਵਿਦਵਤਾ ਉਹਨਾਂ ਦੇ ਕੋਲ ਸੀ ਇਹ ਭਾਜੀ ਗਲਤੀ ਫਿਰ ਹਿੰਦੂਆਂ ਨਹੀਂ ਸੀਗੀ ਇਹਦੇ ਵਿੱਚ ਉਹ ਵੀਰਾ ਮੈਨੂੰ ਮੇਰੇ ਤੇ ਮੇਰਾ ਤੂੰ ਜਾਣੀ ਜਿਹੜੇ ਸਰੋਤੇ ਹੁਣ ਇਦਾਂ ਜੇ ਲੱਗਾ ਗੱਲ ਕਰਨ ਸਾਨੂੰ 7-8 ਦਿਨ ਲੱਗ ਜਾਣੇ ਆ ਭਾਜੀ ਗੱਲ ਪਤਾ ਕੀ ਆ ਮੈਂ ਤੁਹਾਡੀ ਗੱਲ ਬਿਲਕੁਲ ਧਿਆਨ ਨਾਲ ਸੁਣ ਰਿਹਾ ਆਪਣੇ ਦੋਨੋਂ ਕੰਨ ਖੋਲ ਕੇ ਠੀਕ ਹੈ ਤੁਸੀਂ ਜੇ ਤੁਸੀਂ ਹੁਣ ਕਹਿੰਦੇ ਆ ਕਿ 200 ਸਾਲ ਤੋਂ ਹਿੰਦੂ ਰਾਸ਼ਟਰ ਬਣਾਉਣ ਨੂੰ ਜਾਂ ਆਪਣਾ ਸਾਰਾ ਦਬਦਬਾ ਕਾਇਮ ਕਰਨ ਨੂੰ ਟਕਸਾਲ ਦੀ ਗੱਲ ਹੁੰਦੀ ਆ ਕਿਤੇ ਹਿੰਦੂਆਂ ਦੇ ਬਾਰੇ ਕਹਿਣ ਲੱਗ ਪਏ ਮੈਂ ਤੈਨੂੰ ਪੁੱਛਿਆ ਵੀ ਜਿਹੜੀ ਜਿਹੜੀ ਗੱਲ ਸਾਡੀ ਡਿਸਕਸ਼ਨ ਉੱਥੇ ਖਤਮ ਹੋਣੀ ਚਾਹੀਦੀ ਸੀ ਤੂੰ ਉਹ ਸਵਾਲ ਕਰ ਵੀ ਆਹ ਗੱਲ ਤੁਸੀਂ ਹਿੰਦੂਆਂ ਦੇ ਬਾਰੇ ਕਿਉਂ ਕਹੀ ਆ ਮੈਂ ਇੱਕ ਦੁਬਾਰਾ ਆਪਣਾ ਸਵਾਲ ਪੁੱਛ ਰਿਹਾ ਠੀਕ ਹੈ ਉਸ ਤੋਂ ਪਹਿਲੀ ਗੱਲ ਤੁਸੀਂ ਗੱਲ ਲਿਆਏ ਮੈਂ ਮੇਰਾ ਸਵਾਲ ਸੀਗਾ ਕਿ ਕੋਈ ਵੀ ਗੱਲ ਹੁੰਦੀ ਹੈ ਸਿੱਖ ਧਰਮ ਦੀ ਤੁਸੀਂ ਹਿੰਦੂਆਂ ਨੂੰ ਉਹਦੇ ਵਿੱਚ ਬਲੇਮ ਕਰਦੇ ਆ ਕਿ ਉਹਨਾਂ ਕੋਲ ਦਿਮਾਗ ਜ਼ਿਆਦਾ ਸੀਗਾ ਤੇ ਉਹਨਾਂ ਨੇ ਸਾਰਿਆਂ ਨੂੰ ਦੇਖ ਹਾਂ ਕੋਈ ਸੁਣ 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 ਮੇਰੀ ਗੱਲ ਭਰਾਵਾ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰੇਗਾ ਕੋਈ ਜਿਹੜੀ ਮੇਰੀ ਗੱਲ ਕੀਤੀ ਹੋਈ ਹੈ ਨਾ ਤੂੰ ਕਹਿ ਪਏ ਹਰਨੇਕ ਤੂੰ ਆਹ ਗੱਲ ਕਿਉਂ ਕਹੀ ਆ ਹਰਨੇਕ ਭਾਜੀ ਤੁਸੀਂ ਹੁਣੀ ਗੱਲ ਕੀਤੀ ਆ 2 ਮਿੰਟ ਪਹਿਲਾਂ ਆਪਣੀ ਕਾਲ ਚੱਲਦੀ ਪਈ ਆ ਤੁਸੀਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਨੂੰ ਨਕਾਰ ਦਿੱਤਾ ਸੀਗਾ ਸਾਡੇ ਸ਼ਬਦ ਆ ਠੀਕ ਹੈ ਮੈਂ ਤੁਹਾਨੂੰ ਕਿਹਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਹਿੰਦੂ ਮਾਂ ਪਿਓ ਸੀਗੇ ਉਹਨਾਂ ਦੇ ਹਨਾ ਤੇ ਉਹਨਾਂ ਦਾ ਜਿਹੜਾ ਬੇਟਾ ਸੀਗਾ ਸ਼੍ਰੀ ਚੰਦ ਹੁਣ ਤੁਹਾਡੇ ਕਹਿਣ ਦਾ ਮਤਲਬ ਇਹ ਸੀਗਾ ਕਿ ਹਿੰਦੂ ਮਾਂ ਪਿਓ ਦੇ ਵਿੱਚੋਂ ਇੱਕ ਬੰਦਾ ਜੰਮਿਆ ਤੇ ਉਹਨੇ ਹਿੰਦੂ ਧਰਮ ਦੇ ਨੂੰ ਨਕਾਰ ਦਿੱਤਾ ਉਸੇ ਗੁਰੂ ਨਾਨਕ ਦੇਵ ਜੀ ਦੇ ਵਿੱਚੋਂ ਸ਼੍ਰੀ ਚੰਦ ਜੰਮਿਆ ਤੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਉਹ ਤਾਂ ਹਿੰਦੂ ਧਰਮ ਨੂੰ ਮੰਨਦਾ ਸੀਗਾ ਕੀ ਮਤਲਬ ਕੀ ਅੱਛਾ ਓਕੇ ਤੁਸੀਂ ਮੈਨੂੰ ਇਹ ਪੁੱਛਦੇ ਆ ਵੀ ਕੀ ਉਹ ਹਿੰਦੂ ਸੀ ਨਹੀਂ ਮੈਂ ਇਹ ਨਹੀਂ ਪੁੱਛਦਾ ਮੇਰਾ ਸਵਾਲ ਇਹ ਹੈ ਕਿ ਕੀ ਉਹ ਹਿੰਦੂ ਧਰਮ ਦੇ ਖਿਲਾਫ ਸੀਗੇ ਸਾਨੂੰ ਜਿੰਨੀ ਕੁ ਨੌਲੇਜ ਆ ਉਹ ਇਹ ਆ ਵੀ ਉਹ ਗੁਰੂ ਨਾਨਕ ਪਾਤਸ਼ਾਹ ਸਾਰੇ ਹਿੰਦੂ ਗੁਰਦੁਆਰੇ ਜਾਣਾ ਬੰਦ ਕਰ ਦੇਣ ਉਹ ਭਰਾਵਾ ਤੂੰ ਹੁਣ ਜਵਾਬ ਤਾਂ ਦੇ ਲੈਣ ਦੇ ਮੈਨੂੰ ਚਲੋ ਦੋ ਜਵਾਬ ਸਾਡੀ ਨੌਲੇਜ ਦੇ ਵਿੱਚ ਇਹ ਆ ਵੀ ਸ਼੍ਰੀ ਚੰਦ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਆ ਤੇ ਸ਼੍ਰੀ ਚੰਦ ਨੂੰ ਮਾੜਾ ਕਿਉਂ ਕਿਹਾ ਜਾਂਦਾ ਉਹ ਸਾਡੇ ਗੁਰੂ ਨਾਲ ਸਹਿਮਤ ਨਹੀਂ ਸੀਗਾ ਉਹ ਬਾਗੀ ਰਿਹਾ ਉਹ ਤੋਂ ਸਾਰੇ ਥੋੜਾ ਮਾੜਾ ਕਹਿੰਦੇ ਟਕਸਾਲ ਥੋੜਾ ਮਾੜਾ ਕਹਿੰਦੀ ਆ ਟਕਸਾਲ ਤਾਂ ਪੂਜਦੀ ਆ ਉਹਨੂੰ ਮੈਂ ਤੈਨੂੰ ਦੱਸਿਆ ਵੀਰਾ ਜਿਹੜੀ ਪੜ੍ਹਾਈ ਤੁਸੀਂ ਪੜ੍ਹ ਕੇ ਆਏ ਹੋ ਨਾ ਹਿੰਦੁਸਤਾਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਆਈਸੀਐਸਈ ਬੋਰਡ ਦੇ ਵਿੱਚ ਪੜ੍ਹਿਆ ਸਾਨੂੰ ਕੁਝ ਰਿਲੀਜੀਅਸ ਪੜ੍ਹਾਇਆ ਨਹੀਂ ਹੋਇਆ ਉਹਦੇ ਵੀਰਾ ਸੁਣ ਤਾਂ ਲੈ ਸੁਣ ਤਾਂ ਲੈ ਰਿਲੀਜੀਅਨ ਦੀ ਨਹੀਂ ਮੈਂ ਗੱਲ ਕਰਦਾ ਸਾਰਾ ਸਿਲੇਬਸ ਸਕੂਲਾਂ ਦਾ ਯੂਨੀਵਰਸਿਟੀਆਂ ਦਾ ਉੱਥੇ ਜਿਹੜੀ ਹਿਸਟਰੀ ਵੀ ਪੜ੍ਹਾਈ ਗਈ ਆ ਨਾ
ਉਹ ਪੜ੍ਹਾਈ ਇਹ ਗਈ ਆ ਵੀ ਜਿਹੜੇ ਸਿੱਖ ਧਰਮ ਦੇ 10 ਗੁਰੂ ਹੋਏ ਨਾ, ਖਾਸ ਕਰਕੇ ਗੁਰੂ ਗੋਬਿੰਦ ਸਿੰਘ, ਉਹ ਹਿੰਦੂਆਂ ਦੀ ਰਖਵਾਲੀ ਦੇ ਲਈ ਹੋਏ ਆ। ਦੁਸ਼ਟ ਸੀਗਾ ਮੁਸਲਮਾਨ, ਤੇ ਇਹ ਇਹ ਜਿਹੜੀ ਨੌਵੇਂ ਪਾਤਸ਼ਾਹ ਸਾਖੀ ਜੋੜੀ ਗਈ ਆ ਵੀ ਜੰਮੂ ਕਸ਼ਮੀਰ ਦੇ ਪੰਡਿਤ ਆਏ, ਉਹਨੇ ਆ ਕੇ ਕਿਹਾ ਵੀ ਔਰੰਗਜ਼ੇਬ ਸਾਡੇ ਜਨੇਊ ਲਾਉਂਦਾ ਆ, ਉਹ ਕਹਿੰਦਾ ਜਿਹੜਾ ਤੁਹਾਡਾ ਆਗੂ ਆ ਉਹ ਆ ਕੇ ਗੱਲ ਕਰੇ ਮੇਰੇ ਨਾਲ, ਫਿਰ ਮੈਂ ਛੱਡ ਦੂੰਗਾ ਤੁਹਾਨੂੰ, ਤੁਹਾਡੇ ਤੋਂ ਵੱਡਾ ਸਾਡਾ ਆਗੂ ਕੋਈ ਨਹੀਂ ਹੈਗਾ। ਉਹ ਕਹਾਣੀਆਂ ਸਾਰੀਆਂ ਜੋੜ ਕੇ ਬਣਾ ਕੇ ਲਿਖ ਕੇ ਇਹ ਸਾਬਤ ਕੀਤਾ ਗਿਆ ਵੀ ਜਿਹੜੇ 10 ਗੁਰੂ ਹੋਏ ਆ ਉਹ ਹਿੰਦੂ ਰਾਸ਼ਟਰਵਾਦੀ ਹੋਏ ਆ। ਨਹੀਂ ਸੀਗੇ, ਉਹਨਾਂ ਦਾ ਤਾਂ ਹਿੰਦੂ ਧਰਮ ਨਾਲ ਲੈਣਾ ਦੇਣਾ ਹੀ ਕੋਈ ਨਹੀਂ। ਸਿੱਖ ਇੱਕ ਵੱਖਰਾ ਧਰਮ ਸੀ, ਇੱਕ ਵੱਖਰੀ ਵਿਚਾਰਧਾਰਾ ਸੀ, ਟੋਟਲੀ ਵੱਖਰੀ, ਔਰ ਹਿੰਦੂ ਧਰਮ ਦੇ ਬਿਲਕੁਲ ਉਲਟ ਸੀ। ਮੁਸਲਮਾਨਾਂ ਨਾਲ ਤਾਂ ਬਹੁਤ ਸਾਰੀਆਂ ਸਾਂਝਾਂ ਸਿੱਖਾਂ ਦੀਆਂ ਹੋ ਸਕਦੀਆਂ ਸੀ, ਉਹ ਵੀ ਇੱਕ ਰੱਬ ਨੂੰ ਉਹਦੇ 'ਚ ਭਰੋਸਾ ਕਰਦੇ ਸੀ, ਸਿੱਖ ਵੀ ਉਹ 'ਚ ਕਰਦੇ ਸੀ। ਇਸੇ ਗੱਲ 'ਚੋਂ ਮੇਰਾ ਇੱਕ ਸਵਾਲ ਕਿ ਜਿਹੜੇ ਰਾਧਾ ਸਵਾਮੀ ਹੈ ਜਿਹੜੀ ਤੂੰ ਵਿਚਾਰ ਕਰਨ ਲੱਗਾ ਨਾ ਇਹ ਵੀਡੀਓ ਦੇ ਉੱਤੇ ਨਾ ਕਰ, ਤੂੰ ਟਾਈਮ ਮੇਰਾ ਜ਼ਿਆਦਾ ਲੈਣਾ। ਕੱਲ ਦੇ ਪ੍ਰੋਗਰਾਮ 'ਚ 4 ਘੰਟੇ ਹੋਣੇ, ਮੇਰੇ ਕੋਲ 3 ਲਾਈਨਾਂ ਤੇ ਹੁਣ ਸਰੋਤੇ ਆ, ਤੂੰ ਤਾਂ ਗੱਲ ਨੂੰ ਖਿਲਾਰਾ ਭਾਈ, ਹੁਣ ਤੂੰ ਰਾਧਾ ਸਵਾਮੀਆਂ ਤੇ ਚੱਲ ਗਿਆ। ਗੱਲ ਤੂੰ ਆਪਣੇ ਸਵਾਲ ਤੋਂ ਸ਼ੁਰੂ ਕੀਤੀ ਸੀ, ਉੱਥੇ ਸਟਿੱਕ ਰਹਿ ਜਾਂਦਾ ਤੇਰਾ, 2-4 ਮਿੰਟ 'ਚ ਮੈਂ ਜਵਾਬ ਦੇ ਦਿੰਦਾ, ਤੈਂ ਤਾਂ ਇੱਦਾਂ ਸਾਰਾ ਦਿਨ ਮੇਰਾ ਲੈ ਜਾਣਾ। ਕੋਈ ਗੱਲ ਨਹੀਂ, ਚਲੋ ਤੁਸੀਂ ਕਰੋ ਭਾਜੀ ਸਰੋਤੇ ਨਾਲ ਗੱਲ, ਹਾਂ ਹੋਰ ਕਿਸੇ ਪ੍ਰੋਗਰਾਮ 'ਚ ਕਰ ਲਿਓ ਫੋਨ। ਓਕੇ, 107 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਹਰਨੇਕ ਸਿੰਘ ਜੀ, ਮੈਂ ਹਰਕਮਰਦੀਪ ਸਿੰਘ ਆਸਟ੍ਰੇਲੀਆ ਤੋਂ ਗੱਲ ਕਰ ਰਿਹਾ ਜੀ। ਹਾਂਜੀ ਸਰ, ਮੈਂ ਪੁੱਛਣੀ ਸੀ। ਹੈਲੋ, ਹਾਂਜੀ ਸਰ, ਮੈਂ ਨਾ ਇੱਕ ਕੱਲ ਪਰਸੋਂ ਮੇਰੀ ਕਿਸੇ ਵਿਦਵਾਨ ਸੀਗੇ ਤੇ ਰਿਸਰਚ ਸਾਇੰਟਿਸਟ ਨੇ, ਉਹ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਆ, ਹੈਗੇ ਪੰਜਾਬੀ ਨੇ। ਉਹਨਾਂ ਨਾਲ ਸਾਡੀ ਗੱਲ ਚੱਲੀ, ਗੱਲ ਚੱਲਦੇ ਇੱਕ ਉਹਨਾਂ ਨੇ ਜਵਾਬ ਮੈਨੂੰ ਪੁੱਛਿਆ, ਕਹਿੰਦੇ ਵੀ ਜਦੋਂ ਹਰਿਮੰਦਰ ਸਾਹਿਬ ਢਿਆ ਅਕਾਲ ਤਖ਼ਤ ਸਾਹਿਬ, ਕਹਿੰਦੇ ਇੰਦਰਾ ਗਾਂਧੀ ਨੇ ਇੰਨਾ ਰੁਪਈਆ ਦੇਣਾ ਸੀਗਾ ਆਪਾਂ ਨੂੰ ਵੀ ਤੁਸੀਂ ਬਣਾ ਲੈਂਦੇ, ਸਿੱਖ ਕੌਮ ਆਪਣੀ ਅਨਪੜ੍ਹ ਸੀਗੀ ਇਹ ਬਣਾ ਨਹੀਂ ਸਕੀ, ਇੰਨਾ ਪੈਸਾ ਦਿੱਤਾ, ਤੇ ਉਹਦੇ ਵਿੱਚ ਤੁਸੀਂ ਕੀ ਮਤਲਬ ਆਪਣਾ ਵਿਚਾਰ ਕੀ ਕਹਿਣਾ ਚਾਹੁੰਦੇ ਹੋ? ਜਾਣੀ ਕੋਈ ਬੰਦੇ ਨੇ ਤੁਹਾਨੂੰ ਗੱਲ ਕਹੀ ਆ ਕੋਈ? ਮਤਲਬ ਉਹ ਕਹਿੰਦਾ ਵੀ ਇੱਕ ਮਿੰਟ ਕੌਮ ਆ ਨਾ ਜਿਹੜੀ, ਇੱਕ ਮਿੰਟ ਕਹਿੰਦਾ ਵੀ ਬਹੁਤ, ਇੱਕ ਮਿੰਟ, ਹਾਂਜੀ ਹਾਂਜੀ, ਯਾਨੀ ਕੋਈ ਬੰਦਾ ਹੈ ਜਿਹਦਾ ਮੈਨੂੰ ਨਾਮ ਵੀ ਨਹੀਂ ਪਤਾ, ਮੈਂ ਜਾਣਦਾ ਵੀ ਨਹੀਂ ਉਹਨੂੰ। ਨਹੀਂ ਨਹੀਂ ਤੁਸੀਂ ਨਹੀਂ ਜਾਣਦੇ, ਮੈਂ ਮੇਰੀ ਗੱਲ ਤਾਂ ਸੁਣ ਲਾ ਪਹਿਲਾਂ। ਹਰ ਰੋਜ਼ ਹਾਂਜੀ, ਕੋਈ ਬੰਦਾ ਆ ਜਿਹਦਾ ਮੈਨੂੰ ਨਾਮ ਵੀ ਨਹੀਂ ਪਤਾ, ਮੈਂ ਜਾਣਦਾ ਵੀ ਨਹੀਂ, ਉਹਨੇ ਤੈਨੂੰ ਕੋਈ ਗੱਲ ਕਹੀ ਆ? ਹਾਂਜੀ ਹਾਂਜੀ, ਹੁਣ ਉਹ ਗੱਲ ਲੈ ਕੇ ਤੂੰ ਮੇਰੇ ਕੋਲ, ਯਾਰ ਤੁਹਾਡੀ ਅਕਲ ਘਾ ਚਰਨ ਗਈ, ਉਹ ਮਾੜੀ ਮੁੱਟੀ ਦਾ ਸੰਗ ਕਰ ਲਿਆ ਕਰੋ। ਨਹੀਂ ਗਈ ਉਹ, ਕਿਉਂਕਿ ਤੁਸੀਂ ਘਾ ਚਰਾਈ ਆ ਨਾ, ਮੈਂ ਉਹ ਗੱਲ ਕਹਿ ਰਿਹਾ, ਤੁਸੀਂ ਹਰੇਕ ਪ੍ਰੋਗਰਾਮ ਤੇ ਬੋਲਦੇ ਹੋ ਨਹੀਂ ਅੰਦਰ ਵਾ ਕੇ ਮਾਰੇ ਜਿਹੜੀ ਤੇ ਉਹ ਕੀਤੇ ਜਿਹੜੀ, ਉਹ ਉਹੀ ਗੱਲ ਤੇ ਨਹੀਂ ਨਹੀਂ ਜਿਹੜੀ ਕਿਸੇ ਨੇ ਕਰਦੀ ਸੀ ਗੱਲ, ਜਿਹੜੀ ਗੱਲ ਵੱਡੀ ਗੱਲ ਦੇ ਉੱਤੇ ਦੇਖ ਜੇ ਤੈਨੂੰ, ਤੁਹਾਨੂੰ ਇਦਾਂ ਇੰਨੀ ਬੇਵਕੂਫੋ, ਤੁਹਾਨੂੰ ਇੰਨੀ ਅਕਲ ਨਹੀਂ ਪਈ, ਸਾਡੇ ਕੋਲ ਇੱਥੇ ਇੱਕ ਪੀਲਾ ਜਿਹਾ ਬਟਣੇ ਆ, ਉਹ ਥੱਲੇ ਨੂੰ ਦੱਬ ਦਿੰਨੇ ਹੁੰਨੇ ਅਸੀਂ, ਦੱਬ ਕੇ ਫਿਰ ਤੁਸੀਂ ਸਾਰਾ ਦਿਨ ਬੋਲੀ ਜਾ ਭਾਵਾਂ ਤੂੰ। ਜੇ ਤੁਹਾਨੂੰ, ਤੂੰ ਇੱਕ ਸਵਾਲ ਕੀਤਾ ਮੈਨੂੰ, ਤੇਰੇ ਉਹਦੇ ਸਵਾਲ ਦੇ ਜਵਾਬ 'ਚ ਤੈਨੂੰ ਮੈਂ ਦੱਸ ਰਿਹਾ ਵੀ ਕੋਈ ਬੰਦਾ ਆ ਜਿਹਦਾ ਨਾਂ ਤਾਂ ਮੈਨੂੰ ਨਾ ਪਤਾ ਆ, ਨਾ ਮੈਂ ਉਹਨੂੰ ਜਾਣਦਾ ਆ, ਉਹਦੀ ਕਹੀ ਹੋਈ ਗੱਲ ਮੈਨੂੰ ਕਹਿ ਕੇ ਵੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ, ਦੱਸ ਮੈਨੂੰ ਹੁਣ, ਹੁਣ ਕੁਛ ਵੀ ਤੈਨੂੰ ਕਹੇ ਤਾਂ ਮੈਂ ਕੀ, ਮੈਂ ਉਹਦੇ ਬਾਰੇ ਕੀ ਤੈਨੂੰ ਜਵਾਬ ਦਿਆਂ, ਕੀ ਦੱਸਾਂ ਮੈਂ ਤੈਨੂੰ ਉਹਦੇ ਬਾਰੇ? ਮੈਂ ਪਹਿਲਾਂ ਵੀ ਕਹਿੰਦਾ ਸੀ ਆਸਟ੍ਰੇਲੀਆ ਵਾਲੇ ਪਤਾ ਨਹੀਂ ਕੀ ਚੱਕੀ ਚੁੱਕੀ, ਇੱਥੇ ਕਿਤੇ ਹੋਰ ਕਿਤੇ ਆਟਾ ਆਉਂਦਾ, ਦੱਸਿਓ ਭਾਈ ਜੇ ਕਿਸੇ ਨੂੰ ਕੁਛ ਹੋਇਆ ਤਾਂ। ਵਟਸਐਪ 'ਤੇ ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਤੁਹਾਨੂੰ ਵਧਾਈਆਂ ਦੇਣੀਆਂ ਸੀਗੀਆਂ, ਜਿਹੜੀਆਂ ਅਦਾਲਤ ਦੇ ਵਿੱਚ ਕੇਸ ਆ ਰਿਹਾ, ਬਹੁਤ ਵਧੀਆ ਹੋ ਗਿਆ ਅਦਾਲਤ ਨੇ। ਨਾਂ ਕੀ ਤੁਹਾਡਾ? ਮੇਰਾ ਨਾਂ ਜਗਰੂਪ ਸਿੰਘ, ਭਲੂਰ ਪਿੰਡ ਆ ਜੀ ਮੇਰਾ। ਠੀਕ ਆ, ਬੜੀ ਵੀ ਇਸੇ ਨਾਂ ਤੇ ਚੱਲਦੀ ਹੈ ਮੇਰੀ। ਠੀਕ ਆ, ਹਾਂਜੀ ਹਾਂਜੀ, ਵਧਾਈਆਂ ਦੇਣੀਆਂ ਸੀ ਮੈਂ ਤੈਨੂੰ। ਧੰਨਵਾਦ ਜੀ, ਬਹੁਤ ਬਹੁਤ। ਬਸ ਰੱਬ ਕਰੇ ਤੁਸੀਂ ਵੀ ਵਧੋ। ਠੀਕ ਆ, ਜਦੋਂ ਨਾ 84 ਦੇ ਵਿੱਚ ਅਟੈਕ ਹੋਇਆ, ਜੂਨ 84 'ਚ, ਬਹੁਤ ਸਾਰੇ ਲੋਕਾਂ ਨੇ
ਅੰਮ੍ਰਿਤਸਰ ਦੇ ਵਿੱਚ ਵੀ ਅਤੇ ਆਲੇ ਦੁਆਲੇ ਵੀ ਦਾ ਖੁਸ਼ੀ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੀ ਉਹ ਪਰਿਵਾਰ ਹੁਣ ਅੱਜ ਕੱਲ੍ਹ ਤਾਂ ਖਾਲਿਸਤਾਨੀਆਂ ਦੇ ਨਾਲੇ ਘੁੰਮਦੇ ਆ ਉਹ ਅਤੇ ਉਹਨਾਂ ਨੇ ਇੱਦਾਂ ਅਫਵਾਹ ਉੱਡਦੀ ਸੀ ਵੀ ਲੱਡੂ ਵੰਡੇ ਉਹਨਾਂ ਨੇ ਖੁਸ਼ੀ ਦੇ ਵਿੱਚ ਅਤੇ ਹਜ਼ਾਰਾਂ ਕਤਲ ਹੋਏ ਕੋਈ ਖੁਸ਼ੀ ਮਨਾਉਂਦਾ ਇੱਦਾਂ ਸਲੀਕਾ ਜਿਹੜਾ ਆ ਉਹ ਇਹ ਕਹਿੰਦਾ ਵੀ ਨਹੀਂ ਠੀਕ ਨਹੀਂ ਚੰਗਾ ਨਹੀਂ ਇੱਦਾਂ ਠੀਕ ਆ ਗੱਲ ਵਿਚਾਰਾਂ ਦੀ ਵਿਰੋਧ ਤਾਂ ਹੁੰਦੀ ਆ ਠੀਕ ਆ ਠੀਕ ਆ ਪਰ ਜਿਹੜਾ ਜਦੋਂ ਕਤਲ ਹੁੰਦੇ ਆ ਇੱਦਾਂ ਢਿੰਦਾ ਵਿਨਾਸ਼ ਹੁੰਦਾ ਜਦੋਂ ਉਹਦੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਇਹ ਵਿਸ਼ਪੁਣੇ ਦੀ ਨਿਸ਼ਾਨੀ ਆ ਉਹ ਹੈ ਨਾ ਅਤੇ ਹੁਣ ਦੱਸੋ ਵੀ ਗ੍ਰੰਥੀ ਆ ਉਹਨਾਂ ਨੇ ਜਿਨ੍ਹਾਂ ਦਾ ਸਤਿਕਾਰ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਬਾਬਾ ਬੁੱਢਾ ਜੀ ਦੀ ਜਗ੍ਹਾ ਦੇ ਉੱਤੇ ਆ ਇੱਦਾਂ ਹੈ ਨਾ ਵੀ ਉਹ ਬੰਦੇ ਯਾਨੀ ਇੱਕ ਪਾਸੇ ਜਦੋਂ ਆਪਣੇ ਫਰਜ਼ਾਂ ਦੀ ਗੱਲ ਆਉਂਦੀ ਆ ਕਿੰਨਾ ਧੱਕਾ ਹੋ ਰਿਹਾ ਸਾਡੇ ਨਾਲ ਸਾਡੀ ਕੌਮ ਦੇ ਅੰਦਰ ਜਦੋਂ ਫਰਜ਼ਾਂ ਦੀ ਗੱਲ ਆਉਂਦੀ ਆ ਤਾਂ 500 ਸਾਲ ਪੁਰਾਣੀਆਂ ਪਰੰਪਰਾਵਾਂ ਲਿਆ ਕੇ ਸਾਡੇ 'ਤੇ ਥੋਪੀਆਂ ਜਾ ਰਹੀਆਂ ਅਤੇ ਗੁਰੂ ਸਾਹਿਬ ਉਦੋਂ ਇੱਦਾਂ ਸਤਿਕਾਰ ਦਿੰਦੇ ਸੀ ਅਤੇ ਜਦੋਂ ਹੱਕਾਂ ਦੀ ਗੱਲ ਆਉਂਦੀ ਆ ਤਾਂ ਅੱਜ ਦੇ ਕਾਨੂੰਨ ਜਿਹੜੇ ਆ ਉਹਦਾ ਆਸਰਾ ਲਿਆ ਜਾਂਦਾ ਹੱਕ ਲੈਣੇ ਆ ਅੱਜ ਦੇ ਅਨੁਸਾਰ ਜਾਣੀ ਅਤੇ ਫਰਜ਼ ਜਦੋਂ ਪੂਰੇ ਕਰਨੇ ਆ ਉਦੋਂ ਉਹ ਗੁਰੂ ਸਾਹਿਬ ਦੇ ਵਜ਼ੀਰ ਨੂੰ ਕੁਛ ਕਿਹਾ ਨਹੀਂ ਜਾ ਸਕਦਾ ਮੈਂ ਰੇਡੀਓ 'ਤੇ ਬੈਠਾਂ ਟਕਸਾਲੀਆਂ ਨਾਲ ਵਾਅਦਾ ਆਇਆ ਮੇਰਾ ਆ ਜਿਹੜੇ ਬੰਦੇ ਨਿਊਜ਼ੀਲੈਂਡ 'ਚ ਰੌਲਾ ਪਾਉਂਦੇ ਤੁਹਾਡੇ ਨਾਲ ਵੀ ਵਾਅਦਾ ਆਇਆ ਇੱਕ ਜਾਂ ਤੁਸੀਂ ਆਪ ਆ ਜਾਓ ਕਮੇਟੀ ਵਾਲੇ ਗ੍ਰੰਥੀ ਭੇਜ ਦਿਓ ਸਾਡੇ ਕੋਲ ਠੀਕ ਆ ਤੁਹਾਨੂੰ ਮੈਂ ਦੱਸੂੰਗਾ ਵੀ ਕੰਮ ਕਿੱਦਾਂ ਲਈਦਾ ਫਿਰ ਇੱਦਾਂ ਨਾ ਤੱਕਲੇ ਅਰਗਾ ਕਰਦੇ ਆ ਜਾਣੀ ਇੱਦਾਂ ਡੁਗਡੁਗੀ ਅਤੇ ਬਾਂਦਰੀ ਨਹੀਂ ਨੱਚਦੀ ਉੱਦਾਂ ਜਿੱਦਾਂ ਮੈਂ ਨੱਚਾ ਦਊਂ ਸਾਰਾ ਕੁਛ ਆਉਂਦਾ ਸਾਨੂੰ ਕਰਨਾ ਜੇ ਤੁਸੀਂ ਇਸ ਰਾਹ ਤੋਰਨਾ ਹੋਇਆ ਨਾ ਤੁਹਾਨੂੰ ਤੁਹਾਡੇ ਬਾਪ ਦੇ ਬਾਪ ਦਾ ਬਾਪ ਵੀ ਆ ਜਾ ਦੋ ਵਕੀਲ ਵੀ ਲੈ ਆਇਓ ਨਾਲ ਜਾਣੀ ਮੁੜ ਕੇ ਇੱਥੋਂ ਕੋਰਟ ਜਾਣ ਜੋਗਾ ਰਹਿ ਜਾ ਔਰ ਕੰਮ ਦੱਸਾਂਗੇ ਕਰਾ ਕੇ ਸਾਰਾ ਦਿਨ ਇੱਦਾਂ ਨਾ ਤੱਕਲਿਆਂ ਭੱਜਾ ਫਿਰਿਆ ਜਾਣੀ ਉਹਦੇ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਨਚਾਈ ਦਾ ਕਿੱਦਾਂ ਆਇਆ ਸੀ ਇਸ ਕਰਕੇ ਉਹ ਦਿਆਂਤਦਾਰੀ ਸੀ ਸਾਡੀ ਉਹਦਾ 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 ਨਜਾਇਜ਼ ਫਾਇਦਾ ਨਾ ਉਠਾਓ ਆਉਣੇ ਵਾਲਾ ਸਮਾਂ ਪਤਾ ਨਹੀਂ ਕਿੱਦਾਂ ਦਾ ਭਿਆਨਕ ਆਉਣਾ ਠੀਕ ਹੈ ਸੰਭਲ ਕੇ ਸਾਡਾ ਕੀ ਆ ਸਾਰ ਲੈਣਾ ਅਸੀਂ ਤਾਂ ਅੱਗੇ ਇੰਨਾ ਕੁਛ ਹੋਇਆ ਠੀਕ ਹੈ ਕੋਈ ਫਰਕ ਨਹੀਂ ਉਹਦੇ ਨਾਲ ਪੈਣਾ 107 'ਤੇ ਤੁਸੀਂ ਆਉਂਦੇ ਰਹੋ ਜੀ ਧੰਨਵਾਦ ਜੀ ਤੁਹਾਡਾ 108 'ਤੇ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਲੁਧਿਆਣੇ ਪੰਜਾਬ ਤੋਂ ਗੱਲ ਕਰ ਰਿਹਾ ਜੀ ਹਾਂਜੀ ਮੋਹਿਤ ਹਾਂਜੀ 6 ਮਹੀਨੇ ਤੋਂ ਤੁਹਾਡਾ ਪ੍ਰੋਗਰਾਮ ਸੁਣਨਾ ਚਾਲੂ ਕੀਤਾ ਇੱਕ ਯਾਰ ਦੋਸਤ ਨੇ ਇੱਕ ਵੀਡੀਓ ਦਿਖਾਇਆ ਸੀ ਜਿਸ ਮੁੰਡਾ ਤੁਹਾਨੂੰ ਕੁਐਸਚਨ ਪੁੱਛ ਰਿਹਾ ਸੀ ਭਿੰਡਰਾ ਵਾਲੇ ਬਾਰੇ ਅੱਛਾ ਲੱਗਿਆ ਉਸ ਤੋਂ ਬਾਅਦ ਲਗਾਤਾਰ ਸੁਣਦਾ ਹੈਗਾ ਲਗਭਗ ਸਾਰਾ ਦਿਨ ਹੀ ਚੱਲਦਾ ਤੁਹਾਡਾ ਪ੍ਰੋਗਰਾਮ ਯੂਟਿਊਬ ਤੇ ਜਿੰਨੀਆਂ ਵੀਡੀਓ ਪੁਰਾਣੇ ਸਾਰੇ ਸੁਣੇ ਤੁਹਾਡੇ ਠੀਕ ਹੈ ਜੀ ਕੁਦਰਤ ਤੇ ਫੋਨ ਲਾਇਆ ਹੈਗਾ ਤਾਂ ਲੱਗ ਗਿਆ ਪਹਿਲੀ ਵਾਰ ਦੇ ਵਿੱਚ ਮੈਂ ਫੇਸਬੁੱਕ ਉੱਤੇ ਨਾ ਮੈਸੇਂਜਰ ਉੱਤੇ ਮੈਸੇਜ ਛੱਡੇ ਸੀਗੇ ਆਪਣਾ ਨੰਬਰ ਵੀ ਛੱਡਿਆ ਸੀਗਾ ਕਿ ਮੈਨੂੰ ਵਟਸਐਪ ਨੰਬਰ ਆਪਣਾ ਸੈਂਡ ਕਰ ਸਕਦੇ ਹੋ ਤਾਂ ਦੇਖ ਲਓ ਕੋਈ ਨੀ ਜੀ ਮੈਂ ਤੁਸੀਂ ਜੇ ਹੁਣ ਪੈਨ ਹੈਗਾ ਤਾਂ ਲਿਖ ਵੀ ਲਓ ਨਹੀਂ ਤਾਂ ਮੈਂ ਬਟ ਉੱਥੇ ਮੈਸੇਂਜਰ ਤੇ ਦੇਖ ਕੇ ਨੰਬਰ ਤੁਹਾਡਾ ਕਰ ਦਿੰਦਾ ਮੈਂ ਰਜਤ ਸ਼ਰਮਾ ਦੇ ਨਾਮ ਦੀ ਆਈਡੀ ਹੈ ਜੀ ਮੇਰੀ ਠੀਕ ਹੈ ਜੀ ਠੀਕ ਹੈ ਲੱਭ ਲੈਂਦਾ ਧੰਨਵਾਦ ਜੀ ਧੰਨਵਾਦ ਜੀ 107 ਤੇ ਤੁਸੀਂ ਆਉਂਦੇ ਰਹੋ ਜੀ ਉਹ ਨੇਕੀ ਸਾਹਿਬ ਤੁਸੀਂ ਫੋਨ ਕੱਟੀ ਜਾਂਦੇ ਗੱਲ ਤੁਸੀਂ ਜਵਾਬ ਨਹੀਂ ਦਿੱਤਾ ਤੁਸੀਂ ਕੌਣ ਬੋਲਦੇ ਆ ਮੈਂ ਹਰਕਮਰਦੀਪ ਸਿੰਘ ਉਹ ਭਰਾਵਾ ਗੱਲ ਸੁਣ ਤੈਨੂੰ ਜਿਹੜੇ ਬੰਦੇ ਨੇ ਤੈਨੂੰ ਗੱਲ ਉਹਨੂੰ ਜਾ ਕੇ ਸਵਾਲ ਮੈਥੋਂ ਤੂੰ ਕਦੇ ਜਵਾਬ ਲੈਣਾ ਚਾਹੁੰਦਾ ਯਾਰ ਤੁਹਾਡੇ ਸੋ ਮੈਂ ਹੁਣ ਇੱਕ ਇੰਗਲਿਸ਼ ਮੀਡੀਅਮ ਦਾ ਪੜ੍ਹਿਆ ਬੱਚਾ ਵਾਂ ਹਾਂ ਮੈਨੂੰ ਤੁਸੀਂ ਜੋ ਆਪਣੇ ਰੇਡੀਓ ਤੇ ਸੁਣਾਇਆ ਮੈਂ ਤੁਹਾਡਾ 1 ਸਾਲ ਤੋਂ ਸੁਣ ਰਿਹਾ ਉਹ ਬੰਦੇ ਨੇ ਮੈਂ ਸੁਣ ਕੇ ਮੈਂ ਕਿਸੇ ਚੀਜ਼ ਨੂੰ ਅਗਰੈਸਿਵਲੀ ਅਡਾਪਟ ਕਰ ਰਿਹਾ ਵੀ ਹਾਂ ਵੀ ਆਪਣੇ ਸਭ ਕੋ ਗਲਤ ਚੱਲ ਰਿਹਾ ਟਕਸਾਲ ਆਪਣੀ ਗਲਤ ਆ ਧਰਮ ਆਪਣਾ ਗਲਤ ਆ ਸਾਰਾ ਕੁਛ ਗਲਤ ਚੱਲ ਰਿਹਾ ਓਦਾਂ ਹੀ ਉਹਨੇ ਮੈਨੂੰ ਸਵਾਲ ਕੀਤਾ ਸੇਮ ਤੁਹਾਡੇ ਨਾਲ ਰਿਲੇਟ ਸਵਾਲ ਆ ਕੋਈ ਔਖਾ ਸਵਾਲ ਨੀ ਹੈਗਾ ਉਹ ਕਹਿੰਦਾ ਇੰਦਰਾ ਗਾਂਧੀ ਪੈਸੇ ਦਿੰਦੀ ਸੀ ਕੀ ਆਪਾਂ ਲੈ ਨੀ ਸੀ ਸਕਦੇ ਪੈਸੇ ਕੌਣ ਕਿਹੜੇ ਫੈਕਟ ਨਾਲ ਗੱਲ ਕੀਤੀ ਆ ਉਹਨੇ ਕਿੱਥੇ ਕਿਹਾ ਆ ਇੰਦਰਾ ਗਾਂਧੀ ਪੈਸੇ ਦਿੰਦੀ ਸੀ ਤਾਂ ਹੀ ਤਾਂ ਤੁਸੀਂ ਏਦਾਂ ਪਸ਼ੂਆਂ ਸਿਰ ਨਾਲ ਤੂੰ ਇੰਗਲਿਸ਼ ਮੀਡੀਅਮ ਦੇ ਵਿੱਚ ਹਾ ਕੁਛ ਪੜ੍ਹ ਕੇ ਆਇਆ ਯਾਰ ਇੰਗਲਿਸ਼ ਮੀਡੀਅਮ ਜਿਹਦਾ ਪੜ੍ਹਾਇਆ ਨੀ ਨਾ ਇੱਕ ਮਿੰਟ ਦੇਖੇ ਤਾਂ ਹੀ ਤਾਂ ਕਾਮਨ
एक मिनट पहला चुप कर, हैलो चुप कर पहला। जिहड़ी गल उस बंदे ने कही आ इंदिरा गांधी पैसे दिंदी सी, ये किहड़े तत्थां ते आधारित कही आ? उन्हें तां पता कीता उह तों छित्र फेरिया जिहड़ा रहे रब दा नां, ओह किहड़ा गधा कहिंदा पैसे दिंदी सी ओह? अकाल तख्त दी सारी तां ठाकस नूं पैसे दे के करवाई आपने, पहलां संतां सूं तों करवा दित्ती, मुड़ के 86 ਦੇ ਵਿੱਚ ਖੁੱਲ ਦਿੱਤੀ ਤੁਹਾਨੂੰ। ਮੁਕਮ ਸਿੰਘ ਨੂੰ ਪੂਰੀ ਆਜ਼ਾਦੀ ਦੇ ਨਾਲ ਸਾਰਾ ਏਜੰਸੀਆਂ ਨੇ ਬਿਲਕੁਲ ਖੁੱਲ ਦੇ ਦਿੱਤੀ, ਤੁਸੀਂ ਘੱਟ ਸੱਦ ਲਿਆ ਉੱਥੇ, ਠਾਕਰ ਸਿੰਘ ਨੂੰ ਪੈਸੇ ਦਿੱਤੇ ਆ। ਹੁਣ ਤੁਸੀਂ ਇੰਗਲਿਸ਼ ਪੜ੍ਹ ਕੇ ਆਏ ਆ, ਨਹੀਂ ਪਤਾ ਤੁਹਾਨੂੰ ਇੰਗਲਿਸ਼ ਮੀਡੀਅਮ ਵਾਲਿਆਂ ਨੂੰ, ਤੁਸੀਂ ਟੱਕਰਾਂ ਕਦੇ ਮਾਰਦੇ ਆ, ਤੁਹਾਡੇ ਬਸ ਦੀ ਗੱਲ ਨਹੀਂ ਹੈਗੀ ਭਰਾਵੋ। ਇਹ ਜਾ ਕੇ ਧੁੰਮੇ ਹੁਣਾਂ ਨੂੰ ਕਹੋ ਉਹ ਜਵਾਬ ਦੇਣ ਇਹਨਾਂ ਗੱਲਾਂ ਦਾ, ਉਹਨਾਂ ਨੂੰ ਪਤਾ ਹੈ। ਉਹਨੂੰ ਕਹੋ ਵੀ ਤੂੰ ਅਮੈਰੀਕਾ ਦਾ ਸਿਟੀਜ਼ਨ ਹੋ ਕੇ ਉੱਥੇ ਵੜੇਵੇਂ ਲੈਣ ਗਿਆ, ਕਿੰਨੀਆਂ ਯੂਟਿਊਬ 'ਤੇ ਵੀਡੀਓ ਪਈਆਂ ਵੀ ਗਿੱਲ ਨੇ ਲਿਜਾ ਕੇ ਬਿਠਾਇਆ ਉਹਨੂੰ। ਹੁਣ ਜਦੋਂ ਗਿੱਲ ਟਕਸਾਲ ਜਾਂਦਾ ਸੀ, ਠਾਕਰ ਨੂੰ ਸੋਪੇ ਦਿੰਦਾ, ਹੁਣ ਨਾਲੇ ਇਸ ਜਿਹੜੇ ਪੱਧਰ ਦੀਆਂ ਤੁਸੀਂ ਆ ਕੇ ਆਮ ਬੰਦਾ ਉੱਠਿਆ, ਜਾਣੀ ਨਾ ਕੁਛ ਪਤਾ ਨਾ ਪੜ੍ਹਿਆ ਨਾ ਕੋਈ ਗਿਆਨ ਆ, ਉਹ ਜਿਹੜੀਆਂ ਗੱਲਾਂ ਉਹਦੇ ਜਵਾਬ ਅਸੀਂ ਕੀ ਦੇ ਦੇਈਏ? ਜ਼ਿੰਮੇਵਾਰ ਬੰਦਾ ਕੋ ਆਵੇ ਉਹਨਾਂ ਗੱਲ ਕਰੀਏ, ਠੀਕ ਹੈ? ਜਿਹੜਾ ਆਪਣਾ ਤੁਹਾਡਾ ਕੰਸਰਨ ਹੁੰਦਾ ਉੱਥੇ ਤੱਕ ਰੱਖਿਆ ਕਰੋ ਤੁਸੀਂ, ਠੀਕ ਹੈ ਜੀ? ਬਾਕੀ ਜਿਹੜੇ ਜਿਹੜੇ ਆਲੇ ਜਿਹੜੇ ਲੋਕ ਗੱਲ ਕਰਦੇ ਆ, ਜਿਹੜੇ ਜ਼ਿੰਮੇਵਾਰ ਬੰਦੇ ਆ, ਉਹਨਾਂ ਨੂੰ ਗੱਲ ਕਰਨ ਦਿਓ, ਠੀਕ ਹੈ? ਬਹੁਤਾ ਟਾਈਮ ਨਹੀਂ ਜੀ ਹੈਗਾ, ਅੱਜ ਨਹੀਂ ਤਾਂ ਕੱਲ੍ਹ ਇਹਨਾਂ ਨੂੰ ਇੱਕ ਚੀਜ਼ ਦੇਖ ਲਓ ਵੀ ਉਹ ਹਿੰਦੂ ਵੀਰ ਜਿਹੜਾ ਆਸਟ੍ਰੇਲੀਆ ਤੋਂ ਫੋਨ ਕਰਦਾ ਸੀ ਉਹ ਸਪਸ਼ਟ ਕਹਿ ਗਿਆ ਵੀ ਸ਼੍ਰੀ ਚੰਦ ਜਿਹੜਾ ਆ ਉਹ ਹਿੰਦੂ ਸੀ, ਅਤੇ ਇਹ ਟਕਸਾਲੀ ਲਾਣਾ ਜਿਹੜਾ ਸਾਰੇ ਦਾ ਸਾਰਾ ਉਹ ਸ਼੍ਰੀ ਚੰਦ ਨੂੰ ਸਿਰ 'ਤੇ ਬਿਠਾ ਕੇ ਬੈਠਾ ਆ। ਹੁਣ ਜਾਣੀ ਖੜੇ ਕਿਹੜੇ ਪਾਸੇ ਹੋਣਾ, ਜਾਣਾ ਕਿਹੜੇ ਪਾਸੇ ਆ, ਤੁਸੀਂ ਆਪ ਦੇਖ ਲਿਓ। ਸਾਡੇ ਨਾਲ ਵਟਸਐਪ ਦੇ ਉੱਤੇ ਇੱਕ ਸਰੋਤੇ, ਹਾਂ ਸਵਾਗਤ ਹੈ ਜੀ ਤੁਹਾਡਾ। ਭਾਈ ਸਤਿ ਸ਼੍ਰੀ ਅਕਾਲ, ਭਾਈ ਖਾਲਸਾ ਵੀਰ ਫਤਿਹ। ਹਾਂਜੀ ਗੁਰਫਤਿਹ ਜੀ, ਭਾਈ ਸਾਹਿਬ ਜੀ ਸਰੋਪਿਆਂ ਦੀ ਗੱਲ ਕਰਦੇ ਤੇ ਮੈਨੂੰ ਨਾ ਇੱਕ ਟਕਸਾਲੀ ਮਿਲਿਆ, ਬਹੁਤ ਟਾਈਮ ਦੀ ਗੱਲ ਹੋ ਗਈ ਹੈ। ਹਾਂਜੀ ਜੇ ਸਾਡਾ ਪਿੰਡਰਾਣਾ ਜੀ ਆਉਂਦਾ ਨਾ, ਤਿੰਨ ਨੰਨੇ ਉਹਨੇ ਮਟਾਉਣੇ ਸੀ, ਜਿਵੇਂ ਨੰਨਾ ਨਿਰੰਕਾਰੀ ਤੇ ਨੰਨਾ ਨਾਨਕਸਾਰੀ ਤੇ ਨੰਨਾ ਨਾਮ ਧਾਰੀਏ। ਤੇ ਮੈਂ ਹੁਣ ਤੁਹਾਡੀ ਟਕਸਾਲ ਜਾ ਕੇ ਉਹਨਾਂ ਨੂੰ ਸਰੋਪੇ ਦਿੰਦੀ ਆ, ਪਿੱਛੇ ਜਦੋਂ ਮਰਿਆ ਸੀ ਬਾਬਾ ਕਿਹੜਾ ਹਰਭਜਨ ਖਰੇ ਕਿਹੜਾ ਸੀ, ਜਾ ਕੇ ਅਗਲਾ ਧੁੰਮੇ ਨੇ ਜਾ ਕੇ ਬਣਾਇਆ ਸੀ ਨਾਨਕ ਧੁੰਮੇ ਦਾ, ਹੁਣ ਤੁਹਾਡੀ ਟਕਸਾਲ ਕਿੱਥੇ ਜਾ ਗਿਆ? ਧੁੰਮੇ ਦਾ ਤਾਂ ਪਿੰਡਰਾਂ ਵਾਲੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਰਿਹਾ ਨਾ, ਜਿਹੜੀਆਂ ਇਹ ਬੜੀ ਦੁਬਿਧਾ 'ਚ ਫਸੇ ਹੋਇਆ, ਇੱਕ ਪਾਸੇ ਇਹ ਪਿੰਡਰਾਂ ਵਾਲੀ ਦੀ ਸਿਫਤ ਕਰਦੇ ਆ, ਦੂਜੇ ਪਾਸੇ ਧੁੰਮੇ ਨੂੰ ਟਕਸਾਲ ਕਹਿਣ ਲੱਗੇ ਹੋ। ਹਾਂ ਠੀਕ ਹੈ, ਇਹ ਇਹਨਾਂ ਲਈ ਤਾਂ ਮੁਸ਼ਕਲ ਵੱਡੀ ਹੋ ਗਈ। ਅਸਲ ਦੇ ਵਿੱਚ ਭਾਜੀ ਦੱਸਾਂ ਗੱਲ ਕੀ ਹੈ, ਇਹਨਾਂ ਦਾ ਕੰਮ ਸੀ ਤੁਹਾਨੂੰ ਜਵਾਬ ਦੇਣਾ ਵਿਚਾਰ ਕਰਕੇ, ਠੀਕ ਹੈ? ਪਰ ਉੱਠ ਕੇ ਇਹ ਆਪਦੀ ਗੁੰਡਾਗਰਦੀ ਵਿਖਾਉਂਦੇ, ਉਹਦੇ ਚ ਲੋਕਾਂ ਦੇ ਕਦਰ ਚ ਨੀਵੇ ਹੋਈ ਜਾਂਦੇ ਨੇ। ਉਹ ਨਾਲੇ ਉਹ ਤਾਂ ਦਿਨੋਂ ਦਿਨ ਜਿਹੜੇ ਬੰਦੇ ਆ ਵੀ ਰਹੇ ਨਾ ਗੱਲ ਕਰਨ, ਉਹ ਵੀ ਉਹ ਬੰਦੇ ਬੜੇ ਕਮੀਨੇ ਜਾਂ ਦੋਗਲੇ ਜਾਂ ਬਣ ਕੇ ਆ ਰਹੇ ਆ। ਹਾਂ 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 ਠੀਕ ਹੈ, ਕੋਈ ਬੰਦਾ ਜ਼ਿੰਮੇਵਾਰੀ ਨਾ ਆ ਕੇ ਹੁਣ ਭਾਈ ਸਾਹਿਬ ਦੀ। ਹਾਂਜੀ ਹਾਂਜੀ ਨਹੀਂ ਭਾਈ ਉਹ ਭਾਈ ਸਾਹਿਬ ਦੀ ਕਵਿਤਾ ਨਹੀਂ ਹੈ। ਹਾਂਜੀ ਐਸੀ ਪੱਗ ਭਾਵੇਂ ਦੂਜਾ ਕੀ ਨਾ ਆਇਆ ਕਹਿੰਦੇ ਨਾ ਆਈ ਸੋਨੇ ਦੀ ਹੋਵੇ ਕਰਦਾਰ, ਉਹ ਗੱਲ ਵੀ ਐਡੇ ਤਗੜੇ ਦਮਾਲੇ ਲੈਂਦੇ ਸਜ਼ਾ ਤੇ ਗੱਲ ਕਰਨ ਦੀ ਇਹਨਾਂ ਨੂੰ ਜਮਾਂ ਦੁੱਕੀ ਦੀ ਨੀ ਹੈਗੀ ਗੱਲ। ਨਹੀਂ ਨਹੀਂ ਉਹ ਵੀਰਾ ਉਹ ਜਿਹੜੀ ਨਾ ਜਦੋਂ ਕਮੀਨਗੀ ਕਰਨੀ ਆ ਨਾ, ਜਦੋਂ ਦੇਖੋ ਅੰਦਰ ਕੁਛ ਹੋ ਰਿਹਾ ਦਿਖਾਉਣਾ ਹੋ ਰਿਹਾ, ਹਾਂਜੀ ਹਾਂਜੀ, ਉਦੋਂ ਅਕਲ ਨੇ ਕੰਮ ਨਹੀਂ ਕਰਨਾ। ਅੱਜ ਪੰਥਪ੍ਰੀਤ ਧੁੰਦਾ ਜਿੰਨੇ ਪ੍ਰੋਫੈਸਰ ਜਿੰਨੇ ਵਿਦਵਾਨ ਆ ਉਹਨਾਂ ਦੀ ਮੁਸ਼ਕਲ ਇਹ ਬਣੀਓ ਆ। ਹਾਂਜੀ ਹਾਂਜੀ ਸਹੀ ਗੱਲ, ਦਿਮਾਗ ਤਾਂ ਉਹਨਾਂ ਦਾ ਕਨਵਿੰਸ ਹੋ ਰਿਹਾ ਆ ਗੱਲ ਤੋਂ, ਢੱਡਰੀਆਂ ਵਾਲੇ ਦੀ ਤੋਂ। ਪਰ ਉਹੀ ਗੱਲ ਕਰਦੇ ਆ ਜੀ ਪਿੱਛੇ ਨਾ। ਹਾਂਜੀ ਮੈਂ ਨਾ ਪਿਛਲਾ ਤੁਹਾਡਾ ਅਸ ਸੁਣਿਆ ਸੀ ਇੱਕ ਖਰੇ ਪੱਖ ਦੇ ਮਸਲੇ ਤੇ ਇਹਦੇ ਵਿੱਚ ਖਰੇ ਉਦੋਂ ਇੱਕ ਪਿੱਛੇ ਸੀ ਉਹਦੇ ਵਿੱਚ ਨਾ, ਮੈਂ ਅੱਜ ਤੋਂ ਮੇਰੇ ਮਹੀਨਾ ਪਹਿਲੋਂ ਵਿਚਾਰ ਆ ਰਹੀ ਸੀ ਵੀ ਜਿਹੜੇ ਤੁਸੀਂ ਉਹਦੇ ਵਿੱਚ ਗੱਲ ਕੀਤੀ ਸੀ ਇੱਕ, ਹਾਂਜੀ
ਉਹ ਜਿਹੜੀ ਮਤਲਬ ਇੰਦਰਾ ਗਾਂਧੀ ਨੂੰ ਜਸਵੰਤ ਸਿੰਘ ਦੇ ਪਿੱਛੇ ਜੇ ਲੰਘ ਕੇ ਗਿਆ ਨਾ ਤੇ ਪੋਸਟਾਂ ਬੜੀਆਂ ਲੋਕ ਪਾਉਂਦੇ ਸੀ, ਮਤਲਬ ਮੈਂ ਪੋਸਟਾਂ ਵੇਖ ਵੇਖ ਕੇ ਹੈਰਾਨ ਹੁੰਦਾ ਸਾ, ਤੇ ਮੇਰੇ ਦਿਮਾਗ ਚ ਉਹਦੇ ਗੱਲ ਆਉਂਦੀ ਸੀ ਵੀ ਕੀ ਗੱਲ ਨਾਲ ਰਹਿ ਵੀ ਇਹ ਸਿੱਖਾਂ ਦਾ ਕੰਮ ਬਣਦਾ ਸੀ ਕਿ ਨਹੀਂ ਬਣਦਾ ਸੀ ਗੋਲੀ ਮਾਰਨਾ। ਹਾਂ ਨਹੀਂ ਉਹ ਉਹ ਉਸ ਚੀਜ਼ ਦੇ ਵਿੱਚ ਦੇਖੋ ਅਸੀਂ ਨਾ ਦਸਵੇਂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਕਈ ਐਗਜ਼ੈਂਪਲਾਂ ਆਈਆਂ, ਭਾਈ ਨੰਦ ਲਾਲ ਵਰਗੇ ਔਰੰਗਜ਼ੇਬ ਦੇ ਕੋਲੋਂ ਆਏ ਆ, ਹਾਂਜੀ ਬੁੱਧੂ ਸ਼ਾਹ ਦੇ ਟੱਬਰ ਦੇ ਵਿੱਚ ਉਹਨਾਂ ਦੇ, ਹੋਰ ਕਈਆਂ ਦੀ ਗੱਲ ਇੱਦਾਂ ਆਉਂਦੀ ਵੀ ਮੁਸਲਮਾਨ ਜਿਹੜੇ ਸੀ ਪਠਾਨ ਜਿਹੜੇ ਸੀ ਉਹ ਉੱਧਰੋਂ ਛੇਵੇਂ ਪਾਤਸ਼ਾਹ ਵੇਲੇ ਪੈਂਦੇ ਖਾਂ ਦੀ ਗੱਲ ਆਉਂਦੀ ਆ, ਪਰ ਕਿਤੇ ਵੀ ਇਹ ਐਗਜ਼ੈਂਪਲ ਨਹੀਂ ਮਿਲਦੀ ਵੀ ਇੱਕ ਇੱਕ ਜਿਹੜੀ ਇਹ ਸੂਬਾ ਸਰਹੰਦ ਵੱਲੋਂ ਭੇਜੇ ਹੋਏ ਦੋ ਪਠਾਣਾਂ ਦੀ ਦਸਵੇਂ ਪਾਤਸ਼ਾਹ ਦੇ ਛੁਰਾ ਮਾਰਨ ਤੋਂ ਬਿਨਾਂ ਕੋਈ ਐਗਜ਼ੈਂਪਲ ਨਹੀਂ ਆਉਂਦੀ ਵੀ ਕਿਸੇ ਵਿਰੋਧੀ ਨੇ ਦਸਾਂ ਪਾਤਸ਼ਾਹੀਆਂ ਦੇ ਵੇਲੇ ਉੱਥੇ ਆ ਕੇ ਇੱਦਾਂ ਕਤਲ ਕਰਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਗੁਰੂ ਸਾਹਿਬਾਂ ਵੱਲੋਂ ਆਪ ਬੰਦੇ ਟ੍ਰੇਨਡ ਕਰਕੇ ਉਹਨਾਂ ਦੇ ਭੇਸ ਵਿੱਚ ਉੱਥੇ ਭੇਜੇ ਹੋਣ ਵੀ ਜਾ ਕੇ ਤੁਸੀਂ ਆਹ ਕੰਮ ਕਰਕੇ ਆਓ। ਹਾਂਜੀ ਠੀਕ ਹੈ, ਤੇ ਇਹ ਇਹ ਪਰੰਪਰਾ ਸਾਡੇ 'ਚ ਕਦੋਂ ਪਲੀ ਆ ਜਾਣੀ, ਕਦੋਂ ਆ ਗਈ ਸਾਡੇ 'ਚ, ਅਸੀਂ ਕਬੂਲ ਕਦੋਂ ਕਰ ਲਈ? ਉਹ ਭਾਈ ਸਾਹਿਬ ਗੱਲ ਤੋਂ ਹੋਣਾ ਵੀ ਦੋਮਕ ਸੋਚਣੀ ਇਹਨਾਂ ਦੀ ਬਿਲਕੁਲ ਇਸ ਟਾਈਮ ਨੀਵੀਂ ਹੋਈ ਭਾਈ, ਇਹ ਦਿਮਾਗ ਬਿਲਕੁਲ ਬੇਕਾਰ ਹੋਏ ਪੈਣੇ ਸਰ, ਇਹ ਹਾਂ ਕਰ ਦਾਂਗੇ ਉਹ ਕਰ ਦਾਂਗੇ ਬਸ ਚੱਕ ਕੇ ਆਹ ਕੰਮ ਇਹਨਾਂ ਕੋਲ ਰਹਿ ਗਏ ਜੀ, ਬਸ ਧਮਕੀ ਦੇਣ ਤੋਂ ਬਿਨਾਂ ਹੋਰ ਕੋਈ ਸ਼ੱਕ ਨਹੀਂ ਵੀਰੇ। ਥੈਂਕ ਯੂ ਵੀਰੇ। ਠੀਕ ਹੈ, ਬਾਰ ਬਾਰ ਗੱਲ ਆਉਂਦੀ ਜੀ ਕਾਲ ਤਖ਼ਤ ਤੋੜਿਆ, ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਮੈਂ ਕਹਿੰਦਾ ਜੀ ਜਿਹਨੇ ਤੋੜਿਆ ਉਹਨੂੰ ਵੀ ਤੁਸੀਂ ਉਹਨੂੰ ਬੁਰਾ ਕਹਿੰਦੇ ਹੋ, ਉਹਦੀ ਨਿੰਦਿਆ ਕਰਦੇ ਹੋ, ਤੇ ਜਿਹਨੇ ਤੁੜਵਾਇਆ ਉਹਨੂੰ ਤੁਸੀਂ ਕਦੀ ਕੁਛ ਨੀ ਕਹਿੰਦੇ। ਹੁਣ ਜਿਹੜਾ ਇੱਕ ਨੋਰਮਲ ਸਿੱਖ ਆ, ਨੋਰਮਲ ਸਿੱਖ ਜਿਹਦਾ ਨਾ ਪਿੰਡਰਾਂ ਵਾਲੇ ਨਾਲ ਕੋਈ ਲੈਣਾ ਦੇਣਾ, ਨਾ ਸਰਕਾਰ ਨਾ ਉਹ, ਤੇ ਇੱਕ ਆਪਣਾ ਧਰਮ ਨਾਲ ਸੰਬੰਧਿਤ ਜ਼ਿਆਦਾ ਬਸ ਕੰਮ, ਉਹਨੇ ਕੀ ਲੈਣਾ ਸੀ ਜੀ ਪਿੰਡਰਾਂ ਵਾਲੇ ਕੋਲ, ਤੇ ਕੀ ਲੈਣਾ ਸੀ ਇੰਦਰਾ ਗਾਂਧੀ ਕੋਲੋਂ? ਕੋਈ ਸ਼ੱਕ ਨੀ, ਉਹ ਪਿੰਡਰਾਂ ਵਾਲੇ ਨੂੰ ਕਿੰਨੇ ਇਜਾਜ਼ਤ ਦੇ ਦਿੱਤੀ ਵੀ ਤੂੰ ਉੱਥੇ ਬਹਿ ਕੇ, ਮੰਨ ਲਓ ਤੂੰ ਕਰਨਾ ਤੇ ਕਿਲਾ ਲੈ ਕੇ ਤੇ ਕਿਲੇ ਚ ਬਹਿ ਜਾ ਕੇ ਕਿਤੇ ਬਾਹਰ ਨਿਕਲ ਜਾ, ਬਿਲਕੁਲ ਜੀ ਠੀਕ ਹੈ ਜੀ। ਤੇ ਕਦੀ ਵੀ ਕਿਸੇ ਨੇ ਉਹਨੂੰ ਇਹਨਾਂ ਨੂੰ ਇਹ ਟਕਸਾਲੀਆਂ ਨੂੰ ਸਵਾਲ ਨੀ ਪੁੱਛਿਆ ਵੀ ਜਿਹਨੇ ਤੜਵਾਇਆ ਉਹਦੀ ਕੋਈ ਰਿਸਪੋਂਸੀਬਿਲਟੀ ਕਿਸੇ ਨੇ ਫਿਕਸ ਨੀ ਕੀਤੀ ਵੀ ਉਹਦੀ ਉਹਦੇ ਘਰ ਜਾ ਕੇ ਕਿਵੇਂ ਧਰਨਾ ਨੀ ਦਿੱਤਾ ਉਹਦੇ ਅੱਗੇ ਜਾਂ ਪ੍ਰੋਟੈਸਟ ਨੀ ਕੀਤਾ। ਤੇ ਬਾਕੀ ਸਰ ਮੈਂ ਤੁਹਾਨੂੰ ਗੱਲ ਦੱਸ ਦੇਣਾ ਚਾਹੁੰਦਾ ਕਿ ਬਈ ਜਿਹੜੀ ਸਤਵੰਤ ਸਿੰਘ ਦੀ ਗੱਲ ਸੀ ਜਿਹੜਾ ਇਹਨਾਂ ਨੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਜੋ ਵੀ ਹੈ, ਇਹ 1980 ਵਿੱਚ ਭਰਤੀ ਹੋਈ ਸੀ ਦਿੱਲੀ ਪੁਲਿਸ ਵਿੱਚ ਜੁਆਇਨ ਕੀਤਾ ਸੀ ਇਹਨਾਂ ਨੇ। ਹਾਂਜੀ, ਇਹਨਾਂ ਦੇ ਬੈਚਮੈਂਟ ਜੋ ਹੈ ਨਾ ਬੈਚਮੈਂਟ ਇਹਨਾਂ ਦੇ ਅਜੇ ਵੀ ਇੱਥੇ ਹੈਗੇ ਆ ਜੋ ਜੋਬ ਕਰਦੇ ਆ, ਤੇ ਉਹਨਾਂ ਨਾਲ ਸਾਡੇ ਜਦ ਦੀ ਸਰ ਗੱਲਬਾਤ ਹੁੰਦੀ ਹੈ ਨਾ, ਉਹ ਕਹਿੰਦੇ ਜੀ ਇੰਦਰਾ ਗਾਂਧੀ ਨੂੰ ਇਹਨਾਂ ਦੇ ਉੱਤੇ ਨਾ ਬਹੁਤ ਜ਼ਿਆਦਾ ਵਿਸ਼ਵਾਸ ਸੀ, ਬਹੁਤ ਹੀ ਜ਼ਿਆਦਾ, ਹਾਲਾਂਕਿ IB ਵਗੈਰਾ ਨੇ ਵੀ ਕਿਹਾ ਸੀ ਇੰਦਰਾ ਗਾਂਧੀ ਨੂੰ ਕਿ ਵੀ ਇਹਨਾਂ ਨੂੰ ਤੁਸੀਂ ਆਪਣੇ ਤੋਂ ਸੁਰੱਖਿਆ ਤੋਂ ਹਟਾ ਲਓ, ਤੇ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਇਹਨਾਂ ਤੇ ਮੈਨੂੰ ਵਿਸ਼ਵਾਸ ਹੈ, ਤੇ ਉਹ ਇੱਕ ਵਿਸ਼ਵਾਸ ਘੱਟ ਹੋ ਗਿਆ ਨਾ ਸਰ ਦੇਖਿਆ ਜਾਵੇ ਤੇ। ਬਿਲਕੁਲ 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 ਜੀ, ਸਾਡੇ ਲਈ ਉਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੈਪਨ ਦੇਣਾ ਬੰਦ ਕਰਤਾ ਸੀ ਸਿੱਖਾਂ ਨੂੰ, ਇੱਕ ਸੀ ਨਾ ਦਿੱਲੀ ਪੁਲਿਸ ਵਿੱਚ ਉਹਨਾਂ ਦੀ VIP ਸਕਿਉਰਿਟੀ ਵਿੱਚ ਡਿਊਟੀ ਵੀ ਲੱਗਦੀ ਸੀ, ਉਹਨਾਂ ਨੂੰ ਬੜੀ ਗਲਤ ਨਜ਼ਰ ਨਾਲ ਵੇਖਿਆ ਜਾਂਦਾ ਸੀ ਫਿਰ ਜੋ ਜੋਬ ਕਰਦੇ ਸੀ, ਤੇ ਉਹ ਖਮਿਆਜਾ ਜਿਹੜਾ ਬਾਅਦ ਵਿੱਚ ਜਿਹੜੀ ਜਿਹਨਾਂ ਨੇ ਦਿੱਲੀ ਪੁਲਿਸ ਜੁਆਇਨ ਕੀਤੀ ਜੋ ਪੰਜਾਬ ਤੋਂ ਵੀ ਕਾਫੀ 95-98 ਵਿੱਚ ਲੋਕ ਭਰਤੀ ਹੋਏ ਸੀ, ਤੇ ਉਹਨਾਂ ਨੂੰ ਵੀ ਉਹ ਚੀਜ਼ ਦੇਖਣੀ ਪਈ ਇੱਥੇ ਆ ਕੇ, ਤੇ ਹੌਲੀ ਹੌਲੀ ਚਲੋ ਸਮਾਂ ਬਦਲਦਾ ਗਿਆ ਉਹ ਠੀਕ ਹੁੰਦਾ ਗਿਆ ਕੰਮ, ਪਰ ਅੱਜ ਦੇ ਟਾਈਮ ਤੇ ਵੀ ਮੰਨ ਲਓ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਇੱਥੇ, ਉਹ ਸਾਨੂੰ ਇਹੋ ਕਹਿੰਦਾ ਕਿ ਯਾਰ ਉਹਨਾਂ ਨੇ ਬਹੁਤ ਵਿਸ਼ਵਾਸਘਾਤ ਕੀਤਾ ਹੈ, ਨਾ ਕਿ ਕੋਈ ਉਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਸੀ ਉਹ ਕੋਈ ਉਹ, ਤੇ ਕੋਈ ਮੇਰਾ ਮਤਲਬ ਇਹ ਕਹਿੰਦਾ ਕਿ ਜੀ ਮੰਨ ਲਓ ਸਾਹੀ ਆਪਣੇ ਗੁਰਦੁਆਰੇ ਨਾਲ ਪਿਆਰ ਕਰਦੇ ਸਾਂ ਜਾਂ ਸਾਡਾ ਗੁਰੂ ਮਹਾਰਾਜ ਨਾਲ ਪਿਆਰ ਸੀ ਸਾਡੀ ਉਹ ਜਗ੍ਹਾ ਸੀ, ਤੇ ਉਹਨੂੰ ਤੋੜਨ ਵਾਲੀ ਦੀ ਚਲੋ ਗਲਤੀ ਹੈ ਹੀ, ਤੇ ਮੈਂ ਤੇ ਵੀ ਗੱਲ ਮੰਨਦਾ ਸੀ ਤੋੜਨ ਵਾਲੀ ਦੀ ਮਜਬੂਰੀ ਸੀ, ਮੰਨ ਲਓ ਜਿਹਨੇ ਹਮਲਾ ਕੀਤਾ ਉਹਦੀ ਤੇ ਮਜਬੂਰੀ ਸੀ, ਉਹਨੇ ਸਾਰੇ ਪਾਪੜ ਵੇਲ ਲਏ ਸਾਰਾ ਕੁਛ ਕਰਕੇ ਵੇਖ ਲਿਆ ਉੱਥੇ ਹਰ ਬੰਦੇ ਨੂੰ ਭੇਜ ਕੇ ਦੇਖਿਆ, ਉਹਨੂੰ ਇਹ ਵੀ ਕਹਿਤਾ ਕਿ ਤੈਨੂੰ ਆਪਾਂ ਕੈਨੇਡਾ ਭੇਜ ਦਿੰਦੇ ਹਾਂ ਬਾਹਰ ਕਿਤੇ ਸ਼ਿਫਟ ਕਰ ਦਿੰਦੇ ਹਾਂ ਤੂੰ ਆਪਣਾ ਚਲਾ ਜਾ ਖੂਨ ਖਰਾਬਾ ਨਾ ਹੋਵੇ, ਪਰ ਜਿਹਨੇ ਤੜਵਾਇਆ ਜਿਹੜਾ ਉੱਥੋਂ ਨਹੀਂ ਹਿੱਲਿਆ ਮਤਲਬ ਇੰਨਾ ਹੀ ਉੱਥੇ ਬਣ ਕੇ ਬੈਠ ਗਿਆ,
ਨਹੀਂ ਇੱਕ ਇੱਕ ਗੱਲ ਵੀਰਾ ਹੋ ਰਿਹਾ, ਮੈਂ ਸਾਰੇ ਸਰੋਤਿਆਂ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਕੋਈ ਗੱਲ ਹੁੰਦੀ ਆ, ਹੁਣ ਵੀ ਇੱਕ ਵੀਰ ਆਸਟ੍ਰੇਲੀਆ ਤੋਂ ਆ ਕੇ ਸਵਾਲ ਕਰਦਾ ਸੀ ਵੀ ਤੁਸੀਂ ਗੱਲ ਕਰਦੇ ਆ ਟਕਸਾਲੀਆਂ ਦਾ ਤੁਹਾਡਾ ਵਿਰੋਧ ਆ, ਜਿਹੜੇ ਆਮ ਲੋਕ ਆ ਉਹਨਾਂ ਦਾ ਕੀ ਆ, ਇਹ ਸਵਾਲ ਪਿੰਡਾਂ ਵਾਲੇ ਕਿਉਂ ਨਹੀਂ ਅਸੀਂ ਕਰਦੇ ਵੀ ਜਿਹੜੇ ਆਮ ਲੋਕ ਆ ਉਹਨਾਂ ਦਾ ਕੀ? ਹਾਂਜੀ ਹਾਂਜੀ, ਵੀ ਸਰਕਾਰ ਨੇ ਕੀਤਾ ਤਸ਼ੱਦਦ, ਤੁਸੀਂ ਤੁਸੀਂ 100-150-200 ਬੰਦਾ, ਚਲੋ 5-10 ਹਜ਼ਾਰ ਹੋਊਗਾ, ਤੁਸੀਂ ਉੱਥੇ ਕਹਿੰਦੇ ਵੀ ਅਸੀਂ ਹਥਿਆਰ ਰੱਖ ਕੇ ਦਰਬਾਰ ਸਾਹਿਬ, ਆਮ ਲੋਕਾਂ ਦਾ ਕੀ? ਬਿਲਕੁਲ, ਉਹ ਸ਼ਿਕਾਇਤ ਕਿਹਦੇ ਕੋਲ ਲਾਉਣ ਜੇ ਅਸੀਂ, ਤੁਸੀਂ ਕਿਹੜੇ ਮੁਲਕ ਵਿੱਚ ਆ ਵੀਰਾ? ਓਕੇ, ਜੇ ਮੈਂ ਆਸਟ੍ਰੇਲੀਆ ਵਾਲੇ ਨੂੰ ਪੁੱਛਦਾ ਵੀ ਜੇ ਆਸਟ੍ਰੇਲੀਆ ਦੇ ਵਿੱਚ ਕਿਸੇ ਚਰਚ ਵਿੱਚ, ਕਿਸੇ ਗੁਰਦੁਆਰੇ ਵਿੱਚ, ਕਿਸੇ ਮਸੀਤ ਵਿੱਚ, ਕਿਸੇ ਧਰਮ ਦੇ ਮੰਦਰ ਵਿੱਚ, ਕਿਸੇ ਬਿਲਡਿੰਗ ਵਿੱਚ, ਕਿਸੇ ਸ਼ਹਿਰ ਦੇ ਮਾਲ ਦੇ ਵਿੱਚ ਕੁਛ ਬੰਦੇ ਹਥਿਆਰ ਲੈ ਕੇ ਬਹਿ ਜਾਣ, ਜਿੱਥੇ ਸਾਡਾ ਪਰਿਵਾਰ ਸ਼ਾਪਿੰਗ ਕਰਨ ਜਾਂਦਾ ਹੋਵੇ ਜਾਂ ਬੱਚੇ ਸਕੂਲ ਜਾਂਦੇ ਹੋਣ, ਉਸ ਵੇਲੇ ਅਸੀਂ ਪੁਲਿਸ ਨੂੰ ਫੋਨ ਕਰਾਂਗੇ ਕਿ ਨਹੀਂ? ਬਿਲਕੁਲ ਬਿਲਕੁਲ ਕਰਾਂਗੇ। ਤੇ ਭਾਈ ਇੱਦਾਂ ਦਾ ਮੇਰਾ ਪਰਿਵਾਰ ਉੱਥੇ ਫਸਿਆ ਪਿਆ, ਜੇ ਜੇ ਸਰਕਾਰ ਉਸ ਵੇਲੇ ਕਹੇ ਵੀ ਨਹੀਂ ਜੀ ਉਹ ਤਾਂ ਬਹੁਤ ਧਾਰਮਿਕ ਬੰਦੇ ਆ, ਆਪਣੇ ਧਰਮ ਦਾ ਕੰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ, ਉਦੋਂ ਸਰਕਾਰ ਨੂੰ ਚੰਗਾ ਕਹਾਂਗੇ ਅਸੀਂ। ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਜੀ, ਮੰਨ ਲਓ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਤੇ ਉਹਨਾਂ ਨੇ ਅਜੇ ਸ਼ੁਰੂ ਕੀਤਾ ਤੇ ਉੱਥੇ ਇੱਕ ਉਹਨਾਂ ਨੇ ਚਲਾਇਆ ਕੋਈ ਸੰਗੀਤ, ਉਹਦੇ ਵਿੱਚ ਇਹਨਾਂ ਦੀ ਫੋਟੋਆਂ ਸੀ ਪਿੰਡਰਾਂ ਵਾਲੇ ਦੀਆਂ, ਸਦੇਕ ਸਿੰਘ ਦੀਆਂ, ਸਾਰਿਆਂ ਦੀਆਂ, ਤੇ ਉਹਦੇ ਸੈਂਟਰਲ ਗੌਰਮੈਂਟ ਨੇ ਉਹਦਾ ਵਿਰੋਧ ਕੀਤਾ ਕਿ ਵੀ ਇਹ ਜਿਹੜਾ ਅੱਤਵਾਦ ਨੂੰ ਵਧਾਵਾ ਦੇ ਰਿਹਾ ਪਾਕਿਸਤਾਨ ਜੋ ਵੀ ਹੈ। ਤੇ ਮੈਂ ਚਾਹੁੰਦਾ ਸੀ ਜੀ ਜੋ ਟਕਸਾਲੀ ਆ ਉਹ ਤੇ ਇਹਦੇ ਨਾਲ ਅਕਾਲੀਆਂ ਨਾਲ ਸੰਬੰਧਿਤ ਆ, ਅਕਾਲੀ ਸੈਂਟਰਲ ਗੌਰ ਨਾਲ ਸੰਬੰਧਿਤ ਆ, ਤੇ ਟਕਸਾਲੀਆਂ ਦੇ ਜੋ ਪੂਜਣ ਯੋਗ ਆ ਇਹਨਾਂ ਦੀਆਂ ਫੋਟੋਆਂ ਇੱਥੇ ਲਾਈਆਂ ਉਹਨਾਂ ਨੇ, ਕਹਿੰਦਾ ਜੀ ਤੇ ਇਹ ਜੇ ਸਾਰਾ ਤਾਣਾ ਬਾਣਾ ਤੇ ਉੱਥੇ ਹੀ ਘੁੰਮ ਰਿਹਾ ਇਹਨਾਂ ਦਾ, ਜੇ ਉਹਨਾਂ ਦਾ ਵਿਰੋਧ ਕਿਉਂ ਨੀ ਕਰਦੇ? ਉਹ ਸਾਨੂੰ ਤੁਹਾਨੂੰ ਸਾਡੀਆਂ ਤੁਹਾਡੀਆਂ ਅੱਖਾਂ 'ਚ ਘੱਟਾ ਪਾਉਣ ਲਈ, ਦੇਖੋ ਜਿਹੜੀ ਸਰਕਾਰ ਅੱਜ ਵਿਰੋਧ ਕਰ ਰਹੀ ਆ ਭਾਜਪਾ, ਭਾਜਪਾ ਨੂੰ ਪੁੱਛੋ ਵੀ ਤੁਹਾਡੇ ਮੁੱਖ ਜੋਟੀਦਾਰ ਬਾਦਲ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਭਿੰਡਰਾਂ ਵਾਲੇ ਦਾ ਗੁਰਦੁਆਰਾ ਵੀ ਬਣਾ ਦਿੱਤਾ, ਉਹਦੀ ਫੋਟੋ ਵੀ ਲਾ ਦਿੱਤੀ, ਉੱਥੇ ਤਾਂ ਤੁਹਾਨੂੰ ਓਬਜੈਕਸ਼ਨ ਨਹੀਂ ਹੋਇਆ। ਹੁਣ ਜੇ ਦੂਜੇ ਮੁਲਕ ਵਿੱਚ ਲੱਗੀ ਆ ਤੇ ਤੁਹਾਨੂੰ ਤੰਗੀ ਹੋਣ ਲੱਗ ਪਈ ਉਹਦੀ, ਉਹ ਕੁਛ ਨਹੀਂ, ਸਾਰੀ ਮਿਲੀ ਭੁਗਤੀ ਆ ਵੀਰਾ ਸਾਡੇ ਤੁਹਾਡੇ ਅੱਖਾਂ 'ਚ ਘੱਟਾ ਪਾਉਣ ਲਈ ਆ, ਐਵੇਂ ਉਲਝਾ ਕੇ ਰੱਖਣਾ ਇਹਨਾਂ ਨੇ ਰੱਖਿਆ ਆ, ਹੋਰ ਕੁਛ ਨਹੀਂ ਹੈਗਾ। ਘੱਟਾ ਭਾਜੀ ਉਹਨਾਂ ਦੀ ਅੱਖਾਂ 'ਚ ਪਾ ਸਕਦੇ ਆ, ਜਿਹਦੀਆਂ ਮਤਲਬ ਅੱਖਾਂ ਆਪਣੀਆਂ ਖੋਲਣਾ ਨਹੀਂ ਚਾਹੁੰਦਾ, ਬੰਦ ਰੱਖਣਾ ਚਾਹੁੰਦਾ, ਬਾਕੀ ਦੂਜਿਆਂ ਦੇ ਸਾਰਿਆਂ ਦੇ ਨਹੀਂ ਪਾ ਸਕਦੇ। ਜਿਹੜਾ ਦੇਖੋ ਆਪਾਂ ਵੀ ਜੋ ਛੋਟੇ ਹੁੰਦੇ ਸੀ ਉਸ ਟਾਈਮ ਦੇ ਅੱਤਵਾਦ ਦੇ ਟਾਈਮ 'ਤੇ ਜਦੋਂ ਅਜੀਤ ਅਖਬਾਰ ਆਉਂਦੀ ਹੁੰਦੀ ਸੀ, ਜਦੋਂ ਵਿਹੜੇ ਵਿੱਚ 8-10 ਆਦਮੀ ਖੜੇ ਹੁੰਦੇ ਸੀ ਤੇ ਹੈਡਲਾਈਨ ਹੁੰਦੀ ਸੀ ਕਿ ਵੀ ਮਿਲੀ ਟੈਂਟਾਂ ਨੇ ਜਾਂ ਖਾੜਕੂਆਂ ਨੇ ਬਾਸ ਚੋਂ ਕੱਢ ਕੇ ਇੰਨੇ ਹਿੰਦੂ ਮਾਰਤੇ, ਤੇ ਉਦੋਂ ਨਾ ਬੜੇ ਕਈ ਲੋਕ ਇਸ ਤਰ੍ਹਾਂ ਦੇ ਉੱਥੇ ਹੁੰਦੇ ਸੀ ਆਹ ਕਰਤਾ ਸਿੰਘਾਂ ਨੇ ਕੰਮ ਆ ਵਧੀਆ ਕਰਤਾ ਉਹ ਕਰਤਾ, ਉਦੋਂ ਚੀਜ਼ ਹੋਰ ਸੀ। ਪਰ ਜਿਸ ਤਰ੍ਹਾਂ ਲੋਕਾਂ ਨੂੰ ਸਮਝ ਆਉਂਦੀ ਗਈ ਕਿ ਇੱਕ ਵਿਚਾਰਾ ਕੋਈ ਹਿੰਦੂ ਕੋਈ ਆਪਣੀ ਨੌਕਰੀ ਕਰਕੇ ਆ ਰਿਹਾ, ਕੋਈ ਕੰਮ ਕਰਕੇ ਆ ਰਿਹਾ, ਗਰੀਬ ਆਦਮੀ ਉਹਨੂੰ ਲੈਣ ਚ ਲਾ ਕੇ ਮਾਰ, ਫਿਰ ਥੋੜੀ ਜਿਹੀ ਸਮਝ ਆਈ ਕਿ ਹੋਇਆ ਕੀ, ਹੁਣ ਲੋਕ ਥੋੜੇ ਉਹ ਗੱਲ ਨਹੀਂ ਰਹੀ। ਨਹੀਂ ਨਹੀਂ ਅੱਗੇ ਵੀ ਆਉਣ ਵਾਲਾ ਸਮਾਂ ਕਿਹੜਾ ਵੀਰਾ ਕਿਤੇ ਇੱਦਾਂ ਇੱਦਾਂ ਨਹੀਂ, ਜਿੰਨਾ ਮਰਜ਼ੀ ਭੱਜ ਲੈਣ ਇਹ ਕਿਤੇ ਨਾ ਕਿਤੇ ਦਾੜ੍ਹ ਦੇ ਥੱਲੇ ਆ ਜਾਣਾ। ਜਦੋਂ ਨਾ ਚੱਕੀ ਚੱਕੀ ਕਹਿੰਦੇ ਇੱਦਾਂ ਚੱਕੀ ਦਾ ਪੁੜ ਘੁੰਮਦਾ ਆ ਹੈ ਨਾ, ਕੁਛ ਜਿੱਦਾਂ ਦਾਣੇ ਉੱਤੇ ਉਹ ਪੈਂਦੇ ਆ, ਕੁਛ ਤਾਂ ਸਿੱਧੇ ਪੁੜ ਦੇ ਥੱਲੇ, ਕੁਛ ਇੱਦਾਂ ਕੀਲੀ ਦੇ ਦੁਆਲੇ, ਪਰ ਉਹ ਜਿਹੜੇ ਖੜੇ ਵੀ ਉੱਥੇ ਪਏ ਵੀ ਹੁੰਦੇ ਨਾ, ਜਿੱਦਾਂ ਇੱਦਾਂ ਘੁੰਮੀ ਜਾਂਦਾ, ਜਿਹਨੀ ਪਹਿਲੇ ਦੂਜੇ ਚੌਥੇ ਦਸਵੇਂ ਪੰਦਰਵੇਂ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਚੱਕਰ 'ਚ ਥੱਲੇ ਆ ਜਾਂਦੇ ਪੁੜਾਂ ਦੇ ਉਹ। ਅਸਲ ਵਿੱਚ ਸਰ ਮੇਰਾ ਤਾਂ ਨਾ ਰੁਜ਼ਗਾਰ ਜੁੜਿਆ ਇਹਨਾਂ ਦੇ ਨਾਲ, ਇਸ ਚੀਜ਼ ਦੇ ਨਾਲ ਬੰਦੇ ਦਾ ਰੁਜ਼ਗਾਰ ਜੁੜਿਆ ਹੁੰਦਾ ਨਾ, ਤੇ ਉਹ ਆਪਣੀ ਗਲਤੀ ਨਾ ਜਾਣ ਬੁੱਝ ਕੇ ਨੀ ਮੰਨਦਾ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਇੱਕ ਵਾਰ ਕਿ ਇੱਕ ਨਾ ਚੋਰ ਫੜਿਆ ਸੀ, ਤੇ ਚੋਰ ਉਸੇ ਘਰ ਦਾ ਨੌਕਰ ਸੀ ਕੋਈ 20 ਸਾਲ ਤੋਂ ਪੁਰਾਣਾ, ਤੇ ਉਹ ਬੜਾ ਉਹਨਾਂ ਤੇ ਉਹਨੂੰ ਵਿਸ਼ਵਾਸ ਸੀ, ਤੇ ਉਹਨੇ ਕਿਤੇ ਬੰਦੇ ਦਾ ਪਤਾ ਨੀ ਮਨ ਕਦੋਂ ਉਹ ਹੋ ਜਾਏ, ਉਸ ਘਰ ਵਿੱਚ ਉਹਨੇ ਚੋਰੀ ਕਰ ਲਈ, ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਠੀਕ ਹੈ, ਤੇ ਉਹਨਾਂ ਦੇ ਘਰ 'ਚ ਫੰਕਸ਼ਨ ਸੀ, ਜਿਹੜੀ ਉਹ ਮਾਈ ਆਉਂਦੀ ਸੀ ਸਫਾਈ ਕਰਨ ਵਾਲੀ, ਉਹਦੇ ਤੇ ਵੀ ਉਹਨੂੰ ਵੀ ਕੀਤਾ ਇੰਟੈਰੋਗੇਟ, ਸਾਰਿਆਂ ਨੂੰ ਇੰਟੈਰੋਗੇਟ ਕੀਤਾ, ਬਾਅਦ ਵਿੱਚ ਸੂਈ ਅਟਕ ਗਈ ਪੁਲਿਸ ਦੀ ਆ ਕੇ ਨੌਕਰ ਦੇ ਉੱਤੇ, ਤੇ ਨੌਕਰ ਨੂੰ ਜਦੋਂ ਚੰਗੀ ਤਰ੍ਹਾਂ ਪੁੱਛਿਆ ਤੇ ਪੁਲਿਸ ਨੂੰ, ਤੇ ਉਹ ਕਹਿੰਦਾ ਕਿ ਜੀ ਗੱਲ ਏਦਾਂ ਜੀ ਗਲਤੀ ਮੇਰੇ ਕੋਲ ਹੋ ਗਈ ਆ, ਹੁਣ ਮੈਂ ਸੱਚ ਇਸ ਕਰਕੇ ਨੀ ਬੋਲਦਾ ਕਿ ਮੇਰੀ ਇੱਕ ਤੇ ਨੌਕਰੀ ਚਲੀ ਜਾਊਗੀ, ਇੱਕ ਮੈਂ 20 ਸਾਲ ਤੋਂ ਇੱਥੇ ਕੰਮ ਕਰ ਰਿਹਾ ਤੇ ਮੇਰੀ ਜਿਹੜੀ ਹੈ ਨਾ ਮੈਂ ਇਹਨਾਂ ਨੂੰ ਫੇਸ ਨਹੀਂ ਕਰ ਸਕਦਾ ਫਿਰ,
ਆਪਣੀਆਂ ਗਲਤੀਆਂ ਮੰਨ ਕੇ ਤੇ ਜੋ ਗਲਤ ਹੈਗਾ ਜੋ ਸੱਚਾਈ ਦੇ ਨਾਲ ਜੁੜੋ ਜੋ ਸੱਚੀ ਗੱਲ ਉਹ ਸੱਚੀ ਰਹੇਗੀ ਉਹ ਅਸਲ ਵਿੱਚ ਜਗਾ ਰਹੇ ਨਾ ਜਾਣ ਬੁੱਝ ਕੇ ਆਪਣੀ ਗਲਤੀ ਨੀ ਮਰਨਾ ਚਾਹੁੰਦੇ ਨਹੀਂ ਜੀ ਨਹੀਂ ਜਿਹੜਾ ਨਾ ਮੇਰੀ ਸਟੇਟਮੈਂਟ ਵੀਰਾ ਆਈ ਆ ਲੇਟੈਸਟ ਆਹ ਜਦੋਂ ਉਹ ਕਹਿੰਦੇ ਪਈ ਜਿਹੜੀ ਬੀਬੀਆਂ ਨੂੰ ਉੱਥੇ ਕੀਰਤਨ ਕਰਨ ਦੀ ਗੱਲ ਹੈ ਉਹਦੇ ਸੰਬੰਧ ਵਿੱਚ ਉਹ ਚ ਪੂਰੇ ਜਾਣੀ ਬੇਹਯਾ ਹੋ ਕੇ ਪੂਰਾ ਬੇਸ਼ਰਮ ਹੋ ਕੇ ਕਹਿ ਰਿਹਾ ਉਹ ਕਹਿੰਦਾ ਵੀ ਗੁਰੂ ਸਾਹਿਬ ਤੋਂ ਭਾਈ ਮਨੀ ਸਿੰਘ ਨੇ ਮਰਿਆਦਾ ਬਣਾਈ ਆ ਉਦੋਂ ਤੋਂ ਹੀ ਇਹ ਮਰਿਆਦਾ ਚੱਲੀ ਆ ਰਹੇ ਵੀ ਮੂਰਖੋ ਸਾਡੇ ਸਾਹਮਣੇ ਭਿੰਡਰਾਂ ਵਾਲੇ ਦੇ ਵੇਲੇ 84 ਦੇ ਵਿੱਚ ਕੀ ਹੋਇਆ ਤੇ ਤੁਸੀਂ 15-20 ਸਾਲਾਂ ਦੇ ਵਿੱਚ ਉਹਦਾ ਕੀ ਬਣਾ ਦਿੱਤਾ 21 ਸਾਲ ਸਾਰੀ ਟਕਸਾਲ ਨੇ ਅੱਡੀਆਂ ਚੱਕ ਚੱਕ ਕੇ ਚੀਕਾਂ ਮਾਰੀਆਂ ਵੀ ਭਿੰਡਰਾਂ ਵਾਲਾ ਜਿੰਦਾ ਆ ਬਿਲਕੁਲ ਠਾਕਰ ਸਿੰਘ ਵਰਗਾ ਪਸ਼ੂ ਵੀ ਕੋਈ ਹੋਵੇ ਜਾਣੀ ਪਸ਼ੂ ਵੀ ਕਿਸੇ ਦੇ ਬਾੜੇ 'ਚ ਹੋਵੇ ਅਤੇ ਅਗਲਾ ਕਹਿੰਦਾ ਵੀ ਨਹੀਂ ਯਾਰ ਕੱਢੋ ਇਹਨੂੰ ਇਹ ਇਹ ਕਿਸੇ ਕੰਮ ਦਾ ਨਹੀਂ ਰੱਖਣੇ ਵਾਲਾ ਥੋੜ੍ਹਾ ਇਹ ਉਹਨੂੰ ਤੁਸੀਂ ਧਰਤੀ 'ਤੇ ਤੁਰਿਆ ਫਿਰਦਾ ਰੱਬ ਦੱਸੀ ਜਾਂਦੇ ਆ ਨਹੀਂ ਉਹ ਠਾਕਰ ਸਿੰਘ ਦੀ ਗੱਲ ਸੁਣੀ ਜੀ ਉਹਦਾ ਜੀ ਸੰਤੋਖ ਸਿੰਘ ਨੂੰ 72 ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਉਹਦੇ ਸਾਹਮਣੇ ਉਹਨੂੰ ਦਰਸ਼ਨ ਦਿੱਤੇ ਆ ਰਾਤ ਮਤਲਬ ਉਹਦੇ ਨਹੀਂ ਅੱਜ ਦੇ ਸਮੇਂ ਚ ਯਾਰ ਇਹ ਗੱਲਾਂ ਦੇ ਕੀ ਅਰਥ ਆ ਮੈਂ ਕਹਿੰਦੇ ਸਾਡੇ ਗੁਰੂਆਂ ਦੀ ਇੰਨੀ ਬਹਾਦਰੀ ਇੰਨਾ ਉਹਨਾਂ ਨੇ ਸਾਡੇ ਵਾਸਤੇ ਕੀਤਾ ਜੋ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਾਨੂੰ ਸਿਖਾਇਆ ਔਰ ਇਹ ਕਿੱਧਰ ਤੁਰੇ ਫਿਰਦੇ ਆ ਮਤਲਬ ਨਹੀਂ ਨਹੀਂ ਤੁਸੀਂ ਨਾ ਅੱਜ ਦੇ ਸਮੇਂ ਚ ਕਿੰਨੇ ਪਲੇਅਰ ਆ ਇੱਕ ਯੂਟਿਊਬ ਤੇ ਨਾ ਵੀਡੀਓ ਘੁੰਮਦੀ ਆ ਜਿਹੜਾ ਪੁਰਤਗਾਲ ਦਾ ਰੋਨਾਲਡੋ ਆ ਰੋਨਾਲਡੋ ਇੱਕ ਬ੍ਰਾਜ਼ੀਲ ਦਾ ਹੋਇਆ ਇੱਕ ਪੁਰਤਗਾਲ ਦਾ ਹੋਇਆ ਸੌਕਰ ਹੈਗਾ ਖੇਡਦਾ ਉਹਦਾ ਬਾਜ਼ਾਰ ਦੇ ਵਿੱਚ ਉਹ ਆਪਣਾ ਭੇਸ ਇੱਦਾਂ ਟੋਪੀ ਟੁੱਪੀ ਲੈ ਕੇ ਐਨਕਾਂ ਲਾ ਕੇ ਭੇਸ ਬਦਲ ਕੇ ਬਾਜ਼ਾਰ ਦੇ ਵਿੱਚ ਉਹ ਸੌਕਰ ਨਾਲ ਇੱਦਾਂ ਕਰਦਾ ਗੇਮ ਕਰਦਾ ਜਾਣੀ ਤੇ ਕਿੰਨਾ ਚਿਰ ਲੋਕ ਇੱਥੇ ਇੱਦਾਂ ਕੋਲੋਂ ਲੰਘੀ ਗਿਆ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਾ ਸੌਰੀ ਫੋਨ ਕੱਟਿਆ ਗਿਆ ਉਹਦਾ ਤੇ ਫਿਲਮੀ ਐਕਟਰ ਆ ਕਹਿੰਦੇ ਕਹਾਉਂਦੇ ਹੀਰੋ ਹੁੰਦੇ ਆ ਉਹ ਜਦੋਂ ਇੱਦਾਂ ਬਾਜ਼ਾਰ 'ਚ ਦਾੜੀ ਥੋੜ੍ਹੀ ਜਿਹੀ ਵਧਾਈ ਉਹ ਹੁੰਦੀ ਆ ਐਨਕਾਂ ਲਾਈਆਂ ਟੋਪੀ ਲਈ ਉਹ ਲੰਘ ਜਾਂਦੇ ਆਮ ਲੋਕਾਂ ਦੇ ਕੋਲ ਦੀ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਜਿਨ੍ਹਾਂ ਨੂੰ ਅੱਜ ਲੋਕ ਜਾਣੀ ਇੱਕ ਕੋਈ ਉਹਨਾਂ ਦਾ ਗੀਤ ਆਵੇ ਕੋਈ ਫਿਲਮ ਆਵੇ ਅਤੇ ਮਿਲੀਅਨ ਆਫ ਵਿਊ ਇੱਦਾਂ ਘੰਟਿਆਂ 'ਚ ਹੋ ਜਾਂਦੇ ਆ ਇੰਨੇ ਸਾਧਨੇ ਆ ਅੱਜ ਦੇ ਸਮੇਂ 'ਚ ਉਹਦੇ ਬਾਵਜੂਦ ਵੀ ਪਛਾਣਿਆ ਨਹੀਂ ਜਾਂਦਾ ਅਤੇ ਜਿਹੜਾ ਬੰਦਾ ਇਹ ਕਹਿੰਦਾ ਵੀ ਮੇਰੇ ਸੁਪਨੇ 'ਚ ਗੁਰੂ ਗੋਬਿੰਦ ਸਿੰਘ ਆਏ ਉਹਨੂੰ ਪੁੱਛੋ ਵੀ ਤੈਂ ਕਦੋਂ ਦੇਖੇ ਆ ਉਹ ਕਿਹੜਾ ਕਿਹੜਾ ਰੂਪ ਉਹਨਾਂ ਦਾ ਦੇਖਿਆ ਇੱਕ ਜਿਹੜੀ ਫੋਟੋ ਸਾਡੇ ਘਰਾਂ 'ਚ ਲੱਗੀ ਉਹ ਆ ਉਹ ਤੋਂ ਬਿਨਾਂ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਅੱਛਾ ਇਹ ਗੁਰੂ ਗੋਬਿੰਦ ਸਿੰਘ ਆ ਇੱਦਾਂ ਇਹ ਕੋਈ ਇਲਿਊਜ਼ਨ ਹੈ ਨਾ ਫੋਟੋ ਨੂੰ ਦੇਖ ਕੇ ਜਿਹੜੇ ਜਿੱਦਾਂ ਦੇ ਲੋਕਾਂ ਨੂੰ ਅਸੀਂ ਜਿੱਦਾਂ ਵਿਚਰਦੇ ਆਮ ਕਰਕੇ ਜਦੋਂ ਸੁਪਨਾ ਆਉਂਦਾ ਆ ਸੁਪਨੇ ਦੇ ਵਿੱਚ ਕਦੇ ਵੀ ਤੁਸੀਂ ਦੇਖ ਲਿਓ ਨਾ ਤਾਂ ਜਿਹੜੀ ਥਾਂ ਹੋਊਗੀ ਉਹ ਹੁੰਦੀ ਆ ਜਿਹੜੀ ਜਿਹਨੂੰ ਜਾਣਦੇ ਆ ਤੁਸੀਂ ਉਹ ਵੀ ਓਪਰੀ ਜਿਹੀ ਹੁੰਦੀ ਆ ਠੀਕ ਹੈ ਨਾ ਕੋਈ ਘਟਨਾ ਇੱਦਾਂ ਦੀ ਹੁੰਦੀ ਆ ਜਿਹਨੂੰ ਤੁਸੀਂ ਜਾਣਦੇ ਹੁੰਦੇ ਆ ਉਹ ਮਲਗੋਬਾ ਜਿਹਾ ਹੁੰਦਾ ਕਈ ਕਾਸੇ ਦਾ ਇੱਦਾਂ ਉਹਦੇ ਉੱਤੇ ਇਹ ਮੂਰਖ ਲੋਕ ਉਹ ਸੁਪਨਿਆਂ ਦੀ ਦੁਨੀਆ ਜਿਹੜੀ ਆ ਇੱਕ ਭਾਈ ਰਣਧੀਰ ਸਿੰਘ ਦੀ ਵੀ ਕਿਤਾਬ ਆ ਸੁਪਨਿਆਂ ਦੀ ਦੁਨੀਆ ਇੰਨਾ ਹਾਸਾ ਆਉਂਦਾ ਸੁਣ ਸੁਣ ਕੇ ਜੀ ਕਰਦਾ ਬੰਦੇ ਨੂੰ ਵੀ ਇਹ ਇਹ ਆਗੂ ਆ ਸਾਡੇ ਇਹ ਧਾਰਮਿਕ ਲੋਕ ਆ ਇਹ ਟੱਕਰਾਂ ਮਾਰਦੇ ਫਿਰਦੇ ਇਹਨਾਂ ਇਹਨਾਂ ਨੂੰ ਅਸੀਂ ਲੈ ਕੇ ਲੱਗੇ ਹੋਵਾਂ ਕਰਨ ਠੀਕ ਹੈ ਬਿਲਕੁਲ ਤੁਹਾਡੇ ਸਮਝ ਆ ਜਾਣੀਆਂ ਜਦੋਂ ਇਹ ਗੇਮਾਂ ਤੁਸੀਂ ਦੇਖਣੀ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਹੈਲੋ ਹਾਂਜੀ ਹੈਲੋ ਹੈਲੋ ਹਾਂਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਭਾਈ ਹਰਨੇਕ ਸਿੰਘ ਜੀ ਹਾਂਜੀ ਹਾਂਜੀ ਵੀਰ ਜੀ ਬੇਨਤੀ ਇੱਦਾਂ ਵਾ ਵੀ ਤੁਸੀਂ ਬਾਬਾ ਠਾਕੁਰ ਸਿੰਘ ਜੀ ਨੂੰ ਪਸ਼ੂ ਪਸ਼ੂ ਕਹੀ ਜਾਂਦੇ ਹੋ ਤੁਹਾਨੂੰ ਇਹ ਕਿੰਨੇ ਅਥਾਰਟੀ ਦਿੱਤੀ ਆ ਕਿਸੇ ਨੂੰ ਗਲਤ ਬੋਲਣ ਦੀ ਕਿਸੇ ਤੋਂ ਅਥਾਰਟੀ ਵੀਰਾ ਲੈਣ ਦੀ ਲੋੜ ਨਹੀਂ ਜਿੰਨੀ ਔਕਾਤ ਆ ਉਨਾ ਕਹਾਂਗੇ ਅਸੀਂ ਨਹੀਂ ਔਕਾਤ ਤੁਹਾਡੀ ਸਹੀ ਆ ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰੋ ਨਾ ਜੇ ਤੁਸੀਂ ਵਿਰੋਧ ਕਰਨਾ ਪਸ਼ੂ ਨੂੰ ਪਸ਼ੂ ਨੂੰ ਪਸ਼ੂ ਕਹਾਂਗੇ ਉਹ ਬੰਦੇ ਨੇ ਗਿੱਲ ਨੂੰ ਕਿੰਨਿਆਂ ਸੈਂਕੜੇ ਨੌਜਵਾਨਾਂ ਦੇ ਐਡਰੈਸ ਦੇ ਕੇ ਜਿਨ ਅੱਧੀ ਕੌਮ ਦੇ ਉੱਤੇ ਕਿੰਨੇ ਲੱਖਾਂ ਨੌਜਵਾਨਾਂ ਨੂੰ ਕਤਲ ਕਰਨ ਦਾ ਇਲਜ਼ਾਮ ਲੱਗਦਾ ਜਿਹੜੇ ਗਿੱਲ ਤੇ ਉਹਨੂੰ ਸੋਪੇ ਦੇਣ ਲੱਗਾ ਆ ਧੰਨਵਾਦ
थैंक यू तेरा तू अपनी अपनी एक मिनट हेलो हाँ जी अपनी गल कह अपनी गल कह तीन मिनट दे दी तेन दे दो चलो कै कै मैं अपना माइक बंद कर लगा तीन मिनट स्रोतिया जो जो कहना कह लै ठाकुर सिंह बारे चंगा कहना जो तेन ठीक लगता मेरी गल सुन पहला नहीं मैं तेरा फोन कट देना फिर इदा ना करी तेन पता नहीं मेरा मैं करता हूं पहला मेरी गल सुन ला ध्यान यार तू गोली मार देनी तू जा ना फिर तू इदा कि ठीक है धन्यवाद जी थोड़ा व्हाट्सएप दे ते तुसी आउने रहो जी हां जी भाई गुरु जी का खालसा जी सत्य नेक जी हां जी गुरु फतेह जी वीर जी मैं हिंदू वीर जड़ा गल करके गए सी ना हां जी ते मैं गल कर रहा सी मेरे एक्चुअली दो तीन दुकान छड़ के ना हां जी एक सिंधी सिंधी परिवार है गेने इथे दिल्ली हम्म बड़ा गुरु नानक देव जी नाल भी जुड़े हुए ने झूले लाल नू भी अपने मनते ने ते जिस बंदे दी मैं गल करन लग्या हुण ओ मतलब बड़ी श्रद्धा नाल उन्होंने डेली उत्थे झूले लाल मंदिर जाना हुक्मनामा भी लेना है घंटा एक गुरु ग्रंथ साहिब पढ़ना भी है या। ते मेरे नाल डिस्कशन आउंदी है ते कोई जिस तरह गल मैं करदा बई तुसी ਸ਼ਰਧਾ ਤੇ ਰੱਖਦੇ ਹੋ ਪਰ ਤੁਸੀਂ ਸ਼ਰਧਾ ਉਸ ਤਰ੍ਹਾਂ ਦੀ ਰੱਖਦੇ ਹੋ ਜਿਸ ਤਰ੍ਹਾਂ ਆਪਣੇ ਧਰਮਾਂ ਚ ਰੱਖੀ ਹੋਈ ਹੈ ਕਿ ਅਸੀਂ ਉਹਨਾਂ ਤੋਂ ਵੀ ਕੁਝ ਲੈ ਲਈਏ ਤੇ ਇਹਨਾਂ ਤੋਂ ਵੀ ਕੁਝ ਲੈ ਲਈਏ ਤੇ ਬੰਦਾ ਬੁਰਾ ਨਹੀਂ ਹੈ ਮਾੜਾ ਨਹੀਂ ਹੈ ਬੰਦਾ ਪਰ ਦਿਮਾਗ ਜਿਹੜੀ ਮਨੋਤਾਂ ਭਰੀਆਂ ਹੋਈਆਂ ਨੇ ਉਹ ਨਹੀਂ ਨਿਕਲਦੀਆਂ ਤੇ ਮੈਂ ਉਹਨੂੰ ਗੱਲ ਕਰਦਾ ਸੀ ਮੈਂ ਕਿਹਾ ਭਾਈ ਇਹ ਲਾਈਨ ਆਉਂਦੀ ਹੈ ਵਿੱਚ ਵੀ ਜਲ ਕੇ ਮੱਝਣ ਜੇਗਾ ਧੋਵੇ ਨਿਤ ਨਿਤ ਮਿਟਕ ਨਾ ਆਵੇ ਤੇ ਕਹਿੰਦਾ ਜੀ ਆਉਂਦੀ ਹੈ ਮੈਂ ਕਿਹਾ ਇਹਦੇ ਅਰਥ ਕੀ ਹੋਏ ਅਰਥ ਵੀ ਇਹ ਵੀ ਸਹੀ ਨੇ ਤੇ ਮੈਂ ਕਿਹਾ ਹੁਣ ਤੁਸੀਂ ਗੰਗਾ ਤੇ ਫਿਰ ਜਾਓਗੇ ਕਹਿੰਦੇ ਨਹੀਂ ਨਹੀਂ ਯਾਰ ਉਹ ਤੇ ਸ਼ਰਧਾ ਜਾਣਾ ਤੇ ਹੈ ਤੇ ਬੜਾ ਔਖਾ ਹੈਗਾ ਕੱਢਣਾ ਹਾਲਾਂਕਿ ਡਿਸਕਸ਼ਨ ਕਿਉਂਕਿ ਸਾਡੀ ਕਾਫੀ ਹੁੰਦੀ ਹੈ ਉਹਦੇ ਨਾਲ ਤੇ ਹੌਲੇ ਹੌਲੇ ਉਹਨੂੰ ਦਿਮਾਗ ਚ ਬਸ ਚੁੱਪ ਹੋ ਜਾਂਦਾ ਉਹ ਕਹਿੰਦਾ ਯਾਰ ਬਸ ਮਤਲਬ ਮੇਰਾ ਕਹਿਣ ਦਾ ਭਾਵ ਹੈ ਸੀ ਕਿ ਇਹ ਲੋਕ ਸ਼ਰਧਾ ਇਹੀ ਰੱਖਦੇ ਨੇ ਕਿ ਵੀ ਜਿਸ ਤਰ੍ਹਾਂ ਜੋ ਕਨਸੈਪਟ ਹਿੰਦੂ ਧਰਮ ਦਾ ਹੈਗਾ ਨਾ ਉਸੇ ਤਰੀਕੇ ਇੱਥੋਂ ਵੀ ਅਸੀਂ ਕੁਝ ਲੈਣਾ ਦੋ ਬੇੜੀਆਂ ਚ ਪੈਰ ਰੱਖੇ ਹੋਏ ਨੇ ਇਹਨਾਂ ਨੇ ਵੀਰਾ ਗੱਲ ਪਤਾ ਹਿੰਦੂ ਵੀ ਗੱਲ ਪਤਾ ਕੀ ਆ ਦੇਖੋ ਤੁਹਾਡੀ ਮੰਨ ਲਾ ਸ਼ੂਗਰ ਵੱਧ ਗਈ ਤੁਸੀਂ ਡਾਕਟਰ ਦੇ ਗਏ ਆ ਜੀ ਉਹਨੇ ਟੈਸਟ ਕੀਤਾ ਤੁਹਾਨੂੰ ਦੱਸ ਦਿੱਤਾ ਵੀ ਸ਼ੂਗਰ ਹਾਈ ਆ ਭਾਈ ਤੇਰੇ ਖਾਣੇ ਦੇ ਵਿੱਚ ਕਿੰਨੀ ਕੁ ਲੈਣਾ ਤੁਸੀਂ ਕਹਿੰਦੇ ਬਹੁਤ ਮੈਂ ਮਠਿਆਈ ਵੀ ਖਾ ਲੈਂਦਾ ਠੀਕ ਹੈ ਜੀ ਤਲਿਆ ਵੀ ਖਾ ਲੈਂਦਾ ਫਰੂਟ ਸਾਰਾ ਕੁਛ ਮਿੱਠਾ ਜੂਸ ਵੀ ਪੀ ਲੈਂਦਾ ਉਹ ਕਹਿੰਦਾ ਵੀ ਬੰਦ ਕਰਨੀ ਪੈਣੀ ਤੈਨੂੰ ਸ਼ੂਗਰ ਇਕੱਲੀ ਸ਼ੂਗਰ ਦੀ ਪ੍ਰੋਬਲਮ ਨਹੀਂ ਇਹਦੇ ਨਾਲ ਬਹੁਤ ਕੁਛ ਹੋਰ ਵਧਣਾ ਤੇਰਾ ਭਲਕੇ ਨੂੰ ਹੋਰ ਕੋਈ ਬਿਮਾਰੀ ਲੱਗੂਗੀ ਗਾ ਆਪਰੇਸ਼ਨ ਵੇਲੇ ਮੁਸ਼ਕਿਲ ਹੋਣੀ ਹੈ ਇਹਨੂੰ ਕੰਟਰੋਲ ਕਰ ਲਾ ਹੁਣ ਤੁਸੀਂ ਉਹਦੇ ਨਾਲ ਸਹਿਮਤ ਤਾਂ ਹੋ ਜਾਵੋ ਵੀ ਹਾਂ ਮੈਂ ਖਾਣਾ ਵੀ ਜ਼ਿਆਦਾ ਹਾਂ ਅਤੇ ਮੈਂ ਇਹ ਵੀ ਤੇਰੀ ਗੱਲ ਮੰਨਦਾ ਹਾਂ ਵੀ ਤੇਰਾ ਟੈਸਟ ਠੀਕ ਹੈ ਸ਼ੂਗਰ ਵੱਧ ਗਈ ਆ ਪਰ ਛੱਡਣ ਦੀ ਵਾਰੀ ਤੁਸੀਂ ਇਹ ਕਹੋ ਵੀ ਦੇਖੋ ਜੀ ਸਾਡੇ ਤਾਂ ਪਹਿਲਾਂ ਤੋਂ ਕਮਾਦ ਘਰ ਦੀ ਹੁੰਦੀ ਸੀ ਖੁੱਲ੍ਹਾ ਗੁੜ ਹੁੰਦਾ ਸੀ ਹੈ ਨਾ ਅਸੀਂ ਤਾਂ ਸਾਡੇ ਤਾਂ ਖਾਣਾ ਬਣਦਾ ਹੀ ਇੱਦਾਂ ਦਾ ਆਇਆ ਆ ਇੱਦਾਂ ਥੋੜ੍ਹੇ ਛੱਡ ਸਕਦੇ ਹਾਂ ਹੁਣ ਅਸੀਂ ਹਾਂ ਮੇਰਾ ਪਿਓ ਵੀ ਸ਼ੂਗਰ ਦੇ ਨਾਲ ਮਰਿਆ ਦਾਦਾ ਮੇਰਾ ਸ਼ੂਗਰ ਨਾਲ ਮਰਿਆ ਅਸੀਂ ਤਾਂ ਮਰਦੇ ਇੱਦਾਂ ਹੀ ਬਿਮਾਰੀਆਂ ਨਾਲ ਮਰਦੇ ਆਏ ਹਾਂ ਉਹਨੂੰ ਸਮਝਦਾਰ ਕਹੂਗਾ ਕੋਈ ਅਗਲਾ ਖਾਣ ਨਾਲ ਜਿਹੜਾ ਨੁਕਸਾਨ ਹੋਣਾ ਉਹ ਤਾਂ ਸ਼ਾਇਦ ਕੰਟਰੋਲ ਹੋ ਜਾਏ ਪਰ ਜਿਹੜੀਆਂ ਗਲਤ ਮਾਨਤਾਵਾਂ ਆ ਉਹਦੇ ਨਾਲ ਜਿਹੜਾ ਕਿਉਂਕਿ ਉਹਦਾ ਤੁਹਾਡਾ ਇਕੱਲਿਆਂ ਦਾ ਨਹੀਂ ਨੁਕਸਾਨ ਹੋ ਰਿਹਾ ਨਾ ਸਾਰਾ ਸਮਾਜ ਗਾਲ ਰਹੇ ਤੁਸੀਂ ਠੀਕ ਹੈ ਉਹ 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 ਨੁਕਸਾਨ ਜ਼ਿਆਦਾ ਵੱਡਾ ਉਹ ਪੀੜ੍ਹੀਆਂ ਤੱਕ ਜਾਂਦਾ ਆ ਉਹ ਬਿਲਕੁਲ ਬਿਲਕੁਲ ਵੈਸੇ ਵੀ ਅੱਜ ਦੇ ਸਮੇਂ 'ਚ ਕਿਹਦੇ ਕੋਲ ਟਾਈਮ ਆ ਵਿਅਰਥ ਗਾਉਣ ਦੇ ਲਈ ਜਿਹੜੀ ਗੱਲ ਦਾ ਪਤਾ ਲੱਗ ਗਿਆ ਤੁਹਾਨੂੰ ਉਹ ਤੁਸੀਂ ਕੋਮਨ ਸੈਂਸ ਦੇ ਪੱਖੋਂ ਕਿੰਨੇ ਹੋਸ਼ੇ ਬਣ ਜਾਂਦੇ ਆ ਊਣੇ ਹੋ ਜਾਂਦੇ ਤੁਸੀਂ ਜਦੋਂ ਕੋਈ ਐਸਾ ਕੰਮ ਕਰਦੇ ਜਿਹਦੇ ਅਰਥ ਹੀ ਕੋਈ ਨਹੀਂ ਹੈਗੇ
ਠੀਕ ਹੈ ਉੱਥੇ ਯੂਟਿਊਬ 'ਤੇ ਨਾ ਬਹੁਤ ਸਾਰੀਆਂ ਵੀਡੀਓ ਪਈਆਂ ਹੁੰਦੀਆਂ ਵੀ ਜਿੱਦਾਂ ਬੰਦਾ ਤੁਰਿਆ ਜਾਂਦਾ ਇੱਦਾਂ ਅਤੇ ਉਹ ਜਾਂਦਾ ਜਾਂਦਾ ਉਹ ਰਾਹ ਦੇ ਵਿੱਚ ਨਾ ਇੱਦਾਂ ਉਹ ਲੰਘਦਾ ਇੱਦਾਂ ਵੀ ਜਿੱਦਾਂ ਕੋਈ ਤਾਰ ਲਾਈ ਹੁੰਦੀ ਇੱਦਾਂ ਉੱਤੇ ਛਾਲ ਮਾਰ ਕੇ ਲੰਘ ਜਾਂਦਾ ਹੁਣ ਦੂਜਾ ਬੰਦਾ ਆਉਂਦਾ ਉਹ ਸਾਈਕਲ 'ਤੇ ਜਾਂ ਮੋਟਰਸਾਈਕਲ 'ਤੇ ਆ ਰਿਹਾ ਉਹ ਦੇਖਦਾ ਵੀ ਅੱਛਾ ਇਹਦਾ ਮਤਲਬ ਮੂਹਰੇ ਕੋਈ ਤਾਰ ਆ ਉਹ ਪਿੱਛੇ ਨੂੰ ਮੋੜ ਲੈਂਦਾ ਉਦੋਂ ਕਿੰਨਾ ਹਾਸਾ ਆਉਂਦਾ ਸਾਨੂੰ ਦੇਖ ਕੇ ਹੁਣ ਹੁਣ ਇਹ ਇਹ ਜਿਹੜੀਆਂ ਮਨੌਤਾਂ ਬਣਾ ਕੇ ਬੈਠੇ ਆ ਇਹਨਾਂ ਨੂੰ ਦੇਖ ਕੇ ਆਉਣੇ ਵਾਲੀ ਪੀੜ੍ਹੀ ਤਾਂ ਹੱਸੂਗੀ ਨਾ ਫਿਰ ਉਹਨਾਂ ਦੇ ਗੱਲ ਕਰਿਆ ਬੱਚੇ ਉਹਨਾਂ ਦੇ ਨਹੀਂ ਹੈਗੇ ਉਸ ਪਾਸੇ ਮੈਂ ਗੱਲ ਕੀਤੀ ਮੈਂ ਕਿਹਾ ਯਾਰ ਉਸ ਟਾਈਮ ਬੱਚੇ ਮੈਂ ਕਿਹਾ ਤੁਸੀਂ ਨੀ ਛੱਡੋਗੇ ਬੱਚੇ ਅੱਜ ਨੀ ਸਮਝ ਆਏਗੀ ਤੁਹਾਨੂੰ 10 ਸਾਲ ਬਾਅਦ ਆ ਜਾਏਗੀ ਬੱਚੇ ਜਦ ਤੁਹਾਡੇ ਛੱਡ ਦੇਣਗੇ ਆ ਗੱਲਾਂ ਮੈਂ ਕਿਹਾ ਫਿਰ ਮੰਨ ਜਾਓਗੇ ਯਾਰ ਤੇ ਬਾਕੀ ਜਿਹੜਾ ਹਿੰਦੂ ਵੀਰ ਆਇਆ ਸੀ ਇਹਨਾਂ ਨੂੰ ਮੈਂ ਸਾਰੇ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਇਹ ਹਿੰਦੂ ਜਿਹੜੇ ਆਉਂਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਮੈਂ ਕਹਿੰਦਾ ਕਬੀਰ ਜੀ ਦੀ 2-3 ਲਾਈਨਾਂ ਜਿਹੜੀ ਤੁਸੀਂ ਵੀ ਕਹਿ ਰਹੇ ਸੀ ਹਿੰਦੂ ਅੰਨਾ ਤੁਰਕੂ ਕਾਣਾ ਦੋਨੋਂ ਦੇ ਗਿਆਨੀ ਸਿਆਣਾ ਤੇ ਸਿਰਫ ਇਹੀ ਲਾਈਨਾਂ ਪੜ੍ਹ ਲੈਣ ਕਿ ਪੰਡਿਤ ਮੁੱਲਾ ਜੋ ਲਿਖਦੀ ਆ ਛੱਡ ਚੱਲੇ ਹਮ ਕਸ਼ੂ ਨਾ ਲਿਆ ਹਮਰਾ ਝਗੜਾ ਰਹਾ ਨਾ ਕੋਈ ਪੰਡਿਤ ਮੁੱਲਾ ਛੱਡ ਤੇ ਜਦ ਇਹ ਲਾਈਨਾਂ 2-4 ਸ਼੍ਰੀ ਚੰਦ ਆਪਣੇ ਰਸਤੇ ਚਲਾ ਗਿਆ ਜਿਹੜਾ ਰਸਤਾ ਉਹਨੇ ਚੁਣ ਲਿਆ ਹਿੰਦੂ ਵਾਲਾ ਸੀ ਤੇ ਹਿੰਦੂ ਬਣ ਗਿਆ ਜਦ ਗੁਰੂ ਨਾਨਕ ਦੇਵ ਜੀ ਉਸ ਰਸਤੇ ਤੇ ਚਲੇ ਤੇ ਉਹ ਸ਼੍ਰੀ ਚੰਦ ਕਰਕੇ ਹਿੰਦੂ ਥੋੜੀ ਹੋ ਜਾਣਗੇ ਨਹੀਂ 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 ਤੇ ਇਹਨਾਂ ਨਾਲ ਕੋਈ ਵਿਰੋਧ ਨਹੀਂ ਹੈ ਹਿੰਦੂ ਦਾ ਨਹੀਂ ਉਹ ਦੇਖੋ ਇਹਨਾਂ ਨਾਲ ਕੋਈ ਇਹਨਾਂ ਨੂੰ ਸਮਝਣਾ ਪਏਗਾ ਵੀ ਇਹ ਵਿਰੋਧ ਹਿੰਦੂ ਧਰਮ ਦਾ ਨਹੀਂ ਹੈ ਹਿੰਦੂ ਜਿਹੜੀ ਤੁਹਾਡੀ ਮਨੋਤ ਹੈਗੀਆਂ ਉਹ ਸਾਡੇ ਨਾਲ ਫਿੱਟ ਨਹੀਂ ਪੈਂਦੀਆਂ ਸਿਰਫ ਇੰਨੀ ਗੱਲ ਹੈ ਸਾਰੇ ਹਿੰਦੂਆਂ ਨੂੰ ਕੋਈ ਕੁਝ ਅਸੀਂ ਤੁਸੀਂ ਆਪਣਾ ਚੱਲੀ ਜਾਓ ਕੋਈ ਗੁਰੂ ਨਾਨਕ ਨੇ ਕਿਸੇ ਨੂੰ ਥੱਪੜ ਥੋੜੀ ਮਾਰਿਆ ਜਾ ਕੇ ਨਹੀਂ ਨਹੀਂ ਤੁਸੀਂ ਜੋ ਮੰਨਿਆ ਮੰਨੀ ਜਾਓ ਪਰ ਜੋ ਸੈਂਸ ਨਹੀਂ ਬਣਦੀ ਵੀ ਨਹੀਂ ਸੈਂਸ ਵੀ ਨਹੀਂ ਬਣਦੀ ਉਸ ਗੱਲ ਦੀ ਕੋਈ ਉਹ ਤਾਂ ਤੁਸੀਂ ਆਪਣਾ ਕਰੋ ਅਗਲੇ ਨੂੰ ਆਪਣਾ ਕਰਨ ਦਿਓ ਬਸ ਤੁਸੀਂ ਆਪਣਾ ਕਰੀ ਜਾਓ ਜਿਹੜਾ ਰਿਜ਼ਲਟ ਆਏਗਾ ਆਪਣੇ ਸਾਹਮਣੇ ਆ ਜਾਣਾ ਹੈ ਕਿਹੜਾ ਕਿਸ ਪਾਸੇ ਜਾ ਰਿਹਾ ਬੇਸ਼ੱਕ ਲੜਨ ਦੀ ਲੋੜ ਨਹੀਂ ਹੈ ਤੁਹਾਨੂੰ ਤੇ ਤੁਸੀਂ ਜਦੋਂ ਗੱਲ ਕਰਦੇ ਹੋ ਪੂਰੇ ਹਿੰਦੂ ਧਰਮ ਦੀ ਥੋੜੀ ਗੱਲ ਹੁੰਦੀ ਹੈ ਤੇ ਗੱਲ ਮਨੋਤਾ ਵੀ ਹੁੰਦੀ ਹੈ ਕੋਈ ਐ ਨਹੀਂ ਵੀ ਕਿਸੇ ਹਿੰਦੂ ਨੂੰ ਗਾਲ ਕੱਢੀ ਜਾ ਰਹੀ ਹੈ ਠੀਕ ਹੈ ਤੁਹਾਨੂੰ ਜੋ ਸਮਝ ਆਇਆ ਤੁਸੀਂ ਸਮਝ ਰਹੇ ਹੋ ਪਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤੁਹਾਡੀ ਸ਼ਰਧਾ ਹੋਣੀ ਹੈ ਪਰ ਤੁਸੀਂ ਆਪ ਪੜ੍ਹ ਕੇ ਵੀ ਆਓ ਹਿੰਦੂਆਂ ਨੂੰ ਗਿਣਤੀ ਹੈ ਥੋੜਾ ਜਿਹਾ ਪੜ੍ਹ ਕੇ ਆਓਗੇ ਤੇ ਪਤਾ ਲੱਗ ਜਾਣਾ ਗੁਰੂ ਨਾਨਕ ਦੇਵ ਜੀ ਸਿੱਖ ਸੀ ਜਾਂ ਹਿੰਦੂ ਸੀ ਦੇਖੋ ਦੇਖੋ ਵੀਰਾ ਜਿਹੜੀਆਂ ਸਾਡੀਆਂ ਕਿਤਾਬਾਂ ਦੇ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਦੇ ਵਿੱਚ ਹੁਣ ਗੁਰ ਪ੍ਰਤਾਪ ਸੂਰਜ ਗ੍ਰੰਥ ਆ ਜਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਆ ਉਹਦੇ ਵਿੱਚ ਬੜੇ ਚਟਕੋਰੇ ਲਾ ਲਾ ਕੇ ਉਹ ਕਹਾਣੀ ਲਿਖੀ ਗਈ ਆ ਜਿਹੜੀ ਵਿਸ਼ਨੂੰ ਵਾਲੀ ਆ ਵੀ ਵਿਸ਼ਨੂੰ ਉੱਥੇ ਪਾਰਵਤੀ ਨੂੰ ਕਹਿ ਰਿਹਾ ਆ ਵੀ ਫਲਾਨਾ ਜਾ ਕੇ ਆਪਣੀ ਸੋਰੀ ਆਪਣੀ ਜਿਹੜੀ ਉਹਦੀ ਹੈਗੀ ਘਰ ਵਾਲੀ ਉਹਨੂੰ ਕਹਿ ਰਿਹਾ ਆ ਉਹ ਵੀ ਭਈ ਇੱਥੇ ਮੇਰਾ ਮੰਦਰ ਬਣ ਰਿਹਾ ਆ ਵੀ ਆ ਕੇ ਟੋਕਰੀ ਵੀ ਢੋ ਕੇ ਗਿਆ ਜੀ ਉਹ ਅਸੀਂ ਕਿੱਦਾਂ ਮੰਨ ਲਈਏ ਵੀ ਮੁਸਲਮਾਨਾਂ ਨੇ ਲਿਖ ਦਿੱਤੀ ਉਹ ਜੇ ਤੁਸੀਂ ਉਹ ਪੰਗੇ ਲਏ ਆ ਤੇ ਉਹ ਗੱਲ ਤਾਂ ਹੁਣੀ ਆ ਨਾ ਭਾਈ ਤੁਸੀਂ ਰਲਾ ਪਾ ਦਿੱਤਾ ਉਹਨਾਂ ਚ ਛੱਡੋ ਉਹਨਾਂ ਨੂੰ ਨਹੀਂ ਚਲੋ ਥੈਂਕ ਯੂ ਵੀਰ ਜੀ ਸਾਡੇ ਨਾਲ ਸਰੋਤੇ ਤਿੰਨਾਂ ਲਾਈਨਾਂ ਤੇ ਧੰਨਵਾਦ ਜੀ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਕਹਿੰਦੇ ਸੀ ਨਾ ਵੀ ਰੋਨਾਲਡੋ ਕਹਿੰਦੇ ਵੀ ਉਹ ਜਿਵੇਂ ਭੇਸ ਬਦਲ ਕੇ ਆਪਣਾ ਉੱਥੇ ਆਪਣਾ ਫੁੱਟਬਾਲ ਨਾਲ ਸਕਿੱਲ ਕਰ ਰਿਹਾ ਸੀ ਤੇ ਕੋਈ ਪਛਾਣ ਨਹੀਂ ਰਿਹਾ ਸੀਗਾ ਜੀ ਹੁਣ ਤੁਸੀਂ ਦੇਖੋ ਜੀ ਜਿਹੜਾ ਬੰਦਾ ਸੋਕਰ ਦੇਖਦਾ ਜਿੱਦਾਂ ਤੁਸੀਂ ਕਹਿੰਦੇ ਵੀ ਤੁਸੀਂ ਤੁਹਾਨੂੰ ਪਤਾ ਸੋਕਰ ਬਾਰੇ ਹਨਾ ਜ਼ਿਆਦਾ ਜਾਣਦੇ ਜੇ ਤੁਸੀਂ 5-10 ਮਿੰਟ ਉਹਨੂੰ ਨੇੜੋ ਜਾ ਕੇ ਅਬਜ਼ਰਵ ਕਰੋਗੇ ਤਾਂ ਤੁਹਾਨੂੰ ਲੱਗਣ ਲੱਗ ਜਾਣਾ ਕਿ ਨਹੀਂ ਇਹ ਕੋਈ ਕੋਈ ਪਲੇਅਰ ਹੋਊਗਾ ਵੀ ਸੋਕਰ ਦੇ ਜੋ ਬੇਸਿਕ ਜਾਂ ਸਕਿੱਲ ਜਾਣਦਾ ਵਾ ਫਿਰ ਸਾਡੀ ਨਿਗਾਹ ਦੇ ਵਿੱਚ ਗੁਰੂ ਨਾਨਕ ਵੀ ਕੋਈ ਨਾਨਕ ਸਰੀਆਂ ਦੇ ਟਕਸਾਲੀਆਂ ਦੇ ਕਿਸੇ ਬ੍ਰਹਮ ਗਿਆਨੀ ਵਰਗਾ ਹੀ ਆ ਉਹ
ਸਰੋਤੇ ਜੀ ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਕ ਭਾਜੀ ਐਂ ਬੇਨਤੀ ਕਰ ਲਈ ਸੀ ਆ ਜਿਹੜੇ ਹੁਣ ਆਪ ਜੀ ਲਵੇ ਉਹ ਨੀ ਆ ਕੇ ਗਏ ਠਾਕੁਰ ਸਿੰਘ ਬਾਰੇ ਵੀ ਤੁਸੀਂ ਐਂ ਬੋਲਦੇ ਹੋ ਉਹਨਾਂ ਦੇ ਬਾਰੇ ਬਸ ਇੰਨੀ ਕੁ ਬੇਨਤੀ ਸੀ ਵੀ ਇਹ ਇਹਨਾਂ ਦੀਆਂ ਜਬਲੀਆਂ ਕਰਕੇ ਇਹਨਾਂ ਦੀਆਂ ਵਾਧੂ ਦੀਆਂ ਜਿਹੜੀਆਂ ਕੂੜ ਇਹ ਬੋਲਦੇ ਨੇ ਕੁਛ ਵੀ ਵੀ ਬੰਦੇ ਨਾਲ ਤੁਸੀਂ ਸਵਾਲ ਕਰੋ ਉਹ ਤੋਂ ਤੁਸੀਂ ਆਪਦਾ ਉੱਤਰ ਲਵੋ ਗੱਲ ਸਿੱਧੀ ਆ ਅਸੀਂ ਭਾਜੀ ਖੁਣ ਖੁਦ ਦੁਆਰਾ ਸਾਹਿਬ ਦਾ ਮੈਂ ਤੁਹਾਡੇ ਨਾਲ ਗ੍ਰੰਥੀ ਗੱਲ ਕਰਦਾ ਤੁਸੀਂ ਯਕੀਨ ਨੀ ਮੰਨਣਾ ਸਾਨੂੰ ਪਹਿਲਾਂ 2018 ਤੋਂ ਪਹਿਲਾਂ ਪਤਾ ਨੀ ਸੀ ਹਰਨੇਕ ਸਿੰਘ ਕੌਣ ਉਦੋਂ ਨਾ ਅਸੀਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਇਆ ਵਿਚਾਰ ਆਪਦੀ ਪ੍ਰੈਕਟੀਕਲ ਕਰੇ ਮੈਂ ਹੁਣ ਖੁਦ ਨਾ ਇੱਕ ਲੜਕੀ ਦਾ ਬਾਪ ਆ 8 ਮਹੀਨਿਆਂ ਦੀ ਮੇਰੇ ਲੜਕੀ ਆ ਤੇ ਮੈਂ ਗੁਰਦੁਆਰੇ ਦਾ ਗ੍ਰੰਥੀ ਹੁੰਦੇ ਨਾ ਮੈਂ ਇਸ ਟਾਈਮ +2 ਕਰ ਰਿਹਾ ਭਾਜੀ ਮੈਂ ਇਹ ਦੱਸਣ ਦੇ ਲਈ ਵੀ ਜਿਹੜੀਆਂ ਗੱਲਾਂ ਤੁਸੀਂ ਨੇ ਸਾਨੂੰ ਦੱਸੀਆਂ ਨੇ ਉਹ ਅਸੀਂ ਖੁਦ ਅਪਣਾ ਕੇ ਜਦੋਂ ਪ੍ਰੈਕਟੀਕਲੀ ਕਰ ਰਹੇ ਹਾਂ ਬਹੁਤ ਜ਼ਿਆਦਾ ਉਹਦਾ ਆਨੰਦ ਆ ਰਿਹਾ ਬਹੁਤ ਜ਼ਿਆਦਾ ਅਸੀਂ ਬਾਹਲੀ ਤਾਂ ਨਹੀਂ ਸਿੱਧੀ ਬੁੱਧਰੀ ਗੱਲ ਨਹੀਂ ਵੀ ਡੂੰਘਾ ਜਾਈਏ ਤੇ ਇਹਨਾਂ ਨੂੰ ਇਹ ਕਹਿਣ ਦੀ ਉਹ ਆ ਵੀ ਜੇ ਅੱਜ ਸੋਨੂੰ ਸਾਨੂੰ ਛੱਡ ਕੇ ਜਾਂ ਹੋਰ ਕਈ ਬੰਦੇ ਸੁਣਦੇ ਨੇ ਹਾਂਜੀ ਉਹਦਾ ਕਾਰਨ ਪਤਾ ਕੀ ਆ ਇਹਨਾਂ ਦੀਆਂ ਜਬਲੀਆਂ ਸਾਰਿਆਂ ਨੂੰ ਵੱਡੀਆਂ ਮਾਰੀਆਂ ਹਨ ਫੋਟੋ ਸੈਂਡ ਕਰਕੇ ਖਿੱਚ ਲੈਣਾ ਮੇਰੇ ਘਰੇ ਅੱਜ ਵੀ ਪਿੰਡਰਾਲੇ ਦੀ ਫੋਟੋ ਲੱਗੀ ਹੋਈ ਆ ਸਾਡੇ ਲਈ ਅਰਥ ਕੋਈ ਨੀ ਉਹ ਅਸੀਂ 2014 ਦੇ ਵਿੱਚ ਲਾਈ ਸੀ ਹਾਂ ਉਹਦਾ ਅੱਜ ਕੋਈ ਅਰਥ ਨੀ ਜੇ ਤੁਸੀਂ ਆਖੋ ਤੁਹਾਨੂੰ ਮੈਂ ਵਟਸਐਪ ਦੇ ਉੱਤੇ ਫੋਟੋ ਖਿੱਚ ਕੇ ਭੇਜ ਸਕਦਾ ਉਹਨਾਂ ਦੀ ਹਾਂਜੀ ਘਰੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਕੋਈ ਅਰਥ ਨੀ ਤੇ ਕਹਿਣ ਤੋਂ ਭਾਵ ਇਹਨਾਂ ਨੂੰ ਸਿੱਧੀ ਜੀ ਇੰਨੀ ਕੁ ਬੇਨਤੀ ਆ ਵੀ ਤੁਸੀਂ ਯਾਰ ਮਾੜੀ ਮੋਟੀ ਸ਼ਰਮ ਕਰਿਆ ਕਰੋ ਤੁਸੀਂ ਉਹਨਾਂ ਨੂੰ ਐ ਤੁਸੀਂ ਉਹਨਾਂ ਬਾਰੇ ਠਾਕੁਰ ਸਿੰਘ ਦੇ ਬਾਰੇ ਪਸ਼ੂ ਬੋਲਿਆ ਅਸੀਂ ਕਹਿੰਦੇ ਭਾਜੀ 101% ਤੁਸੀਂ ਸਹੀ ਬੋਲਿਆ ਜਿਹਨਾਂ ਨੂੰ ਲੱਖ ਲੱਖ ਲਾਹਨਤਾਂ ਪਾਈਆਂ ਜਾਣ ਤਾਂ ਥੋੜੀਆਂ ਨੇ ਨਹੀਂ ਚਲੋ ਅਸੀਂ ਸ਼ਬਦ ਵਾਪਸ ਲੈ ਲੈਂਦੇ ਜੀ ਅਸੀਂ ਪਸ਼ੂ ਨੀ ਕਹਿੰਦੇ ਪਸ਼ੂਆਂ ਵਰਗਾ ਬੰਦਾ ਕਹਿ ਦਿੰਦੇ ਆ ਮਤਲਬ ਇੰਨਾ ਕੁਛ ਹੋ ਗਿਆ ਯਾਰ ਤੁਸੀਂ ਸਾਰਾ ਤੁਹਾਨੂੰ ਪਤਾ ਨੀ 86 ਦੇ ਵਿੱਚ ਜਿਸ ਤਰੀਕੇ ਨਾਲ ਕਿਹਦੀ ਉੱਥੇ ਜ਼ੋਰ ਸੀ ਵੀ ਸਰਕਾਰ ਦੇ ਬਣੇ ਹੋਏ ਅਕਾਲ ਤਖ਼ਤ ਨੂੰ ਤੁਸੀਂ ਢਾ ਦਿੰਦੇ ਕਿਹਦੀ ਸ਼ਹਿ ਦੇ ਉੱਤੇ ਕੀਤਾ ਤੁਸੀਂ ਭਾਜੀ ਸਿੱਧੀਆਂ ਗੱਲਾਂ ਲਿਖੇ ਅਸੀਂ ਯਕੀਨ ਨੀ ਮੰਨਣਾ ਸਾਨੂੰ ਪਤਾ ਵੀ ਨੀ ਸੀ ਹੁੰਦਾ ਹਰਨੇਕ ਕੌਣ ਆ ਯਾਰ ਵੀ ਜਦੋਂ ਅਸੀਂ ਨੇ ਤੁਹਾਡੀਆਂ ਗੱਲਾਂ ਪੜੀਆਂ ਵੀ ਇੰਦਰਜੀਤ ਕੌਣ ਆ ਈਸਰ ਕੌਣ ਆ ਯਾਰ ਉਹਦੇ ਮੁੰਡੇ ਦਾ ਮੌਜਾਂ ਨਾਲ ਏਸੀਆਂ ਚ ਬੈਠੇ ਨੇ ਜਲੰਧਰ ਦੇ ਵਿੱਚ ਪੂਰੇ ਪੂਰੇ ਬਾਜ਼ਾਰ ਆ ਈਸ਼ਰ ਸਿੰਘ ਦੇ ਇੱਦਾਂ ਅਰਬਾਂ ਦੀ ਪ੍ਰੋਪਰਟੀ ਆ ਦੱਸ ਦਿਓ ਤਾਂ ਕਿੱਥੋਂ ਆਈ ਆ ਬਿਲਾਸਪੁਰ ਚ ਪਲੇ ਆ ਨਾਨਕੀ ਰਿਹਾ ਕਿ ਉਹ ਬਸ ਇਹ ਜਵਾਬ ਦੇਣੇ ਗੱਲਾਂ ਦਾ ਵੀ ਯਾਰ ਕਿੱਥੋਂ ਆਈ ਆ ਉਹ ਸਾਰੀਆਂ ਗੱਲਾਂ ਦਾ ਫਿਰ ਤਾਂ ਸਿੱਧੀ ਸਪਸ਼ਟ ਭਾਜੀ ਸਾਰੀਆਂ ਗੱਲਾਂ ਕਲੀਅਰ ਹੋ ਜਾਣ ਜੇ ਉੱਪਰ ਦਿਨ ਆ ਕੇ ਸਮਕਾਂ ਦੀ ਗਾਲਾਂ ਕੱਢੀ ਜਾਣਗੇ ਕੁਛ ਹੋਰ ਨੀ ਨਹੀਂ ਨਹੀਂ ਕੋਈ ਨੀ ਜੀ ਹੁਣ ਭੁੜਕਦੇ ਆ ਤੇਲ ਮੁੱਕਣੇ ਵਾਲਾ ਆ ਕੋਈ ਗੱਲ ਨੀ ਉਹਦੇ ਨਾਲ ਫਰਕ ਨੀ ਪੈਂਦਾ ਨਾ ਗਾਲਾਂ ਦੇ ਨਾਲ ਨਾ ਵਧੀਆ ਜਿਨ੍ਹਾਂ ਦੀ ਤਾਂ ਦੇਖੋ ਜੀ ਵਧੀਆ ਸਾਰੀ ਆਈਕਿਊ ਕੰਮ ਕਰਦਾ ਜਿਨ੍ਹਾਂ ਲਵੇ ਸਾਇੰਸ ਆ ਪੜ੍ਹੇ ਲਿਖੇ ਨੇ ਗੱਲ ਨੂੰ ਸਮਝਦੇ ਨੇ ਪ੍ਰੈਕਟੀਕਲ ਕਰਦੇ ਨੇ ਉਹਨਾਂ ਦੇ ਵਾਸਤੇ ਬਹੁਤ ਵਧੀਆ ਆਪ ਜੀਆਂ ਦਾ ਵੀ ਬੈਸਟ ਆ ਤੁਹਾਨੂੰ ਜਿੰਨਾ ਵੀ ਕੁਛ ਆਖਿਆ ਜਾਵੇ ਬਹੁਤ ਵਧੀਆ ਵੀ ਬਹੁਤ ਚੰਗਾ ਕੰਮ ਕਰਦੇ ਹੋ ਸਾਡੇ ਵਰਗੇ ਬੰਦਿਆਂ ਨੇ ਜਦੋਂ ਪ੍ਰੈਕਟੀਕਲ ਜ਼ਿੰਮੇਵਾਰੀਆਂ ਨੂੰ ਸਮਝਿਆ ਸੀ ਖੁਦ ਮੈਂ 2012 ਦੇ ਵਿੱਚ ਪੜ੍ਹਾਈ ਛੱਡੀ ਸੀ ਹੁਣ ਭਾਜੀ ਮੈਂ 2019 ਦੇ ਵਿੱਚ +2 ਇਸ ਟਾਈਮ ਕਰ ਰਿਹਾ ਥੈਂਕ ਯੂ ਵੀਰਾ ਮਿਹਨਤ ਕਰਾਂਗੇ ਤਾਂ ਹਾਂ ਜੀ ਤੁਸੀਂ ਬਹੁਤ ਵਧੀਆ ਕੰਮ ਕਰਕੇ ਰੱਖਦੇ ਹੋ ਖਿੱਚੋ ਵੈਸੇ ਜ਼ਰੂਰੀ ਵੀ ਨੀ ਹੁੰਦਾ ਵੀ ਜੇ ਸਾਰੇ ਸੁਣਦੇ ਨੇ ਸਾਰੇ ਜੁੜੀ ਹੋਏ ਨੇ ਤੇ ਬਹੁਤ ਵਧੀਆ ਗੱਲ ਏਦਾਂ ਦੀ ਆਪਦੀਆਂ ਵਿਚਾਰ ਰੱਖੋ ਅਸੀਂ ਪੂਰਾ ਤੁਹਾਡੇ ਨਾਲ ਸਹਿਮਤ ਹਾਂ ਤੇ ਸਾਡੀਆਂ ਵੀ ਤੁਸੀਂ ਯਕੀਨ ਨੀ ਮੰਨਣਾ ਚਲੋ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਇਹ ਕਰਨਾ ਪੈਂਦਾ ਹੈਗਾ ਕੰਮ ਪਰ 101% ਅਸੀਂ ਅੱਜ ਘਰੇ ਇਹ ਗੱਲਾਂ ਲਾਗੂ ਕਰੀਆਂ ਹੋਈਆਂ ਨੇ ਸਾਰੀਆਂ ਨਹੀਂ ਜੀ ਨਹੀਂ ਕੋਈ ਗੱਲ ਨੀ ਵੀਰਾ ਗੁਰਦੁਆਰਿਆਂ ਦੇ ਵਿੱਚ ਕਿਸੇ ਵੀ ਗ੍ਰੰਥੀ ਨੂੰ ਅਸੀਂ ਕਦੇ ਨਹੀਂ ਇਹ ਗੱਲ ਨੂੰ ਨਹੀਂ ਕਰਦੇ ਗੱਲ ਕੰਮ ਜਿਹੜਾ ਵੀ ਜਿਹੜੀ ਡਿਊਟੀ ਆ ਉਹਨੂੰ ਇਮਾਨਦਾਰੀ ਨਾਲ ਕਰ ਲਓ ਉਹ ਮਰਿਆਦਾ ਕਿੱਦਾਂ ਦੀ ਰੱਖਣੀ ਆ ਉਹ ਕਮੇਟੀ ਦਾ ਪ੍ਰਬੰਧਕਾਂ ਦਾ ਕੰਮ ਆ
जे प्रबंधक ने गुरुद्वारा बनिया के मर्यादा मर्यादा लागू करती आ, एक कोई कोई बंदा उत्थे ग्रंथी की जॉब करता है उन्हें तनखा मिलती अपनी ईमानदारी ना ड्यूटी कर दे बस सुरखरूगा हाँ जी हाँ ਉਹਦੇ ਚ ਉਹਦੇ ਚ ਨਹੀਂ ਕੋਈ ਵੀ ਗੱਲ ਰੋਟੀ ਤਾਂ ਖਾਣੀ ਆ ਕਿਤਿਓਂ ਹਾਂ ਜੀ ਹਾਂ ਚਲੋ ਇਹ ਮੈਂ ਅੱਜ ਇਹੀ ਗੱਲ ਕਹਿਣਾ ਵੀ ਉਹਨਾਂ ਅਸੀਂ ਨੇ 2014 ਤੋਂ ਲੈ ਕੇ 18 ਤੱਕ ਇਹਨਾਂ ਨਹੀਂ ਅਸੀਂ ਭਾਜੀ ਸਿਖਾਲਾ ਹੋਏ ਤੇ ਜਿੰਨਾ ਐ ਕਹਿ ਲਓ ਵੀ ਸੋਡੀਆਂ ਵਿਚਾਰਾਂ ਸੁਣ ਕੇ ਭਾਈ ਰਣਜੀਤ ਸਿੰਘ ਦੀਆਂ ਵਿਚਾਰਾਂ ਸੁਣ ਕੇ ਉਹਨਾਂ ਨੂੰ ਲਾਗੂ ਕਰਕੇ ਇਹ ਨੀ ਵੀ ਇਕੱਲਾ ਬੋਲਦੇ ਆ ਉਹਨਾਂ ਨੂੰ ਲਾਗੂ ਕਰਕੇ ਜ਼ਿੰਮੇਵਾਰ ਅਸੀਂ ਹੋ ਕੇ ਅਸੀਂ ਨੇ ਸਾਰਾ ਕੁਛ ਇਹ ਬੇੜਾ ਚੱਕਿਆ ਅੱਗੇ ਵੀ ਸਾਡੀ ਇਹੀ ਕੋਸ਼ਿਸ਼ ਆ ਥੈਂਕ ਯੂ ਵੀਰੇ ਠਾਕੁਰ ਸਿੰਘ ਝੂਠ ਬੋਲਦਾ ਰਿਹਾ ਹਾਂਜੀ ਤੇ ਭਿੰਡਰਾਂ ਦੇ ਬੱਚੇ ਤੇ ਜਿਉਂਦੇ ਸੀਗੇ ਨਾ ਉਹ ਤੇ ਟਕਸਾਲ ਨਾਲ ਘੁੰਮਦੇ ਰਹੇ ਨਾ ਤੇ ਉਹ ਜਿਹੜੀਆਂ ਢੇਰੀਆਂ ਇਕੱਠੀਆਂ ਕੀਤੀਆਂ ਗਈਆਂ ਹਰ ਜਗ੍ਹਾ ਤੇ ਜਾ ਕੇ ਸਾਰੇ ਗੁਰਦਿਆਂ ਚ ਉਹ ਪੈਸੇ ਇੱਥੇ ਤੇ ਆਏ ਫਿਰ ਬਸ 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 ਉਹਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਇਸ 21 ਸਾਲ ਤੋਂ ਝੂਠ ਬੋਲਦਾ ਪਿਆ ਹੈ ਕਿ ਸਾਡਾ ਪਿਓ ਮਰ ਗਿਆ ਜਾਂ ਜਿੰਦਾ ਜੋ ਵੀ ਕਹਿ ਰਿਹਾ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਅਸੀਂ ਬੋਲ ਪਈਏ ਆਹੋ ਕਿਸੇ ਨੂੰ ਕਿਸੇ ਨੇ ਵੀ ਉਹਦੇ ਉੱਤੇ ਸਵਾਲ ਨਹੀਂ ਕੀਤਾ ਜਾਣੀ ਥੋੜੇ ਨੀ ਹੁੰਦੇ ਜੀ 21 ਸਾਲ ਇਹ ਗੱਲ ਕਹਿਣੀ ਸ਼ਹੀਦ ਨੀ ਹੈਗੇ ਅਰਦਾਸ ਨੀ ਹੋਣ ਦੇਣੀ ਜਾਣੀ ਅਜੇ ਜਿੰਦਾ ਆ ਜੇ ਉਹ 5 ਸਾਲ ਦੇ ਵੀ ਹੋਣਗੇ ਉਦੋਂ 84 ਦੇ ਵਿੱਚ ਉਹਦੇ ਬੱਚੇ ਤੇ 21 ਸਾਲ ਬਾਅਦ 25 ਸਾਲ ਦੇ ਹੋਣਗੇ 25 ਸਾਲ ਬਾਅਦ ਜਾ ਕੇ ਉਹਨਾਂ ਨੂੰ ਸਮਝ ਆਈ ਕਿ ਹਾਂ ਜੀ ਹੁਣ ਸਾਡਾ ਪਿਓ ਮਰ ਗਿਆ ਪੈਸੇ ਜਾਣੀ ਆਉਂਦੇ ਸੀਗੇ ਖੁੱਲੇ ਦੇਖੋ ਜੀ ਇਹ ਤਾਂ ਮੈਂ ਦੱਸਦਾ ਉਹ ਉਹ ਜਿਹੜੇ ਉਸ ਵੇਲੇ ਦੇ ਉਹ ਪਰਿਵਾਰਾਂ ਦੇ ਹੈਗੇ ਆ ਮੈਂਬਰ ਉਹਨਾਂ ਨੂੰ ਦੇਖ ਕੇ ਤਾਂ ਤੁਹਾਨੂੰ ਇੰਨੀ ਘਿਣ ਆਉਂਦੀ ਆ ਨਾ ਐਡੇ ਕਮੀਣੇ ਲੋਕ ਆ ਯਾਰ ਇਹ ਕੌਮ ਦੀਆਂ ਗੱਲਾਂ ਕਰਦੇ ਆ ਠੀਕ ਹੈ ਤੁਹਾਨੂੰ ਤੁਹਾਨੂੰ ਨਫ਼ਰਤ ਹੁੰਦੀ ਆ ਇਨਸਾਨੀਅਤ ਦੇ ਨਾਲ ਨਫ਼ਰਤ ਹੁੰਦੀ ਆ ਇਹ ਇਹ ਜਿਹੜੇ ਬੰਦੇ ਉੱਥੇ ਤਖ਼ਤਾਂ ਦੇ ਉੱਤੇ ਬੈਠੇ ਆ ਕਿਤੇ ਇਹਨਾਂ ਨਾਲ ਘੰਟਾ ਦੋ ਘੰਟੇ ਬਹਿ ਲਓ ਤੁਸੀਂ ਇੱਦਾਂ ਜੀ ਜੀ ਵੀ ਨਫ਼ਰਤ ਹੋਣ ਲੱਗ ਪੈਂਦੀ ਬੰਦੇ ਨੂੰ ਠੀਕ ਵੀਰ ਜੀ ਥੈਂਕ ਯੂ ਜੀ ਓਕੇ ਵੀਰ ਜੀ ਓਕੇ 107 ਤੇ ਤੁਸੀਂ ਆਉਣੇ ਰਹੋ ਜੀ ਧੰਨਵਾਦ ਜੀ ਤੁਹਾਡਾ ਅਤੇ 108 ਤੇ ਤੁਸੀਂ ਆਉਣੇ ਰਹੋ ਤੁਸੀਂ ਵੀ ਚੱਲ ਗਏ ਧੰਨਵਾਦ ਜੀ ਅਤੇ ਇਕੱਲੀ ਉਹਨਾਂ ਦੀ ਗੱਲ ਨਹੀਂ ਹੈਗੀ ਟਕਸਾਲੀ ਬਿਰਤੀ ਦੀ ਗੱਲ ਨਹੀਂ ਹੈਗੀ ਸਾਡੇ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਹੈ ਜਿਹੜੀ ਵੀ ਵਿਚਾਰਧਾਰਾ ਦੇ ਨਾਲ ਅਸੀਂ ਆਪ ਜੁੜ ਕੇ ਬੈਠੇ ਹਾਂ ਜਿੱਦਣ ਉਹ ਕਰਮਾਂ ਦੇ ਪੱਖੋਂ ਕਰਤੂਤਾਂ ਦੇ ਪੱਖੋਂ ਵਿਹਾਰ ਦੇ ਪੱਖੋਂ ਖੋਖਲੀ ਹੋ ਜਾਊਗੀ ਉੱਦਣ ਉਹਦੇ ਕੋਈ ਅਰਥ ਨਹੀਂ ਰਹਿਣੇ ਟਕਸਾਲ ਤਾਂ ਇੱਕ ਸੰਸਥਾ ਹੀ ਇਹੋ ਜਿਹੀ ਆ ਜਿਹੜੀ ਸੈਂਕੜੇ ਸਾਲਾਂ ਤੋਂ ਮਰਿਆਦਾ ਦੇ ਨਾਂ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਕਾਬਜ਼ ਹੋ ਕੇ ਗੋਲਕਾਂ ਨੂੰ ਖਾਣ ਦੇ ਲਈ ਬੈਠੇ ਆ ਬਸ ਇੱਕੋ ਹੀ ਚੀਜ਼ ਮਰਿਆਦਾ 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 ਅਤੇ ਉਹ ਧੁੰਮਾਂ ਲਗਾਇਆ ਰੌਲਾ ਪਾਉਣ ਪਈ ਮਰਿਆਦਾ ਹੁੰਦੀ ਆ ਸਾਰਿਆਂ ਨੂੰ ਮੰਨਣੀ ਪੈਂਦੀ ਆ ਕੋਈ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ ਹੱਦ ਹੋ ਗਈ ਯਾਰ ਇਹੀ ਰੌਲਾ ਤਾਂ ਬ੍ਰਾਹਮਣ ਪਾਉਂਦਾ ਸੀ ਉਦੋਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹੀ ਰੌਲਾ ਤਾਂ ਹਿੰਦੂ ਪੁਜਾਰੀ ਨੇ ਭਗਤ ਕਬੀਰ ਜੀ ਦੇ ਵੇਲੇ ਪਾਇਆ ਅਤੇ ਮਰਿਆਦਾ ਬਣੀਓ ਕੌਣ ਹੁੰਦਾ ਤੋੜਨੇ ਵਾਲਾ ਠੀਕ ਆ ਤਿੰਨਾਂ ਲਾਈਨਾਂ 'ਤੇ ਸਰੋਤੇ ਆ ਜੀ ਸਾਡੇ ਨਾਲ ਸਭ ਤੋਂ ਪਹਿਲਾਂ 107 'ਤੇ ਤੁਸੀਂ ਆਉਂਦੇ ਰਹੋ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਮੇਰਾ ਨਾਮ ਗੁਰਜੀਤ ਸਿੰਘ ਆ ਮੈਂ ਯੂਕੇ ਤੋਂ ਬੋਲਦਾ ਵਾਂ ਸਕਾਟਲੈਂਡ ਤੋਂ ਹਾਂਜੀ ਇਹ ਭਾਜੀ ਜਿੱਦਾਂ ਤੁਸੀਂ ਨਾ ਸਾਰੇ ਧਰਮਾਂ ਨੂੰ ਮਾੜਾ ਜਿੱਦਾਂ ਕਹੀ ਜਾਂਦੇ ਆ ਕਿ ਸਿੱਖ ਵੀ ਮਾੜੇ ਆ ਹਿੰਦੂ ਵੀ ਮਾੜੇ ਆ ਮੁਸਲਮਾਨ ਵੀ ਮਾੜੇ ਆ ਸਾਰੇ ਧਰਮਾਂ ਨੂੰ ਮਾੜਾ ਕਹੀ ਜਾਂਦੇ ਤੁਸੀਂ ਜਿੱਦਾਂ ਤੁਹਾਡਾ ਨਾਮ ਹਰਨੇਕ ਸਿੰਘ ਆ ਤੁਸੀਂ ਆਪਦੇ ਨਾਂ ਦੇ ਪਿੱਛੋਂ ਸਿੰਘ ਹਟਾ ਦੋ ਤੁਸੀਂ ਆਪਦਾ ਨਵਾਂ ਧਰਮ ਸਟਾਰਟ ਕਰੋ ਕੋਈ ਕਿ ਜਿਹਦੇ ਜਿਹਦੇ ਕਰਕੇ ਤੁਹਾਡੀ ਪਛਾਣ ਵੱਖਰੀ ਹੋਵੇ ਇੱਕ ਮਿੰਟ ਜਿਹੜੀ ਇਹ ਸਟੇਟਮੈਂਟ ਦਿੱਤੀ ਆ ਵੀ ਅਸੀਂ ਸਾਰੇ ਧਰਮਾਂ ਨੂੰ ਮਾੜਾ ਕਹੀ ਜਾਂਦੇ ਆ ਹਾਂਜੀ ਇਹ ਕਿਸ ਆਧਾਰ ਤੇ ਕਹੀ ਆ ਅਸੀਂ ਮੈਂ ਤੁਹਾਡੀਆਂ ਜਿੱਦਾਂ ਸੁਣਦਾ ਹੁਣ ਵੀ ਸੁਣ ਡਿਆ ਤੁਹਾਡੀ ਵੀਡੀਓ ਨਹੀਂ ਕੋਈ ਵੀ ਬੰਦਾ ਤੁਹਾਨੂੰ ਫੋਨ ਕਰਦਾ ਵਾ ਤੁਸੀਂ ਆਪਦੀਆਂ ਜੋ ਗੱਲਾਂ ਕਹਿੰਦੇ ਹੋ ਏਦਾਂ ਨਾ ਕਰ ਏਦਾਂ ਤੂੰ ਏਦਾਂ ਇਲਜ਼ਾਮ ਲਾ ਕੇ ਮੀਣੇ ਦੇ ਕੇ ਰਾਹ ਪੈਣਾ
ਮੁਸਲਮਾਨ ਧਰਮ ਬਾਰੇ ਕੋਈ ਸਟੇਟਮੈਂਟ ਦੱਸ, ਅਸੀਂ ਕਿੱਥੇ ਕਿਹਾ ਵੀ ਮੁਸਲਮਾਨ ਧਰਮ ਮਾੜਾ? ਸਟੇਟਮੈਂਟ ਭਾਜੀ, ਸਟੇਟਮੈਂਟ ਨਹੀਂ, ਮੈਂ ਗੱਲ ਕਰਦਾ ਵਾਂ, ਹੁਣ ਮੈਂ ਤੁਹਾਨੂੰ ਇਹ ਦੱਸਦਾ ਵਾਂ, ਕਿਸੇ ਬੰਦੇ ਨੂੰ ਵੀ ਤੁਸੀਂ ਚੰਗ ਜਨਾ ਬੋਲਦੇ ਆ, ਲੈ ਦੱਸ ਵੀ ਹੁਣ ਤੂੰ ਹਾਕੂ ਗੱਲ ਥੋੜੋ ਆ, ਤੂੰ ਹੁਣ ਤੂੰ ਤਾਂ ਟੱਕਰਾ ਮਾਰ ਲਾ ਪਿਆ ਕੇ, ਹੁਣ ਤੇਰੇ ਮਿਹਣੇ ਦਾ ਕੀ ਜਵਾਬ ਦਈਏ ਤੈਨੂੰ? ਕਿਹੜੀਆਂ ਤੂੰ ਸਿਆਣਾ ਬਿਆਣਾ ਦੇਖ, ਏਦਾਂ ਨਾ ਕਰ, ਏਦਾਂ ਨਾ ਕਰ, ਜੇ ਗੱਲ ਕਰਨੀ ਆ ਬਜਾ ਨਾਲ ਗੱਲ ਕਰ ਲਾ। ਕਿਹੜੇ ਚੱਜ ਨਾਲ ਗੱਲ ਕਰੀਏ, ਤੇਰੇ ਨਾਲ ਗੱਲ ਕਰਨ ਲਈ ਭਾਸ਼ਾ ਵਰਤਣੀ, ਇਹਨੂੰ ਚੱਜ ਕਹਿੰਦੇ ਆ, ਇਹਨੂੰ ਆਚਾਰ ਕਹਿੰਦੇ ਆ। ਜਿਹੜਾ ਪਸ਼ੂ ਮਾਰਦਾ ਹੁੰਦਾ ਉਹਦੇ ਨੱਕ ਚ ਨੱਥ ਪਾ ਕੇ ਫਿਰ ਬੰਨਿਆ ਜਾਂਦਾ, ਉਹਨੂੰ ਚੱਜ ਕਹਿੰਦੇ ਆ। ਜਿਹੜਾ ਸਿੰਘ ਮਾਰਦਾ ਹੋਵੇ ਉਹਦੀ ਨੱਥ ਨਾ ਪਾਓ ਉਹਦੇ, ਤੇ ਉਹ ਦੋ ਚਾਹੁੰਦੀਆਂ ਬੱਖੀਆਂ ਪਾੜੇ, ਅਕਲਮੰਦ ਰੱਖਣ ਵਾਲੇ ਨੂੰ ਸਿਆਣਾ ਕਹੂਗਾ? ਉਹਦੇ ਲਈ ਤੁਹਾਡੇ ਲਈ ਇਹੀ ਭਾਸ਼ਾ ਆ, ਤੁਸੀਂ ਸਾਬਤ ਕਰ ਰਹੇ ਆ ਕੇ ਹੁਣ ਆਉਂਦਾ ਹੀ ਤੂੰ ਆ ਕੇ ਵੀ ਮੁਸਲਮਾਨ ਵੀ ਮਾੜੇ, ਹਿੰਦੂ ਧਰਮ ਵੀ ਮਾੜਾ। ਤੂੰ ਕੋਈ ਭਾਈ ਸਟੇਟਮੈਂਟ ਦੱਸ ਜਿਹਦੇ ਬਾਰੇ ਅਸੀਂ ਗੱਲ ਕਹੀ ਆ। ਜੇ ਹਿੰਦੂਆਂ ਦੇ ਬਾਰੇ ਗੱਲ ਹੋਈ ਆ ਤੇ ਇਸ ਸੰਦਰਭ ਦੇ ਵਿੱਚ ਹੋਈ ਆ ਵੀ ਜਦੋਂ ਸਟੇਟ ਬਣਾਉਣ ਦੀ ਗੱਲ ਆਈ ਆ, ਉਹਨਾਂ ਨੇ ਸਿੱਖ ਧਰਮ ਨੂੰ ਘੱਟ ਗਿਣਤੀ ਨੂੰ ਆਪਣੇ ਥੱਲੇ ਨਰੜਨ ਦੇ ਲਈ ਇੱਕ ਸੈਕਟ ਬਣਾ ਕੇ ਰੱਖ ਦਿੱਤਾ, ਜਦਕਿ ਉਹ ਆਪਣੇ ਆਪ ਵਿੱਚ ਅਲੱਗ ਸੀਗੇ। ਉਹਦੇ ਲਈ ਇੱਕ ਨੈਰੇਟਿਵ ਸਿਰਜਿਆ ਉਹਨਾਂ ਨੇ, ਰਹਿਤਨਾਮਿਆਂ ਦੇ ਉੱਤੇ ਉਹਨਾਂ ਦਾ ਪਰਛਾਵਾਂ, ਸਾਡੇ ਗ੍ਰੰਥਾਂ ਦੇ ਉੱਤੇ ਉਹਨਾਂ ਦਾ ਪਰਛਾਵਾਂ ਆ। ਜੇ ਮੁਸਲਮਾਨਾਂ ਦੇ ਬਾਰੇ ਗੱਲ ਹੋਈ ਆ, ਕਿਸੇ ਉਹਨਾਂ ਦੀ ਮੌਤ ਦੇ ਬਾਬਤ ਗੱਲ ਹੋਈ ਹੋਊਗੀ ਨਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਆ, ਇੱਕ ਸਵਾਲ ਪੁੱਛਿਆ ਗਿਆ ਆ ਵੀ ਭਾਈ ਦੱਸੋ, ਹੇ ਮੇਰੇ ਮੁਸਲਮਾਨ ਭਰਾ, ਤੂੰ ਦੱਸ, ਤੂੰ ਕਹਿ ਰਿਹਾ ਆ ਵੀ ਜਿਹੜਾ ਤੇਰਾ ਅੱਲਾ ਆ ਉਹ ਮਸੀਤ ਦੇ ਵਿੱਚ ਵਸਦਾ, ਇਹ ਉਹਦਾ ਘਰ ਆ, ਠੀਕ। ਉਹਨੂੰ ਸਵਾਲ ਪੁੱਛਿਆ ਗਿਆ ਵੀ ਅੱਲਾ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ? ਹੁਣ ਉਹਦੇ 'ਤੇ ਤੁਸੀਂ ਇਹਨਾਂ ਨਾ ਕਹੋ ਵੀ ਮੁਸਲਮਾਨ ਧਰਮ ਨੂੰ ਗਲਤ ਕਹਿ ਦਿੱਤਾ। ਹੁਣ ਅਗਲੇ ਕਹਿੰਦੇ ਸੀਗੇ ਵੀ ਸੁੰਨਤ ਕਰਨ ਦੇ ਨਾਲ ਧਾਰਮਿਕ ਹੋਈਦਾ, ਠੀਕ ਆ। ਹੁਣ ਕਬੀਰ ਸਾਹਿਬ ਕਹਿੰਦੇ ਵੀ ਮਨੁੱਖਤਾ ਦਾ ਇੱਕ ਅੰਗ ਅੱਧਾ ਹਿੱਸਾ ਔਰਤ ਜਿਹੜੀ ਆ ਉਹ ਤਾਂ ਧਾਰਮਿਕ ਹੋ ਹੀ ਨਹੀਂ ਸਕਦੀ। ਫਿਰ ਉਹਨਾਂ ਨੇ ਸਵਾਲ ਕਰ ਦਿੱਤਾ ਉਹਦੇ ਉੱਤੇ। ਹੁਣ ਇਹਦੇ ਲਈ ਤੁਸੀਂ ਆਪਣੇ ਸ਼ਬਦਾਂ 'ਚ ਆਪਣੀ ਮਰਜ਼ੀ ਦੇ ਨਾਲ ਆਪਣੀ ਵਿਆਖਿਆ ਲਿਆ ਕੇ ਸਾਡੇ 'ਤੇ ਥੋਪੀ ਜਾਂਦੇ ਆ, ਇੰਨਾ ਧੱਕਾ ਨਾ ਕਰਿਆ ਕਰੋ, ਠੀਕ ਹੈ। ਸਾਡੇ ਨਾਲ ਇੱਕ ਸਰੋਤੇ ਆ ਵਟਸਐਪ ਦੇ ਉੱਤੇ, ਤੁਸੀਂ ਆਉਂਦੇ ਰਹੋ ਜੀ। ਸੋਰੀ ਜੀ, ਸੋਰੀ, ਹਾਂਜੀ ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਮੁੰਬਈ ਤੋਂ ਬੋਲ ਰਿਹਾ। ਹਾਂਜੀ ਵੀਰ ਜੀ, ਐਕਚੁਅਲੀ ਮੈਂ ਤੁਹਾਨੂੰ ਇੱਕ ਸਾਲ ਤੋਂ ਕਰੀਬ ਸੁਣ ਰਿਹਾ, ਤੁਹਾਡਾ ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਿਆ ਵੀਰ ਜੀ। ਚਲੋ ਸਵਾਬ ਆ ਜੀ, ਜਿਹਨੂੰ ਚੰਗਾ ਲੱਗਦਾ, ਨਹੀਂ ਤਾਂ ਇੱਦਾਂ ਦੀ ਗੱਲ ਤਾਂ ਕੋਈ ਨਹੀਂ ਹੁੰਦੀ ਚੰਗਾ ਲੱਗਣ ਵਾਲੀ। ਖੈਰ, ਹਾਂਜੀ ਵੀਰ ਜੀ, ਐਕਚੁਅਲੀ ਇੱਕ ਕੈਨੇਡਾ ਦੇ ਵਿੱਚ ਇੱਕ ਅਮਰ ਪਾਂਡਾ ਹੈਗਾ, ਅਮਰ ਹਾਂਜੀ, ਪੱਡਾ ਅਮਰ ਪੱਡਾ, ਕੈਨੇਡਾ ਵਾਲੇ ਬਾਰੇ ਬਹੁਤ ਗੱਲ ਪੁੱਛਾ ਬੋਲਿਆ ਵੀਰ ਜੀ। ਹਾਂ, ਕੋਈ ਗੱਲ ਨਹੀਂ ਜੀ, ਕਈ ਕੁਛ ਬੋਲਿਆ, ਇੱਕ ਤੁਸੀਂ ਇੱਕੋ ਵਾਰੀ ਸੁਣਿਆ, ਇੱਕ ਵਾਰੀ ਨਹੀਂ ਬਹੁਤ ਵਾਰੀ ਬੋਲਿਆ। ਹਾਂਜੀ ਹਾਂਜੀ, ਤੇ ਮੈਂ ਐਕਚੁਅਲੀ ਅਭੀ ਤੇ ਮੈਨੂੰ ਪੋਸਟ ਪਾਇਆ ਸੀ ਮੈਂ ਕਿ ਹੁਣ ਜ਼ਮਾਨਾ ਹਥਿਆਰਾਂ ਦਾ ਨਹੀਂ ਹੈ, ਹੁਣ ਸਮਾਂ ਹੈਗਾ ਵਿਚਾਰਾਂ ਦਾ, ਮਤਲਬ ਆਪਾਂ ਵਿਚਾਰ ਕਰੀਏ ਤਾਂ ਹੀ ਸਾਨੂੰ ਗਿਆਨ ਮਿਲੂਗਾ। ਜੇ ਗੁਰਬਾਣੀ ਦਾ ਗਿਆਨ ਲੈਣਾ ਹੋਵੇ ਤਾਂ ਆਪਾਂ ਨੂੰ ਗੁਰਬਾਣੀ ਪੜ੍ਹ ਕੇ ਹੀ ਗਿਆਨ ਮਿਲੂਗਾ। ਤੇ ਮੈਂ ਉਹਨਾਂ ਵੀਰ ਜੀ ਬਾਰੇ ਮੈਂ ਪੋਸਟ ਪਾਇਆ ਸੀ ਤਾਂ ਮੈਨੂੰ ਇੱਕ ਦੋ ਬੰਦੇ ਨੇ ਗਾਲਾਂ ਕੱਢਿਆ, ਫੇਕ ਆਈ ਡੀ ਬਣਾ ਕੇ ਉੱਧਰ ਅੱਡੀ ਤੇ, ਕਾਫੀ ਬੰਦੇ ਨੇ ਮੈਨੂੰ ਗਾਲਾਂ ਕੱਢੇ ਤੁਸੀਂ ਏਦਾਂ ਕਿੱਦਾਂ ਬੋਲ ਸਕਦੇ ਆ। ਤੇ ਹੁਣ ਤੇ ਵੀਰ ਜੀ ਜਿਹੜਾ ਸਮਾਂ ਚੱਲ ਰਿਹਾ, ਹੁਣ ਤੇ ਹਥਿਆਰਾਂ ਦਾ ਸਮਾਂ ਹੈ ਨੀ, ਇਸ ਟਾਈਮ ਹੈ ਨਹੀਂ, ਹੁਣ ਗਾਲਾਂ ਦਾ ਸਮਾਂ ਆ, ਅੱਜ ਕੱਲ ਹਥਿਆਰਾਂ। ਹਾਂਜੀ ਹਾਂਜੀ, ਮੈਨੂੰ ਵੀਰ ਜੀ ਦੋ ਤਿੰਨ ਦਿਨ ਤੋਂ ਕੋਈ ਨੀ, ਚਲੋ ਡਰਨੇ ਵਾਲੀ ਗੱਲ ਨੀ ਹੁੰਦੀ, ਜੇ ਬਚਣਾ ਏਦਾਂ ਕਾਹਨੂੰ ਗਾਲਾਂ ਪਾਉਣੀਆਂ ਏਦਾਂ। ਹੁਣ ਸਾਡੇ ਤਾਂ ਕੰਨ ਪਈ ਹੋ, ਸਾਡੀ ਤਾਂ ਮਜਬੂਰੀ ਆ, ਸਾਨੂੰ ਤਾਂ ਕਰਨਾ ਪੈਣਾ ਗਾ, ਹਾਂ ਅਸੀਂ ਖਾ ਲੈਣੇ, ਕੋਈ ਗੱਲ ਨੀ। ਜੇ ਸਰਦਾ ਹੋਵੇ ਤਾਂ ਬਿਨਾਂ ਖਾਣ ਤੋਂ ਸਾਰ ਲਿਆ ਕਰੋ ਇਦਾਂ। ਅੱਛਾ ਅੱਛਾ, ਠੀਕ ਆ, ਹਾਂਜੀ,
ਹੋਰ ਵੀਰ ਜੀ ਇੱਕ ਗੱਲ ਹੋਰ ਪੁੱਛਣਾ ਸੀ ਵੀਰ ਜੀ, ਹੁਣ ਚਾਂਦਰੇ ਵਾਲੇ ਵੀਰ ਜੀ ਇੰਨੀ ਚੰਗੀ ਤਰ੍ਹਾਂ ਮਤਲਬ ਸੱਚ ਦਾ ਪ੍ਰਚਾਰ ਕਰਦਾ ਪਿਆ, ਫਿਰ ਇਹ ਪੁਜਾਰੀ ਲੋਕੀ ਇਹਨਾਂ ਦੇ ਮਗਰ ਕਿਉਂ ਪਏ ਉਹਨੇ ਵੀਰ ਜੀ? ਨਹੀਂ ਵੀਰਾ, ਜਿਹਦਾ ਢਿੰਦਾ ਆ ਉਹ ਤਾਂ ਕਰੂਗਾ ਨਾ, ਜਿਹੜਾ ਤਖ਼ਤ ਢਹਿ ਰਿਹਾ ਹੈ, ਜਿਹਦਾ ਸਿਸਟਮ ਢਹਿ ਰਿਹਾ ਹੈ, ਜਿਹਦੀ ਰੋਜੀ ਨੂੰ ਸੱਟ ਵੱਜ ਰਹੀ ਆ, ਉਹ ਕਿਉਂ ਨਾ ਕਹੇ? ਹਾਂਜੀ ਕਹੂਗਾ ਹੀ ਉਹ ਤਾਂ। ਹਾਂਜੀ ਠੀਕ ਆ, ਪੰਜਾਬ ਦੀ ਤਾਂ ਗੱਲ ਤਾਂ ਬਿਲਕੁਲ ਸਹੀ ਹੈ ਵੀਰ ਜੀ। ਹਾਂ ਹਾਂਜੀ ਹਾਂਜੀ, ਥੈਂਕ ਯੂ। ਬਾਕੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਿਊਜ਼ੀਲੈਂਡ ਤੋਂ ਬੋਲ ਰਿਹਾ ਭਾਜੀ, ਵਾਈ ਕੱਟ ਤੋਂ। ਹਾਂਜੀ, ਤੇ ਮੈਂ ਤੁਹਾਡਾ ਪਹਿਲੀ ਵਾਰ ਕਾਲ ਲਾਈ ਆ ਤੇ ਬਹੁਤ ਵਧੀਆ ਲੱਗਿਆ, ਤੇ ਮੈਂ ਇੱਕ ਗੱਲ ਕਹਿਣੀ ਸੀਗੀ, ਤੇ ਜਿੱਦਾਂ ਆਪਾਂ ਕੋਈ ਵੀ ਜਦੋਂ ਜਵਾਕ ਛੋਟਾ ਜੰਮਦਾ ਹਨਾ, ਤੇ ਜੇ ਆਪਾਂ ਉਹਨੂੰ ਕਿਤੇ ਬਾਹਰ ਛੱਡਈਏ ਜਿੱਥੇ ਕੋਈ ਲੋਕ ਨਾ ਹੋਣ, ਕਮਿਊਨਿਟੀ ਨਾ ਹੋਣ, ਜਿੱਦਾਂ ਜੰਗਲ, ਜਿੱਦਾਂ ਮੋਗਲੀ ਸੀਗਾ ਹਨਾ, ਹਾਂਜੀ, ਉਹ ਕਿਹੜਾ ਧਰਮ ਅਡੋਪਟ ਕਰੂਗਾ ਹਨਾ? ਹਾਂਜੀ, ਉਹਨੇ ਜਿਹੜਾ ਉਹਦੇ ਆਲੇ ਦੁਆਲੇ ਆ ਹਨਾ, ਉਹਨੇ ਉਹ ਅਡੋਪਟ ਕਰਨਾ, ਜਾਨਵਰਾਂ ਨਾਲ ਆੜੀ ਹੋਣੀ, ਜਿੱਦਾਂ ਉਹਦਾ ਕਹਿੰਦੇ ਹੁੰਦੀ ਬਗੀਰਾ ਉਹਦਾ ਆੜੀ ਆ ਹਨਾ, ਉਹਨੇ ਖਾਣਾ ਪੀਣਾ ਉਹਦਾ ਮਾਸ ਮੀਟ ਹੋਣਾ। ਤੇ ਜਦੋਂ ਹੁਣ ਆਪਾਂ ਪੰਜਾਬ ਚ ਜੰਮੇ ਆ, ਸਿੱਖ ਕਮਿਊਨਿਟੀ ਚ ਜੰਮੇ ਆ, ਆਪਾਂ ਨੂੰ ਪਰਿਵਾਰ ਨੇ ਆਪਣੇ ਤੋਂ ਉੱਤੇ ਹਨਾ ਵੀ ਇੱਦਾਂ ਤੇਰਾ ਸਿੱਖ ਧਰਮ ਆ, ਤੂੰ ਛੋਟਾ ਬੱਚਾ, ਤੂੰ ਆਪਾਂ ਹਨਾ ਗੁਰਦੁਆਰੇ ਸਾਹਿਬ ਗਏ, ਉੱਥੋਂ ਆਪਾਂ ਸਿੱਖ ਧਰਮ ਅਡੋਪਟ ਕੀਤਾ। ਪਰ ਜਦੋਂ ਆਪਾਂ ਦਸਾਂ ਗੁਰੂਆਂ ਦੀ, ਆਪਣੇ ਜਿਹੜੇ ਦਸਾਂ ਗੁਰੂਆਂ ਦਾ ਲਾਈਫ ਸਟਾਈਲ ਲਾਈਏ, ਉਹ ਹਰ ਇੱਕ ਗੁਰੂ ਦਾ ਵੱਖਰਾ ਸੀਗਾ, ਤੇ ਉਹ ਸੀਗਾ ਜਮਾਨੇ ਦੇ ਨਾਲ। ਗੁਰੂ ਨਾਨਕ ਦੇਵ ਜੀ ਦੇ ਜਮਾਨੇ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ ਹਨਾ, ਪੁੱਠੀਆਂ ਸਿੱਧੀਆਂ ਗੱਲਾਂ ਮੰਨਦੇ ਸੀਗੇ, ਉਹਨਾਂ ਦੇ ਅਗੇਂਸਟ ਹੋਏ, ਉਹਨਾਂ ਨੇ ਹਨਾ, ਉਹਨਾਂ ਨੂੰ ਬਹੁਤ ਔਖਾ ਵੀ ਹੋਇਆ ਹਨਾ, ਜਦੋਂ ਦੋਨੋਂ ਤੁਸੀਂ ਪੂਰੀ ਕਮਿਊਨਿਟੀ ਦੇ ਅਗੇਂਸਟ ਜਾਂਦੇ ਹੋ, ਤੁਹਾਨੂੰ ਸਹਿਣਾ ਪੈਂਦਾ, ਬਹੁਤ ਗਾਲਾਂ ਸਹਿਣੀਆਂ ਪੈਂਦੀਆਂ, ਬਹੁਤ ਕੁਛ ਸਹਿਣਾ ਪੈਂਦਾ, ਬੇਸ਼ੱਕ। ਪਰ ਉਹਨਾਂ ਨੇ ਗੱਲ ਆਪਣੇ ਤਰਕ ਦੀ ਕੀਤੀ, ਵੱਖਰੇ ਲੋਕ ਜੁੜੇ, ਸਿੱਖ ਧਰਮ ਉਦੋਂ ਵੱਖਰਾ ਬਣਿਆ ਸੀ ਨਾ, ਤੇ ਕਿਉਂ ਵੱਖਰੇ ਲੋਕ ਜੁੜੇ। ਹੁਣ ਜਿੱਦਾਂ ਤੁਸੀਂ ਗੱਲ ਕਹਿੰਦੇ ਹੋ ਹਨਾ, ਤੁਸੀਂ ਕੋਈ ਗੱਲ ਸਹੀ ਕਹਿੰਦੇ ਆ ਤਾਂ ਇੱਕ ਬੰਦੇ ਨੂੰ ਸਹੀ ਲੱਗੀ, 100 ਨੂੰ ਨਹੀਂ ਸਹੀ ਲੱਗੀ, ਇਹਦਾ ਮਤਲਬ ਆਪਾਂ ਇਹ ਨੀ ਕਿਹਾ ਵੀ 100 ਬੰਦਾ ਸਹੀ ਹੈ ਨਾ, ਇੱਕ ਬੰਦਾ ਗਲਤ ਹੈ। ਤੇ ਜਦੋਂ ਆਪਾਂ 6ਵੇਂ ਗੁਰੂ ਹੋਏ ਆ, ਉਦੋਂ ਥੋੜਾ ਰਾਜਿਆਂ ਦਾ ਦੌਰ ਚੱਲ ਗਿਆ ਸੀਗਾ, ਉਦੋਂ ਹਥਿਆਰ ਚੱਲੇ ਹਨਾ, ਉਦੋਂ ਚੱਕਣੇ ਪਏ, ਹੁਣ ਠੀਕ। ਤੇ ਹੁਣ ਜ਼ਮਾਨਾ ਫੇਰ ਉਹੀ ਆ ਗਿਆ ਵੀ ਹੁਣ ਹਥਿਆਰਾਂ ਦੀ ਲੋੜ ਨਹੀਂ ਹੈਗੀ, ਹੁਣ ਆਪਣਾ ਧਰਮ ਤੁਸੀਂ ਇੱਦਾਂ ਨਾ ਪ੍ਰਮੋਟ ਕਰੋ ਵੀ ਅਸੀਂ ਇੱਕ ਹਥਿਆਰ ਲੈਸ਼ ਬੰਦੇ ਆ ਹਨਾ। ਇੱਥੇ ਜਦੋਂ ਆਪਾਂ ਗੋਰਿਆਂ ਚ ਰਹਿੰਦੇ ਹਾਂ, ਕਈ ਵਾਰ ਗੋਰਿਆਂ ਨਾਲ ਵੀ ਹਨਾ ਗੱਲਾਂ ਬਾਤਾਂ ਹੁੰਦੀਆਂ, ਉਹ ਆਪਾਂ ਨੂੰ ਕੁਸ਼ਚਨ ਪੁੱਛਦੇ ਆ ਵੀ ਤੇਰਾ ਧਰਮ ਆ ਤੂੰ ਕਿਉਂ ਮੰਨਦਾ, ਕੀ ਗੱਲਾਂ ਸਹੀ ਨੇ ਹਨਾ, ਤੁਹਾਡੇ ਇੱਦਾਂ ਹੋਇਆ। ਆਪਣੇ ਇੰਡੀਆ ਧਰਮ ਬੇਸ ਤੇ ਆ, ਹਰ ਇੱਕ ਬੰਦਾ ਧਰਮ ਤੇ ਕੱਟੜਾ, ਹਰ ਇੱਕ ਆਪ ਚ ਲੜੀ ਜਾਂਦੇ ਆ, ਉਹਨੇ ਇਹ ਕਹਿਤਾ, ਉਹਨੇ ਇਹ ਕਹਿਤਾ ਹਨਾ, ਲੋਕ ਗਰੀਬ ਆ, ਹੁਣ ਕਿੰਨੀ ਭੁੱਖ ਮਰੀ ਆ। ਜਿਹਨਾਂ ਦੇਸ਼ਾਂ ਚ ਧਰਮ ਨਹੀਂ ਹੈਗਾ, ਉਹ ਦੇਸ਼ ਅੱਜ ਸਕਸੈਸਫੁਲ ਆ, ਲਾਈਫ ਸਟਾਈਲ ਉਹਨਾਂ ਦਾ ਬਹੁਤ ਵਧੀਆ ਹਨਾ, ਉੱਥੇ ਕੋਈ ਉਹ ਨਹੀਂ। ਤੇ ਹੁਣ ਇਹ ਇੱਦਾਂ ਵੀ ਤੁਸੀਂ, ਮੈਂ ਤੁਹਾਨੂੰ ਬਸ ਤੁਹਾਡੀ ਐਪਰੀਸ਼ੀਏਟ ਕਰਨਾ ਚਾਹੁੰਦਾ ਸੀਗਾ ਵੀ ਬਹੁਤ ਵਧੀਆ, ਜੇ ਤੁਹਾਡੇ ਕੋਈ ਅੰਗੇਜ਼ ਜਾਂਦਾ ਤਾਂ ਉਹਦਾ ਕੋਈ ਚੱਕਰ ਨਹੀਂ ਹਨਾ, ਜੇ ਤੁਹਾਨੂੰ ਕੋਈ ਪਤਾ ਵੀ ਜਿਹੜੇ ਲੋਕ ਸਹੀ ਆ ਉਹਨਾਂ ਨੇ ਹਮੇਸ਼ਾ ਨਾਲ ਹੀ ਰਹਿਣਾ, ਉਹਨਾਂ ਨੂੰ ਪਤਾ, ਉਹਨਾਂ ਨੇ ਤਰਕ ਦੀ ਗੱਲ ਕਰਨੀ ਹੈ ਵੀ ਹਾਂ ਇੱਦਾਂ ਕਿਉਂ ਹੋਇਆ, ਤੇ ਅਸੀਂ ਨਾਲ ਰਹਿਣਾ। ਬੇਸ਼ੱਕ ਜੀ, ਬੇਸ਼ੱਕ। ਹਾਂਜੀ ਹਾਂਜੀ, ਥੈਂਕ ਯੂ ਵੀਰੇ। ਹਾਂਜੀ ਹਾਂਜੀ, ਓਕੇ ਜੀ, ਓਕੇ, ਥੈਂਕ ਯੂ। ਸਾਡੇ ਨਾਲ ਵਟਸਐਪ ਤੇ ਇੱਕ ਸਰੋਤੇ ਆ ਜੀ। ਹਾਂ ਸਵਾਗਤ ਹੈ ਜੀ ਤੁਹਾਡਾ ਵਟਸਐਪ ਤੋਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਲੁਧਿਆਣੇ ਤੋਂ ਬੋਲਦਾ ਜੀ ਮੈਂ, ਤੇ ਇੱਕ ਦਿੱਲੀ ਤੋਂ ਸਰੋਤੇ ਆਏ ਸੀਗੇ ਜੀ, ਉਹਨਾਂ ਬਾਰੇ ਗੱਲ ਕਰਨੀ ਸੀਗੀ ਜੀ ਮੈਂ। ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਇੱਕ ਕਬੀਰ ਸਾਹਿਬ ਦੀ ਪੰਕਤੀ ਸੁਣਾਈ ਸੀਗੀ ਜੀ, ਮਤਲਬ ਨਿਤ ਨਿਤ ਮੇਂਡ ਘਨਾਵੇ ਵਾਲੀ। ਹਾਂਜੀ ਹਾਂਜੀ ਸਰ, ਮੈਂ ਤਾਂ ਇਹ ਕਹਿਣਾ ਚਾਹੁੰਦਾ ਮਤਲਬ ਜਿਹੜਾ ਇਹ ਨਿਤ ਨਿਤ ਮੇਂਡ ਘਨਾਵੇ, ਉਹ ਸਿਰਫ ਉਹਨਾਂ ਨੇ ਗੰਗਾ ਵਾਸਤੇ ਨੀ ਕਿਹਾ ਸੀਗਾ ਜੀ, ਸਰੋਵਰਾਂ ਬਾਰੇ ਵੀ ਕਿਹਾ ਸੀ। ਹਾਂਜੀ, ਉਹ ਗੰਗਾ ਬਾਰੇ ਨੀ ਕਿਹਾ ਸੀ, ਉਹ ਇਹਦੇ ਬਾਰੇ ਵੀ ਕਿਹਾ ਸੀਗਾ ਵੀ ਆਪਾਂ ਜਾਂਦੇ ਹਾਂ ਤਾਂ ਦੋਨੇ ਗੋਡੇ ਹੇਠਾਂ ਮੂਧੇ ਮਾਰ ਕੇ ਹੱਥ ਜੋੜ ਕੇ ਬਹਿੰਦੇ ਹਾਂ, ਨੱਕ ਨਾਲ ਲਕੀਰਾਂ ਕੱਢਦੇ ਹਾਂ, ਤੇ ਉਦੋਂ ਬਾਅਦ ਚ ਪਰਿਕਰਮਾ ਕਰਕੇ ਆ ਕੇ ਬਹਿੰਦੇ ਹਾਂ, ਉਹ ਵੀ ਸਾਰਾ ਨਹਾਉਣਾ ਹੀ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਨਹੀਂ ਹੁਣ ਤਾਂ ਅਸੀਂ ਤਾਂ ਸਿੱਧੇ ਸਰੋਵਰਾਂ ਚ ਨਹਾਉਣ ਲੱਗੇ ਹਾਂ ਉੱਥੇ ਨਾਲੋਂ, ਹਾਂਜੀ ਸਰ, ਮਤਲਬ ਇਹੀ ਆ, ਮਤਲਬ ਇਹ ਤਾਂ ਕਹਿਣ ਦਾ ਮਤਲਬ ਮੇਰਾ ਇਹੀ ਸੀਗਾ ਵੀ ਸਿਰਫ ਕੱਲੀ ਗੰਗਾ ਵਾਸਤੇ ਨੀ ਸੀਗਾ ਜੀ ਉਹ, ਕੋਈ ਸ਼ੱਕ ਨੀ ਜੀ ਇਹਦੇ ਵਿੱਚ, ਬਿਲਕੁਲ ਕਲੀਅਰ। ਥੈਂਕ ਯੂ ਜੀ। 107 ਤੇ ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪ੍ਰਦੀਪ ਸ਼ਰਮਾ ਬੋਲਦਾ ਆਸਟ੍ਰੇਲੀਆ ਤੋਂ। ਹਾਂਜੀ ਹਾਂਜੀ, ਮੈਨੂੰ ਭਾਜੀ 3 ਸਾਲ ਹੋ ਗਏ ਤੁਹਾਡਾ ਰੇਡੀਓ ਸੁਣਦੇ ਨੂੰ। ਹਾਂਜੀ, ਤੇ ਅੱਜ ਤੁਹਾਨੂੰ ਫੋਨ ਕੀਤਾ ਇੱਕ ਹਿੰਦੂ ਵੀਰ ਨੇ, ਪੰਕਜ ਸੀ ਸ਼ਾਇਦ ਨਾਮ, ਸ਼ਾਇਦ ਹਾਂਜੀ, ਮੈਂ ਉਹਨਾਂ ਨੂੰ ਇੱਕ ਜਵਾਬ ਦੇਣਾ ਚਾਹੁੰਦਾ। ਹੈਲੋ, ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਰੇਡੀਓ ਵਿਰਸਾ
ਕਿਸੇ ਧਰਮ ਦੇ ਖਿਲਾਫ ਨੀ ਬੋਲਦਾ, ਨਾ ਹਿੰਦੂ ਦੇ ਨਾ ਸਿੱਖ ਦੇ, ਉਹ ਸਿਰਫ ਇੱਕ ਆਮ ਜ਼ਿੰਦਗੀ ਦੇ ਵਿੱਚ ਜਿਹੜੇ ਤਜਰਬੇ ਆ ਜਾਂ ਜ਼ਿੰਦਗੀ ਕਿੱਦਾਂ ਜੀਣੀ ਚਾਹੀਦੀ ਉਹਦੇ ਬਾਰੇ ਗੱਲ ਕਰਦਾ, ਨਾ ਕਿ ਕਿਸੇ ਹਿੰਦੂ ਦੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ। ਉਹਦੇ ਵਿੱਚ ਜਿੱਦਾਂ ਮੇਰਾ ਸੁਣਨ ਦਾ ਮਕਸਦ ਨਾ ਮੇਰਾ ਕੋਈ ਧਰਮ ਦੇ ਨਾਲ ਲੈਣਾ ਦੇਣਾ, ਸਿਰਫ ਜਿਹੜਾ ਤੁਹਾਡਾ ਜ਼ਿੰਦਗੀ ਦਾ ਤਜਰਬਾ ਜਾਂ ਤੁਸੀਂ ਕਪੂਰ ਦੀਆਂ ਜਿਹੜੀਆਂ ਗੱਲਾਂ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਆ ਨਾ, ਹਾਂਜੀ, ਸਿਰਫ ਉਹਨਾਂ ਕਰਕੇ ਮੈਂ ਸੁਣਦਾ ਜੀ ਇਹਨੂੰ ਰੇਡੀਓ ਵਿੱਚ। ਸਿਰਫ ਤੇ ਹਿੰਦੂ ਵੀਰਾਂ ਨੂੰ ਵੀ ਇਹ ਅਪੀਲ ਆ ਵੀ ਤੁਸੀਂ ਉਹਨਾਂ ਚੀਜ਼ਾਂ ਤੇ ਗੌਰ ਕਰਕੇ ਉਹ ਜਿਹੜਾ ਕਪੂਰ ਦਾ ਤਜਰਬਾ ਜਾਂ ਉਹਦੀਆਂ ਚੀਜ਼ਾਂ ਉਹਨੂੰ ਸੁਣਨ ਦੇ ਲਈ ਹੀ ਰੇਡੀਓ ਵਿਰਸਾ ਸੁਣਿਆ ਕਰੋ। ਬਾਕੀ ਇਹਨਾਂ ਦਾ ਆਪਸ ਚ ਜੋ ਹੈਗਾ ਉਸ ਹਿਸਾਬ ਨਾਲ ਇਹ ਗੱਲ ਕਰਦੇ ਆਪਣੇ ਧਰਮ ਦੀ, ਇਹਨਾਂ ਨੂੰ ਕਰਨ ਦਿਓ, ਆਪਾਂ ਇਹਨਾਂ ਚੋਂ ਕੁਛ ਨੀ ਲੈਣਾ ਦੇਣਾ। ਨਹੀਂ ਉਹਨਾਂ ਉਹ ਵੀ ਵੀਰੇ ਗੱਲ ਇੱਦਾਂ ਨਾ, ਜਿਹੜੀ ਮਨੌਤ, ਮੈਂ ਕਹਿੰਦਾ ਪੜ੍ਹਿਆ ਲਿਖਿਆ ਹਿੰਦੂ ਜਿਹੜਾ ਨਾ ਉਹ ਮਨੌਤਾਂ ਦੇ ਨਾਲ ਨਹੀਂ ਸਹਿਮਤ ਹੋ, ਜਿੱਦਾਂ ਸ਼ਿਵਲਿੰਗ ਦੀ ਗੱਲ ਆ, ਬਨਾਰਸ ਦੇ ਵਿੱਚ ਆਰਾ ਸੀਗਾ ਜਿਹੜਾ ਕਰਵੱਤਰ ਆਰਾ ਸੀਗਾ, ਜਿਹੜੀਆਂ ਗੱਲਾਂ ਉਸ ਵੇਲੇ 400-500 ਸਾਲ ਪਹਿਲਾਂ ਜਿਸ ਤਰ੍ਹਾਂ ਸੀਆਂ ਉਹਨੂੰ ਕੋਈ ਵੀ ਕਬੂਲ ਨਹੀਂ ਕਰ ਸਕਦਾ। ਉਹ ਉਹ ਪੁਜਾਰੀ ਤਾਂ ਨਾਲੇ ਜਿਹੜਾ ਦੇਖੋ ਜਿਹੜਾ ਪੁਜਾਰੀ ਆ ਨਾ, ਜਿਹੜਾ ਰੱਬ ਦੇ ਨਾਂ ਦੇ ਉੱਤੇ ਠੱਗੀ ਮਾਰਨੀ ਚਾਹੁੰਦਾ ਉਹ ਕਿਸੇ ਦਾ ਸਕਾ ਨਹੀਂ ਹੋ ਸਕਦਾ। ਭਾਜੀ ਗੱਲ ਏਦਾਂ ਸੀ ਵੀ ਮੈਂ ਵੀ ਸ਼ਰਮਾ, ਪ੍ਰਦੀਪ ਸ਼ਰਮਾ ਮੇਰਾ ਨਾਮ ਆ, ਸਾਨੂੰ ਪਤਾ ਸਾਡੇ ਘਰਦਿਆਂ ਨੇ ਕਿਹਾ ਵੀ ਇਹਨੂੰ ਮੱਥਾ ਟੇਕਣਾ ਅਸੀਂ ਟੇਕ ਦਿੰਨੇ ਆ, ਪਰ ਸਾਡੇ ਅੰਦਰ ਅੰਦਰੋਂ ਜਿਹੜੀ ਕੋਮਨ ਸੈਂਸ ਆ ਸਾਨੂੰ ਇਹ ਕਹਿੰਦੀ ਆ ਵੀ ਕੋਈ ਜਿਵੇਂ ਹੁਣ ਮੰਗਲਵਾਰ ਆ, ਕਿਸੇ ਨੇ ਮੰਗਲਵਾਰ ਬਣਾਤਾ ਦਾਰੂ ਨੀ ਪੀਣੀ, ਬਾਲ ਨੀ ਕਟਾਣੇ, ਉਹ ਨੀ ਕਟਾਣੇ, ਉਹ ਸਿਰਫ ਕੀ ਆ ਇੱਕ ਡਰਾਮੇਬਾਜ਼ੀ ਆ ਆਪਣੇ ਆਪ ਸਹੂਲਤਾਂ ਦੇ ਹਿਸਾਬ ਨਾਲ ਬੰਦੇ ਨੇ ਉਹ ਚੀਜ਼। ਹੁਣ ਸਾਨੂੰ ਮੰਗਲਵਾਰ ਦੀ ਛੁੱਟੀ ਹੁੰਦੀ, ਅਸੀਂ ਮੰਗਲਵਾਰ ਦਾਰੂ ਪੀਣੀ, ਡਰਿੰਕ ਕਰਦੇ, ਠੀਕ ਆ, ਹਜੇ ਕਿ ਅਸੀਂ ਪੰਡਤ ਆ, ਇਹ ਕੋਈ ਚੀਜ਼ ਨੀ। ਉਹਨਾਂ ਨੇ ਆਪਣੀ ਆਪਣੀ ਜਿਸ ਬੰਦੇ ਨੂੰ ਜਿੱਦਾਂ ਦੀ ਸਹੂਲਤ ਆ ਉਸ ਹਿਸਾਬ ਨਾਲ ਦਿਨ ਬਣਾ ਲਏ ਹੋਏ, ਇਹਦੇ ਵਿੱਚ ਕੋਈ ਉਹ ਨੀਗਾ। ਤੇ ਇੱਕ ਸਿਰਫ ਕੋਮਨ ਸੈਂਸ ਦੀ ਗੱਲ ਆ ਜਿਹੜਾ ਰੇਡੀਓ ਵਿਰਸਾ ਕਰਦਾ, ਧਰਮ ਦੇ ਖਿਲਾਫ਼ ਨੀ ਕੋਈ ਕੁਛ ਨੀ, ਇਹ ਸਿਰਫ ਆਪਣੇ ਇੱਕ ਦੂਜੇ ਨੂੰ ਸੁਣ ਕੇ ਆਪਣੀ ਫਿਲੋਸਫੀ ਜਿਹੜੀ ਹੈਗੀ ਆ ਕੱਢ ਲੈਂਦੇ ਆ। ਤੇ ਇੱਕ ਮੈਂ ਆਪਣਾ ਦਿੱਲੀ ਵਾਲੇ ਭਾਜੀ ਨੇ ਤੁਹਾਨੂੰ ਫੋਨ ਕੀਤਾ ਸੀਗਾ ਹਿੰਦੂ ਵੀਰ ਨੂੰ ਜਵਾਬ ਦੇਣ ਦੇ ਲਈ, ਹਾਂਜੀ, ਤੇ ਉਹਨਾਂ ਨੂੰ ਮੇਰਾ ਇੱਕ ਸੁਨੇਹਾ ਵੀਰ, ਸਾਰਿਆਂ ਨਾਲੋਂ ਜ਼ਿਆਦਾ ਸਿੱਖ ਧਰਮ ਦੇ ਵਿੱਚ ਹਿੰਦੂਵਾਦ ਦਿੱਲੀ ਵਾਲਿਆਂ ਨੇ ਹੀ ਵਾੜਿਆ, ਠੀਕ ਆ, ਉਹ ਰੇਡੀਓ ਤੇ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ, ਸਾਰਿਆਂ ਨਾਲੋਂ ਜ਼ਿਆਦਾ ਕਰਵਾ ਚੌਥ ਦਿੱਲੀ ਵਾਲੀਆਂ ਸਾਡੀਆਂ ਬੀਬੀਆਂ ਭੈਣਾਂ ਰੱਖਦੀਆਂ ਸਿੱਖ ਧਰਮ ਚ ਜਿਹੜੀਆਂ, ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਹੈਗੇ ਆ ਆਹ ਵਾਹਿਗੁਰੂ ਦਾ ਜਾਪ ਜਾਂ ਕੁਛ ਜਿੰਨਾ ਪਖੰਡਵਾਦ ਜਾਂ ਪੁਜਾਰੀਵਾਦ ਜਿਹਨੂੰ ਕਹਿ ਦਈਏ ਆਪਾਂ, ਉਹ ਸਾਡੇ ਦਿੱਲੀ ਵਾਲੇ ਭਰਾ ਹੀ ਕਰਦੇ, ਜਿਹੜਾ ਸਾਨੂੰ ਭੁਲੇਖਾ ਪੈਂਦਾ ਨਾ ਵੀ ਸਿੱਖ ਧਰਮ ਹੋਰ ਨੀਗਾ ਹਿੰਦੂ ਚੋਂ ਨਿਕਲਿਆ, ਉਹ ਇਹਨਾਂ ਦੇ ਕਰਕੇ ਹੀ ਸਾਨੂੰ ਸ਼ੋਅ ਹੁੰਦਾ, ਕਿਉਂਕਿ ਸਾਡੇ ਵੀ ਹੁਣ ਜਿਹੜੇ ਫਰੈਂਡ ਆ ਇੰਡੀਆ ਚ ਸਰਕਲ ਆ ਸਾਰੇ ਜੱਟ ਸਿੱਖ ਆ ਜਾਂ ਹੋਰ ਆ, ਉਹ ਕੋਈ ਵੀ ਇਹਨਾਂ ਚੀਜ਼ਾਂ ਚ ਨੀ ਪੈਂਦੇ, ਕੋਈ ਵਰਤ ਨੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਕੋਈ ਪਖੰਡਵਾਦ ਚ ਨੀ ਪੈਂਦੇ ਉਹ, ਠੀਕ ਆ। ਪਰ ਜਿਹੜੇ ਆ ਦਿੱਲੀ ਵਾਲੇ ਸਾਡੇ ਵੀਰ ਆ ਇਹੀ ਜਿਹੜੇ ਆ ਨਾ ਉਹ ਮੱਥਾ ਟੇਕਣ ਦੀ ਨੱਕ ਰਗੜਦੇ ਆ ਗ੍ਰੰਥ ਸਾਹਿਬ ਦੇ, ਸਿਰਫ ਉਹਨੂੰ ਇਹੀ ਸੁਣਿਆ ਵੀਰ ਐਵੇਂ ਸਾਰਿਆਂ ਨੂੰ ਭੰਬਲ ਭੂਸੇ ਕੇ ਇੱਕ ਦੂਜੇ ਦੀ ਗੱਲ ਸੁਣ ਕੇ ਨਾ ਪਾਓ, ਕੋਈ ਕੁਛ ਨੀ ਗਾ, ਸਿਰਫ ਰੇਡੀਓ ਵਿਰਸਾ ਗੱਲ ਕਰਦਾ ਸਿਰਫ ਕਿੱਦਾਂ ਜ਼ਿੰਦਗੀ ਜੀਣੀ ਆ, ਬੰਦੇ ਨੂੰ ਡਿਵੈਲਪ ਕਿਵੇਂ ਹੋਣਾ, ਨਹੀਂ ਬਸ ਤੁਸੀਂ ਡਿਵੈਲਪਮੈਂਟ ਦੀ ਗੱਲ, ਆਪ ਸੁਰਖਰੂ ਹੋ ਗਏ ਨਾ, ਤੇ ਕੋਈ ਜਿਹੜਾ ਜਿਹਨੂੰ ਰੱਬ ਕਿਹਾ ਜਾ ਰਿਹਾ ਨਾ, ਰੱਬ ਤਾਂ ਤੁਹਾਡੀ ਮੁੱਠੀ ਦੇ ਵਿੱਚ ਆ, ਗ੍ਰਿਫਤ ਦੇ ਵਿੱਚ ਆ ਤੁਹਾਡੀ ਚ, ਇੱਦਾਂ ਉੱਥੋਂ ਤਾਂ ਬੈਠਕਾਂ ਕਢਾ ਲਿਓ ਭਾਵਾਂ ਤੁਸੀਂ। ਹੁਣ ਭਾਜੀ ਸਾਡੇ ਬਜ਼ੁਰਗਾਂ ਨੇ ਸਾਨੂੰ ਕਿਹਾ ਵੀ ਹਾਂਜੀ ਆ ਮਾਤਾ ਜੀ ਆ ਸ਼ਿਵ ਜੀ ਆ, ਸਾਡਾ ਧਰਮ ਕਹਿੰਦਾ ਇਹਨੂੰ ਮੱਥਾ ਟੇਕੋ, ਅਸੀਂ ਟੇਕ ਦਿੰਦੇ, ਉਹ ਕਹਿੰਦੇ ਗਾ ਤੁਹਾਡੀ ਮਰਜ਼ੀ ਆ ਤੁਸੀਂ ਕੀ ਕਰਨਾ, ਸਾਡੀ ਮਾਂ ਨੇ ਕਹਿੰਦਾ ਜੀ ਅੱਜ ਦੀਵਾਲੀ ਆ ਜੀ ਲਕਸ਼ਮੀ ਪੂਜਾ ਮੱਥਾ ਟੇਕ ਲਓ, ਅਸੀਂ ਟੇਕ ਲਿਆ ਜੀ, ਗੱਲ ਹੁਣ ਸਾਨੂੰ ਇਹ ਵੀ ਸਾਨੂੰ ਵੀ ਸਾਡੀ ਵੀ ਕੋਮਨ ਸੈਂਸ ਹੈ ਜੀ। ਹੁਣ ਜੇ ਮੰਨ ਲਓ ਵੈਸ਼ਨੋ ਦੇਵੀ ਆ ਜਾਂ ਕਿਤੇ ਹੋਰ ਆ, ਇੰਨੇ ਧਾਰਮਿਕ ਸਥਾਨ ਹੈ ਵੀ ਜ਼ਰੂਰੀ ਥੋੜੀ ਹੁਣ ਉੱਥੇ ਹੀ ਬਣੇ, ਹਿਮਾਚਲ 'ਚ ਕਿਉਂ ਬਣੇ, ਹੁਣ ਮੈਂ ਮੋਗੇ ਦਾ ਸਾਡੇ ਮੋਗੇ ਕਿਉਂ ਨੀ ਬਣ ਗਈ ਵੈਸ਼ਨੋ ਦੇਵੀ, ਪਹਾੜਾਂ 'ਚ ਕਿਉਂ ਬਣ ਗਈ ਜਾ ਕੇ, ਤੇ ਕੋਮਨ ਸੈਂਸ ਆ ਸਾਡੇ ਬਦਰੀਨਾਥ ਇੰਨੀ ਦੂਰ ਪਹਾੜਾਂ 'ਚ ਜਾ ਕੇ ਕਿਉਂ ਬਣ ਗਿਆ, ਕਿਤੇ ਉੱਥੇ ਬਣ ਜਾਂਦਾ ਇੱਥੇ ਤਰਨ ਤਾਰਨ ਬਣ ਜਾਂਦਾ, ਕਿਉਂ ਕਿਉਂ ਬਣਿਆ ਇਹ ਉੱਥੇ ਕਿਉਂ ਬਣਾਇਆ, ਇਹ ਸਭ ਪੁਜਾਰੀਆਂ ਨੇ ਬਣਾਇਆ, ਉੱਧਰ ਕੰਮ ਨੀ ਕਾਰ ਨੀ ਕੋਈ ਲੈਣਾ ਨੀ ਕੋਈ ਦੇਣਾ ਨੀ, ਇਨਕਮ ਦਾ ਸਾਧਨ ਨੀ, ਇਹ ਲੋਕਾਂ ਨੇ ਕੀ ਆ ਸੋਚ ਵਿਚਾਰ ਕੇ ਉੱਥੇ ਇੰਨੀ ਇੰਨੀ ਦੂਰ ਬਣਾ ਤੇ ਵੀ ਚਲੋ ਉਹਨਾਂ ਦੀ ਰੋਜੀ ਰੋਟੀ ਚੱਲਦੀ, 6 ਮਹੀਨੇ ਲੋਕ ਜਾਂਦੇ ਆ ਉਹਨਾਂ ਦੀਆਂ ਸਾਲ ਦੀਆਂ ਰੋਟੀਆਂ ਬਣ ਜਾਂਦੀਆਂ, ਇਹ ਟੂਰਿਸਟ ਸਪੋਟ ਬਣਾ ਤੇ। ਹੁਣ ਸਾਡੇ ਇੱਥੇ ਕਹਿੰਦੇ ਜੀ ਚਿੰਤਪੁਰਨੀ ਮਾਤਾ ਤੇ ਜਾਣਾ ਜੀ, ਹੁਣ ਕੀ ਆ ਇੱਕ ਪਿਕਨਿਕ ਸਪੋਟ ਬਣੇ ਹੋਏ ਆ, ਠੀਕ ਆ ਜੀ, ਉੱਥੇ ਇੰਨੇ ਇੰਨੇ ਲੰਗਰ ਲੱਗਦੇ ਆ ਜੀ, ਖੀਰ ਦਾ ਜੀ ਉਹਦਾ ਜੀ, ਘੱਟੋ ਘੱਟ 25 ਤਰ੍ਹਾਂ ਦੇ ਪਕਵਾਨ ਸਟਾਲ ਤੇ, ਯਾਰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ, ਇੱਕ ਪਿਕਨਿਕ ਸਪੋਟ ਆ, ਠੀਕ ਆ।
ਪਰ ਲੋਕਾਂ ਨੂੰ ਥੋੜਾ ਸਮਝਣਾ ਚਾਹੀਦਾ। ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ, ਜਿਹੜੇ ਹਿੰਦੂ ਲੋਕ ਹੈ ਨਾ ਉਹ ਇਸ ਚੀਜ਼ ਨੂੰ ਸਮਝ ਚੁੱਕੇ, ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਹ ਇਸ ਚੀਜ਼ ਨੂੰ ਸਮਝ ਚੁੱਕੀ ਆ। ਉਹ ਜਾਂਦੇ ਆ, ਅੱਜ ਮੰਗਲਵਾਰ ਆ, ਮੱਥਾ ਟੇਕਿਆ, ਮੰਦਿਰ ਤੋਂ ਸਿੱਧਾ ਆਉਂਦੇ ਹੀ ਪਹਿਲਾਂ ਹੋਟਲ ਸ਼ੋਪ ਤੇ ਜਾਂਦੇ ਆ। ਉਹ ਨੀ ਇਹਨਾਂ ਚੀਜ਼ਾਂ ਨੂੰ ਇੰਨਾ ਨੀ, ਉਹ ਸਿਰਫ ਇੱਕ ਦਿਖਾਵਾ ਵੀ ਨੀ ਕਰਦੇ, ਬਸ ਠੀਕ ਆ ਜੀ ਮਾਤਾ ਹੈਗੀ ਆ, ਮਾਤਾ ਨੇ ਕਿਹਾ ਵੀ ਮੱਥਾ ਟੇਕਣਾ, ਫੋਨ ਆ ਗਿਆ ਇੰਡੀਆ ਤੋਂ ਅੱਜ ਜੀ ਫਲਾਨਾ ਵਰਤ ਅੱਜ ਰੱਖ ਲਓ, ਰੱਖ ਲਿਆ ਜੀ। ਸਿਰਫ ਇੱਥੋਂ ਤੱਕ ਧਰਮ ਨੂੰ ਉਹ ਮੰਨ ਰਹੇ ਆ, ਕੋਈ ਇੰਨਾ ਉਹ ਨੀ ਕਰਦੇ। ਸਮਾਂ ਬਦਲ ਗਿਆ ਜੀ, ਮੈਂ ਤੁਹਾਨੂੰ ਤਿੰਨ ਸਾਲ ਤੋਂ ਸੁਣਦਾ ਆ ਰਿਹਾ, ਤੁਹਾਡਾ ਕਿਸੇ ਦੇ ਨਾਲ ਕੋਈ ਰੌਲਾ ਨੀ। ਸਿਰਫ ਤੁਸੀਂ ਜਿਵੇਂ ਹੁਣ ਇਲੈਕਸ਼ਨ ਹੋ ਜਾਂਦਾ ਨਾ, ਉਸ ਤੋਂ ਬਾਅਦ ਕਹਿੰਦੇ ਜੀ ਹਾਂਜੀ ਮੀਟਿੰਗ ਕਰੋ, ਪੜਚੋਲ ਕਰੋ ਵੀ ਹੋਇਆ, ਗਲਤੀਆਂ ਕਿੱਥੇ ਹੋਈਆਂ, ਤੁਸੀਂ ਉਹ ਕਰ ਰਹੇ ਹੋ। ਤੁਹਾਡਾ ਤੂੰ ਹੋ ਗਿਆ ਠੀਕ ਹੈ, 84 ਹੋ ਗਿਆ, ਨਾ ਉਹ ਮੁੜ ਕੇ ਹੁਣ ਕੁਛ ਹੋਣਾ, ਨਾ ਤੁਸੀਂ ਕੁਛ ਕਰ ਸਕਦੇ, ਸਿਰਫ ਇੱਕ ਪੜਚੋਲ ਹੋ ਰਹੀ ਹੈ। ਨਹੀਂ ਜ਼ਰੂਰੀ ਆ ਜੀ, ਨਾਲੇ ਉਹ ਤੋਂ ਗਾਹਾਂ ਕਿੱਦਾਂ ਵਿਚਰਨਾ ਅਸੀਂ, ਅਸੀਂ ਤਾਂ ਸਾਰੀ ਸਾਰੀ ਦੁਨੀਆ ਇਹਨਾਂ ਮੁਲਕਾਂ ਦੇ ਵਿੱਚ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਆ, ਉੱਥੇ ਹਰੇਕ ਧਰਮ ਦਾ, ਹਰੇਕ ਜਾਤ ਦਾ, ਹਰੇਕ ਨਸਲ ਦਾ ਬੱਚਾ ਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਨਹੀਂ ਪੈਂਦਾ ਜੀ। ਠੀਕ ਹੈ, ਬੱਚਾ ਬੱਚੇ ਦੇ ਨਾਲ ਇੱਦਾਂ, ਨਾ ਉਹ ਇਹ ਪੁੱਛਦਾ ਵੀ ਤੇਰੇ ਮਾਪੇ ਕੌਣ ਆ, ਕਿੱਥੇ ਪਲਿਆ ਆ, ਤੂੰ ਯਤੀਮ ਆ, ਨਹੀਂ ਡੈਡੀ ਮੰਮੀ ਦਾ ਡਿਵੋਰਸ ਹੋਇਆ, ਨਹੀਂ ਡੈਡੀ, ਹਰੇਕ ਨੂੰ ਬਰਾਬਰ ਦਾ ਹੱਕ ਆ, ਔਰ ਬਰਾਬਰੀ ਦੇ ਨਾਲ ਉਹਨਾਂ ਨਾਲ ਵਿਹਾਰ ਕੀਤਾ ਜਾਂਦਾ। ਉਹੀ ਹੈ ਨਾ ਜੀ, ਇਹੀ ਚੀਜ਼ਾਂ ਬਸ। ਬਹੁਤ ਬਹੁਤ ਧੰਨਵਾਦ ਜੀ, ਬਸ ਤੁਹਾਡਾ ਮੇਨ ਤਾਂ ਸੁਣਨ ਦਾ ਪ੍ਰੋਗਰਾਮ ਇਹੀ ਹੁੰਦਾ ਜੀ, ਜਿਹੜਾ ਤੁਹਾਡਾ ਜ਼ਿੰਦਗੀ ਦਾ ਤਜਰਬਾ, ਤੁਸੀਂ ਜਿੱਦਾਂ ਲੋਕਾਂ ਨੂੰ, ਤੁਹਾਨੂੰ ਕੋਮਨ ਸੈਂਸ ਰੱਬ ਨੇ ਇੱਕ ਵੱਖਰੀ ਦਿੱਤੀ ਆ ਅਤੇ ਬੰਦੇ ਨੂੰ ਪਰਖਣ ਦੀ, ਇਹਨਾਂ ਚੀਜ਼ਾਂ ਕਰਕੇ ਸੁਣੀ ਦਾ। ਹੋਰ ਮੇਰਾ ਕੋਈ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾਲ ਇੱਕ ਧਰਮ ਦੀ ਜਿਹੜੀ ਬਹਿਸ ਹੈ ਜੀ ਉਹ ਕਦੇ ਖਤਮ ਨਹੀਂ ਹੋ ਸਕਦੀ, ਇੱਕ ਰਾਜਨੀਤੀ ਦੀ ਬਹਿਸ। ਨਹੀਂ ਉਹ ਤਾਂ ਤੁਹਾਡੀ ਮਨੌਤ ਦੇ ਉੱਤੇ ਨਾ, ਤੁਸੀਂ ਮਨੌਤ ਜਿੱਦਾਂ ਦੀ ਮਰਜ਼ੀ ਬਣਾ ਲਓ, ਤੁਸੀਂ ਕਹੀ ਜਾਓ ਮੇਰਾ ਵਿਸ਼ਵਾਸ ਹੈ ਇਹ, ਮੈਂ ਮੰਨਦਾ ਇੱਦਾਂ, ਫਿਰ ਉਹ ਖਤਮ ਕਿੱਦਾਂ ਹੋ ਜਾਊਗੀ? ਹਾਂਜੀ ਹਾਂਜੀ, ਤੱਥ ਤੇ ਆਧਾਰਿਤ ਤਾਂ ਹੈ ਹੀ ਨਹੀਂ ਕੋਈ। ਹਾਂਜੀ ਹਾਂਜੀ, ਕਿਸੇ ਦੀ ਮਨੌਤ ਨੂੰ ਕਾਹਦੇ ਨਾਲ ਪਰਖਿਆ ਜਾਊਗਾ? ਉਹ ਤਾਂ ਪੈਮਾਨਾ ਹੀ ਕੋਈ ਲੱਗਣਾ ਨਹੀਂ। ਨਹੀਂ, ਥੈਂਕ ਯੂ ਵੀਰੇ, ਠੀਕ ਹੈ, ਓਕੇ ਬਾਈ, ਧੰਨਵਾਦ ਜੀ। ਵਟਸਐਪ ਤੇ ਇੱਕ ਸਰੋਤੇ ਆ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਾਂਜੀ, ਤੁਸੀਂ 9168 ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ ਹੈਲੋ, ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਗੱਲ ਕਰਨੀ ਸੀ। ਤੁਸੀਂ ਆਉਂਦੇ ਰਹੋ ਜੀ, ਸਰੋਤੇ ਸੁਣ ਰਹੇ ਤੁਹਾਨੂੰ, ਤੇ ਮੈਂ ਤੁਹਾਨੂੰ ਹਾਂਜੀ ਕਹਿ ਰਿਹਾ, ਤੁਸੀਂ ਗੱਲ ਕਰੋ ਆਪਣੀ। ਸਰ ਜਦੋਂ ਆਪਾਂ ਛੋਟੇ ਹੁੰਦੇ ਇੱਧਰ ਮਨੀਕਰਨ ਸਾਈਡ ਜਾਂਦੇ ਸੀ ਨਾ ਜੀ, ਹਾਂਜੀ, ਉੱਧਰ ਇੱਕ ਮੰਡੀ ਸਾਹਿਬ ਗੁਰਦੁਆਰਾ ਸੀ ਇੱਥੇ ਜੀ, ਮਨੀਕਰਨ ਤੋਂ ਪਿੱਛੇ ਥੋੜਾ ਮੰਡੀ ਸ਼ਹਿਰ ਆ ਜੀ ਉੱਥੇ, ਉਹ ਜਦੋਂ ਉੱਥੇ ਭਾਈ ਜੀ ਸਾਹਿਬ ਸੁਣਾਉਂਦੇ ਨਾ ਇੱਕ ਕਥਾ ਦੀ, ਹਾਂਜੀ, ਹਾਂਜੀ ਹਾਂਜੀ, ਹੈਲੋ, ਹਾਂਜੀ ਹਾਂਜੀ, ਆ ਰਹੀ ਆਵਾਜ਼, ਕਰੋ ਗੱਲ, ਤੁਸੀਂ ਕਰੀ ਜਾਓ। ਉਹ ਭਾਈ ਸਾਹਿਬ ਜੀ ਗਿਆਨੀ ਜਿਹੜਾ ਉੱਥੇ ਗ੍ਰੰਥੀ ਸਾਹਿਬ, ਹਾਂਜੀ, ਜਿਹੜੀ ਸੰਗਤਾਂ ਦੀ ਸਾਰਿਆਂ ਨੂੰ ਇਹੀ ਕਥਾ ਸੁਣਾਉਂਦੇ ਸੀ, ਉਹ ਕਹਿੰਦੇ ਸੀ ਬਈ ਇਹਨੂੰ ਨਾ ਆਏ ਸਾਲ ਉੱਥੇ ਰਾਜੇ ਲੁੱਟ ਕੇ ਲੈ ਜਾਂਦੇ ਸੀ, ਉਹ ਕਰੇ ਜਿਹੜਾ ਉੱਥੇ ਰਾਜਾ ਸੀ ਉਹ ਕਰੇ ਜਦੋਂ ਮੰਡੀ ਨੂੰ ਆਏ ਸਾਲ ਲੁੱਟ ਕੇ ਲੈ ਜਾਂਦੇ ਸੀ ਨਾ ਜੀ, ਉਹ ਕਹਿੰਦੇ ਕਰੇ ਫਿਰ ਉਹ ਜਿਹੜਾ ਰਾਜਾ ਸੀ ਕਰੇ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ, ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ, ਫਿਰ ਉਹ ਕਹਿੰਦਾ ਕਰੇ ਗੁਰੂ ਸਾਹਿਬ ਨੂੰ ਉਹਨੂੰ ਅਪੀਲ ਕਰੀ ਰਾਜੇ ਨੇ ਬਈ ਜਦੋਂ ਰਾਜੇ ਨੇ ਉਹਨੂੰ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਨੇ ਅਪੀਲ ਕੀਤੀ, ਕਹਿੰਦਾ ਬਈ ਵੀਰੇ ਤੁਹਾਡੀ ਨੈੱਟਵਰਕ ਦੀ ਪ੍ਰੋਬਲਮ ਆ ਅਤੇ ਸਾਡੀ ਬਹੁਤ ਜ਼ਿਆਦਾ ਪ੍ਰੋਬਲਮ ਆ, ਜਦੋਂ ਇੱਦਾਂ ਹੁੰਦੀ ਆ ਸਾਨੂੰ ਮੁਸ਼ਕਿਲ ਹੋ ਜਾਂਦਾ। 107 'ਤੇ ਤੁਸੀਂ ਆਉਂਦੇ ਰਹੋ ਜੀ, ਧੰਨਵਾਦ ਜੀ ਤੁਹਾਡਾ। ਵਟਸਐਪ ਤੋਂ ਇੱਕ ਹੋਰ ਸਰੋਤੇ ਆ, ਹਾਂਜੀ, ਤੁਸੀਂ 27915। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਡਿਸਟ੍ਰਿਕਟ ਮਾਨਸਾ ਪੰਜਾਬ ਤੋਂ ਬੋਲ ਰਹੇ ਜੀ। ਸੁਣਾਓ ਕੀ ਹਾਲ ਜੀ? ਠੀਕ ਠਾਕ ਜੀ। ਵੀਰ ਜੀ, ਜੋ ਤੁਸੀਂ ਇਹ ਪ੍ਰੋਗਰਾਮ ਲਾਈਵ ਤਕਰੀਬਨ ਸ਼ਨੀਵਾਰ ਹੀ ਚੱਲਦਾ, ਮੈਂ ਹਰ ਤਕਰੀਬਨ 2 ਸਾਲ ਸੇ ਸੁਣਦਾ ਜੀ, ਬਹੁਤ ਵਧੀਆ ਵੀਰ ਜੀ, ਥੈਂਕ ਯੂ ਜੀ। ਤਕਰੀਬਨ ਜੋ ਮਾਨਤਾਵਾਂ ਪਹਿਲਾਂ ਚੱਲ ਰਹੀਆਂ ਜੀ, ਇਹ ਤਾਂ ਬਹੁਤ ਸੁਣ ਕੇ ਬੜਾ ਗੰਦਾ ਲੱਗਦਾ ਜੀ, ਵੀ ਕੀ ਇੱਥੇ ਖੜੇ ਸੀ ਅਸੀਂ,
ਇਹ ਤਾਂ ਬਹੁਤ ਜ਼ਿਆਦਾ ਇਸ ਹਿਸਾਬ ਨਾਲ ਤਾਂ ਬਹੁਤ ਪਿੱਛੇ ਚਲੇ ਜਾਵਾਂਗੇ ਜੀ, ਜੋ ਆਉਣ ਵਾਲੇ ਗਾਹਾਂ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਦੇ ਕੌਣ ਦੇਊਗਾ। ਨਹੀਂ ਨਹੀਂ ਪਿੱਛੇ ਨਹੀਂ, ਜੇ ਤਾਂ ਗਰਕਾਉਣਗੇ ਸਾਨੂੰ ਤਲਕਾਉਣਗੇ, ਤਾਂ ਉਹ ਤਾਂ ਚਾਹੁੰਦੇ ਹੀ ਪਸ਼ੂਆਂ ਦੇ ਪੱਧਰ 'ਤੇ ਸਾਨੂੰ ਬੰਨ੍ਹ ਕੇ ਰੱਖਣਾ ਚਾਹੁੰਦੇ ਆ, ਵੀ ਗਲ 'ਚ ਐਸੀ ਪਜਾਲੀ ਪਾ ਕੇ ਆਪਣੇ ਖੁੰਡਰਾਂ ਬੰਨ੍ਹ ਕੇ ਰੱਖਣ, ਬਸ ਉਹਨਾਂ ਦੇ ਕਹਿਣੇ ਤੋਂ ਬਾਹਰ ਨਾ ਜਾਈਏ ਅਸੀਂ। ਹਾਂਜੀ ਹਾਂ ਵੀਰ ਜੀ, ਬਾਕੀ ਥੈਂਕ ਯੂ ਤੁਹਾਡਾ, ਜੋ ਤੁਸੀਂ ਚਲਾ ਰਹੇ ਹੈ ਕੰਮ ਬਹੁਤ ਚੰਗੀ ਅੱਛੀ ਗੱਲ ਹੈ ਜੀ, ਜੋ ਲੋਕਾਂ ਨੂੰ ਸਮਝ ਆ ਰਹੀ ਹੈ, ਹੌਲੀ ਹੌਲੀ ਫਲੋ ਫਲਾਵਰ ਵੱਧ ਰਹੇ ਨੇ ਜੀ ਤੁਹਾਡੇ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ, ਥੈਂਕ ਯੂ ਵੀਰੇ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। 107 ਤੇ ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਹਾਂਜੀ ਭਾਜੀ, ਮੈਂ ਯੂਕੇ ਤੋਂ ਬੋਲਦਾ। ਹਾਂਜੀ, ਮੇਰਾ ਨਾਮ, ਹਾਂਜੀ ਤੇ ਭਾਜੀ, ਜਿਹੜੀਆਂ ਤੁਸੀਂ ਹੁਣ ਗੱਲਾਂ ਕਰਦੇ ਪਏ ਆ ਧਰਮਾਂ ਦੀਆਂ, ਹਨਾ, ਤੁਹਾਨੂੰ ਮੋਹਣੇ ਪਹਿਲਾਂ ਕਿਹੜਾ ਮੁੰਡਾ ਤੁਸੀਂ ਇੱਥੇ ਇੱਕ ਤਾਂ ਬੈਠੇ ਆ ਪ੍ਰੋਗਰਾਮ ਆਪਣਾ ਧਰਮ ਦੀ ਗੱਲ ਕਰਨ ਵਾਸਤੇ, ਤੁਹਾਡਾ ਹੁਣ ਕਿਹੜਾ ਸਾਨੂੰ ਪਹਿਲਾਂ ਪ੍ਰਦੀਪ ਸ਼ਰਮਾ ਕੋਲ ਕਰਕੇ ਹੜਿਆ, ਹਨਾ, ਤੇ ਉਹਨੇ ਹੈ ਆਪਣੇ ਆਪ ਨੂੰ ਕਹਿੰਦਾ ਮੇਰਾ ਧਰਮ ਨਾਲ ਕੋਈ ਲੈਣਾ ਦੇਣਾ ਨੀ, ਪਿੱਛੇ ਆਪਣੇ ਸ਼ਰਮਾ ਲਾਈ ਫਿਰਦਾ ਪੰਡਤਾਂ ਵਾਲਾ ਗੋਦ, ਠੀਕ ਆ ਨਾ, ਜੇ ਉਹਨੂੰ ਕੋਈ ਆਪਣੇ ਤੇਰਾ ਧਰਮ ਨਾਲ ਕੋਈ ਲੈਣਾ ਦੇਣਾ ਨੀ, ਪ੍ਰਦੀਪ ਸ਼ਰਮਾ ਜੀ ਕਾ ਪਿੱਛੇ ਪ੍ਰਦੀਪ ਕੋਈ ਹੋਰ ਲਾ ਲਾ ਆਪਣਾ, ਨਾਲ ਪ੍ਰਦੀਪ ਰੱਖ ਲਾ, ਇੱਕ ਪਾਸੇ ਉਹ ਬੰਦਾ ਕਹਿਣ ਡਿਆ ਮੈਂ ਧਰਮ ਨੂੰ ਕੋਈ ਲੈਣਾ ਦੇਣਾ ਨਾ, ਠੀਕ ਆ, ਇੱਕ ਪਾਸੇ ਸਾਨੂੰ ਕੋਲ ਕਰਦਾ ਪਿਆ ਇੱਥੇ ਉਹ, ਠੀਕ ਆ, ਤੇ ਤੁਸੀਂ ਇੱਦਾਂ ਦੇ ਬੰਦੇ ਕੋਈ ਚਾਜੀ ਸਲਾਹ ਦਿਓ, ਤੁਸੀਂ ਆਪ ਤਾਂ ਧਰਮ ਦੀ ਗੱਲ ਕਰਦੇ ਪਏ ਆ, ਹਨਾ, ਠੀਕ ਆ, ਸਿੱਖ ਧਰਮ ਤੁਸੀਂ ਫੋਲੋ ਕਰਦੇ ਹੋ, ਸਿੱਖ ਧਰਮ ਦੀ ਗੱਲ ਕਰਦੇ, ਬਾਬਾ ਨਾਨਕ ਜੀ ਦੀ ਗੱਲ ਕਰਦੇ ਆ, ਠੀਕ ਆ ਨਾ, ਤੇ ਇੱਕ ਪਾਸੇ ਸਾਨੂੰ ਬੰਦਾ ਕਹਿ ਰਿਹਾ ਮੈਂ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂਗਾ, ਤੁਸੀਂ ਖੁਦ ਉਹਨੂੰ ਸਹੀ ਰਸਤੇ ਪਾਓ ਨਾ, ਭਈ ਜਿੱਦਾਂ ਮਰਜ਼ੀ ਆ ਤੂੰ ਆਪਣੇ ਧਰਮ 'ਚ ਰਹਿ ਜਾਂ ਕਿੱਦਾਂ ਵੀ ਕਰ, ਜਾਂ ਤਾਂ ਤੂੰ ਕਿਸੇ ਧਰਮ ਦੀ ਗੱਲ ਨਾ ਕਰ, ਠੀਕ ਹੈ, ਜਾਂ ਆਪਣੇ ਪਿੱਛੇ ਤੂੰ ਸ਼ਰਮਾ ਹਟਾ ਲਾ, ਹੈਨਾ। ਤੇ ਜਿਹੜੀ ਤੁਸੀਂ ਭਾਈ ਇੱਥੇ ਗੱਲਾਂ ਕਰਦੇ ਆ, ਤੁਹਾਡੇ ਨਾਲ ਕੋਈ ਇੱਕ ਤੁਹਾਡੇ ਕੋਲੋਂ ਤੁਸੀਂ ਕਿਸੇ ਦੀ ਗੱਲ ਫੜ ਲੈਂਦੇ ਆ, ਕੋਈ ਗੱਲ ਕਿਸੇ ਦੀ ਫੜ ਲੈਂਦੇ ਆ, ਇੱਕ ਤੁਹਾਨੂੰ ਪਹਿਲਾਂ ਕਿਸੇ ਹਿੰਦੂ ਵੀਰ ਨੇ ਕੋਲ ਕੀਤੀ, ਹੈਨਾ, ਹੋਰ ਚਾਰ ਬੰਦਿਆਂ ਨੇ ਤੁਹਾਨੂੰ ਕੋਲਾਂ ਕਰਤੀਆਂ, ਤੇ ਹਿੰਦੂ ਵੀਰ ਨੇ ਏਦਾਂ ਕਿਹਾ, ਹਿੰਦੂ ਵੀਰ ਨੇ ਏਦਾਂ ਕਿਹਾ, ਜਿੱਦਾਂ ਜੋ ਵੀ ਤੁਹਾਡੇ ਨਾਲ ਗੱਲ ਕੀਤੀ ਉਸ ਮੁੰਡੇ ਨੇ, ਹਨਾ, ਉਸ ਮੁੰਡੇ ਦੇ ਪੇਸ਼ੇ ਪੈ ਗਏ, ਹਨਾ, ਤੁਸੀਂ ਵੀ ਭਾਜੀ ਇੱਕ ਗੱਲ ਕੋਈ ਕਿਤੇ ਫੜ ਲੈਂਦੇ ਆ, ਇੱਕ ਗੱਲ ਸਿੱਖ ਤੋਂ ਫੜ ਲੈਂਦੇ ਆ, ਕਿਸੇ ਨੇ ਭਿੰਡਰ ਵਾਲੇ ਨੇ ਕੁਛ ਕਹਿਤਾ, ਕਿਸੇ ਨੇ ਬਾਬਾ ਠਾਕਰ ਸਿੰਘ ਨੂੰ ਕੁਛ ਕਹਿਤਾ, ਕਿਸੇ ਨੇ ਹਿੰਦੂ ਧਰਮ ਦੀ ਗੱਲ ਕੋਈ ਕਰਤੀ, ਹਨਾ, ਤੁਸੀਂ ਕਦੇ ਆਪਣਾ ਵੀ ਮੇਨ ਪੁਆਇੰਟ ਰੱਖੋ ਨਾ, ਕੋਈ ਤੁਸੀਂ ਇੱਕ ਦੀ ਗੱਲ ਫੜ ਕੇ ਉਹੀ ਗੱਲ ਗਾਂਹ ਤੋਂ ਗਾਂਹ ਬਣਾ ਦਿੰਦੇ, ਲੋਕਾਂ 'ਚ ਭਾਈ ਨਾ ਨਫ਼ਰਤ ਪੈ ਰਹੀ ਹੈ, ਇਹਦਾ ਕਿਸੇ ਨੂੰ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਹੋ ਰਿਹਾ, ਜੇ ਸੋਚਦੇ ਹੋਗੇ ਨਾ, ਸਾਨੂੰ ਕਿੱਦਾਂ ਕਰਨੀ, ਸਾਨੂੰ ਨੁਕਸਾਨ ਵੀ ਹੁੰਦਾ, ਸਾਨੂੰ ਕਿੱਦਾਂ, ਤੁਸੀਂ ਇੱਦਾਂ ਕਰੋ, ਤੁਸੀਂ 5 ਮਿੰਟ ਦੇ ਵਿੱਚ ਸਰੋਤਿਆਂ ਨੂੰ ਦੱਸੋ ਵੀ ਸਾਨੂੰ ਕਿੱਦਾਂ ਕਰਨੀ ਚਾਹੀਦੀ ਹੈ, ਪੂਰੇ 5 ਮਿੰਟ ਮੈਂ ਨਹੀਂ ਬੋਲੂੰਗਾ, ਤੁਸੀਂ ਦੱਸੋ। ਤੁਸੀਂ ਬਦਵਾਨ ਬੈਠਿਆ ਨੇ ਇੱਥੇ, ਤੁਸੀਂ ਰੇਡੀਓ ਚਲਾ ਰਹੇ ਆ, ਮੈਂ ਰੇਡੀਓ ਨਹੀਂ ਚਲਾ ਰਿਹਾ, ਬਦਵਾਨ ਤੁਸੀਂ ਬੈਠੇ ਆ, ਸਾਨੂੰ ਲੋਕੀ ਜ਼ਿਆਦਾ ਸੁਣਦੇ, ਲੋਕ ਫੋਲੋ ਕਰਦੇ ਤੁਹਾਨੂੰ, ਕੋਈ ਕਹਿੰਦਾ ਮੈਂ 3 ਸਾਲ ਤੋਂ ਤੁਹਾਨੂੰ ਸੁਣਦਾ, ਕੋਈ ਕਹਿੰਦਾ 5 ਸਾਲ ਤੋਂ ਸੁਣਦਾ, ਹਾਂ, ਅਸੀਂ ਇੱਕ ਘਰ 'ਚ 2 ਜਣੇ ਰਹਿੰਦੇ ਆ, ਮੈਂ ਮੇਰਾ ਤੁਹਾਨੂੰ ਪਹਿਲਾਂ ਗੱਜੀ ਸਿੰਘ ਨੇ ਮੇਰੇ ਭਰਾ ਨੇ ਕੋਲ ਕੀਤੀ ਸੀ, ਉਹ ਸਿੱਖਿਆ ਤੇ ਮੈਂ ਹਿੰਦੂ ਧਰਮ ਦਾ, ਠੀਕ ਹੈ, ਦੋ ਭਰਾ ਦੋ ਇੰਗਲੈਂਡ 'ਚ, ਹਾਂਜੀ ਦੋਨੇ ਇੰਗਲੈਂਡ 'ਚ, ਹਾਂਜੀ, ਤੇ ਤੁਹਾਡੇ ਭਰਾ ਦਾ ਕੀ ਨਾਮ ਸੀ? ਮੈਂ ਗੁਰਜੀਤ ਸਿੰਘ, ਮੈਂ ਸਿੱਖਾਂ ਹਿੰਦੂਆਂ ਸੀ, ਭਰਾ ਆ, ਠੀਕ ਆ, ਬਾਕੀ ਅਲੱਗ ਅਲੱਗ ਪੈਂਦੇ, ਤੁਸੀਂ ਭਰਾ ਆ, ਮੈਂ ਭਰਾ ਮੰਨਦਾ ਤਾਂ ਹੈ ਵੀ ਭਰਾ ਆ, ਠੀਕ ਆ, ਤੇ ਤੁਹਾਡਾ ਨਾਮ ਕੀ ਆ? ਹਾਂਜੀ ਮੇਰਾ ਨਾਮ ਅਵਤਾਰ ਸਿੰਘ ਆ। ਓਕੇ, ਤੇ ਯੂਕੇ ਕਿਹੜੇ ਸ਼ਹਿਰ 'ਚ ਰਹਿੰਦੇ ਤੁਸੀਂ? ਮੈਂ ਸਕਾਟਲੈਂਡ ਗਲਾਸਗੋ। ਕਿੰਨੇ, ਅੱਛਾ, ਸਕਾਟਲੈਂਡ 'ਚ ਕਿੰਨੇ ਚਿਰ ਤੋਂ? ਹਾਂਜੀ ਕਿੰਨੇ ਚਿਰ ਤੋਂ? ਮੈਨੂੰ ਭਾਈ 15 ਸਾਲ ਹੋ ਗਏ, ਮੇਰੀ ਫੈਮਿਲੀ ਵੀ ਇੱਥੇ ਆ। ਹਾਂਜੀ, ਤੁਸੀਂ ਇਦਾਂ ਕਰੋ, ਤੁਸੀਂ ਕੋਈ ਨਾ, ਚਲੋ ਏਦਾਂ 4 ਸੁਝਾਅ ਦਿਓ ਵੀ ਕੀ ਕਰਨਾ ਚਾਹੀਦਾ ਸਾਨੂੰ, ਪਹਿਲਾਂ 4 ਉਹ ਦੱਸੋ, ਫਿਰ 4 ਉਹ ਦੱਸੋ ਕੀ ਨਹੀਂ ਕਰਨਾ ਚਾਹੀਦਾ। ਨਹੀਂ ਪਹਿਲੇ 4 ਸੁਝਾਅ ਤਾਂ ਭਾਜੀ, ਪਹਿਲਾ ਸੁਝਾਅ ਇਹ ਆ, ਤੁਸੀਂ ਇੱਥੇ ਜਿਹੜੀ ਗੱਲ ਕੋਈ ਕਿਸੇ ਦੀ ਫੜ ਕੇ, ਕੋਈ ਕਿਤੇੋਂ ਫੜ ਲਈ, ਕੋਈ ਕਿਤੇੋਂ ਫੜ ਲਈ, ਕਿਤੇੋਂ ਫੜ ਲਈ, ਹਨਾ, ਤੁਸੀਂ ਉਹ ਗੱਲ ਨੂੰ ਇਸ਼ੂ ਬਣਾ ਕੇ ਗਾਂਹ ਦੱਸਦੀ ਆ, ਠੀਕ ਹੈ ਨਾ, ਇਹਨਾਂ ਭਾਜੀ ਲੋਕਾਂ 'ਚ ਨਫ਼ਰਤ ਪੈਦਾ ਹੁੰਦੀ ਆ, ਇਹਦਾ ਫਾਇਦਾ ਨਹੀਂ ਨੁਕਸਾਨ। ਇੱਕ ਐਗਜ਼ਾਮਪਲ ਦਊਂਗੇ, ਕੋਈ ਐਗਜ਼ਾਮਪਲ ਭਾਜੀ ਤੁਹਾਨੂੰ ਮੈਂ ਖੁਦ ਕਹਿ ਰਿਹਾ, ਮੇਰੇ ਤੋਂ ਵੱਡੀ ਐਗਜ਼ਾਮਪਲ ਕੀ, ਤੁਹਾਨੂੰ ਮੈਂ ਬੋਲ ਕੇ ਦੱਸ ਰਿਹਾ, ਤੁਸੀਂ ਕਹਿੰਦੇ ਸਰੋਤਿਆਂ ਨੂੰ ਮੈਂ ਤੁਹਾਡੀ ਗੱਲ ਸੁਣਾ ਪਿਆ, ਸਰੋਤੀ ਮੇਰੀ ਗੱਲ ਸੁਣਦੇ ਵੀ ਹੋਊਗੇ, ਇਸ ਤੋਂ ਵੱਡੀ ਐਗਜ਼ਾਮਪਲ ਕੀ ਆ ਭਾਜੀ, ਇਹਨਾਂ ਲੋਕਾਂ 'ਚ ਪਾੜ ਪੈ ਰਿਹਾ, ਇਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ, ਜੇ ਚਲੋ ਠੀਕ ਆ ਤੁਹਾਨੂੰ ਬੰਦੇ ਫੋਲੋ ਕਰਦੇ ਆ, ਆਪਣੇ ਧਰਮ ਤਾਂ ਉਨੇ ਹੋ ਚੁੱਕੇ, ਭਾਵੇਂ ਕਿਸੇ ਨੂੰ ਮੰਨਦੇ ਆ, ਭਾਵੇਂ ਉਹ ਸਿੱਖ ਨੂੰ ਮੰਨਦੇ ਆ, ਧਰਮ ਦੇ ਆ, ਭਾਵੇਂ ਹਿੰਦੂ ਦੇ ਆ, ਚਲੋ ਉਹ ਆਪਣੇ ਧਰਮ ਤੋਂ ਹੋ ਚੁੱਕੇ। ਇੱਕ ਤਾਂ ਸੁਝਾਅ ਤੁਹਾਡਾ ਇਹ ਹੋ ਗਿਆ ਵੀ ਇੱਦਾਂ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਇੱਕ ਗੱਲ ਇੱਧਰੋਂ ਫੜੀ, ਇੱਕ ਇੱਧਰੋਂ ਫੜੀ, ਇੱਦਾਂ, ਚਲੋ ਇੱਕ ਹੋਰ 3 ਸੁਝਾਅ ਹੋਰ ਦਿਓ ਤੁਸੀਂ। ਗੱਲ ਪਤਾ ਕੀ ਹੁੰਦੀ ਭਾਜੀ, ਗੱਲ ਇਹ ਹੁੰਦੀ ਆ ਕਿ ਤੁਸੀਂ ਇੱਥੇ ਬੈਠੇ ਆ ਇੱਕ ਜਗ੍ਹਾ ਤੇ, ਠੀਕ ਆ, ਤੁਸੀਂ ਇੱਕ ਰੂਮ 'ਚ ਬੈਠੇ ਆ, ਸਾਰਿਆਂ ਨੂੰ ਤੁਸੀਂ ਦੱਸਦੇ ਪਏ ਆ ਕਿ ਹਾਂਜੀ ਆਹ ਧਰਮ ਦੇ ਵਿੱਚ ਆਹ ਹੋ ਰਿਹਾ ਵਾ, ਆਹ ਬੰਦਾ ਮਾੜਾ, ਤੁਸੀਂ ਗੁਰਜੀਤ ਸਿੰਘ ਤੁਸੀਂ ਗੁਰਜੀਤ
ਅਸੀਂ ਤੁਹਾਨੂੰ ਇਸ ਕਰਕੇ ਫੋਲੋ ਕਰਨ ਲੱਗੇ ਕਿ ਠੀਕ ਆ ਤੁਹਾਡੀਆਂ ਗੱਲਾਂ ਵਧੀਆ ਹੋਣੀਆਂ, ਕਿਤੇ ਬੈਠੇ ਬੈਠੇ ਸੁਣਨ ਲੱਗ ਪਏ ਉਹ ਤੁਹਾਡੀਆਂ ਗੱਲਾਂ ਏਦਾਂ ਦੀਆਂ ਉਹ ਲੱਗ ਪਈਆਂ, ਕਾਲਜ ਐਕਟ ਨੂੰ ਢਾਤਾ, ਭਿੰਡਰ ਵਾਲੇ ਨੇ ਏਦਾਂ ਕਰਤਾ, ਉਹਨਾਂ ਨੇ ਆਣ ਕੇ ਸਰਕਾਰ ਨੇ ਏਦਾਂ ਸੀ, ਉਹ ਇੰਦਰਾ ਗਾਂਧੀ ਸੀ, ਉਹ ਹਿੰਦੂ ਦੇ ਸੀ, ਉਹ ਏਦਾਂ ਸੀ ਉਹ, ਪਰ ਇਹ ਨਾ ਸਾਡੇ ਦੋਵਾਂ ਚ ਇੱਦਾਂ ਹੋਣ ਲੱਗ ਪਈ ਕਿ ਯਾਰ ਤੁਸੀਂ ਸਾਡੇ ਤੇ ਇੱਦਾਂ ਅਟੈਕ ਕੀਤਾ ਸੀ, ਉਹ ਏਦਾਂ ਸੀ, ਬੰਦਾ ਸੋਚਣ ਤੇ ਲੱਗ ਪੈਂਦਾ ਨਾ ਇੱਕ ਵਾਰੀ, ਆਪਾਂ ਕੀ ਲੈਣਾ ਤੁਸੀਂ ਤੇ ਬੈਠੇ, ਤੁਸੀਂ ਇਹ ਗੱਲ ਕਰੋ ਕਿ ਠੀਕ ਆ ਜੋ ਵੀ ਹੋ ਗਿਆ ਜਿਹਨੇ ਵੀ ਕੀਤਾ ਉਹ ਆਪਣੇ ਆਪ ਭੁਗਤਣਗੇ, ਜਿਹੜਾ ਵੀ ਕਰਦਾ ਪਿਆ ਉਹ ਆਪੀ ਦੱਸਦੇ ਪਏ ਆ ਵੀਰੇ ਸੋਰੀ। ਪਤਾ ਕੀ ਗੱਲ ਹੋਈ, ਹਾਂਜੀ ਕਈ ਵਾਰ ਪਤਾ ਨਹੀਂ ਹੁੰਦਾ, ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇੱਦਾਂ ਦੋ ਜਣੇ ਇੱਕੋ ਹੀ ਥਾਂ ਤੇ ਰਹਿੰਦੇ ਤੇ ਇਕੱਠੇ ਹੀ ਰਹਿੰਦੇ ਆ, ਵਾਤਾਵਰਨ ਤੇ ਬੋਲੋ, ਕਿਸੇ ਧਰਤੀ ਤੇ ਬੋਲੋ, ਕਿਸੇ ਬੋਲੋ, ਕਿ ਇਹ ਚੀਜ਼ਾਂ ਨੂੰ ਨਾ ਖਰਾਬ ਕਰੋ, ਕਿ ਆਹ ਚੀਜ਼ਾਂ ਆਪਣੇ ਸਿਹਤ ਲਈ ਸਹੀ ਆ। ਇੱਕ ਮਿੰਟ, ਅੱਜ ਕੱਲ ਧਰਮਾਂ ਦੇ ਵਿੱਚੋਂ ਅੱਜ ਕੱਲ ਤੁਸੀਂ ਪੈਸਾ ਕਮਾਈ ਜਾਂਦੇ ਆ, ਕਿਸੇ ਨੂੰ ਆ ਦੱਸੀ ਜਾਂਦੇ ਉਹਨੇ ਮਾੜਾ ਕੀਤਾ, ਭਿੰਡਰ ਵਾਲੇ ਨੇ ਮਾੜਾ ਕੀਤਾ, ਉਹਦੇ ਨਿਆਣੇ ਨੇ ਪੈਸੇ ਕਮਾ ਲਏ, ਉਹਨਾਂ ਨੇ ਕਮਾ ਲਏ, ਤੁਸੀਂ ਕੀ ਲੈਣਾ ਉਹਨਾਂ ਦੀਆਂ ਪ੍ਰੋਪਰਟੀਆਂ ਤੋਂ? ਨਾ ਨਾ ਕੱਖ ਨਹੀਂ, ਕੱਖ ਬਣਾ ਰਹੇ ਕਿ ਨਹੀਂ ਉਹਨਾਂ ਦੇ ਜੇ ਤੁਸੀਂ ਤੁਸੀਂ ਉਹਨਾਂ ਬਾਰੇ ਬੋਲਣਾ ਬੰਦ ਕਰੋ, ਆਪਦੀ ਵਿਸ਼ੇ ਤੇ ਬੋਲੋ, ਆਪਦੇ ਵਿਸ਼ੇ ਤੇ ਪੈਸੇ ਕਮਾਓ। ਅੱਛਾ ਕਿਸੇ ਨੂੰ ਮਾੜਾ ਕਹਿ ਕੇ ਤੂੰ ਪੈਸੇ ਕਮਾਉਣ ਦੇ? ਤੁਹਾਡੇ ਸਕਾਟਲੈਂਡ 'ਚ ਅੱਜ ਕੱਲ ਮੌਸਮ ਕਿੱਦਾਂ ਦਾ? ਮੌਸਮ ਬਹੁਤ ਵਧੀਆ ਭਾਜੀ, ਮਤਲਬ ਠੰਡ ਗਰਮੀ ਉਹ ਤੇ ਤੁਹਾਨੂੰ ਵੀ ਭਾਈ ਪਤਾ ਹੈ ਜਿੱਦਾਂ ਦਾ ਇੱਥੇ ਆ ਉਦਾਂ ਦਾ ਇੱਥੇ ਆ। ਨਹੀਂ ਨਹੀਂ ਸਾਡੇ ਉਲਟੇ ਆ ਨਾ, ਤੁਹਾਡੇ ਨਾਲ ਸਾਡੀ ਤਾਂ ਗਰਮੀ ਸ਼ੁਰੂ ਹੋ ਗਈ ਆ। ਚਲੋ ਵਧੀਆ ਵਾ, ਠੰਡ ਵੀ ਆਊਗੀ। ਨਹੀਂ ਨਹੀਂ ਤੁਹਾਡੇ ਤੁਹਾਡੇ ਅੱਜ ਕੱਲ ਗਰਮੀ ਸ਼ੁਰੂ ਹੋਈ ਕਿ ਠੰਡ ਸ਼ੁਰੂ ਹੋਈ ਆ? ਨਹੀਂ ਭਾਈ ਠੰਡ ਹੋ ਗਈ ਸ਼ੁਰੂ। ਤੇ ਸਕਾਟਲੈਂਡ 'ਚ ਫਸਲ ਕਿਹੜੀ ਕਿਹੜੀ ਹੋ ਜਾਂਦੀ ਆ? ਠੰਡ ਭਾਜੀ ਹੁਣ ਮਾਈਨਸ ਤੱਕ ਪਹੁੰਚਿਆ ਹੋਇਆ, ਅੱਜ ਮਾਈਨਸ 1 ਆ। ਲੈ ਫਿਰ ਸਾਡੇ ਤਾਂ ਗਰਮੀ ਦਾ ਏਸੀ ਚਲਾਇਆ ਇੱਥੇ। ਅੱਛਾ ਉੱਥੇ ਫਸਲ ਕਿਹੜੀ ਕਿਹੜੀ ਹੋ ਜਾਂਦੀ ਸਕਾਟਲੈਂਡ 'ਚ? ਨਹੀਂ ਫਸਲ ਤੁਸੀਂ ਛੱਡੋ, ਤੁਸੀਂ ਇਹ ਗੱਲ ਤੁਸੀਂ ਹੁਣ ਤਾਂ ਤੁਸੀਂ ਗੱਲ ਨੂੰ ਚੇਂਜ ਕਰਦੇ ਪਏ ਆ ਨਾ, ਮਤਲਬ ਹੋਰ ਕੋਈ ਗੱਲ ਕਰ ਲਈਏ ਨਾ ਆਪਾਂ ਹੁਣ। ਨਹੀਂ ਗੱਲ ਨਹੀਂ ਭਾਜੀ, ਬਟ ਕੀ ਗੱਲ ਹੁੰਦੀ ਵਾ ਕਿਸੇ ਦੇ ਵਿੱਚ ਬਹੁਤ ਲੋਕੀ ਹੁੰਦੇ ਆ, ਜਿੱਦਾਂ ਲਾ ਲਓ ਕਿ ਆਪਾਂ ਕਿਸੇ ਤੋਂ ਲੈਣਾ ਕੋਈ ਮਾੜਾ ਕੋਈ ਚੰਗਾ, ਇਹ ਚੀਜ਼ਾਂ ਤੋਂ ਆਪਾਂ ਕੀ ਲੈਣਾ ਵਾ, ਕੋਈ ਮਾੜਾ ਹੋਵੇ ਕੋਈ ਚੰਗਾ ਹੋਵੇ। ਸਹੀ ਗੱਲ ਹੈ, ਸਹੀ ਗੱਲ, ਉਹ ਉਹਨਾਂ ਤੋਂ ਤੁਸੀਂ ਲੈ ਕੇ ਕੀ ਫਾਇਦਾ ਹੁੰਦਾ ਤੁਹਾਨੂੰ? ਹੁਣ ਤੁਹਾਨੂੰ ਕੋਈ ਗਾਲਾਂ ਕੱਢਦਾ ਜਾਂ ਸਾਨੂੰ ਤੁਸੀਂ ਬੋਲਦੇ ਆ ਗਲਤ, ਤੁਹਾਡੇ ਵੀ ਨਿਆਣੇ ਸੁਣਦੇ, ਸਾਡੇ ਵੀ ਫੈਮਿਲੀ ਵਾਲੇ ਸੁਣਦੇ ਆ, ਉਹ ਵੀ ਸੋਚ ਦੇਣਗੇ ਸਾਡੇ ਡੈਡੀ ਨੂੰ ਕੋਈ ਗਾਲਾਂ ਕੱਢੀ ਜਾਂਦਾ। ਨਾ ਨਾ ਮੇਰਾ ਮੁੰਡਾ ਨਹੀਂ ਰੇਡੀਓ ਸੁਣਦਾ, ਉਹ ਕਹਿੰਦਾ ਮੈਂ ਨਹੀਂ ਸੁਣਦਾ। ਨਹੀਂ ਫਿਰ ਫੋਲੋ ਤਾਂ ਕਰਦਾ ਹੀ ਹੋਊਗਾ ਕਿ ਮੇਰਾ ਡੈਡੀ ਆ, ਹਾਂ ਕਿ ਉਹ ਆ ਚੀਜ਼ ਕੰਮ ਕਰਦਾ ਵਾ ਇਦਾਂ ਇਦਾਂ। ਆਹ ਨਹੀਂ ਨਹੀਂ ਕੋਈ ਨਹੀਂ, ਚਲੋ ਤੁਸੀਂ ਹੋਰ ਕੁਝ ਸੁਝਾਅ ਦੇਣਾ ਚਾਹੁੰਦੇ ਹੋ? ਹੋਰ ਕੁਝ ਸੁਝਾਅ ਦੇਣਾ ਚਾਹੁੰਦੇ ਹੋ? ਨਹੀਂ ਭਾਜੀ ਕੋਈ ਵੀ ਧਰਮ ਹੈ ਨਾ ਉਹ ਆਪਣੇ ਪਹਿਲੇ ਪੈਗੰਬਰ ਨੂੰ ਫੋਲੋ ਕਰਦਾ, ਠੀਕ ਆ? ਤੁਸੀਂ ਬਾਬਾ ਨਾਨਕ ਜੀ ਦੀ ਗੱਲ ਕਰ ਰਹੇ, ਤੁਸੀਂ ਬਾਬਾ ਨਾਨਕ ਨੂੰ ਫੋਲੋ ਕਰਦੇ, ਠੀਕ ਹੈ ਨਾ? ਜਦੋਂ ਮੁਸਲਮਾਨਾਂ ਦੇ ਸੁਨਤ ਦਾ ਰਿਵਾਜ ਚੱਲਿਆ, ਉਹਨਾਂ ਦਾ ਪਹਿਲਾ ਪੈਗੰਬਰ ਮੁਹੰਮਦ ਸੀ ਨਾ, ਸਭ ਤੋਂ ਪਹਿਲਾਂ ਪੈਗੰਬਰ ਹੋਇਆ, ਤਾਂ ਜਦੋਂ ਉਹਨਾਂ ਸੁਨਤ ਆ ਜਿਹੜੀ ਮੁਸਲਮਾਨ ਦੀ ਗਿਆਨ ਕਮਿਊਨਿਟੀ ਆ, ਉਹਨਾਂ ਨੇ ਆਪਣੇ ਇੱਕ ਪੈਗੰਬਰ ਨੂੰ ਫੋਲੋ ਕਰਨਾ, ਉਹਨਾਂ ਨੇ ਕਬੀਰ ਨੂੰ ਫੋਲੋ ਕਰਨਾ, ਨਾ ਬਾਬੇ ਨਾਨਕ ਨੂੰ ਫੋਲੋ ਕਰਨਾ, ਠੀਕ ਹੈ ਨਾ? ਕੋਈ ਵੀ ਭਾਜੀ ਧਰਮ ਦਾ ਬੰਦਾ ਜਿਹੜਾ ਆਪਣੇ ਪਹਿਲੇ ਪੈਗੰਬਰ ਨੂੰ ਫੋਲੋ ਕਰਦਾ, ਤੁਸੀਂ ਇਹਦੇ ਵਿੱਚ ਕਬੀਰ ਦੀ ਉਦਾਹਰਣ ਨਹੀਂ ਦੇ ਸਕਦੇ, ਕਬੀਰ ਨੇ ਏਦਾਂ ਕਿਹਾ, ਕਬੀਰ ਹਾਂ ਸਹੀ ਹੋਊਗਾ ਕੁਛ ਹੱਦ ਤੱਕ, ਉਸ ਹਿਸਾਬ ਦੇ ਨਾਲ ਉਸ ਟਾਈਮ ਕੀ ਸਿਚੁਏਸ਼ਨ ਸੀ, ਉਸ ਹਿਸਾਬ ਨਾਲ ਕੀ ਕਲਚਰ ਸੀ, ਕਿੱਦਾਂ ਸੀ ਨਾ ਉਸ ਟਾਈਮ ਦਾ, ਤੁਹਾਨੂੰ ਪਤਾ ਨਹੀਂ ਮੈਨੂੰ ਪਤਾ ਉਸ ਟਾਈਮ ਕਿੱਦਾਂ ਦਾ ਕਰੇਕਰ ਤਾਂ ਸੀ, ਕੁਛ ਵੀ ਸੀ, ਹਰੇਕ ਬੰਦਾ ਭਾਜੀ ਆਪਣੇ ਪੈਗੰਬਰ ਨੂੰ ਫੋਲੋ ਕਰ ਸਕਦਾ, ਤੁਹਾਨੂੰ ਇਹ ਕਹਿਣ ਦਾ ਹੱਕ ਨਹੀਂ ਹੈਗਾ ਤੇ ਕਬੀਰ ਨੇ ਆਹ ਗੱਲ ਕਹੀ ਆ, ਠੀਕ ਹੈ ਨਾ? ਪਤਾ ਤੁਸੀਂ ਇਸ ਗੱਲ ਨੂੰ ਸ਼ੋਰ ਆ ਵੀ ਕਬੀਰ ਨੇ ਜਿਹੜੀ ਉਹਦੇ ਵਿੱਚ ਗੱਲ ਕਹੀ ਆ ਸੱਚੀ ਹੋਗੀ, ਗ੍ਰੰਥ ਸਾਹਿਬ ਦੇ ਵਿੱਚ ਕਿਸੇ ਗੱਲ ਚੇਂਜ ਨਹੀਂ ਕੀਤੀ ਹੋਗੀ, ਤੁਸੀਂ ਇਹ ਗੱਲ ਨੂੰ ਸ਼ੋਰ ਹੈਗੇ? ਪਤਾ ਕਰਨਾ ਫਿਰ ਵੀ ਹੋ ਸਕਦਾ ਕਿਸੇ ਹੋਰ ਨੇ ਕਹੀ ਹੋਵੇ, ਪਤਾ ਕਰਨਾ ਚਾਹੀਦਾ। ਤੁਸੀਂ ਮੈਨੂੰ ਗਾਰੰਟੀ ਦਵੋ ਵੀ ਹਾਂ ਕਬੀਰ ਦੀਆਂ ਕਬੀਰ ਸਾਹਿਬ ਨੇ ਉਹ ਗੱਲ ਲਿਖੀ ਆ 100% ਸ਼ੋਰ ਆ। ਨਾ ਨਾ ਮੈਂ ਨਹੀਂ ਦੇ ਸਕਦਾ, ਮੈਂ ਤਾਂ ਮਿਲਿਆ ਨਹੀਂ ਕਬੀਰ ਸਾਹਿਬ ਨੂੰ। ਹਾਂ ਤੁਹਾਨੂੰ ਨਾ ਪਤਾ ਜਿਹੜਾ ਕਬੀਰ ਸਾਹਿਬ ਸੀਗੇ ਮੁਸਲਮਾਨ ਜਰਾਏ ਸੀ, ਕਬੀਰ ਜੀ ਇੰਨਾ ਵਿਦਵਾਨ ਸੀ, ਕਬੀਰ ਨੂੰ ਮੁਸਲਮਾਨ ਕਿਉਂ ਨਹੀਂ ਮੰਨਦੇ? ਕਿੱਦਾਂ ਜਿਹੜਾ ਕਬੀਰ ਸਾਹਿਬ ਸੀ ਨਾ ਮੁਸਲਮਾਨ ਜਰਾਇਆ ਸੀ, ਕਬੀਰ ਸਾਹਿਬ ਕਬੀਰ ਨੂੰ ਮੁਸਲਮਾਨ ਕਿਉਂ ਨਹੀਂ ਮੰਨਦੇ? ਅੱਛਾ ਹਾਂ ਨਹੀਂ ਸੀ ਮੈਨੂੰ ਪਤਾ ਵੀ ਮੁਸਲਮਾਨ ਆ ਉਹ ਜਲਾਏ ਆਉਂਦਾ, ਤੁਸੀਂ ਹਿਸਟਰੀ ਕੱਢ ਕੇ ਦੇਖ ਲਓ ਕਦੇ ਉਹ ਜਲਾਏ ਸੀਗੇ ਮੁਸਲਮਾਨ ਜਲਾਏ, ਤਾਂ ਉਹਨੂੰ ਕਬੀਰ ਜੇ ਕਬੀਰ ਐਡਾ ਵਿਦਵਾਨ ਸੀ, ਕਬੀਰ ਨੂੰ ਮੁਸਲਮਾਨ ਕਿਉਂ ਨਹੀਂ ਮੰਨਦੇ ਦੱਸੋ ਪਹਿਲਾਂ? ਹਾਂ ਗੱਲ ਤਾਂ ਸੋਚਣੇ ਵਾਲੀ ਹੈ। ਗੱਲ ਇੱਕ ਹੋਰ ਆ ਭਾਜੀ, ਇੱਕ ਗੱਲ ਸੁਣੋ, ਕੋਈ ਵੀ ਬੰਦਾ ਨਾ ਜਦੋਂ ਆਪਣੇ ਧਰਮ ਤੋਂ ਐਂਟੀ ਹੁੰਦਾ ਜਾਂ ਖਿਲਾਫ ਹੁੰਦਾ ਨਾ, ਉਹ ਆਪਣੇ ਧਰਮ ਖਿਲਾਫ ਸਭ ਤੋਂ ਪਹਿਲਾਂ ਦੂਜੇ ਧਰਮ ਖਿਲਾਫ ਨਹੀਂ ਬੋਲੂਗਾ,
ਉਹ ਭਾਵੇਂ ਪਹਿਲਾਂ ਦੂਜੇ ਧਰਮ ਦੇ ਖਿਲਾਫ ਹੋਊਗਾ, ਜਦੋਂ ਕੋਈ ਵੀ ਬੰਦਾ ਆਪਣੇ ਧਰਮ ਚ ਐਂਟੀ ਹੋ ਗਿਆ ਨਾ, ਸਭ ਤੋਂ ਪਹਿਲਾਂ ਆਪਣੇ ਘਰ ਨੂੰ ਭੰਨਦਾ। ਤੁਸੀਂ ਇੱਕ ਗੱਲ ਦੱਸੋ, ਹਾਂਜੀ ਤੁਸੀਂ ਜਿੱਦਾਂ ਦੋ ਭਰਾ ਦੱਸਦੇ, ਤੁਸੀਂ ਕਹਿੰਦੇ ਵੀ ਇੱਕ ਹਿੰਦੂ ਇੱਕ ਸਿੱਖ, ਤੁਸੀਂ ਹਿੰਦੂ ਵਾਲੇ ਇੱਕ ਸਿੱਖ ਵਾਲੇ? ਤੁਸੀਂ? ਮੈਂ ਹਿੰਦੂ ਆ ਭਾਜੀ। ਅੱਛਾ ਠੀਕ ਆ ਠੀਕ, ਹਾਂਜੀ ਹਾਂਜੀ ਠੀਕ ਆ, ਚਲੋ ਠੀਕ ਆ। ਆਪਾਂ ਆਪਾਂ ਹੋਰ ਹੋਰ ਸਰੋਤੇ ਦੋ ਤਿੰਨ ਆ। ਆਪਣੀ ਖਿਲਾਫ਼ ਆਪਣੇ ਧਰਮ ਦੇ ਖਿਲਾਫ਼ ਸ਼ੁਰੂ ਕੀਤੀ ਤੁਸੀਂ। ਬਾਕੀ ਵਿੱਚ ਆ ਗਏ ਚਾਰ ਮੇਰੇ ਵਰਗੇ ਕਮਲੇ, ਇੱਕ ਹਿੰਦੂ ਆ ਗਿਆ, ਉਹਨੇ ਕੋਈ ਗੱਲ ਕਹਿਤੀ ਏਦਾਂ ਦੀ, ਤੁਸੀਂ ਉਹਨਾਂ ਸਿੱਧੇ ਮੂੰਹ ਗੱਲ ਨੀ ਕੀਤੀ, ਤੁਸੀਂ ਉਹਨੂੰ ਪੁੱਠਾ ਬੋਲ ਪਏ, ਮਗਰੋਂ ਪ੍ਰਦੀਪ ਸ਼ਰਮਾ ਆ ਗਿਆ, ਉਹ ਹਿੰਦੂ ਨੂੰ ਏਦਾਂ ਕੀਤੀ ਆ, ਉਸ ਬੰਦੇ ਮਗਰ ਚਾਰ ਬੰਦੇ ਨੇ ਗੱਲਾਂ ਕੀਤੀਆਂ। ਮੈਂ ਵੀ ਸੁਣਦਾ ਤੁਹਾਡਾ ਰੇਡੀਓ, ਤੁਹਾਡਾ ਰੇਡੀਓ ਪਰ ਉਹ ਸੁਣੀ ਸਾਨੂੰ ਘੱਟ ਘੱਟ ਹੁਣ ਦੋ ਤਿੰਨ ਘੰਟੇ ਤੁਹਾਡਾ ਰੇਡੀਓ ਸੁਣ ਜਾਣ। ਉਸ ਬੰਦੇ ਦੀ ਇੱਕ ਕੋਲ ਦੇ ਮਗਰ ਚਾਰ ਹਿੰਦੂ ਨੇ ਕੋਲਾਂ ਕੀਤੀਆਂ, ਠੀਕ ਆ ਨਾ? ਫਿਰ ਤੁਸੀਂ ਸਾਨੂੰ ਇਹ ਸ਼ਰਮ ਨੀ ਆਉਂਦੀ? ਤੁਸੀਂ ਇੰਨੀ ਮਿਹਨਤ ਕਰਦੇ ਆ, ਏਦਾਂ ਇੰਨੀ ਮਿਹਨਤ ਕਰਦੇ ਸੁਣਨ ਦੀ, ਕਿੰਨਾ ਟਾਈਮ ਕੱਢ ਲੈਂਦੇ ਆ? ਟਾਈਮ ਕਿੰਨਾ ਹੋਇਆ ਤੁਹਾਡੇ ਕੋਲ? ਜਿੱਦਾਂ ਭਾਜੀ ਤੁਹਾਡੀ ਆਪਾਂ ਗੱਲਾਂ ਸੁਣਦੇ ਹਾਂ, ਠੀਕ ਆ ਨਾ, ਜਦੋਂ ਕਹਿੰਦੇ ਬੰਦੇ ਦਾ ਇੰਟਰਸਟ ਹੁੰਦਾ, ਬੰਦਾ ਟਾਈਮ ਨੀ ਦੇਖਦਾ ਬੰਦੇ ਨੇ ਕਿਹੜੀ ਗੱਲ ਕਰਨੀ, ਜਦੋਂ ਦਿਮਾਗ 'ਚ ਕੋਈ ਗੱਲ ਆ ਜਾਂਦੀ ਨਾ ਭਾਜੀ, ਉਹ ਫਿਰ ਨੀਂਦ ਨਹੀਂ ਆਉਂਦੀ, ਬੰਦਾ ਸੁਣਨ ਦੀ ਕੋਸ਼ਿਸ਼ ਕਰੇ। ਜਦੋਂ ਕਹਿੰਦੇ ਇੱਕ ਦਿਲ 'ਚ ਅਵਾਲ ਹੁੰਦਾ, ਦਿਲ 'ਚੋਂ ਗੱਲ ਨਿਕਲ ਜਾਂਦਾ, ਬਦੋ ਤੱਕ ਸੁਣਦਾ ਨੀ। ਸਾਡੇ ਨਾਲ ਗੱਲ ਸੀ, ਦਿਲ 'ਚ ਗੱਲ ਸੀਗੀ, ਤੁਹਾਡੇ ਨਾਲ ਗੱਲ ਕਰਨੀ ਆ ਭਾਵੇਂ ਅਵਾਲ ਰੱਖ ਲਓ, ਜੋ ਮਰਜ਼ੀ ਰੱਖ ਲਓ, ਆਪਾਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਅਤੇ ਆਪਾਂ ਤੁਹਾਡੇ ਨਾਲ ਖੁੱਲ੍ਹ ਕੇ ਕੀਤੀ ਆ ਭਾਜੀ। ਥੈਂਕ ਯੂ ਵੀਰਾ, ਥੈਂਕ ਯੂ ਤੁਹਾਡਾ। ਤੇ ਭਾਜੀ ਪਲੀਜ਼ ਇੱਕ ਗੱਲ ਖਿਆਲ ਰੱਖੋ, ਲੋਕਾਂ ਨੂੰ ਜੋੜੋ ਤੋੜੋ ਨਾ, ਤੇ ਤੁਸੀਂ ਠੀਕ ਆ ਸਿੱਖ ਧਰਮ ਨੂੰ ਮੰਨਦੇ, ਬਾਬੇ ਨਾਨਕ ਨੂੰ ਮੰਨਦੇ, ਤੁਸੀਂ ਲੋਕਾਂ ਨੂੰ ਜੋੜੋ, ਠੀਕ ਆ ਨਾ? ਕਹਿੰਦੇ ਹੁੰਦੇ ਨਾ, ਜਦੋਂ ਆਪਣੀ ਬਾਂਹ ਟੁੱਟਦੀ ਨਾ, ਜਦੋਂ ਬਾਂਹ ਟੁੱਟਦੀ ਭਾਜੀ, ਬਾਂਹ ਆਪਣੇ ਗਲ ਨਾਲ ਲੱਗਦੀ ਆ, ਬਾਂਹ ਪਿੱਛੋਂ ਨੀ ਜਾਂਦੀ, ਬਾਂਹ ਹਮੇਸ਼ਾ ਆਪਣੇ ਗਲ ਨਾਲ ਲੱਗਦੀ ਆ, ਠੀਕ ਆ? ਭਾਵੇਂ ਤੁਸੀਂ ਰੱਖ ਲਓ, ਤੁਸੀਂ ਬਾਂਹ ਆ ਤੇ ਬਾਂਹ ਆਪਣੇ ਗਲ ਨਾਲ ਲੱਗਦੀ ਆ, ਤੁਸੀਂ ਲੋਕਾਂ ਨੂੰ ਫਿਰ ਪਿਆਰ ਦਿਓ, ਪਿਆਰ ਕਰੋ, ਤੁਹਾਨੂੰ ਸਭ ਅਪਣਾਉਣਗੇ। ਸਹੀ ਗੱਲ ਹੈ, ਥੈਂਕ ਯੂ ਵੀਰਾ। ਓਕੇ ਭਾਜੀ, ਧੰਨਵਾਦ। ਦੂਜੇ ਵੀਰ ਨੇ ਤਾਂ ਨੀ ਕੁਛ ਕਹਿਣਾ ਆਖਰੀ ਵਾਰੀ? ਅੱਛਾ ਨਹੀਂ, ਚਲੋ ਹੁਣ ਸਾਡੇ ਨਾਲ ਸਾਰੀਆਂ ਲਾਈਨਾਂ ਦੇ ਸਰੋਤੇ ਆ। ਤੁਸੀਂ ਪਹਿਲਾਂ 108 ਤੇ ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਮੈਂ ਹਾਜ਼ਰ ਦਾ ਵੀਰ ਗੱਲ ਕਰਕੇ ਗਿਆ, ਤੁਸੀਂ ਇਹਨੂੰ ਬੜਾ ਸੋਹਣਾ ਹੈਂਡਲ ਕੀਤਾ, ਅਪਰੀਸ਼ੀਏਟ ਦਾ, ਚੰਗਾ ਲੱਗਾ ਜੋ ਵੀ ਤੁਸੀਂ ਕੀਤਾ। ਮੈਂ ਤੁਹਾਨੂੰ ਇੱਕ ਹੋਰ ਗੱਲ ਅੱਜ ਕਹਿਣੀ ਸੀ, ਪੱਡਾ ਹਨੀਪ੍ਰੀਤ ਲਈ ਢੰਡਿਆਂ ਵਾਲੇ ਨੂੰ ਜੋੜ ਰਿਹਾ ਹੈਗਾ, ਬਈ ਇਹ ਦੋਨੋਂ ਆਪਸ ਵਿੱਚ ਮੁਲਾਕਾਤ ਕਰਕੇ ਤੇ ਵਿਆਹ ਕਰਾ ਲੈਣ, ਤੇ ਉਹ ਨਾ, ਮੈਂ ਤੁਹਾਨੂੰ ਵੀਡੀਓ ਭੇਜੀ, ਤੁਸੀਂ ਅਜੇ ਵੀਡੀਓ ਐਂਟਰ ਨਹੀਂ ਕੀਤੀ ਆਪਦੇ ਫੋਨ 'ਚ, ਤੇ ਉਹ ਨਾਲ ਕਹਿੰਦਾ ਹੈਗਾ ਵੀ ਮੈਂ ਵਿਚੋਲਾ ਨਹੀਂ ਬਣਨਾ, ਵਿਚੋਲਾ ਕੋਈ ਹੋਰ ਚਾਹੀਦਾ, ਟਵਾਣਾ ਬਣ ਜਾਊਗਾ, ਟਵਾਣਾ ਟਵਾਣਾ ਸ਼ਰਮ ਦਾ ਮਾਰਿਆ। ਹਨੀਪ੍ਰੀਤ ਹਨੀਪ੍ਰੀਤ ਕੌਣ ਹੈ? ਦੂਸਰੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ, ਜਿਹੜੀ ਜਿਹੜਾ ਤੁਹਾਡੇ ਨਾਲ ਉਹ ਦੋ ਮੰਗਖਾਣਿਆਂ ਦਾ ਮਸਲਾ ਪਿਆ ਨਾ, ਇਹ ਸਾਡੇ ਨਾਲ ਵੀ ਅੱਜ ਤੋਂ ਕੋਈ 30-35 ਸਾਲ ਪਹਿਲਾਂ ਏਦਾਂ ਇੱਕ ਮਸਲਾ ਹੋਇਆ ਸੀ, ਉੱਥੇ ਗਿਆਨੀ ਇੱਕ ਆਇਆ ਸੀ, ਤੇ ਸਾਡੇ ਇੱਥੇ BC ਦੇ ਵਿੱਚ ਰਾਤੋ ਰਾਤ 32 ਗੁਰਦੁਆਰੇ ਬਣੇ ਸੀਗੇ, ਰਾਤ ਜਦੋਂ ਚਿਹਰਾਂ ਦਾ ਤੇ ਤੱਪੜਾਂ ਦਾ ਝਗੜਾ, ਹਾਂ ਰਾਤੋ ਰਾਤ 32 ਗੁਰਦੁਆਰੇ ਬਣੇ ਸੀਗੇ ਇੱਕ ਰਾਤ ਦੇ ਵਿੱਚ ਹੀ, ਤੇ ਉਹ ਜਿਹੜਾ ਗਿਆਨੀ ਆਇਆ ਸੀਗਾ, ਗਿਆਨੀ ਨੇ ਸਾਡੇ ਤੇ ਉਹਨੇ ਜਿਹੜੇ
ਉਹਦੇ ਨਾਲ ਦੇ ਸੀ ਜਾਂ ਵਿਰੋਧੀ ਕਹਿ ਲਓ ਜਾਂ ਜਾਂ ਤੱਪੜਾਂ ਵਾਲੇ ਸੀਗੇ, ਉਹਨੇ ਗਿਆਨੀ ਤੇ ਗਿਆਨੀ ਕੋਲੋਂ ਸਾਡੇ ਤੇ ਚਾਰ ਕੇਸ ਕਰਾਏ ਸੀਗੇ। ਇੱਕ ਤਾਂ ਉਹਦੀ ਜੋ ਜਿੱਦਾਂ ਤੁਹਾਡੇ ਨਾਲ ਹੋਈ ਆ ਇਹੀ ਗੱਲ ਹੋਈ ਸੀ, ਪਰ ਉੱਥੇ ਤਾਂ ਗਿਆਨੀ ਇੱਕ ਸੀ ਸਾਡਾ 20,000 ਨਾਲ ਸਰ ਗਿਆ ਸੀ ਉਦੋਂ। ਨਹੀਂ ਫਿਰ ਸਾਡੀਆਂ ਰਕਮਾਂ ਵੱਡੀਆਂ ਹੁੰਦੀਆਂ ਥੋੜੀ ਜਿਹੀਆਂ, ਸਾਡੇ ਇੱਕ ਹੋਰ ਸ਼ਹਿਰ ਦਾ ਮੈਂ ਹੁਣ ਨਾਨਕਾ ਨੂੰ ਲੈਣਾ, ਉਹਨੇ ਗੁਰਦੁਆਰੇ ਪਹਿਲਾਂ ਦਾ ਕਿਸੇ ਆਪਣੇ ਇੱਕ ਦੋ ਬੰਦਿਆਂ ਨਾਲ ਜੀ ਔਖਾ ਸੌਖਾ ਹੋ ਗਿਆ। ਇੱਕ ਕਾਰ ਆਉਂਦੀ ਸੀ, ਕਾਰ ਦੇ ਮੂਹਰੇ ਲੱਤ ਡਾਹਤੀ ਉਹਨੇ, ਉਹਨੇ ਕਿਹਾ ਵੀ ਆਪੀ ਖੜੀ ਕਰੂਗਾ ਜੀ। ਉਸ ਬੰਦੇ ਨੇ ਕਾਰ ਖੜੀ ਨੀ ਕੀਤੀ ਤੇ ਚੜਾ ਦਿੱਤੀ ਲੱਤ ਤੇ ਜੀ, ਤੇ ਉਦੋਂ ਫਿਰ ਉਹਨੂੰ ਗੁਰਦੁਆਰੇ ਨੂੰ ਤਾਂ ਜੋ ਹੋਣਾ ਸੀ ਹੋਣਾ, ਉਹਨਾਂ ਦੋਨਾਂ ਜਣਿਆਂ ਕੋਲ ਗਿਆਨੀ ਨੇ ਉਦੋਂ 2.25 ਲੱਖ ਰੁਪਈਆ ਲੈ ਡਾਲਰ ਲੈ ਕੇ ਤਾਂ ਜਾ ਕੇ ਵੈਨਕੂਵਰ ਦੇ ਵਿੱਚ ਘਰ ਲੈ ਲਿਆ। ਬਹੁਤ ਹੀ ਵਧੀਆ ਤੈਸਰੇ ਉਹ ਘਰ 2.ਕੁਛ ਮਿਲੀਅਨ ਦਾ। ਹਾਂਜੀ ਜੀ, ਸੋ ਇਸ ਤਰ੍ਹਾਂ ਦੇ ਹਾ ਜਿਹੜੇ ਹੈ ਨਾ ਮੰਖਣੇ ਆ, ਇਹਨਾਂ ਬਹੁਤ ਸਾਰਿਆਂ ਨਾਲ ਵਾਹ ਪਿਆ, ਇੱਕ ਨਾ ਨਹੀਂ, ਦੋ ਨਾ ਨਹੀਂ, ਚਾਰ ਨਾ ਨਹੀਂ, 10 ਨਾ ਨਹੀਂ, ਬਹੁਤ ਸਾਰਿਆਂ ਨਾਲ। ਤੇ ਇਹਨਾਂ ਦਾ ਜੀ, ਇਹਨਾਂ ਦਾ ਸਾਰਿਆਂ, ਚਾਹੇ ਉਹ ਤੇਰੇ ਸ਼ਹਿਰ ਚ ਰਹਿੰਦੇ ਚਾਹੇ ਮੇਰੇ ਸ਼ਹਿਰ ਚ ਰਹਿੰਦੇ, ਗੁਰੂ ਫਤਿਹ ਜੀ। ਮੈਂ ਤਾਂ ਬਸ ਥੋੜੀ ਜਿਹੀ ਗੱਲ ਕਰਨ ਆਇਆ, ਜਿਹੜੇ ਭਰਾ ਦਾ ਬਦਲਾ ਲੈਣ ਆਏ ਆ, ਮੈਂ ਤਾਂ ਚੈੱਕ ਕਰਨ ਵਾਸਤੇ ਆਇਆ ਕਿਤੇ ਤੁਸੀਂ ਸੱਚੀ ਤਾਂ ਨੀ ਬਦਲ ਗਏ। ਨਹੀਂ ਅਸਲ ਚ ਗੱਲਾਂ, ਲੋਕਾਂ ਕੋਲ ਗਿਆਨ ਬਹੁਤ ਆ, ਜੇ ਤੁਸੀਂ ਏਦਾਂ ਦੇਖਣ ਤਾਂ ਥੋੜਾ ਜਿਹਾ ਟਾਈਮ ਦਿਓ ਉਹਨਾਂ ਨੂੰ। ਹਾਂਜੀ ਹਾਂਜੀ, ਤੁਸੀਂ ਹੈਰਾਨ ਰਹਿ, ਬਹੁਤ ਗਿਆਨ ਆ ਦੁਨੀਆਂ ਦੇ ਵਿੱਚ, ਫਿਰ ਤਾਂ ਇਹਨਾਂ ਨੂੰ ਵੀ ਟਾਈਮ ਦਿੰਦੇ ਰਹਿ ਜਾਂਗੇ ਜੇ ਗਿਆਨ ਲੈਣ ਲੱਗ ਪਏ। ਪਰ ਜਦੋਂ ਗਿਆਨ ਦਾ ਪਸਾਰਾ ਹੁੰਦਾ ਨਾ ਜੀ, ਜਿਹੜੀ ਗੱਲ ਨੂੰ ਨਿੰਦ ਕੇ ਗਿਆ, ਮੈਂ ਤਾਂ ਕੱਲ ਦੀ ਸਪੋਰਟ ਦੇ ਵਿੱਚ ਆਇਆ, ਉਹ ਵੀਰ ਜੀ ਆਏ ਸੀ ਨਾ, ਪ੍ਰਦੀਪ ਸ਼ਰਮਾ ਜੀ ਸੀ ਸ਼ਾਇਦ ਉਹਨਾਂ ਦਾ ਨਾਮ, ਹਿੰਦੂ ਵੀਰ ਆਏ ਸੀ, ਤੇ ਮੈਂ ਦੇਖਿਆ, ਮੇਰੇ ਮਨ ਨੇ ਮਹਿਸੂਸ ਕੀਤਾ ਵੀ ਇਹਨੂੰ ਕਹਿੰਦੇ ਪ੍ਰਾਪਤੀ। ਜਦੋਂ ਗਿਆਨ ਦਾ ਪਸਾਰ ਹੋਇਆ ਤਾਂ ਉਸ ਬ੍ਰਾਹਮਣਵਾਦੀ ਵਿਚਾਰਧਾਰਾ ਚੋਂ ਗੁਰੂ ਨਾਨਕ ਕਿੱਦਾਂ ਪੈਦਾ ਹੋਇਆ ਉਹ ਸਾਹਮਣੇ ਦਿਖ ਗਿਆ। ਤੇ ਆ ਜਿਹੜੇ ਵੀਰ ਭਰਾ ਦਾ ਬਦਲਾ ਲੈਣ ਆਏ ਤੇ ਇਹ ਆਪਣੇ ਨਾਂ ਪਿੱਛੇ ਸਿੰਘ ਲਾਂਦਾ ਤੇ ਉਹਨਾਂ ਦਾ ਸ਼ਰਮਾ ਕਟਾਣ ਨੂੰ ਫਿਰਦਾ ਹੈਗਾ, ਤੇ ਮੈਂ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ, ਸ਼ਰਮਾ ਜੀ ਸ਼ਰਮਾ ਇੱਦਾਂ ਹੀ ਰਹੋ ਜਿੱਦਾਂ ਹੈਗੇ ਤੁਸੀਂ, ਜੇ ਤੁਹਾਡੀ ਆਹ ਵਿਚਾਰਧਾਰਾ ਹੈਗੀ ਕਿਤੇ ਇੱਧਰ ਨਾ ਫਾਜਿਓ ਜੱਬਲਾਂ ਚ ਆ ਕੇ। ਤੇ ਅੱਜ ਜਿਹੜੀ ਬਾਬੇ ਨਾਨਕ ਦੀ ਹਮਾਇਤ ਕੀਤੀ ਉਸ ਵੀਰ ਨੇ, ਤੇ ਇਹਨੇ ਜਲੂਸ ਕੱਢ ਕੇ ਰੱਖਤਾ ਉਸ ਵਿਚਾਰਧਾਰਾ। ਧੰਨਵਾਦ ਜੀ। ਆਖਰੀ ਸਰੋਤ ਇੱਕ ਹੋਰ ਲੈ ਲੈਣੇ ਆ। ਹਾਂਜੀ, ਤੁਸੀਂ 107 ਤੇ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਟਾਈਮ ਸਾਡਾ ਹੋ ਗਿਆ, ਜਲਦੀ ਮੁਕਾ ਦਿਓ ਤੁਸੀਂ। ਭਾਜੀ ਮੈਂ ਪਹਿਲੀ ਵਾਰੀ ਕਾਲ ਕੀਤੀ ਅੱਜ, ਔਰ ਬਾਈ ਲੱਖ ਤੇ ਗੁੱਡ ਆਪਣੀ ਖੁਸ਼ਕਿਸਮਤ ਸੀ, ਸਮਝਦਾ ਵੀ ਮੇਰੇ ਫੋਨ ਮਿਲ ਗਿਆ। ਮੈਂ ਢੱਡੀ ਵਾਲੇ ਭਾਈ ਸਾਹਿਬ ਨੂੰ ਸੁਣਦਾ ਸੀ ਕਾਫੀ ਦੇਰ ਤੋਂ, ਇੱਕ ਦਿਨ ਉਹਨਾਂ ਦੀ ਇੰਟਰਵਿਊ ਸੀਗੀ, ਉਹਦਾ ਇੱਥੇ ਉਹਨਾਂ ਨੇ ਸਾਡਾ ਨਾਮ ਲਿਆ ਇੰਟਰਵਿਊਰ ਨੇ, ਤੇ ਉੱਥੋਂ ਮੈਨੂੰ ਤੁਹਾਡਾ ਨਾਮ ਪਤਾ ਲੱਗਿਆ। ਮੇਰਾ ਨਾਮ ਲਿਆ? ਹਾਂਜੀ, ਉਹਨੇ ਇੰਟਰਵਿਊਰ ਨੇ ਨਾ ਉੱਥੇ ਪੁੱਛਿਆ ਵੀ ਤੁਹਾਡੇ ਵਿਚਾਰ ਅਨੇਕ ਸਿੰਘ ਅਨੇਕੀ ਨਾਲ ਬਹੁਤ ਮਿਲਦੇ ਨੇ, ਭਾਈ ਸਾਹਿਬ ਨੂੰ ਕੁਐਸਚਨ ਕੀਤਾ ਸੀ, ਤੇ ਉਸ ਤੋਂ ਬਾਅਦ ਮੈਂ ਸਰਚ ਕੀਤਾ, ਤੁਹਾਨੂੰ ਫੋਲੋ ਕਰਨਾ ਸ਼ੁਰੂ ਕੀਤਾ, ਤੇ ਬਹੁਤ ਵਿਚਾਰ ਤੁਹਾਡੇ ਚੰਗੇ ਲੱਗਦੇ ਨੇ, ਤੇ ਬੜੀ ਤਮੰਨਾ ਸੀ ਤੁਹਾਡੇ ਨਾਲ ਗੱਲ ਕਰਨ ਦੀ, ਤੋ ਬਾਈ ਚਾਂਸ ਫੋਨ ਮਿਲ ਗਿਆ। ਥੈਂਕ ਯੂ ਜੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ, ਜਿਹੜੇ ਲੋਕ ਆ ਕੇ ਕਹਿੰਦੇ ਨੇ ਨਾ ਤੁਹਾਨੂੰ ਕੁਐਸਚਨ ਪੁੱਛਦੇ ਨੇ ਬੇਤੁਕੇ ਜੇ, ਉਹਨਾਂ ਨੂੰ ਇਹ ਮੇਰਾ ਸੁਜੈਸ਼ਨ ਹੈ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਉਹ ਕਿਉਂ ਸੁਣਦੇ ਹੋ ਤੁਸੀਂ? ਉਹ ਤਾਂ ਵਿਚਾਰੇ ਜਾਣੀ 3:30 ਵਜੇ ਆ, 3 ਘੰਟੇ ਹੋ ਗਏ ਕਹਿੰਦੇ ਸੁਣਦੇ
ਨਹੀਂ ਨਾਲੇ ਤਾਂ ਤੁਸੀਂ ਸੁਣੀ ਜਾਂਦੇ ਹੋ, ਨਾਲੇ ਆ ਕੇ ਤੁਸੀਂ ਆਪਣੇ ਬੇਦੁਕੇ ਕੁਐਸਚਨ ਪੁੱਛਦੇ ਹੋ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ, ਆਪਾਂ ਬਾਜ਼ਾਰ ਵੀ ਜਾਂਦੇ ਹਾਂ ਕੋਈ ਚੀਜ਼ ਚੰਗੀ ਲੱਗਦੀ ਆ ਤਾਂ ਲੈਂਦੇ ਹਾਂ, ਨਹੀਂ ਚੰਗੀ ਲੱਗਦੀ ਉਹਨੂੰ ਛੱਡ ਦਿੰਦੇ ਹਾਂ। ਨਹੀਂ ਪਤਾ ਨਹੀਂ ਜੀ ਉਹ ਵਿਚਾਰੇ ਕਨਫਿਊਜ਼ ਸ਼ਾਇਦ ਹੋਣਗੇ ਇੱਦਾਂ, ਕੋਈ ਨਹੀਂ ਚਲੋ ਉਹਨੇ ਆਪਣਾ ਗੁੱਬ ਗੁਬਾਰ ਕੱਢ ਲਿਆ ਥੋੜ੍ਹਾ ਜਿਹਾ, ਮੈਂ ਵੀ ਇੱਦਾਂ ਵਿਹਲਾ ਸੀ ਅੱਜ, ਮੇਰਾ ਮੂਡ ਨਹੀਂ ਸੀ ਅਸਲ 'ਚ ਪ੍ਰੋਗਰਾਮ ਕਰਨ ਦਾ। ਹਾਂਜੀ ਵੈਸੇ ਬਹੁਤ ਬਹੁਤ ਵਧੀਆ ਲੱਗਦਾ, ਬਹੁਤ ਮਤਲਬ ਕਿ ਇੱਕ ਜ਼ਿੰਦਗੀ ਜੀਣ ਦਾ, ਭਾਈ ਸਾਹਿਬ ਵੀ ਕਹਿੰਦੇ ਹੁੰਦੇ ਨੇ ਜ਼ਿੰਦਗੀ ਜੀਣ ਦਾ ਸਵਾਦ ਆ ਗਿਆ, ਉਹ ਗੱਲ ਵਾਕਈ ਸੱਚੀ ਹੈ ਕਿ ਜਦੋਂ ਆਪਾਂ ਸੱਚ ਨੂੰ ਸੱਚ ਸਾਨੂੰ ਪਤਾ ਲੱਗ ਜਾਂਦਾ ਨਾ, ਅਸੀਂ ਉਹ ਭੁਲੇਖਿਆਂ 'ਚੋਂ ਨਿਕਲ ਜਾਂਦੇ ਹਾਂ ਤਾਂ ਜ਼ਿੰਦਗੀ ਜੀਣ ਦਾ ਸਵਾਦ ਆਉਣ ਲੱਗ ਜਾਂਦਾ ਵੀਰ ਜੀ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਥੈਂਕ ਯੂ ਵੀਰੇ। ਬਲਜਿੰਦਰ ਆ ਜੀ ਸਾਡੇ ਨਾਲ, ਅਸੀਂ ਇੱਦਾਂ ਥੋੜ੍ਹਾ ਜਿਹਾ ਆਪਣੀ ਟਾਈਮ ਤੋਂ ਬਾਹਰ ਜਾ ਕੇ ਕਾਨੂੰਨ ਤੋੜ ਕੇ ਗੱਲ ਕਰਨ ਲੱਗੇ। ਹਾਂਜੀ ਮੈਂ ਕਿਹਾ ਇੱਕੋ ਹੀ ਗੱਲ ਕਰਨੀ, ਉਹ ਜਿਹੜੇ ਸੰਤਾ ਬੰਦ ਆਏ ਸੀਗੇ, ਉਹ ਮੈਂ ਕਿਹਾ ਉਹ ਟਕਸਾਲ ਵਾਲਿਆਂ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਤੇ ਪੋਸਟ ਪਾਤੀ ਵੀ ਕਹਿੰਦੇ ਤੁਸੀਂ ਮਹਾਂਪੁਰਖੋ ਕਿਤੇ ਰੈਸਟੋਰੈਂਟਾਂ ਧੱਕੇ ਖਾਂਦੇ ਹੋ, ਕਿੰਨਾ ਗੋਰਾ ਤੁਹਾਡੇ ਕੋਲ ਬੰਦੇ ਕਮਲੇ ਕਰਨਾ, ਇੱਥੇ ਆ ਟਕਸਾਲ ਚ ਭਰਤੀ ਸ਼ੁਰੂ ਹੋਈ ਹੋਈ ਆ, ਉਹ ਕਹਿੰਦੇ ਬੜੀ ਲੋੜ ਆ ਤੁਹਾਡੇ ਵਰਗੇ ਬੰਦਿਆਂ ਦੀ ਕੌਮ ਨੂੰ, ਉਹ ਕਹਿੰਦੇ ਵੀ ਇੱਧਰ ਭੇਜੋ ਇਹਨਾਂ ਨੂੰ, ਦੋਨੇ ਭਰਤੀ ਕਰ ਲੈਣੇ ਕਹਿੰਦੇ। ਉਹ ਤਾਂ ਵੱਧ ਤੋਂ ਵੱਧ ਵਿਚਾਰ ਦੇਖੋ ਕਿੰਨੇ ਨੇੜੇ ਤੇੜੇ ਸੀ ਦੋਹਾਂ ਦੇ, ਹਨਾ। ਪਤਾ ਨੀ ਲੱਗਦਾ ਕਿਹਨੇ ਕਿਹਨੂੰ ਮਾਮਲਾ ਕੀਤਾ, ਉਹਨਾਂ ਕਹਿੰਦਾ ਦਸਤਾਸ ਤੋਂ ਕਰਾ। ਚਲੋ ਠੀਕ ਹੈ ਜੀ, ਕਰੋ ਤੁਸੀਂ ਸਵਾਲ। ਠੀਕ ਹੈ, ਥੈਂਕ ਯੂ, ਥੈਂਕ ਯੂ, ਧੰਨਵਾਦ ਜੀ, ਤੇ ਆਪਾਂ ਮਿਲਾਂਗੇ ਕੱਲ ਨੂੰ, ਕੱਲ ਨੂੰ ਐਤਵਾਰ ਦੁਪਹਿਰ 1 ਵਜੇ, ਤੇ ਇੰਡੀਆ ਦੇ ਵੱਜਦੇ ਹੁੰਦੇ ਆ ਮੇਰੇ ਖਿਆਲ 5:30, ਹਾਂ 1 ਤੋਂ 5 ਵਜੇ ਤੱਕ 4 ਘੰਟੇ ਲਈ, ਅਤੇ ਉਹ ਤੋਂ ਬਾਅਦ ਫਿਰ ਮੰਗਲਵਾਰ ਨੂੰ ਭਿੰਦੇ ਉਹ ਪ੍ਰੋਗਰਾਮ ਜਿਹੜੇ, ਬਾਕੀ ਵੀਡੀਓ ਆ ਦੇਖਦੇ ਹਾਂ ਆਪਾਂ ਕਿੱਦਾਂ ਹੁੰਦੀ, ਪਰ ਉਨ੍ਹਾਂ ਚਿਰ ਚਲੋ ਠੀਕ ਹੈ ਜੀ, ਬਾਏ।